ਪੋਲਿਟਿਕਸ ਪੰਜਾਬ ਨੂੰ ਸਕਾਈ ਚੈਨਲ 774 ਦੇ ਉੱਤੇ ਯੂਕੇ ਤੇ ਯੂਰਪ ਦੇ ਵਿੱਚ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਦਾਸ ਬਾਬਾ ਜੈਕ ਸਿੰਘ ਵੱਲੋਂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਰੋਜ਼ ਦੀ ਤਰ੍ਹਾਂ ਇਟਲੀ ਤੋਂ ਪੰਥਕ ਸਫਾਂ ਦੇ ਵਿੱਚ ਮੋਹਰੀ ਬਣ ਕੇ ਕੰਮ ਕਰਨ ਵਾਲੇ ਜਸਵੰਤ ਸਿੰਘ ਜਿਹੜੇ ਨੇ ਉਹ ਰੋਜ਼ ਦੀ ਤਰ੍ਹਾਂ ਮੇਰੇ ਨਾਲ ਅੱਜ ਵੀ ਸ਼ਾਮਿਲ ਨੇ। ਜਸਵੰਤ ਸਿੰਘ ਜੀ, ਤੁਸੀਂ ਵੀ ਫਤਿਹ ਸਾਂਝੀ ਕਰ ਲਓ। ਹਾਂਜੀ, ਪੋਲਟੈਕਸ ਪੰਜਾਬ ਦੇਖ ਰਹੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ, ਅਤੇ ਨਾਲ ਦੀ ਨਾਲ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਵੀ ਦੇਖ ਸਕਦੇ ਹੋ, ਕਿਸੇ ਵੀ ਤਰ੍ਹਾਂ ਦੀ ਅਸੀਂ ਵਿਚਾਰਧਾਰਾ ਚੱਕੀ ਹੋਈ ਆ, ਡੋਂਟ ਵਰੀ ਅਬਾਊਟ ਇਟ, ਅਸੀਂ ਤੁਹਾਡੀ ਕਾਲ ਨਹੀਂ ਕੱਟਾਂਗੇ ਜਦ ਤੱਕ ਤੁਹਾਡੀ ਭਾਸ਼ਾ ਜਿਹੜੀ ਆ ਸੱਭਿਅਕ ਰਹੂਗੀ ਅਤੇ ਕਿਸੇ ਨੂੰ ਵੀ ਵਾਇਲੈਂਸ ਪ੍ਰਮੋਟ ਕਰਨ ਦੀ, ਪ੍ਰਵੋਕ ਕਰਨ ਦੀ ਜਿਹੜੀ ਆ ਉਹ ਆਗਿਆ ਨਹੀਂ ਦਿੱਤੀ ਜਾਊਗੀ। ਸੋ ਤੁਸੀਂ ਨੇ ਅਤੇ ਅਸੀਂ ਨੇ ਸਾਰੇ ਨੇ ਰਲ ਕੇ ਯੂਰਪੀਅਨ ਯੂਨੀਅਨ ਦੇ ਯੂਕੇ ਦੇ ਬ੍ਰਾਡਕਾਸਟਿੰਗ ਲਾਜ਼ ਨੂੰ ਵੀ ਧਿਆਨ 'ਚ ਰੱਖਣਾ ਅਤੇ ਸਾਰੇ ਪੱਖ, ਜਸਵੰਤ ਸਿੰਘ ਜੀ, ਹਾਂਜੀ, ਸਾਰੇ ਪੱਖ ਰੱਖਣੇ ਆ। ਕਈ ਵਾਰ ਤੁਸੀਂ ਆਪਣਾ ਪੱਖ ਰੱਖ ਜਾਂਦੇ ਹੋ ਅਤੇ ਮੈਨੂੰ ਫਿਰ ਦੂਜਿਆਂ ਦੇ ਪੱਖ ਵੀ ਜਿਹੜੇ ਰੱਖਣੇ ਪੈਂਦੇ ਆ ਐਜ਼ ਅ ਹੋਸਟ, ਠੀਕ ਹੈ ਜੀ। ਨਹੀਂ ਜੀ, ਉਹ ਇਸ ਤਰ੍ਹਾਂ ਨਾ, ਫਿਰ ਦੂਜੇ ਪਾਸੇ 600-700 ਜਾਣੀ ਲੱਗੇ ਹੋ ਆ ਅਤੇ ਸਾਡੇ ਕੋਲ ਤਾਂ ਲੈ ਦੇ ਕੇ ਇੱਕੋ ਹੀ ਆ, ਤਾਂ ਇਸ ਕਰਕੇ ਭਾਅ ਜੀ ਹੁਣ ਜੇ ਇੱਥੇ ਤੁਸੀਂ ਸਾਨੂੰ ਰੋਕੋਗੇ ਫਿਰ ਅਸੀਂ ਕਿੱਥੇ ਜਾ ਕੇ ਆਪਣੀ ਗੱਲ ਰੱਖਾਂਗੇ। ਇਹਦਾ ਸਾਨੂੰ ਕੋਈ ਲੈਣ ਦੇਣ ਨਹੀਂ ਤੁਹਾਡੇ ਕੋਲ, ਇੱਕ ਹੈ ਨਹੀਂ ਹੈ, ਅਸੀਂ ਤਾਂ ਸਾਰਿਆਂ ਦੇ ਜਿਹੜੇ ਉਹ ਪੱਖ ਰੱਖਣੇ ਹੁੰਦੇ ਹਾਂ, ਤੁਸੀਂ ਹੁਣ ਭਾਵੁਕਤਾ ਜਿਹੜੀ ਵਿੱਚ ਨਾ ਲੈ ਕੇ ਆਓ। ਨਹੀਂ ਨਹੀਂ, ਭਾਵ ਹੈ ਕੌਮ ਹਮੇਸ਼ਾ ਹੀ ਜਦੋਂ ਗੱਲਬਾਤ ਕਰਦੀ ਹੈ ਤਾਂ ਭਾਵੁਕ ਹੋ ਕੇ ਕਰਦੇ ਹੋ, ਤੁਸੀਂ ਵੀ ਭਾਵੁਕ ਹੋ ਕੇ ਕਰਦੇ ਆ। ਨਹੀਂ ਨਹੀਂ, ਇਸ ਤਰ੍ਹਾਂ ਨਹੀਂ ਹੈ। ਭਾਵੁਕਾ ਭਾਵੁਕਤਾ ਦੇ ਵਹਿਣ 'ਚ ਵਹਿ ਜਾਈਦਾ, ਕਰ ਵਹਿ ਜਾਂਦੇ ਨੇ ਲੋਕ, ਅਤੇ ਫਿਰ ਜਦੋਂ ਭਾਵੁਕਤਾ ਦੇ ਵਹਿਣ 'ਚ ਕੋਈ ਕੌਮ ਕੋਈ ਨੇਸ਼ਨ ਵਹਿ ਜਾਂਦੀ ਆ ਅਤੇ ਉਹ ਆਪਣੇ ਫਿਰ ਨਫੇ ਨੁਕਸਾਨ ਨਹੀਂ ਜੇ ਦੇਖਦੀ ਦੁਨੀਆਂ 'ਤੇ। ਉਹ ਕੌਮਾਂ ਹਮੇਸ਼ਾ ਜਿਹੜੀਆਂ ਨੇ ਦੁਨੀਆਂ ਦੇ ਨਕਸ਼ੇ 'ਤੇ ਰਹਿੰਦੀਆਂ ਨੇ, ਜਿਹੜੀਆਂ ਆਪਣੇ ਨਫੇ ਅਤੇ ਨੁਕਸਾਨ ਦੇਖ ਕੇ ਚੱਲਦੀਆਂ ਨੇ, ਅਤੇ ਭਾਵੁਕਤਾ ਦੇ ਵਿੱਚ ਵਹਿਣ 'ਚ ਗਈਆਂ ਕੌਮਾਂ ਜਿਹੜੀਆਂ ਕਈ ਵਾਰ ਨਕਸ਼ੇ ਤੋਂ ਮਿਟ ਜਾਇਆ ਕਰਦੀਆਂ ਹੁੰਦੀਆਂ ਨੇ, ਫਿਰ ਉਹਨਾਂ ਨੂੰ ਸਦੀਆਂ ਲੱਗ ਜਾਇਆ ਕਰਦੀਆਂ ਦੁਬਾਰੇ ਆਉਂਦੀਆਂ ਨੂੰ। ਸੋ ਆਪਾਂ ਭਾਵੁਕ ਨਹੀਂ ਹੋਣਾ, ਆਪਾਂ ਹਮੇਸ਼ਾ ਕੌਮ ਦੇ ਨਫੇ ਅਤੇ ਨੁਕਸਾਨ ਮੂਹਰੇ ਰੱਖ ਕੇ ਆਪਣੇ ਕੌਮੀ ਕੰਮਾਂ ਦੇ ਉੱਤੇ, ਆਪਣੇ ਪੰਜਾਬ ਦੇ ਮਸਲਿਆਂ ਦੇ ਉੱਤੇ ਫੈਸਲੇ ਲੈਣੇ, ਨਾ ਕਿ ਭਾਵੁਕਤਾ ਦੇ ਵਿੱਚ ਆ ਕੇ। ਇਸ ਤਰ੍ਹਾਂ ਦੀ ਜਿਹੜੀ ਸਾਡੀ ਕੌਮ ਆ, ਕਾਫੀ ਸਮੇਂ ਤੋਂ ਰਾਜਨੀਤਿਕ ਜਾਂ ਰਾਜ ਸੀ ਜਿਹੜੀ ਚੇਤਨਤਾ ਆ ਜਾਂ ਉਹ ਗਿਆਨ ਤੋਂ ਥੋੜੇ ਜਿਹੀ ਵਾਂਝੇ ਰਹੇ ਆ, ਸਾਨੂੰ ਗੈਪ ਆ ਉਹਦੇ ਵਿੱਚ, ਇਸ ਕਰਕੇ ਅਸੀਂ ਤਾਂ ਆਪਣੇ ਗੁਰੂ ਵੱਲ ਦੇਖਦੇ ਹਾਂ। ਸੋ ਇਸ ਕਰਕੇ ਸੁਭਾਵਿਕ ਆ, ਇਸ ਕਰਕੇ ਵੀ ਜੇ ਸਾਡੀ ਕੌਮ ਭਾਵਕ ਹੁੰਦੀ ਹੈ ਸੁਭਾਵਿਕ ਆ, ਕਿਉਂਕਿ ਰਾਜਨੀਤਿਕ ਗੈਪ ਬਹੁਤ ਜ਼ਿਆਦਾ ਪੈ ਗਿਆ ਆ, ਮਤਲਬ ਰਾਜਨੀਤਿਕ ਚੇਤਨਤਾ ਨੂੰ ਦੱਸਣ ਦਾ ਸਮਾਂ ਜਿਹੜਾ ਮਿਲਿਆ ਹੀ ਨਹੀਂ। ਹਾਂਜੀ ਹਾਂਜੀ, ਇਸ ਕਰਕੇ ਆ ਵੀ ਮਤਲਬ ਕਈ ਵੇਲੇ ਬੰਦੇ ਸੋਚਦੇ ਹੁੰਦੇ ਵੀ ਸ਼ਾਇਦ ਵੀ ਇਹਨਾਂ ਨੂੰ ਗੱਲ ਉੱਥੇ ਕੀ ਲੈ ਆਉਂਦੇ ਘੁਮਾ ਕੇ, ਹੈ ਨਾ। ਸੋ ਇਸ ਕਰਕੇ ਜੋ ਸਾਡੇ ਕੋਲ ਸਾਡੇ ਨਾਲ ਸਮਝ ਬਣਾਈ ਗਈ ਹੈ ਇਸ ਵੇਲੇ, ਉਹਦੇ ਹਿਸਾਬ ਮੁਤਾਬਕ ਅਸੀਂ ਗੱਲ ਕਰ ਸਕਦੇ ਹਾਂ। ਸੋ ਇਸ ਕਰਕੇ ਲੱਗੇ ਹੋਏ ਹਾਂ। ਸੋ ਰਾਜਨੀਤਿਕ ਚੇਤਨਤਾ ਜਿਹੜੀ ਆ ਉਹ ਵੱਧ ਤੋਂ ਵੱਧ ਸਾਡੀ ਆਉਣ ਵਾਲੀਆਂ ਪੀੜ੍ਹੀਆਂ, ਸਾਡੇ ਹੋਣ ਜਿਹੜੇ ਸਾਡੇ ਨੌਜਵਾਨ ਆ, ਸਾਡੇ ਪੰਜਾਬ ਦੇ ਲੋਕਾਂ ਵਿੱਚ ਵੱਧ ਤੋਂ ਵੱਧ ਮਹਾਰਾਜ ਕਿਰਪਾ ਕਰਨ, ਸਾਰੇ ਚੜ੍ਹਦੀ ਕਲਾ ਹੋਊਗੀ ਜੀ। ਬਿਲਕੁਲ ਜੀ, ਸਤਿਗੁਰ ਦੇ ਪੰਜਾਬ ਵਸਦਾ ਗੁਰਾਂ ਦੇ ਨਾਂ ਦੇ ਉੱਤੇ, ਅਤੇ ਗੁਰੂ ਤੋਂ ਬਿਨਾਂ ਕਿਸੇ ਹੋਰ ਵੱਲ ਦੇਖੀ ਚੱਲੀਏ, ਅਸੀਂ ਲਾਹੌਰ ਦੇ ਤਖ਼ਤ ਵੱਲ ਦੇਖੀ ਚੱਲੀਏ, ਬੇਜਿੰਗ ਦੇ ਤਖ਼ਤ ਵੱਲ ਦੇਖੀ ਚੱਲੀਏ, ਆਲੇ ਦੁਆਲੇ ਹੋਰ ਤਖ਼ਤਾਂ ਵੱਲ ਦੇਖੀ ਚੱਲੀਏ, ਤਾਂ ਮੂਰਖਤਾ ਹੀ ਹੋਵੇਗੀ ਨਹੀਂ। ਜਦੋਂ ਆਪਣਾ ਅਕਾਲ ਤਖ਼ਤ ਹੈ, ਗੁਰੂ ਦਾ ਸਾਜਿਆ ਹੋਇਆ, ਅਤੇ ਫਿਰ ਆਲੇ ਦੁਆਲੇ ਤੁਸੀਂ ਮੱਥਾ ਮਾਰੋ, ਸੋ ਕੋਈ ਮਤਲਬ ਜਾਂ ਨਹੀਂ ਬਣਦਾ। ਸੋ ਜਿਹੜੀ ਮੈਂ ਗੱਲ ਕੀਤੀ ਸੀ ਵੀ ਕਈ ਵਾਰੀ ਕੌਮ ਭਾਵੁਕ ਹੋ ਜਾਂਦੀ ਆ ਅਤੇ ਭਾਵੁਕਤਾ ਦੇ ਵਹਿਣ 'ਚ ਵਹਿੰਦਿਆਂ ਉਹ ਸਾਰਾ ਕੁਛ ਭੁੱਲ ਜਾਂਦੀ ਆ, ਅਤੇ ਫਿਰ ਜਿਹੜੀਆਂ ਨੇਸ਼ਨਸ ਨੂੰ ਜਦੋਂ ਪਤਾ ਹੋਵੇ ਵੀ ਇਹਨਾਂ ਦੇ ਜਿਹੜਾ ਕਮਜ਼ੋਰੀ ਕਿੱਥੇ ਗਾ, ਜਾਂ ਇਹਨਾਂ ਦੇ ਲੂਜ਼ ਪੁਆਇੰਟ ਵੀਕਨ ਪੁਆਇੰਟ ਜਦੋਂ ਪਤਾ ਹੋਵੇ, ਤਾਂ ਫਿਰ ਹਮੇਸ਼ਾ ਹੀ ਜਿਹੜੇ ਦੂਸਰੇ ਜਿਹੜੀਆਂ ਦੂਸਰੇ ਖਿੱਤੇ ਦੇ ਲੋਕ ਹੁੰਦੇ ਨੇ ਉਹ ਹਮੇਸ਼ਾ ਹੀ ਉਸ ਨੂੰ ਜਿਹੜਾ ਟਾਰਗੇਟ ਕਰਦੇ ਨੇ, ਜਿਹੜੀ ਚੀਜ਼ ਭਾਵੁਕਤਾ ਜਿਹੜਾ ਪਾਸਾ ਕਮਜ਼ੋਰ ਹੋਵੇ ਉਸ ਨੂੰ ਉਹ ਟਾਰਗੇਟ ਕਰਦੇ ਨੇ ਵੀ ਇਸ ਤਰੀਕੇ ਦੇ ਇੱਥੋਂ ਜੇ ਅਸੀਂ ਕੰਪੇਨ ਚਲਾਈਏ, ਇਸ ਪਾਰਟ ਨੂੰ ਟੱਚ ਕਰੀਏ। ਜਦੋਂ ਮਿਲਟਰੀ ਦੀ ਵੀ ਗੱਲ ਕਰਦੇ ਹਾਂ, ਹਾਂਜੀ, ਮਿਲਟਰੀ ਓਪਰੇਸ਼ਨ ਵੀ ਹੁੰਦੇ ਨੇ, ਉਹ ਵੀ ਇਸ ਤਰੀਕੇ ਨਾਲ ਕੰਮ ਕਰਦੇ ਨੇ ਵੀ ਜਿਹਦੇ 'ਤੇ ਉਹ ਹਮਲਾ ਕਰਦਾ ਕਰਨਾ ਹੁੰਦਾ ਉਹ ਦੇਖਦੇ ਆ ਵੀ ਇਸ ਦਾ ਵੀਕ ਪੁਆਇੰਟ ਕਿਹੜਾ, ਹਾਂਜੀ, ਕਿਹੜਾ ਪਾਸਾ ਵੀਕ ਪੁਆਇੰਟ ਆ, ਫਿਰ ਉਹ ਉੱਥੋਂ ਹਮਲਾ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਇੱਥੋਂ ਅੰਦਰ ਵੜਿਆ ਜਾ ਸਕਦਾ, ਇਹ ਵੀਕ ਪੁਆਇੰਟ ਆ। ਸੋ ਉਹ ਮਿਲਟਰੀ ਦੇ ਪੱਖੋਂ ਸੀ, ਪਰ ਕਈ ਕੌਮਾਂ ਜਿਹੜੀਆਂ ਨੇ ਉਹ ਆਪਣੇ ਸੁਭਾਅ ਪੱਖੋਂ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਹੁੰਦੀਆਂ ਨੇ, ਹਾਂਜੀ, ਸੁਭਾਅ ਪੱਖੋਂ। ਫਿਰ ਜਿਹੜੇ ਦੂਸਰੇ ਖਿੱਤੇ ਦੇ ਲੋਕ ਹੁੰਦੇ ਨੇ ਜਿਹੜੇ ਕਾਬਜ ਹੋਣਾ ਚਾਹੁੰਦੇ ਨੇ ਜਾਂ ਜਜ਼ਬ ਕਰਨਾ ਚਾਹੁੰਦੇ ਹੋਣ ਕਿਸੇ ਵੀ ਕੌਮ ਨੂੰ, ਅਤੇ ਫਿਰ ਉਹ ਵੀਕਨ ਪੁਆਇੰਟ ਸੁਭਾਅ ਲੋਕਾਂ ਦਾ ਜਿਹੜਾ ਹੁੰਦਾ ਉਸ ਨੂੰ ਪਿੱਕ ਕਰਦੇ ਨੇ ਅਤੇ ਉੱਧਰੋਂ ਫਿਰ ਉਹ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਇੱਧਰੋਂ ਅੰਦਰ ਵੜਿਆ ਜਾ ਸਕਦਾ, ਆਹ ਪਾਰਟ ਜਿਹੜਾ ਆ ਜਿਹੜਾ ਵੀਕ ਪੁਆਇੰਟ ਆ।
ਨਹੀਂ ਹਾਂ ਜੀ ਇਸ ਤਰ੍ਹਾਂ ਹੁੰਦਾ ਵੀ ਜਿਹੜਾ ਹੁਣ ਇੱਕ ਬੱਚਾ ਹੋਵੇ ਨਾ ਤੇ ਜੇ ਉਹ ਕੰਧ ਦੇ ਉੱਪਰ ਜਾਂ ਕੋਲੇ ਦੇ ਨਾਲ ਕੋਈ ਮੂਰਤ ਬਣਾ ਦਿੰਦਾ ਤੇ ਕੁਛ ਵੀ ਉਹ ਆਪਣੀ ਸਮਝ ਮੁਤਾਬਕ ਉਹ ਬਣਾ ਦਿੰਦਾ ਤੇ ਉਹ ਕਹਿੰਦਾ ਵੀ ਇਹ ਜਿਹੜਾ ਬਣਾਇਆ ਬਹੁਤ ਸੋਹਣਾ ਆ ਸੋ ਜਿੰਨੀ ਜਿੰਨੀ ਜਿਹਨੂੰ ਸਮਝ ਹੁੰਦੀ ਆ ਉਹਦੇ ਮੁਤਾਬਕ ਉਹਨੇ ਜੋ ਉਹ ਉਹਦੇ ਜਿਹੜੇ ਵਿਚਾਰ ਹੁੰਦੇ ਆ ਉਹ ਪ੍ਰਗਟਾਵਾ ਹੁੰਦਾ ਆ ਉਹਦੇ ਮੁਤਾਬਕ ਉਹ ਸੋਹਣਾ ਹੁੰਦਾ ਆ ਸੋ ਇਸ ਕਰਕੇ ਸਾਡੇ ਨਾਲ ਹੁਣ ਜਦੋਂ ਪੰਜਾਬ ਜਿਹੜਾ ਗੁਲਾਮ ਰਿਹਾ ਇੰਨੇ ਸਮੇਂ ਤੋਂ ਗੁਲਾਮੀ ਅਸੀਂ ਹੰਢਾ ਰਹੇ ਹਾਂ ਸੋ ਇਸ ਕਰਕੇ ਕਿਤੇ ਨਾ ਕਿਤੇ ਹੋ ਜਾਂਦਾ ਵੀ ਸਾਡੇ ਅੰਦਰ ਉਹ ਜਿਹੜੀਆਂ ਗੱਲਾਂ ਆ ਜਿਹੜੀ ਰਾਜਨੀਤਿਕ ਚੇਤਨਾ ਦਾ ਘੱਟ ਹੋਣ ਕਰਕੇ ਅਸੀਂ ਜਿਹੜੀ ਆਪਣੀ ਗੱਲ ਨੂੰ ਸਹੀ ਤਰੀਕੇ ਨਾਲ ਨਹੀਂ ਰੱਖ ਸਕਦੇ ਸੋ ਕੌਮ ਦੇ ਵਿੱਚ ਬਹੁਤ ਵੱਡੇ ਜਿਹੜੇ ਆ ਚਿੰਤਕ ਹੈਗੇ ਆ ਬੁੱਧੀਜੀਵੀ ਹੈਗੇ ਆ ਜਿਹੜੇ ਆ ਬੜੀ ਬੇਬਾਕੀ ਨਾਲ ਆਪਣੀ ਗੱਲ ਰੱਖ ਸਕਦੇ ਆ ਆਪਣੀ ਕੌਮ ਦੇ ਅੱਗੇ ਕਾਫੀ ਕੁਛ ਰੱਖ ਸਕਦੇ ਆ ਗੱਲ ਤਾਂ ਹੁਣ ਹੈਗੇ ਵੀ ਸਿੰਘ ਅੱਗੇ ਆਉਣ ਸਿੰਘ ਅੱਗੇ ਆਉਣ ਬੇਬਾਕੀ ਨਾਲ ਗੱਲ ਕਰਨ ਫਿਰ ਹੀ ਜਿਹੜਾ ਉਹ ਗਿਆਨ ਆ ਉਹ ਜਿਹੜਾ ਕਿਸੇ ਅਰਥ ਆ ਸਕਦਾ ਆ ਸੋ ਇਸ ਕਰਕੇ ਅਸੀਂ ਤਾਂ ਉਨੀ ਕੀ ਗੱਲ ਕਰ ਸਕਦੇ ਜਿੰਨੀ ਕਿ ਸਾਨੂੰ ਚਲੋ ਕੋਈ ਨਹੀਂ ਇਹ ਤਾਂ ਗੱਲਾਂ ਨੇ ਚਲੋ ਇਹ ਚੱਲਦੀਆਂ ਰਹਿੰਦੀਆਂ ਨੇ ਜਦੋਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰੀ ਦੀ ਹੈ ਕਿਸੇ ਮਸਲੇ ਨੂੰ ਲੈ ਕੇ ਆਪਾਂ ਅੱਗੇ ਵਧੀਦਾ ਹੁੰਦਾ ਤੇ ਫਿਰ ਆਪਾਂ ਫਿਰ ਕੌਮਾਂਤਰੀ ਪੱਧਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਪਿੱਕ ਕਰੀ ਦੀਆਂ ਹੁੰਦੀਆਂ ਹਾਂਜੀ ਅੱਜ ਖਾਲਸੇ ਦਾ ਸਾਜਨਾ ਦਿਹਾੜਾ ਜਿਹੜਾ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਇਹ ਪੂਰਾ ਅਪ੍ਰੈਲ ਦਾ ਮਹੀਨਾ ਹੀ ਮਨਾਇਆ ਜਾਣਾ ਆ ਹਾਂਜੀ ਵੱਖ ਵੱਖ ਜਗ੍ਹਾ 'ਚ ਪਿੰਡਾਂ 'ਚ ਸ਼ਹਿਰਾਂ 'ਚ ਦੇਸ਼ਾਂ ਦੇ ਵਿੱਚ ਖਾਲਸੇ ਦੇ ਸਾਜਨਾ ਦਿਹਾੜੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪੰਜ ਨਿਸ਼ਾਨਾਂ ਦੀ ਅਗਵਾਈ ਦੇ ਵਿੱਚ ਹਾਂਜੀ ਪਿਆਰੇ ਅਤੇ ਨਿਸ਼ਾਨ ਹਾਂਜੀ ਬੜਾ ਕੁਛ ਕਹਿੰਦੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਨੇ ਖਾਲਸੇ ਨੇ ਆਪਣੇ ਸਾਜਨਾ ਦਿਹਾੜੇ ਮੌਕੇ ਨਗਰ ਕੀਰਤਨ ਜਿਹੜੇ ਨੇ ਨਿਕਲਦੇ ਪਏ ਨੇ ਤੇ ਅੱਗੇ ਅਪ੍ਰੈਲ ਦੇ ਮਹੀਨੇ ਤੱਕ ਕੱਢਣੇ ਨੇ ਤੇ ਆਪਾਂ ਪਹਿਲਾਂ ਵੀ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਕਿਹਾ ਸੀ ਜ਼ੋਰ ਦੇ ਕੇ ਵੀ ਇਹਨੂੰ ਵਿਸਾਖੀ ਨਾ ਪ੍ਰਮੋਟ ਕਰੀਏ ਇਹਨੂੰ ਕਿਉਂਕਿ ਵਿਸਾਖੀ ਤੋਂ ਕਿਤੇ ਜ਼ਿਆਦਾ ਇੰਪੋਰਟੈਂਟ ਡੇ ਆ ਖਾਲਸਾ ਸਾਜਨਾ ਦਿਹਾੜਾ ਜਿਸ ਦਿਨ ਕੌਮ ਸਾਂਝੀ ਗਈ ਸੀ ਹਾਂਜੀ ਸੋ ਆਪਾਂ ਇਸ ਨੂੰ ਹਮੇਸ਼ਾ ਹੀ ਖਾਲਸਾ ਸਾਜਨਾ ਦਿਹਾੜੇ ਕਹਿ ਕੇ ਹੀ ਜਿਹੜਾ ਪ੍ਰਮੋਟ ਕਰਿਆ ਕਰੀਏ ਬੋਲਿਆ ਕਰੀਏ ਤਾਂ ਕਿ ਇਹ ਸਾਡਾ ਦਿਹਾੜਾ ਦੁਨੀਆ ਦੇ ਵਿੱਚ ਇਸ ਦੀ ਵਿਲੱਖਣਤਾ ਨਿਕਲ ਕੇ ਸਾਹਮਣੇ ਆਵੇ ਹਾਂਜੀ ਹਾਂਜੀ ਸੋ ਆਪਾਂ ਖਬਰਾਂ ਵੱਲ ਵੱਧਦੇ ਹਾਂ ਜੀ ਪਹਿਲੀ ਖਬਰ ਵੱਲ ਜਾਂਦੇ ਹਾਂ ਸਾਡੀ ਟੈਕ ਟੀਮ ਜਿਹੜੀ ਆ ਉਸ ਨੂੰ ਬੇਨਤੀ ਆ ਤੁਸੀਂ ਲਾ ਦਿਓ ਪੰਜਾਬ ਕਹਿਤਾ ਜੀ ਭਾਰਤ ਦੇ ਸੋਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਟਵੀਟ ਮਾਰਿਆ ਅਤੇ ਉਹਨਾਂ ਨੇ ਟਵੀਟ ਮਾਰ ਕੇ ਬੈਸਟ ਵਿਸ਼ਿਜ਼ ਔਨ ਦ ਸਪੈਸ਼ਲ ਓਕੇਜਨ ਆਫ ਵਿਸਾਖੀ ਸੋ ਉਹਨਾਂ ਨੇ ਵਿਸਾਖੀ ਦੀਆਂ ਕੌਮ ਨੂੰ ਵਧਾਈਆਂ ਦਿੱਤੀਆਂ ਨੇ ਅਤੇ ਨਾਲ ਦੀ ਨਾਲ ਉਹਨਾਂ ਨੇ ਪੰਜਾਬੀ ਦੇ ਵਿੱਚ ਲਿਖਿਆ ਵੀ ਆ ਮੈਂ ਪੜ੍ਹ ਕੇ ਸੁਣਾ ਦੇਣਾ ਫਿਰ ਤੁਹਾਡੇ ਕਾਮੈਂਟ ਵੀ ਲਊਂਗਾ ਮੈਂ ਉਹਦੇ 'ਤੇ ਸ਼੍ਰੀ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਭਾਰਤ ਉਹ ਲਿਖਦੇ ਨੇ ਉਹ ਕਹਿੰਦੇ ਨੇ ਵੀ ਸਭ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਮੈਂ ਅਰਦਾਸ ਕਰਦਾ ਹਾਂ ਕਿ ਇਹ ਤਿਉਹਾਰ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਅਤੇ ਤੰਦਰੁਸਤੀ ਸਫਲਤਾ ਅਤੇ ਚੜ੍ਹਦੀ ਕਲਾ ਲੈ ਕੇ ਆਵੇ ਸੋ ਉਹਨਾਂ ਨੇ ਗੱਲ ਕਹੀ ਹੈ ਜੀ ਇਹ ਤਿਉਹਾਰ ਜਿਹੜਾ ਆ ਚੜ੍ਹਦੀ ਕਲਾ ਲੈ ਕੇ ਆਵੇ ਸੋ ਤੁਸੀਂ ਚੜ੍ਹਦੀ ਕਲਾ ਦੀ ਤੁਹਾਡੀ ਉਹਨਾਂ ਨੇ ਵੈਲ ਵਿਸ਼ਿਜ਼ ਮੰਗੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਾਡੇ ਕੋਲ ਸਾਰਾ ਕੁਝ ਤਾਂ ਉਹ ਲਈ ਜਾਂਦੇ ਆ ਜ਼ਮੀਨਾਂ ਨੂੰ ਪਹਿਲਾਂ ਪੈ ਗਏ ਹੁਣ ਚੰਡੀਗੜ੍ਹ ਤਾਂ ਚੁੱਪ ਚਪੀਤੇ ਲੈ ਗਏ ਆ ਤੇ ਇਸ ਕਰਕੇ ਚੜ੍ਹਦੀ ਕਲਾ ਤਾਂ ਹੁਣ ਉਹਨਾਂ ਨੂੰ ਪਤਾ ਕਰਨਾ ਪੈਣਾ ਵੀ ਕਿਹੜੇ ਹਿਸਾਬ ਨਾਲ ਕਹਿੰਦੇ ਪੰਜਾਬ ਦੀ ਚੜ੍ਹਦੀ ਕਲਾ ਨਰਿੰਦਰ ਮੋਦੀ ਜੀ ਨੇ ਜਿਹੜੀਆਂ ਵਧਾਈਆਂ ਦਿੱਤੀਆਂ ਨੇ ਇਹਨਾਂ ਨੇ ਖਾਸ ਕਰ ਦਿੱਤੀਆਂ ਨੇ ਨਰਿੰਦਰ ਮੋਦੀ ਨਾਲ ਇਹਨਾਂ ਨੇ ਤਸਵੀਰ ਦਰਬਾਰ ਸਾਹਿਬ ਦਾ ਲਾਈ ਆ ਤੇ ਖਾਲਸੇ ਪ੍ਰਗਟ ਦਿਹਾੜਾ ਸੰਬੰਧ ਜਿਹੜਾ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਆ ਤੋ ਜਿਹੜੇ ਇੱਥੇ ਤਖ਼ਤ ਸ਼ਬਦ ਆ ਜਾਂਦਾ ਉਹਨੂੰ ਉਹਨਾਂ ਨੇ ਉੱਥੇ ਉਸ ਵੇਲੇ ਉਹਨੂੰ ਕੱਟ ਕਰਨਾ ਸੋ ਇਸ ਕਰਕੇ ਤੁਹਾਨੂੰ ਧਾਰਮਿਕ ਹੀ ਬਣਾਉਣਾ ਆ ਉਹਨਾਂ ਨੇ ਤੁਹਾਨੂੰ ਤਖ਼ਤ ਵਾਲੇ ਪਾਸੇ ਨਹੀਂ ਲਿਜਾਣਾ ਸੋ ਇਹਦੇ ਵਿੱਚ ਕਾਫੀ ਕੁਛ ਜਿਹੜਾ ਇਹਨਾਂ ਨੇ ਖਲਾਰਾ ਪਾ ਦਿੱਤਾ ਹੈ ਮੈਨੂੰ ਲੱਗਦਾ ਜੇ ਇਹਦੇ 'ਤੇ ਸਾਰਾ ਦਿਹਾੜੀ ਲੰਘ ਜਾਵੇ ਮੈਨੂੰ ਲੱਗਦਾ ਗੱਲਾਂ ਕਰਦੇ ਨੇ ਸੋ ਇਹਨਾਂ ਨੇ ਜਿਹੜੀ ਪਹਿਲੀ ਗੱਲ ਕਹੀ ਆ ਵੀ ਚੜ੍ਹਦੀ ਕਲਾ ਹੋਵੇ ਤੇ ਚੜ੍ਹਦੀ ਕਲਾ ਹੋਣੀ ਕਾਹਦੇ ਨਾਲ ਆ ਮੋਦੀ ਸਾਹਿਬ ਇਹ ਪੁੱਛਦੇ ਪਏ ਨੇ ਇਹ ਕਹਿੰਦੇ ਨੇ ਵੀ ਪਾਣੀ ਸਾਡਾ ਲੈ ਗਏ ਹੋ ਚੰਡੀਗੜ੍ਹ ਸਾਡੀ ਲੈ ਗਏ ਹੋ ਜ਼ਮੀਨਾਂ ਅੰਬਾਨੀ ਅੰਬਾਨੀ ਦੇ ਮੂਹਰੇ ਅਸੀਂ ਫਿਰ ਪੰਜਾਬ ਦੇ ਕਿਸਾਨਾਂ ਨੇ ਗੋਡੇ ਟੇਕ ਦਿੱਤੇ ਨੇ ਜਿਹੜਾ ਜਿਸ ਦੀ ਖਾਤਰ 800 ਬੰਦਾ ਬਾਰਡਰਾਂ 'ਤੇ ਮਰਿਆ ਚੜ੍ਹਦੀ ਕਲਾ ਹੋਵੇ ਕਾਹਦੇ ਨਾਲ ਹਾਂਜੀ ਅਤੇ ਦੂਜੀ ਗੱਲ ਇਹਨਾਂ ਨੇ ਕਹੀ ਆ ਵੀ ਫੋਟੋ ਲਾਈ ਆ ਦਰਬਾਰ ਸਾਹਿਬ ਦੀ ਅਤੇ ਤਖ਼ਤ ਤਾਂ ਕੇਸਗੜ੍ਹ ਸਾਹਿਬ ਜਿੱਥੇ ਖਾਲਸੇ ਦਾ ਸਾਜਨਾ ਦਿਹਾੜਾ ਸੀ ਫੋਟੋ ਤਖ਼ਤ ਕੇਸਗੜ੍ਹ ਸਾਹਿਬ ਦੀ ਲੱਗਣੀ ਚਾਹੀਦੀ ਸੀ ਅਤੇ ਉਹਨਾਂ ਨੇ ਕਿਹਾ ਜੀ ਤਖ਼ਤ ਦੀ ਫੋਟੋ ਨਹੀਂ ਇਹ ਲੱਗੀ ਹਾਂਜੀ ਕਿਉਂਕਿ ਤਖ਼ਤ ਜਿਹੜਾ ਆ ਉਹ ਰਾਜਾਂ ਵਾਲਿਆਂ ਦਾ ਤਖ਼ਤ ਹੁੰਦਾ ਹਾਂਜੀ ਜਿਹਦੇ ਕੋਲ ਰਾਜ ਹੁੰਦਾ ਉਹਦੇ ਕੋਲ ਤਖ਼ਤ ਹੁੰਦਾ ਅਤੇ ਤੁਸੀਂ ਤਖ਼ਤ ਦੀ ਫੋਟੋ ਨਹੀਂ ਲਾਈ ਜਸਵੰਤ ਸਿੰਘ ਜਿਹੜੇ ਤੁਹਾਡੇ ਨਾਲ ਨਾਰਾਜ਼ ਨੇ ਨਰਿੰਦਰ ਮੋਦੀ ਜੀ ਸੋ ਕਹਿੰਦੇ ਜੀ ਤਖ਼ਤ ਲੱਗਣਾ ਚਾਹੀਦਾ ਸੀ ਕਿਉਂਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਉੱਤੇ ਖਾਲਸੇ ਦਾ ਸਾਜਨਾ ਦਿਹਾੜਾ ਮਨਾਇਆ ਗਿਆ ਦਰਬਾਰ ਸਾਹਿਬ ਦੇ ਉੱਤੇ ਖਾਲਸੇ ਦੇ ਸਾਜਨਾ ਦਿਹਾੜਾ ਜਿਹੜਾ ਨਹੀਂ ਮਨਾਇਆ ਗਿਆ ਸੋ ਇਹਨਾਂ ਨੇ ਤੁਹਾਡੇ ਇਸ ਟਵੀਟ ਦੇ ਉੱਤੇ ਇਤਰਾਜ਼ ਜਤਾਇਆ ਤੇ ਨਾਲੇ ਕਿਹਾ ਵੀ ਚੜ੍ਹਦੀ ਕਲਾ ਹੋਵੇ ਕਾਹਦੇ ਨਾਲ ਖਾਲੀ ਅੱਛਾ ਮਤਲਬ ਤੁਸੀਂ ਤੁਹਾਨੂੰ ਹੋਰ ਕੀ ਲੱਗਦਾ ਵੀ ਤੁਹਾਡੇ ਕੋਲ ਹੋਰ ਕੀ ਖੋਇਆ ਗਿਆ ਜਿਹੜੀ ਤੁਸੀਂ ਇਸ ਦੇ ਉੱਤੇ ਨਾਰਾਜ਼ਗੀ ਪ੍ਰਗਟ ਕਰ ਰਹੇ ਹੋ ਦੇਖੋ ਜੀ ਸਾਡੇ ਕੋਲ ਲੈ ਬਚਿਆ ਵੀ ਹੁਣ ਸਾਡੇ ਕੋਲ ਕੀ ਆ ਹਨਾ ਤਾਂ ਜੇ ਹੁਣ ਨਹੀਂ ਬਹੁਤ ਕੁਝ ਬਚਿਆ ਪਿਆ ਇਦਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਦੇਖੋ ਜੀ ਉਹ ਜਿੱਦਾਂ ਤੁਹਾਡੇ ਕੋਲ ਮੇਰੇ ਖਿਆਲ ਚ
ਟੋਟਲ ਪੰਜਾਬ ਦਾ ਪਾਣੀ ਦਾ ਕੋਈ 28% ਪਾਣੀ ਪਰਸੈਂਟ ਤੁਹਾਡੇ ਕੋਲ ਅਜੇ ਹੈਗਾ ਆ ਜਿਹੜਾ ਤੁਹਾਨੂੰ ਮਿਲਦਾ ਆ? ਨਹੀਂ ਜੀ, ਉਹ ਵੀ ਨਹੀਂ ਮਿਲਦਾ ਹੈਗਾ। ਉਹ ਵੀ ਦੇਖੋ ਜਿਹੜਾ ਰਿਪੇਰੀਅਨ ਲਾਅ ਮੁਤਾਬਕ ਜਿਹੜਾ ਪਾਣੀ ਉਹ 25% ਘੱਟੋ ਘੱਟ ਤੁਹਾਡਾ ਦਰਿਆਈ ਬਹਾਅ ਜਿਹੜਾ ਉਹਨੂੰ ਤੁਸੀਂ ਕੁਦਰਤੀ ਬਹਾਅ ਨੂੰ ਰੋਕ ਨਹੀਂ ਸਕਦੇ, ਪਰ ਉਹ ਵੀ ਨਹੀਂ ਚੱਲ ਰਿਹਾ। ਉਹ ਤਾਂ ਬੁੱਢਾ ਨਾਲੇ ਲੁਧਿਆਣੇ ਵਾਲੇ ਚੱਲ ਰਿਹਾ ਆ, ਅਤੇ ਇਸ ਕਰਕੇ ਜਿਹੜਾ ਲੁਧਿਆਣੇ ਵਾਲੇ ਕਾਰੋਬਾਰੀ ਆਪਣਾ ਕੋਈ ਕੱਪੜੇ ਦਾ ਜਿਹੜਾ ਸਿੱਟ ਦਿੰਦੇ ਆ ਵੇਸਟ, ਹਾਂਜੀ, ਜਾਂ ਫੈਕਟਰੀਆਂ ਦਾ ਵੇਸਟ, ਉਹਦੇ ਨਾਲ ਚੱਲਦਾ। ਹਾਂਜੀ 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 ਬਿਲਕੁਲ। ਸੋ ਤੁਹਾਡੇ ਪਾਣੀ ਇਹਦੇ 'ਤੇ ਤੁਸੀਂ ਹੋਰ ਡਿਸਕ੍ਰਾਈਬ ਕਰੋ ਮਾੜਾ ਮੋਟਾ ਵੀ ਤੁਹਾਡੇ ਨਾਲ ਕੀ ਤੁਹਾਨੂੰ ਲੱਗਦਾ ਵੀ ਇਸ ਟਵੀਟ ਦੇ ਵਿੱਚ ਉਹਨਾਂ ਨੇ ਚੜ੍ਹਦੀ ਕਲਾ ਦੀ ਗੱਲ ਕਹੀ ਆ, ਬੜੇ ਵਧੀਆ ਲਫ਼ਜ਼ ਗਏ ਨੇ ਇਹਨਾਂ ਦੇ, ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਆ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਚੜ੍ਹਦੀ ਕਲਾ ਦੀ ਗੱਲ ਕੀਤੀ? ਨਹੀਂ ਠੀਕ ਆ ਜੀ, ਚਲੋ ਉਹਨਾਂ ਨੇ ਗੱਲ ਕੀਤੀ ਆ, ਪਰ ਅਸੀਂ ਤਾਂ ਆਪਣਾ ਦੇਖਣਾ ਨਾ ਸਾਡਾ ਜਿਹੜਾ ਤੁਸੀਂ ਮਤਲਬ ਭਾਵੁਕਤਾ ਦੇ ਵਹਿਣ 'ਚ ਨਹੀਂ ਬਹਿਣ ਲੱਗੇ? ਨਹੀਂ ਨਹੀਂ, ਭਾਵੁਕਤਾ ਦੇ ਵਹਿਣ 'ਚ ਨਹੀਂ ਬਹਿਣ ਲੱਗੇ ਹੈਗੇ। ਦੇਖੋ ਜਦੋਂ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ ਨਾ, ਅਤੇ ਪਹਿਲਾਂ ਤਾਂ ਹੁਣ ਤਾਂ ਸਾਡੇ ਪਹਿਲਾਂ ਅਸੀਂ ਹੱਕ ਮੰਗੇ ਇਹਨਾਂ ਕੋਲ ਆਪਣੇ, ਪਰ ਉਹ ਸਾਨੂੰ ਇਹਨਾਂ ਨੇ ਪ੍ਰੈਕਟਿਸ ਕੀਤੇ ਨਹੀਂ ਦਿੱਤੇ। ਹੁਣ ਤਾਂ ਸਾਡੇ ਫਰਜ਼ ਬਣ ਗਏ ਨਾ, ਹੁਣ ਤਾਂ ਅਸੀਂ ਆਪਾਂ ਤਾਂ ਸਾਡੇ ਫਰਜ਼ ਅਸੀਂ ਤਾਂ ਲੈਣੇ ਹੀ ਲੈਣੇ ਆ ਨਾ, ਜਿੱਧਰ ਨੂੰ ਮਰਜ਼ੀ ਭੱਜ ਲੈਣ। ਤੇ ਚੜ੍ਹਦੀ ਕਲਾ ਜਿੱਥੇ ਗੱਲ ਕਰਦੇ ਆ, ਹੁਣ ਇਹ ਤਾਂ ਸਾਡੇ ਨਾਲ ਕਲਾ ਪਾ ਕੇ ਬੈਠੇ ਆ। ਸਿਆਣੇ ਕਹਿੰਦੇ ਆ ਵੀ ਕਾਲ ਕੱਟ ਜਾਂਦਾ ਪਰ ਕਲਾ ਨਹੀਂ ਕੱਟਦੀ। ਅੱਛਾ, ਸੋ ਇਸ ਕਰਕੇ ਵੀ ਬੜਾ ਸਮਝਾਓ ਵੀ ਕਾਲ ਕੱਟ ਜਾਂਦਾ ਕਲਾ ਨਹੀਂ ਕੱਟਦੀ ਦਾ ਮਤਲਬ ਕੀ ਆ? ਭਾਵ ਹੁਣ ਕਹਿਣ ਦਾ ਮਤਲਬ ਜਿਹੜਾ ਰੋਜ਼ ਤੁਸੀਂ ਸਾਨੂੰ ਮਤਲਬ ਕਦੀ ਸਾਡੇ ਜ਼ਮੀਨਾਂ ਲੈ ਜਾਂਦੇ ਆ, ਕਦੀ ਸਾਡੇ ਪਾਣੀ ਲੈ ਗਏ, ਸਾਡੇ ਚੰਡੀਗੜ੍ਹ ਲੈ ਗਏ ਆ, ਸਾਡੀ ਨਸਲ ਖੁਸ਼ੀ ਹੋ ਗਈ ਆ। ਸੋ ਇਹ ਸਾਡੇ ਨਾਲ ਅਸੀਂ ਕਲਾ ਹੀ ਪਾ ਕੇ ਬੈਠੇ ਹਾਂ, ਕਲੇਸ਼ ਪਾ ਕੇ ਬੈਠੇ ਹਾਂ ਸਾਡੇ ਨਾਲ, ਠੀਕ ਹੈ ਨਾ। ਜਦੋਂ ਹੁਣ ਆਪਣੇ ਪੰਜਾਬ ਜਦੋਂ ਪਾਕਿਸਤਾਨ ਬਣਨਾ ਸੀਗਾ ਉਸ ਤੋਂ ਪਹਿਲਾਂ, ਤੇ ਸ਼੍ਰੋਮਣੀ ਅਕਾਲੀ ਦਲ ਨੇ, ਚਲੋ ਅੱਜ ਜੋ ਵੀ ਭਾਣਾ ਸ਼੍ਰੋਮਣੀ ਅਕਾਲੀ ਦਲ ਵੱਖਰੀ ਗੱਲ ਆ, ਚਲੋ ਜੋ ਵੀ ਭਾਣਾ ਉਹਨਾਂ ਵਾਪਰ ਰਿਹਾ ਹੁਣ, ਹੈ ਨਾ, ਜੋ ਵੀ ਉਹਨਾਂ ਦੇ ਸਿਚੁਏਸ਼ਨ ਹੈਗੀ ਆ। ਪਰ ਪਹਿਲੇ ਸਮਿਆਂ ਦੇ ਵਿੱਚ ਜਦੋਂ 1943 ਦੇ ਵਿੱਚ ਇਹਨਾਂ ਨੇ ਆਜ਼ਾਦ ਪੰਜਾਬ ਦੀ ਗੱਲ ਕੀਤੀ ਸੀਗੀ ਬਈ ਵੀ ਭਾਰਤ ਵਿੱਚ ਬਹੁ ਗਿਣਤੀ ਹਿੰਦੂਆਂ ਦੀ ਆ, ਤੇ ਇੱਕ ਪਾਸੇ ਮੁਸਲਮਾਨ ਆ, ਬਈ ਜੇ ਮੁਸਲਮਾਨਾਂ ਨੇ ਆਪਣਾ ਰਾਜ ਲੈ ਲੈਣਾ ਆ, ਤੇ ਇੱਕ ਖਿੱਤੇ ਦੇ ਵਿੱਚ ਹਿੰਦੂ ਬਹੁ ਗਿਣਤੀ ਹੋਣੇ, ਜਿਹੜੀ ਤੀਜੀ ਕੌਮ ਆ ਇੱਥੇ ਵੱਸਦੀ ਆ, ਜਿਹੜੇ ਕਿ ਸਿੱਖ ਆ, ਵੀ ਇਹਨਾਂ ਕੋਲ ਰਾਜਸੀ ਤਾਕਤ ਨਹੀਂ ਰਹਿਣੀ, ਤੇ ਇਸ ਕਰਕੇ ਵੀ ਇਹਨਾਂ ਨੂੰ ਜਾਂ ਤਾਂ ਹਿੰਦੂਆਂ ਨੇ ਹਿੰਦੂ ਜਿਹੜੀ ਰਾਜ ਉਹਦਾ ਥੱਲੇ ਰਹਿਣਾ ਪਊਗਾ, ਤੇ ਜੇ ਪਾਕਿਸਤਾਨ ਵਾਲਾ ਆਪਣਾ ਭਵਿੱਖ ਜੇ ਮੁਸਲਮਾਨਾਂ ਦੇ ਵਾਲੇ ਖਿੱਤੇ 'ਚ ਜਾਂਦੇ ਆ, ਤਾਂ ਵੀ ਇਹਨਾਂ ਨੂੰ ਮੁਸਲਮਾਨਾਂ ਦੀ ਜਿਹੜੀ ਆ ਉਹ ਅਧੀਨ ਨਹੀਂ ਕਬੂਲਣੀ ਪੈਂਦੀ ਆ। ਮਤਲਬ ਤੁਹਾਡਾ ਕਹਿਣ ਤੋਂ ਭਾਵ ਵੀ 1943 ਦੇ ਵਿੱਚ ਜਿਹੜੀਆਂ ਸਿੱਖ ਜਮਾਤਾਂ ਸੀਗੀਆਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜੇ ਅਸੀਂ ਆਪਣਾ ਭਵਿੱਖ ਭਾਰਤ ਨਾਲ ਜੋੜਦੇ ਹਾਂ, ਹਾਂਜੀ, ਤਾਂ ਸਾਨੂੰ ਬਹੁ ਗਿਣਤੀ ਹਿੰਦੂਆਂ ਦੇ ਥੱਲੇ ਰਹਿਣਾ ਪੈਣਾ। ਹਾਂਜੀ, ਜੇ ਅਸੀਂ ਆਪਣਾ ਭਵਿੱਖ ਮੁਸਲਮਾਨਾਂ ਨਾਲ ਪਾਕਿਸਤਾਨ ਨਾਲ ਜੋੜਦੇ ਹਾਂ, ਹਾਂਜੀ, ਸਾਨੂੰ ਫਿਰ ਬਹੁ ਗਿਣਤੀ ਮੁਸਲਮਾਨਾਂ ਦੇ ਥੱਲੇ ਰਹਿਣਾ ਪੈਣਾ। ਹਾਂਜੀ, ਤਾਂ ਇਸ ਕਰਕੇ ਉਦੋਂ ਵੀ ਇਹ ਸ਼੍ਰੋਮਣੀ ਅਕਾਲੀ ਦਲ ਨੇ ਆਜ਼ਾਦ ਪੰਜਾਬ ਦੀ ਇੱਕ ਸਕੀਮ ਲਿਆਂਦੀ ਸੀਗੀ, ਸੋ ਇਸ ਕਰਕੇ, ਪਰ ਉਹ ਨਹੀਂ ਕਾਮਯਾਬ ਹੋਏ। ਉਹਦਾ ਮਸਲਾ ਇਹ ਸੀਗਾ ਵੀ ਅਸੀਂ ਹੁਣ ਜਿੱਦਾਂ ਹੁਣ ਸਾਨੂੰ ਇਹ ਵਧਾਈਆਂ ਦੇ ਰਹੇ ਆ, ਤੇ ਜੇ ਸਾਡਾ ਆਪਣਾ ਖਿੱਤਾ ਹੁੰਦਾ, ਸਾਡੇ ਕੋਲ ਕੌਮ ਕੋ ਆਪਣਾ ਘਰ ਹੁੰਦਾ, ਤੁਹਾਡਾ ਪ੍ਰਧਾਨ ਮੰਤਰੀ ਉੱਥੇ ਸ਼ਮੂਲੀਅਤ ਕਰਦਾ, ਜਾ ਕੇ ਕੌਮ ਨੂੰ ਸੰਬੋਧਨ ਕਰਦਾ, ਉਹ ਇੱਕ ਵੱਖਰੀ ਚੜ੍ਹਦੀ ਕਲਾ ਵਾਲੀ ਗੱਲ ਹੋਣੀ ਸੀ। ਇਹ ਹੁਣ ਦੂਜੇ ਨੇ ਵਧਾਈਆਂ ਲੈ ਲੈ ਕੇ ਹੁਣ ਅਸੀਂ ਕੀ ਕਰੀਏ? ਮਤਲਬ ਜੀ ਇਹ ਜਿਹੜੇ ਨੇ ਇਹ ਭਾਵੁਕਤਾ ਦੇ ਵਹਿਣ 'ਚ ਨਹੀਂ ਵਹਿ ਰਹੇ, ਜਸਵੰਤ ਸਿੰਘ ਜਿਹੜੇ ਨੇ, ਭਾਵੇਂ ਨਰਿੰਦਰ ਮੋਦੀ ਜੀ ਨੇ ਬੜੀ ਟਰਾਈ ਕੀਤੀ ਹੈ ਵੀ ਮੈਂ ਭਾਵੁਕਤਾ ਦੇ ਵਹਿਣ ਦੇ ਵਿੱਚ ਇਹਨਾਂ ਨੂੰ ਵਹਾ ਦਿਆਂ ਕਿਉਂਕਿ ਕੌਮ ਬੜੀ ਭਾਵੁਕ ਹੋ ਜਾਂਦੀ ਆ, ਪਰ ਇਹ ਕਹਿੰਦੇ ਜੀ ਅਸੀਂ ਇਸ ਭਾਵੇਂ ਤੁਸੀਂ ਪੰਜਾਬੀ ਲਿਖ ਕੇ ਟਵੀਟ ਮਾਰਿਆ ਚੜ੍ਹਦੀ ਕਲਾ ਬੜੇ ਲਫ਼ਜ਼ ਵਧੀਆ ਲਿਖੇ ਨੇ, ਪਰ ਅਸੀਂ ਜਿਹੜਾ ਆ ਇਹ ਬਾਈ ਨਹੀਂ ਕਰਨਾ ਤੁਹਾਡਾ ਨਰੇਟਿਵ। ਦੇਖੋ ਜੀ ਜਦੋਂ ਆਪਣੀਆਂ ਆਪਣੇ ਸਿੱਖ ਮਿਸਲਾਂ ਵੀ ਸੀਗੀਆਂ ਨਾ, ਜਦੋਂ ਆਪਾਂ ਪਿੱਛੇ ਵੀ ਪ੍ਰੋਗਰਾਮਾਂ 'ਚ ਸਿੰਘ ਆਪਣੇ ਸੰਗਤ 'ਚੋਂ ਆਇਆ ਸੀ, ਖਾਲਸੇ ਦੇ ਬੋਲਬਾਲਿਆਂ ਉੱਪਰ ਗੱਲ ਵੀ ਹੋਈ ਸੀ, ਜਿਹੜੇ ਬੋਲਬਾਲੇ ਬਣੇ ਸੀਗੇ ਨਾ, ਉਹਨਾਂ ਜਿਹੜੀਆਂ ਮੁਗਲਾਂ ਦੀਆਂ ਉਸ ਸਮੇਂ ਦੀ ਜਿਹੜੀ ਹਕੂਮਤ ਸੀਗੀ, ਉਹਨਾਂ ਦੀਆਂ ਜਿਹੜੀਆਂ ਵੱਡੀਆਂ ਚੀਜ਼ਾਂ ਸੀ ਉਹਨਾਂ ਨੂੰ ਘਟਾ ਕੇ ਉਹ ਪੇਸ਼ ਕਰਦੇ ਸੀ ਵੀ ਅਸੀਂ ਇਹਨਾਂ ਦੇ ਇਹਨਾਂ ਤੋਂ ਨਹੀਂ ਕੁਛ ਵੀ ਲੈਣਾ ਹੈਗਾ। ਮਤਲਬ ਜੇ ਆਪਣੇ ਕੋਲ ਇੱਕ ਸਿੰਘ ਸੀ ਤਾਂ ਉਹਨੂੰ 1.25 ਲੱਖ ਫੌਜ ਕਰਕੇ, ਤੇ ਜਿਹੜਾ ਉਹ ਮੁਗਲ ਸੀਗੇ ਵਧਾ ਕੇ ਦੱਸਣਾ, ਇਸ ਕਰਕੇ ਵੀ ਸਾਡੇ ਅੰਦਰ ਚੜ੍ਹਦੀ ਕਲਾ ਰਵੇ, ਇਹਨਾਂ ਦੀਆਂ ਇਹ ਸਾਨੂੰ ਜਿੰਨੀਆਂ ਮਰਜ਼ੀ ਚੜ੍ਹਦੀ ਕਲਾ ਵਾਲੀਆਂ ਗੱਲਾਂ ਕਹੀ ਜਾਣ, ਅਸੀਂ ਇਹਨਾਂ ਦਾ ਕੁਛ ਵੀ ਦੂਜਾ ਅਪਣਾ ਨਹੀਂ ਸਕਦੇ ਹੈਗੇ, ਕਿਉਂਕਿ ਇਹਨਾਂ ਨੇ ਸਾਨੂੰ ਕਮਜ਼ੋਰ ਬਣਾਉਣਾ ਇਹਨਾਂ ਚੀਜ਼ਾਂ ਨੇ। ਅੱਛਾ, ਇੱਕ ਗੱਲ ਹੋਰ ਤੁਸੀਂ ਜਿਹੜੀ ਕੀਤੀ ਹੈ ਵੀ ਨਿਹੰਗਾਂ ਦੇ ਬੋਲੇ ਦੇ ਵਿੱਚ ਜਿਹੜੀ ਉਹ ਗੱਲਬਾਤ ਸੀਗੀ, ਉਹਦਾ ਕਾਰਨ ਸੀਗਾ ਵੀ ਉਹ ਆਪਣੇ ਆਪ ਨੂੰ ਸੁਪਰੀਮ ਰੱਖਦੇ ਸੀ। ਸੁਪਰੀਮ ਰੱਖਦੇ ਸੀ, ਹਾਂ ਤੁਸੀਂ ਸਹੀ ਵਿਸ਼ਲੇਸ਼ਣ ਕਰ ਰਹੇ। ਹਾਂਜੀ, ਵੀ ਉਹ ਸੁਪਰੀਮ ਰੱਖਦੇ ਸੀਗੇ, ਉਹ ਨਹੀਂ ਸੀ ਕੇਅਰ ਕਰਦੇ ਮੁਗਲਾਂ ਦੀ ਵੀ ਉਹ ਕਿੰਨੇ ਕਨੇ, ਉਹ ਕਹਿੰਦੇ ਸੀ ਅਸੀਂ ਸੁਪਰੀਮ ਆ। ਹਾਂਜੀ ਹਾਂਜੀ ਬਿਲਕੁਲ, ਤੇ ਜਿੱਦਾਂ ਉਹਨਾਂ ਦੇ ਬੋਲ ਬਾਲੇ ਸੀ ਵੀ 1.25 ਲੱਖ ਕਹਿ ਦਿੰਦੇ ਆ। ਹਾਂਜੀ ਹਾਂਜੀ, ਜੇ ਹੁਣ ਮੁਗਲਾਂ ਦਾ ਜਿਹੜਾ ਸੂਬੇਦਾਰ ਸੀਗਾ ਤਾਂ ਇਹਨਾਂ ਨੇ ਨਾਂ ਰੱਖਿਆ ਖੋਤੇ ਨੂੰ ਸੂਬੇਦਾਰ ਕਹਿੰਦੇ ਸੀਗੇ। ਅਜੇ ਸੂਬੇਦਾਰ ਨੂੰ ਖੋਤੇ ਨੂੰ ਸੂਬੇਦਾਰ ਕਹਿਣਾ ਅਸੀਂ, ਅਜੇ ਖੋਤਾ ਇਧਰ ਨੂੰ ਕਹਿੰਦੇ ਸੂਬੇਦਾਰ ਆ ਗਿਆ, ਸੂਬੇਦਾਰ ਆ ਗਿਆ ਉਹਨਾਂ ਨੂੰ ਚੜਾਉਣ ਵਾਸਤੇ ਵੀ ਤੁਸੀਂ ਜੋ ਮਰਜ਼ੀ ਆਪਣੇ ਬੜੇ ਬੜੇ ਅਹੁਦੇ ਰੱਖੀ ਛੱਡੋ ਜਾਂ ਪ੍ਰਧਾਨ ਮੰਤਰੀ ਬਣੇ ਫਿਰ ਜੋ ਸਾਡੇ ਲਈ ਖੋਤਾ ਹੀ ਸੂਬੇਦਾਰ ਆ। ਕਹਿਣ ਦਾ ਮਤਲਬ ਇਹ ਆ ਵੀ ਉਹਨਾਂ ਦਾ ਦਿੱਤਾ ਹੋਇਆ ਜਿਹੜਾ ਅੱਜ ਵੀ ਜਿਹੜੀ ਆਪਣੇ ਦੀਪ ਭਾਜੀ ਵੀ ਗੱਲ ਕਰਦਾ ਵੀ ਇਹਨਾਂ ਦੀ ਅਚੀਵਮੈਂਟ 'ਚ ਨਹੀਂ ਆਉਣਾ ਹੈਗਾ, ਅਸੀਂ ਇਹ ਅਚੀਵਮੈਂਟ ਆਇਆ ਇਹਨਾਂ ਤੋਂ
ਉਹਨਾਂ ਵੇਲਿਆਂ ਦੇ ਵਿੱਚ ਮੁਗਲ ਜਿਹਨੂੰ ਫੌਜਦਾਰ ਕਹਿੰਦੇ ਸੀ, ਸੂਬੇਦਾਰ ਕਹਿੰਦੇ ਸੀ, ਹਾਂਜੀ, ਤੇ ਨਿਹੰਗਾਂ ਨੇ ਖੋਤੇ ਦਾ ਨਾਮ ਸੂਬੇਦਾਰ ਰੱਖ ਦਿੱਤਾ ਸੀਗਾ। ਹਾਂਜੀ ਹਾਂਜੀ, ਕਾਜ਼ੀ ਨੂੰ ਮੁਰਗਾ ਕਹਿੰਦੇ ਹੁੰਦੇ, ਕਿਹਨੂੰ? ਮੁਰਗਾ ਕਹਿੰਦੇ ਹੁੰਦੇ ਸੀ ਕਾਜ਼ੀ, ਕਿਹੜਾ ਮੁਰਗੇ ਨੂੰ। ਅੱਛਾ, ਉਹਨਾਂ ਨੂੰ ਮੁਰਗਾ ਕਹਿੰਦੇ ਹੁੰਦੇ ਸੀਗੇ, ਠੀਕ ਹੈ ਜੀ। ਸੋ ਉਹਨਾਂ ਦੀ ਜਿਹੜੀ ਉਸ ਵੇਲੇ ਦੀ ਰੌਲਾ ਰੱਪਾ ਸੀ ਉਹਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸੁਪਰੀਮ ਰੱਖਿਆ, ਨੂੰ ਕੁਤਬਦੀਨ ਕੁੱਤਾ, ਅਬਦਾਲੀ ਨੂੰ ਖਿਤਾਬ ਦਿੱਤਾ ਹੁੰਦਾ ਸੀਗਾ ਵੀ ਕਾਬਲ ਦਾ ਕੁੱਤਾ। ਜਿਸ ਤਰੀਕੇ ਦੇ ਮਰਜ਼ੀ ਉਹ ਕਰਦੇ ਸੀ ਉਹਨਾਂ ਦਾ, ਸਗੋਂ ਉਹ ਮਜ਼ਾਕ ਉਡਾਉਂਦੇ ਸੀ। ਹਾਂਜੀ, ਇਸ ਕਰਕੇ ਵੀ ਮਤਲਬ ਵੀ ਅਸੀਂ ਤੁਹਾਡੇ ਥੱਲੇ ਨੀ ਹੈਗੇ। ਹਾਂਜੀ ਹਾਂਜੀ, ਇਸ ਕਰਕੇ ਵੀ ਆਪਣੀ ਜਿਹੜੀ, ਅੱਛਾ, ਉਹਨਾਂ ਵੇਲਿਆਂ ਦੇ ਵਿੱਚ ਕੌਮ ਜਿਹੜੀ ਨਿਹੰਗ ਫੌਜਾਂ ਸੀ ਜਾਂ ਸਿੱਖ ਮਿਸਲਾਂ ਸੀ ਉਹ ਵੀ ਭਾਵੁਕ ਹੋ ਜਾਂਦੀਆਂ ਸੀਗੀਆਂ? ਨਹੀਂ, ਉਹ ਬਿਲਕੁਲ ਨਹੀਂ ਹੁੰਦੇ ਸੀ। ਹੋ ਜਾਂਦੀਆਂ ਹੋਣੀਆਂ, ਦੇਖ ਲਓ ਬਾਅਦ ਕੌਮ ਹੋ ਜਾਂਦੀ ਹੈ ਭਾਵੁਕ? ਨਹੀਂ, ਉਹ ਨਹੀਂ ਸੀ ਹੁੰਦੀ। ਨਹੀਂ ਨਹੀਂ, ਮੈਨੂੰ ਲੱਗਦਾ ਜੀ ਬੋਲ ਵਾਲੇ, ਮੈਂ ਥੋੜੇ ਪੜ੍ਹੇ ਵੀ ਆ, ਇਸ ਕਰਕੇ ਮੈਂ ਗੱਲ ਕਰਦਾ ਵੀ ਉਹਨਾਂ ਕੋਲ ਉਹ ਪਸ਼ਤੋ ਭਾਸ਼ਾ ਵੀ ਬੋਲਦੇ ਸੀ, ਅਰਬੀ, ਫਾਰਸੀ, ਸਾਰੀਆਂ ਭਾਸ਼ਾਵਾਂ ਦਾ ਗਿਆਨ ਵੀ ਸੀ ਉਹਨਾਂ ਨੂੰ, ਭਾਵੇਂ ਉਹ ਪੜ੍ਹੇ ਲਿਖੇ ਘੱਟ ਸੀਗੇ, ਪਰ ਇਹ ਕਿਦਾਂ ਹੋ ਸਕਦਾ ਜਿਹਨੂੰ ਸਾਰੀਆਂ ਭਾਸ਼ਾਵਾਂ ਆਉਂਦੀਆਂ? ਕਿਉਂਕਿ ਉਸ ਸਮੇਂ ਉਹ ਜੰਗ 'ਚ ਸੀਗੇ ਨਾ, ਜੰਗ 'ਚ, ਇਸ ਕਰਕੇ ਸਾਰੇ ਹਥਿਆਰ ਉਹਨਾਂ ਕੋਲ ਇਹ ਸੀਗੇ, ਇਹ ਵੀ ਹਥਿਆਰ ਹੀ ਸੀਗਾ। ਸੋ ਜਿਹੜੇ ਬੋਲ ਵਾਲੇ ਬਣੇ ਵੀ ਪੰਜਾਬੀ ਭਾਸ਼ਾ 'ਚ ਲਏ ਗਏ ਆ, ਕਿਉਂਕਿ ਤੁਹਾਡੀ ਭਾਸ਼ਾ ਜਿਉਂਦੀ ਸੀ, ਉਹਦੇ ਵਿੱਚ ਤੁਹਾਡੇ ਜਿਹੜੇ ਖਾਲਸੇ ਦੇ ਬੋਲੀ 'ਚੋਂ ਬੋਲੇ ਕੱਢ ਲਏ, ਬੋਲੇ ਕੱਢਿਆ, ਆਪਾਂ ਬੋਲੇ ਸ਼ਬਦ ਵਰਤਦੇ ਹਾਂ। ਸੋ ਇਸ ਕਰਕੇ ਵੀ ਜੇ ਅਸੀਂ ਜੇ ਆਪਣੀ ਕੌਮ ਨੇ ਬਚਾਉਣਾ, ਜਿਹੜੇ ਤਾਂ ਆਪਾਂ ਪਹਿਲਾਂ ਵੀ ਪ੍ਰੋਗਰਾਮ 'ਚ ਗੱਲ ਕੀਤੀ ਵੀ ਜਿਹੜਾ ਆਪਣਾ ਸੱਭਿਆਚਾਰ ਹੈ ਇਹਨੂੰ ਅਸੀਂ ਸੰਭਾਲ ਬਹੁਤ ਜ਼ਿਆਦਾ ਜੁੜਨ ਦੀ ਲੋੜ ਹੈ। ਅੱਛਾ, ਤੁਹਾਡਾ ਕਹਿਣ ਦਾ ਮਤਲਬ ਵੀ ਜਦੋਂ ਕੌਮ ਨੇ 18ਵੀਂ ਸਦੀ 'ਚ ਆਪਣਾ ਰਾਜ ਕਾਇਮ ਕੀਤਾ ਤੇ ਉਦੋਂ ਕੌਮ ਭਾਵੁਕਤਾ ਦੇ ਵਹਿਣ 'ਚ ਨਹੀਂ ਵਹਿੰਦੀ ਹੁੰਦੀ ਸੀ? ਨਹੀਂ ਵਹਿੰਦੀ ਸੀ, ਆਪਣਾ ਨਫ਼ਾ ਤੇ ਨੁਕਸਾਨ ਦੇਖਦੀ ਸੀ। ਹਾਂਜੀ ਹਾਂਜੀ, ਵੀ ਕੀ ਠੀਕ ਆ ਤੇ ਕੀ ਸਾਨੂੰ ਫਿੱਟ ਪੈਂਦਾ, ਨਵਾਬੀ ਫਿੱਟ ਪੈਂਦੀ ਆ ਕਿ ਨਹੀਂ ਫਿੱਟ ਪੈਂਦੀ, ਕਿਸੇ ਨਾਲ ਜਿਹੜੀ ਆ ਅਲਾਇੰਸ ਫਿੱਟ ਪੈਂਦੀ ਆ ਕਿ ਨਹੀਂ ਪੈਂਦੀ। ਈਵਨ ਕਿ ਮਰਾਠਿਆਂ ਨਾਲ ਵੀ ਅਲਾਇੰਸ ਹੋਈ ਇੱਕ ਵਾਰੀ, ਤੇ ਉਸ ਤੋਂ ਬਾਅਦ ਜਦੋਂ ਮਰਾਠਿਆਂ ਦੇ ਨਾਲ ਅਲਾਇੰਸ ਹੋਈ ਹੈ ਸਿੱਖ ਮਿਸਲਾਂ ਦੀ 1700 ਪਾਣੀਪਤ ਦੀ ਜੰਗ ਤੋਂ ਪਹਿਲਾਂ, ਹਾਂਜੀ, ਜਦੋਂ ਅਬਦਾਲੀ ਦਾ ਆਖਰੀ ਹਮਲਾ ਪਾਣੀਪਤ ਦੀ ਲੜਾਈ ਹੁੰਦੀ ਹੈ, ਉਸ ਤੋਂ ਪਹਿਲਾਂ ਮਰਾਠਿਆਂ ਦੀ ਅਤੇ ਸਿੱਖ ਮਿਸਲਾਂ ਦੀ ਅਲਾਇੰਸ ਹੁੰਦੀ ਆ, ਅਤੇ ਜਦੋਂ ਮਰਾਠੇ ਲਾਹੌਰ 'ਤੇ ਕਾਬਜ਼ ਹੁੰਦੇ ਨੇ ਅਤੇ ਉਹ ਮਿਸਲਾਂ ਨੂੰ ਕਹਿੰਦੇ ਵੀ ਤੁਸੀਂ ਕੌਣ ਅਤੇ ਅਸੀਂ ਕੌਣ, ਅਤੇ ਮਿਸਲ ਕਹਿੰਦੇ ਵੀ ਕੋਈ ਗੱਲ ਨਹੀਂ, ਤੁਸੀਂ ਨਵੇਂ ਆਏ ਹੋ ਇੱਥੇ, ਅਬਦਾਲੀ ਨਹੀਂ ਆਉਂਦੇ ਰਹਿਣਾ, ਤੁਹਾਨੂੰ ਦੱਸਾਂਗੇ ਫਿਰ ਕੀ ਹੁੰਦਾ। ਅਤੇ ਜਦੋਂ ਅਬਦਾਲੀ ਆਇਆ ਅਤੇ ਫਿਰ ਉਹਨਾਂ ਨੇ ਮਿਸਲਾਂ ਨੂੰ ਸੁਨੇਹੇ ਭੇਜੇ ਗਏ ਵੀ ਆਓ, ਕਹਿੰਦੇ ਜੀ ਹੁਣ ਤੁਸੀਂ ਕੌਣ ਅਤੇ ਅਸੀਂ ਕੌਣ। ਹਾਂਜੀ ਹਾਂਜੀ, ਅਤੇ ਇਹ ਜਿਨ੍ਹਾਂ ਨੇ ਰਾਜ ਕਾਇਮ ਕੀਤਾ ਸਿੱਖ ਮਿਸਲਾਂ ਦਾ, ਉਹਨਾਂ ਦਾ ਜਿਹੜੀ ਆ ਵਿਜ਼ਡਮ ਸੀ, ਉਹਨਾਂ ਦਾ ਪੋਲੀਟੀਕਲ ਜਿਹੜਾ ਸਟੈਂਡਿੰਗ ਸੀ, ਜਦੋਂ ਉਹਨਾਂ ਨੇ ਰਾਜ ਕਾਇਮ ਕੀਤਾ ਉਹ ਕੋਈ ਭਾਵੁਕਤਾ ਦੇ ਵਹਿਣ 'ਚ ਨਹੀਂ ਸੀ ਵਹਿੰਦੇ ਵੀ ਭਾਈ ਆ ਹੁਣ ਵਹਿ ਚੱਲੀਏ ਭਾਵੁਕਤਾ ਦੇ ਵਹਿਣ ਦੇ ਵਿੱਚ। ਸੋ ਆਪਾਂ ਵੀ ਦੇਖੀਏ ਵੀ ਕੌਮ ਐਵੇਂ ਨਾ ਭਾਵੁਕ ਹੋ ਜਾਇਆ ਕਰੀਏ ਮਾੜੀ ਮਾੜੀ ਗੱਲ 'ਤੇ, ਉਹ ਜੀ ਫਲਾਣੇ ਨੇ ਕਿਸੇ ਨੇ ਰਾਜਸਥਾਨ 'ਚੋਂ ਕਹਿ ਦਿੱਤਾ, ਉਹ ਕਿਸੇ ਨੇ ਬੰਗਾਲ 'ਚੋਂ ਵੀਡੀਓ ਬਣਾ ਕੇ ਕਹਿ ਦਿੱਤੀ, ਐਂ ਕਹਿ ਦਿੱਤਾ ਜੀ ਸਾਰਾ ਹੀ ਇੱਦਾਂ ਆ ਜੀ, ਹੁਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਰਦਾ ਕਰੀਏ। ਭਾਵੁਕਤਾ ਨਾ, ਭਾਵੁਕਤਾ ਦੇ ਵਹਿਣ 'ਚ ਨਾ ਬੈਠੇ ਬਹਿ ਜਾਇਆ ਕਰੀਏ, ਜਿੱਦਾਂ ਦੀਪ ਸਿੱਧੂ ਕਹਿੰਦਾ ਸੀ ਅਪੀਜ਼ਮੈਂਟ ਵਿੱਚ ਨਹੀਂ ਆਉਣਾ। ਹਾਂਜੀ, ਇਹ ਖਿਆਲ ਰੱਖਿਓ, ਅਪੀਜ਼ਮੈਂਟ ਵਿੱਚ ਨਹੀਂ ਆਉਣਾ, ਭਾਵੁਕਤਾ ਦੇ ਵਹਿਣ 'ਚ ਕਦੇ ਵੀ ਨਹੀਂ ਬਹਿਣਾ। ਜਿਹੜੀ ਕੌਮ ਭਾਵੁਕਤਾ ਦੇ ਵਹਿਣ 'ਚ ਬਹਿ ਜਾਂਦੀ ਆ ਉਹ ਰਾਜ ਭਾਗ ਤੋਂ ਸੱਖਣੀ ਹੋ ਜਾਂਦੀ ਆ, ਫਿਰ ਉਹ ਕਈ ਕਈ ਸਦੀਆਂ ਜਿਹੜੀਆਂ ਨੇ ਦੁਸ਼ਵਾਰੀਆਂ ਸਹਿੰਦੀਆਂ ਨੇ, ਦੁਸ਼ਵਾਰੀਆਂ ਖਾਂਦੀਆਂ ਨੇ, ਕਿਉਂਕਿ ਉਹਨਾਂ ਦੇ ਲੀਡਰ ਭਾਵੁਕਤਾ ਦੇ ਵਹਿਣ 'ਚ ਬਹਿ ਜਾਂਦੇ ਨੇ ਅਤੇ ਪੂਰੀ ਕੌਮ ਨੂੰ ਫਿਰ ਲੈ ਪੈਂਦੇ ਨੇ। ਹਾਂਜੀ ਹਾਂਜੀ, ਠੀਕ ਨਹੀਂ? ਹਾਂਜੀ ਬਿਲਕੁਲ। ਸੋ ਬਿਲਕੁਲ ਜੀ, ਨਰਿੰਦਰ ਮੋਦੀ ਸਾਹਿਬ ਦਾ ਜਿਹੜਾ ਮਾਰਿਆ ਟਵੀਟ ਆ, ਜਸਵੰਤ ਸਿੰਘ ਨੇ ਇਸ ਦੇ ਉੱਤੇ ਟਿੱਪਣੀ ਕਰਦਿਆਂ ਕਿਹਾ ਜੀ ਅਸੀਂ ਨਹੀਂ ਜੇ ਭਾਵੁਕਤਾ ਦੇ ਵਹਿਣ 'ਚ ਬਹਿਣਾ। ਸੋ ਕਿਤੇ ਨਾ ਕਿਤੇ ਉਹਨਾਂ ਵੱਲੋਂ ਜਿਹੜੀ ਚੜ੍ਹਦੀ ਕਲਾ ਦੀ ਗੱਲ ਕਹੀ ਹੈ, ਜਸਵੰਤ ਸਿੰਘ ਕਹਿੰਦਾ ਵੀ ਚੜ੍ਹਦੀ ਕਲਾ ਹੋਵੇ ਕਾਹਦੇ ਨਾਲ, ਪਾਣੀ ਸਾਡਾ ਲੈ ਗਏ, ਚੰਡੀਗੜ੍ਹ ਸਾਡੇ ਲੈ ਗਏ, ਬੋਲੀ ਸਾਨੂੰ ਨਹੀਂ ਦਿੰਦੇ ਬੋਲਣ ਪੰਜਾਬ 'ਚ ਪੰਜਾਬੀ, ਅਤੇ ਜੋ ਜੋ ਸਾਡੇ ਨਾਲ ਧੱਕੇ ਹੋਏ ਨੇ ਉਹ ਸਾਰੇ ਗਿਣਾ ਰਹੇ ਨੇ। ਕਿਸਾਨ ਜਿਹੜਾ ਉੱਥੇ 800 ਬੰਦਾ ਬਾਰਡਰਾਂ ਦੇ ਉੱਤੇ ਮਰਿਆ, ਅਤੇ ਪਾਰਲੀਮੈਂਟ ਨੇ ਇਹਦੀ ਮੰਨਿਆ ਹੀ ਨਹੀਂ, ਪੁਸ਼ਟੀ ਨਹੀਂ ਕੀਤੀ ਵੀ ਕਿੰਨੇ ਮਰੇ ਆ, ਸਮਝਦੇ? ਹਾਂਜੀ, ਜਿਹਦੇ ਕੋਲ ਰਾਜ ਆ ਜੀ ਫਿਰ ਉਹ, ਤੁਸੀਂ ਜਦੋਂ ਕਾਤਲ ਕੋਲੋਂ ਇਨਸਾਫ ਮੰਗਦੇ ਆ, ਮਤਲਬ ਇੱਕ ਪੁੱਠੀ ਰੀਤ ਹੀ ਆ ਵੀ ਉਹ ਸਾਨੂੰ, ਮਤਲਬ ਜਿਹੜਾ ਕਾਤਲ ਵਿੱਚ ਹੈ ਆਪਾਂ ਨਾਂ ਵੀ ਲਫ਼ਜ਼ ਵਰਤੀਏ, ਕਈ ਵਾਰੀ ਆਪਾਂ ਮਾੜੇ ਮੋਟੇ ਲਾਸ ਦਾ ਕੋਈ ਇਸ਼ੂ ਹੋ ਸਕਦਾ, ਪਰ ਜੇ ਕਈ ਵੀ ਜਿਹੜਾ ਬੰਦਾ ਤੁਹਾਡੇ ਜਿਹੜੇ ਤੁਹਾਡੇ ਹੱਕ ਨੇ ਤੁਸੀਂ ਉਹਨਾਂ ਨੂੰ ਮੰਗ ਰਹੇ ਹੋ, ਤੇ ਜਿਹੜਾ ਬੰਦਾ ਤੁਹਾਡੇ ਹੱਕ ਦੇਣ ਖੋ ਰਿਹਾ ਆ, ਹਾਂਜੀ, ਤੁਸੀਂ ਉਹਦੇ ਕੋਲੋਂ ਕਿੱਦਾਂ ਐਕਸਪੈਕਟ ਕਰਦੇ ਹੋ ਕਿ ਤੁਹਾਡੇ ਹੱਕ ਦਿਓ, ਇਹ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ, ਇਹੀ ਕਹਿਣਾ ਚਾਹੁੰਦੇ। ਹਾਂਜੀ, ਠੀਕ ਆ ਜੀ, ਬਹੁਤ ਵਧੀਆ ਤੁਸੀਂ ਕਹਿੰਦੇ ਹੋ। ਸੋ ਬੜੀ ਵਧੀਆ ਗੱਲ ਆ ਜੀ। ਸੋ ਆਪਾਂ ਨਾਲ ਦੀ ਨਾਲ ਪਹਿਲੀ ਖਬਰ 'ਤੇ ਜਿਹੜੀ ਗੱਲਬਾਤ ਕੀਤੀ ਹੈ, ਨਰਿੰਦਰ ਮੋਦੀ ਸਾਹਿਬ ਦਾ ਟਵੀਟ ਜਿਹੜਾ ਮਾਰਿਆ ਸੀ ਉਹ ਕਿਤੇ ਨਾ ਕਿਤੇ ਇਹਦੀ ਜਸਵੰਤ ਸਿੰਘ ਨੇ ਜਿਹੜਾ ਡਿਕਲਾਈਨ ਕਰ ਦਿੱਤਾ, ਇਹਨਾਂ ਨੇ ਕਿਹਾ ਜੀ ਅਸੀਂ ਤੁਹਾਡੀ ਅਪੀਜ਼ਮੈਂਟ ਵਿੱਚ ਨਹੀਂ ਆਉਣਾ, ਕਿਉਂਕਿ ਸਾਨੂੰ ਦੀਪ ਸਿੱਧੂ ਕਹਿ ਗਿਆ ਸੀ ਵੀ ਹੁਣ ਅਪੀਜ਼ਮੈਂਟ ਵਿੱਚ ਨਹੀਂ ਆਉਣਾ। ਹਾਂਜੀ, ਠੀਕ ਆ ਜੀ, ਚੜ੍ਹਦੀ ਕਲਾ ਆ। ਸੋ ਨਾਲ ਦੀ ਨਾਲ ਆਪਾਂ ਅਗਲੀ ਖਬਰ ਵੱਲ ਵੀ ਵੱਧਦੇ ਹਾਂ। ਸੋ ਤੁਹਾਡੀ ਟੈਕ ਟੀਮ ਨੂੰ ਬੇਨਤੀ ਹੈ ਜੀ ਤੁਸੀਂ ਅਗਲੀ ਖਬਰ ਲਾਓ।
ਕਿਉਂਕਿ ਅਗਲੀ ਖਬਰ ਵੀ ਇਸੇ ਖਬਰ ਦੇ ਨਾਲ ਥੋੜੀ ਥੋੜੀ ਸੰਬੰਧਿਤ ਆ ਜਿਹੜੀ ਗੱਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਨੇ ਵੀ ਚੜ੍ਹਦੀ ਕਲਾ ਹੋਵੇ ਮੈਂ ਅਰਦਾਸ ਕਰਦਾ ਤੁਹਾਡੀ ਚੜ੍ਹਦੀ ਕਲਾ ਹੋਵੇ ਤੇ ਚੜ੍ਹਦੀ ਕਲਾ ਹੋਵੇ ਕਿਦਾਂ ਹੁਣ ਇਹ ਸੱਜਣ ਨੇ ਜੀ ਉੱਤਰਾਖੰਡ ਦੇ ਰਹਿਣ ਵਾਲੇ ਨੇ ਨਾਂ ਇਹਦਾ ਜਗਜੀਤ ਸਿੰਘ ਜੱਗਾ ਆ ਤੇ ਜਿਹੜੀ ਕਈ ਵਾਰੀ ਜਦੋਂ ਖਾਲਿਸਤਾਨ ਦੀ ਗੱਲ ਚੱਲਦੀ ਆ ਤੇ ਲੋਕ ਕਹਿੰਦੇ ਜੀ ਅਸੀਂ ਫਲਾਣੀ ਜਗ੍ਹਾ ਮੱਥਾ ਕਿਵੇਂ ਟੇਕਾਂਗੇ ਅਸੀਂ ਆਪਣਾ ਹਜ਼ੂਰ ਸਾਹਿਬ ਕਿੱਦਾਂ ਜਾਵਾਂਗੇ ਅਸੀਂ ਹੋਰ ਗੁਰਦੁਆਰੇ ਕਿੱਦਾਂ ਦੇਖਾਂਗੇ ਸੋ ਇਹ ਜਿਹੜਾ ਇਹ ਸੱਜਣ ਆ ਜਗਜੀਤ ਸਿੰਘ ਜੱਗਾ ਇਹ ਜਿਹੜੇ ਨੇ ਹਰਕੀ ਪੌੜੀ ਗੁਰਦੁਆਰਾ ਜਿਹੜਾ ਪੈਂਦਾ ਹੈ ਜਿੱਥੇ ਸੰਨ 1984 ਸਿੱਖ ਨਸਲਕੁਸ਼ੀ ਦੇ ਵੇਲੇ ਉੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਖੜ ਕੇ ਪਾਣੀ ਦਿਆ ਸੀ ਹਾਂਜੀ ਜਦੋਂ ਪਿੱਤਰਾਂ ਨੂੰ ਪਾਣੀ ਦਿੰਦੇ ਸੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਕਰਤਾਰਪੁਰ ਨੂੰ ਪਾਣੀ ਦਿੱਤਾ ਉਹ ਹਰਕੀ ਪੌੜੀ ਤੇ ਗੁਰਦੁਆਰਾ ਜਿਹੜਾ ਤੋੜ ਦਿੱਤਾ ਸੀ ਗਿਆਨ ਗੋਦੜੀ ਗੁਰਦੁਆਰਾ ਗਿਆਨ ਗੋਦੜੀ ਉਹ ਤੋੜ ਦਿੱਤਾ ਸੀਗਾ ਤੇ ਉੱਥੇ ਦੁਕਾਨਾਂ ਬਣਾ ਦਿੱਤੀਆਂ ਗਈਆਂ ਸੀਗੀਆਂ ਤੇ ਬਾਥਰੂਮ ਜਿਹੜੇ ਬਣਾ ਦਿੱਤੇ ਗਏ ਤੇ ਨੌਜਵਾਨ ਸੱਜਣ ਆ ਤੇ ਇਹ ਉੱਥੇ ਜਾ ਕੇ ਅਰਦਾਸ ਕਰਦਾ ਆ ਵੀ ਆਪਣਾ ਉੱਥੇ ਧਰਨਾ ਲਾਉਣ ਦੀ ਕੋਸ਼ਿਸ਼ ਕਰਦਾ ਆ ਵੀ ਇਸ ਨੂੰ ਜਗ੍ਹਾ ਜਿਹੜੀਆਂ ਦੁਕਾਨਾਂ ਤੇ ਬਾਥਰੂਮ ਬਣਾ ਦਿੱਤੇ ਗਏ ਨੇ ਜਿੱਥੇ ਤਾਂ ਹਜੇ ਤਾਂ ਖਾਲਿਸਤਾਨ ਨਹੀਂ ਬਣਿਆ ਮੇਰੇ ਖਿਆਲ 'ਚ ਹੁਣ ਤਾਂ ਲੋਕ ਉੱਥੇ ਵੀ ਦਰਸ਼ਨ ਨਹੀਂ ਕਰ ਸਕਣਗੇ ਕਿਉਂਕਿ ਗੁਰਦੁਆਰਾ ਰਿਹਾ ਹੀ ਹੈ ਨਹੀਂ ਹੈ ਨਾ ਸੋ ਕਈ ਵਾਰ ਸਾਨੂੰ ਲੱਗਦਾ ਵੀ ਖਾਲਿਸਤਾਨ ਬਣਨ ਤੋਂ ਬਾਅਦ ਗੁਰਦੁਆਰੇ ਜਾਵਾਂਗੇ ਕਿੱਦਾਂ ਮਤਲਬ ਸਿਚੁਏਸ਼ਨ ਥੋੜ੍ਹੀ ਜਿਹੀ ਕੰਟਰੋਡਿਕਟਰੀ ਬਣੀ ਹੋਈ ਆ ਇਹਦੇ 'ਤੇ ਆਪਾਂ ਖੁੱਲ੍ਹ ਕੇ ਵਿਚਾਰਾਂ ਕਰਦੇ ਹਾਂ ਸੋ ਜਿਹੜੀ ਉਹਨਾਂ ਨੇ ਜਿਹੜੀ ਤੁਸੀਂ ਸੱਜਣ ਦੀ ਫੋਟੋ ਦੇਖ ਰਹੇ ਹੋ ਇਹ ਉੱਥੇ ਗਏ ਅਤੇ ਉੱਥੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਕਿ ਇਹ ਜਿਹੜਾ ਆਪਣਾ ਐਜੀਟੇਸ਼ਨ ਆ ਪ੍ਰੋਟੈਸਟ ਆ ਉੱਥੇ ਨਾ ਕਰ ਸਕੇ ਹਾਂਜੀ ਕਿਉਂਕਿ ਇਹ ਚਾਹੁੰਦੇ ਨੇ ਵੀ ਹਰਕੀ ਪੌੜੀ ਜਗ੍ਹਾ ਜਿਹੜੀ ਆ ਉਹ ਸਿੱਖਾਂ ਨੂੰ ਮਿਲਣੀ ਚਾਹੀਦੀ ਆ ਉਹ ਗੁਰਦੁਆਰਾ ਸਾਹਿਬ ਸਿੱਖਾਂ ਨੂੰ ਮਿਲਣਾ ਚਾਹੀਦਾ ਉਹ ਸਿੱਖਾਂ ਦਾ ਧਾਰਮਿਕ ਜਗ੍ਹਾ ਬਣ ਚੁੱਕੀ ਹੈ ਕਿਉਂਕਿ ਉੱਥੇ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਆ ਪਰ ਉੱਥੇ ਸੰਨ 1984 ਦੇ ਵਿੱਚ ਜਿਹੜੀ ਆ ਗੁਰਦੁਆਰਾ ਢਾਹ ਕੇ ਦੁਕਾਨਾਂ ਬਣਾ ਦਿੱਤੀ ਗਈ ਸੀ ਸੋ ਅੱਜ ਦੀ ਇਹ ਖਬਰ ਆ ਉੱਥੇ ਨਰਿੰਦਰ ਮੋਦੀ ਜੀ ਨੇ ਵੀ ਕਿਹਾ ਭਾਈ ਚੜ੍ਹਦੀ ਕਲਾ ਹੋਵੇ ਤਾਂ ਜਸਵੰਤ ਸਿੰਘ ਕਹਿੰਦਾ ਚੜ੍ਹਦੀ ਕਲਾ ਹੋਵੇ ਕਾਹਦੇ ਨਾਲ ਹਾਂਜੀ ਹੈ ਕੀ ਕਹਿਣਾ ਚਾਹੁੰਦੇ ਹੋ ਇਹਦੇ ਤੁਸੀਂ ਦੇਖੋ ਜੀ ਇਹ ਹੁਣ ਜਿੱਦਾਂ ਯਹੂਦੀਆਂ ਜਿਹੜੇ ਯਹੂਦੀ ਸੀਗੇ ਨਾ ਉਹਨਾਂ ਉਹ ਸਾਰੀ ਦੁਨੀਆਂ 'ਚ ਹੀ ਫੈਲੇ ਹੋਏ ਸੀਗੇ ਨਾ ਜੀ ਪਰ ਫਿਰ ਵੀ ਉਹਨਾਂ ਨੂੰ ਇਸ ਗੱਲ ਦੀ ਸਮਝ ਸਮਝ ਆਈ ਆ ਵੀ ਸਾਨੂੰ ਕੋਈ ਆਪਣਾ ਕੋਈ ਨਾ ਕੋਈ ਖਿੱਤਾ ਤਾਂ ਚਾਹੀਦਾ ਹੀ ਆ ਭਾਵੇਂ ਅਸੀਂ ਸਾਰੀ ਦੁਨੀਆਂ 'ਚ ਹੀ ਫੈਲੇ ਹੋਏ ਹਾਂ ਹੈ ਨਾ ਫਿਰ ਵੀ ਉਹਨਾਂ ਨੇ ਦੇਖੋ ਆਪਣਾ ਇਜ਼ਰਾਈਲ ਤਾਂ ਲਿਆ ਹੀ ਆ ਨਾ ਇਜ਼ਰਾਈਲ ਲਿਆ ਅਤੇ ਹੁਣ ਜੇ ਸਾਡੇ ਗੁਰਦੁਆਰੇ ਆ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਗੁਰ ਅਸਥਾਨ ਹੈਗੇ ਆ ਜਿੱਥੇ ਵੀ ਗਏ ਆ ਜਾਂ ਜਿੱਥੇ ਸਾਡੇ ਗੁਰਦੁਆਰੇ ਆ ਹੁਣ ਜੇ ਤੁਸੀਂ ਉਹਨਾਂ ਦੀ ਵੀ ਸਾਂਭ ਸੰਭਾਲ ਵੀ ਕਰਨੀ ਆ ਬਾਈ ਤੁਹਾਡੇ ਕੋਲ ਕੋਈ ਨਾ ਕੋਈ ਖਿੱਤਾ ਤਾਂ ਚਾਹੀਦਾ ਹੀ ਚਾਹੀਦਾ ਆ ਜੇ ਹੋਊਗਾ ਤਦੇ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰ ਸਕਦੇ ਆ ਵੀ ਜਿਹੜਾ ਹੁਣ ਜਿਹੜਾ ਜਰੂਸਲਮ ਦੇ ਵਿੱਚ ਮੰਦਰ ਆ ਮੰਦਰ ਸੀਗਾ ਯਹੂਦੀਆਂ ਦਾ ਉਹਨਾਂ ਨੇ ਇਜ਼ਰਾਈਲ ਲੈ ਕੇ 1961 ਵਿੱਚ ਉਹ ਜੰਗ ਕਰਕੇ ਉਹ ਜਿਹੜੀ ਕੰਧ ਛਡਾਈ ਉੱਥੋਂ ਥੋੜ੍ਹੀ ਜਿਹਾ ਕਿੱਸਾ ਛਡਾਇਆ ਬਲਾ ਰਾਜ ਲਿਆ ਉਹਨਾਂ ਨੇ ਫਿਰ ਉਹ ਕੰਧ ਛਿੜਾਈ ਜਿੱਥੇ ਜਾ ਕੇ ਉਹ ਆਪਣਾ ਆਪਣੀ ਅਰਦਾਸ ਜਾਂ ਰੋਂਦੇ ਆ ਜਾਂ ਉਹ ਹੱਸਦੇ ਆ ਜਾਂ ਕੋਈ ਵੀ ਕਰਦੇ ਉਹਨਾਂ ਦੀ ਇੱਕ ਪਰੰਪਰਾ ਤੱਕ ਮਨੌਤ ਹੈਗੀ ਆ ਉਹ ਉਦੋਂ ਹੀ ਕਰ ਸਕੇ ਜਦੋਂ ਉਹਨਾਂ ਕੋਲ ਰਾਜ ਆਇਆ ਜਦੋਂ ਉਹਨਾਂ ਨੇ ਇਜ਼ਰਾਈਲ ਲਿਆ ਵੀ ਸਾਨੂੰ ਕੋਈ ਨਾ ਕੋਈ ਆਪਣਾ ਰੀਪ੍ਰਜੈਂਟ ਕਰਨਾ ਖਿੱਤਾ ਤਾਂ ਚਾਹੀਦਾ ਹੀ ਆ ਧਰਤੀ ਤਾਂ ਚਾਹੀਦੀ ਆ ਜਦੋਂ ਜਿੱਥੋਂ ਤੁਸੀਂ ਰਨ ਕਰ ਸਕੋ ਹਰ ਚੀਜ਼ ਨੂੰ ਤੇ ਉਹਨਾਂ ਨੇ ਰਾਜ ਲੈ ਕੇ ਆਪਣੀ ਜਿਹੜੇ ਧਾਰਮਿਕ ਸਥਾਨ ਜਿਹੜਾ ਇੱਕ ਉਹ ਕੰਧ ਜਗ੍ਹਾ ਛਡਾਈ ਆ ਅੱਛਾ ਜਦੋਂ ਤੁਸੀਂ ਇਜ਼ਰਾਈਲ ਦੀ ਗੱਲ ਕੀਤੀ ਆ ਉਹ ਇਜ਼ਰਾਈਲ ਜਿਹੜਾ ਮਤਲਬ ਉਹ ਬਾਹਰੋਂ ਬਣਿਆ ਸੀਗਾ ਹਾਂਜੀ ਬਾਹਰ ਦੇ ਲੋਕਾਂ ਨੇ ਬਾਹਰਲੇ ਯਹੂਦੀਆਂ ਨੇ ਹਾਂਜੀ ਜਿੱਦਾਂ ਮਤਲਬ ਕਿਉਂਕਿ ਉਦੋਂ ਤਾਂ ਸਾਰੇ ਜਦੋਂ ਹੁਣ ਉਹ ਬੱਸ ਦੇ ਤਾਂ ਬਾਹਰ ਹੀ ਸੀ ਨਾ ਦੂਜਿਆਂ ਬਾਕੀ ਕੰਟਰੀਆਂ ਦੇ ਵਿੱਚ ਹੀ ਵੱਖਰੇ ਵੱਖਰੇ ਥਾਂ ਤੇ ਹੀ ਮਤਲਬ ਉਹਨਾਂ ਨੇ ਫਿਰ ਕਿਹਾ ਵੀ ਸਾਨੂੰ ਖਿੱਤਾ ਤਾਂ ਚਾਹੀਦਾ ਨਾ ਇੱਕ ਆਪਣਾ ਦੂਜਾ ਕਰਨ ਵਾਸਤੇ ਤਾਂ ਫਿਰ ਉਹਨਾਂ ਨੇ ਇਹ ਆਪਣਾ ਖਿੱਤਾ ਬਣਾਇਆ ਇਜ਼ਰਾਈਲ ਬਣਾ ਕੇ ਤਾਂ ਮੁੜ ਕੇ ਫਿਰ ਇਹਨਾਂ ਨੂੰ 1961 ਵਿੱਚ ਉਹ ਕੰਧ ਜਿਹੜੀ ਜਰੂਸਲਮ ਦੇ ਵਿੱਚ ਹੈਗੀ ਉਦੋਂ ਵੀ ਯਹੂਦੀਆਂ ਨੂੰ ਕੋਈ ਕਹਿੰਦਾ ਸੀ ਵੀ ਤੁਸੀਂ ਬਾਹਰ ਬੈਠੇ ਬੋਲਦੇ ਆ ਇੱਥੇ ਆ ਕੇ ਬੋਲੋ ਇਦਾਂ ਦੀ ਗੱਲਬਾਤ ਵੀ ਦੇਖੋ ਉਦੋਂ ਤੱਕ ਕੁਛ ਪੜ੍ਹੇ ਲਿਖੇ ਯਹੂਦੀ ਵੀ ਇਹ ਗੱਲਾਂ ਕਹਿੰਦੇ ਹੁੰਦੇ ਸੀਗੇ ਵੀ ਮਤਲਬ ਅਸੀਂ ਤਾਂ ਵੱਡੇ ਅਹੁਦਿਆਂ ਤੇ ਬੈਠੇ ਹਾਂ ਸਾਨੂੰ ਕੀ ਸਾਨੂੰ ਲੋੜ ਨਹੀਂ ਹੈਗੀ ਜਾਂ ਕਿੱਦਾਂ ਵੀ ਨਾ ਪਰ ਜਦੋਂ ਉਹਨਾਂ ਦੇ ਉੱਪਰ ਨਸਲਗੁਸ਼ੀ ਹੁੰਦੀ ਆ ਉਦੋਂ ਫਿਰ ਵੱਡਾ ਛੋਟਾ ਦੇਖਿਆ ਹੀ ਨਹੀਂ ਤਾਂ ਫਿਰ ਉਹ ਸਾਰਾ ਇਸ ਚੀਜ਼ ਦੇ ਵਿੱਚੋਂ ਗੁਜ਼ਰਦੇ ਆ ਬਿਲਕੁਲ ਜੀ ਜਰੂਸਲਮ ਇਜ਼ਰਾਈਲ ਦਾ ਜਿਹੜੀ ਕੈਮੀ ਆ ਉਹ ਬ੍ਰਿਟਿਸ਼ ਅਮੈਰੀਕਨ ਜਿਹੜੇ ਯਹੂਦੀ ਸੀਗੇ ਉਹਨਾਂ ਦੀ ਜਿਹੜੀ ਲੌਬੀ ਦੇ ਤਹਿਤ ਉਹਨਾਂ ਦੇ ਮਿਹਨਤ ਦਾ ਸਦਕਾ ਜਿਹੜਾ ਇਜ਼ਰਾਈਲ ਹੋਂਦ ਵਿੱਚ ਆਉਂਦਾ ਹਾਂਜੀ ਠੀਕ ਹੈ ਅਤੇ ਉਹ ਕਿਸ ਤਰੀਕੇ ਨਾਲ ਬ੍ਰਿਟਿਸ਼ ਨੂੰ ਜਿਹੜਾ ਇਸ ਗੱਲ ਦੇ ਉੱਤੇ ਮਨਾਉਂਦੇ ਨੇ ਵੀ ਸਾਨੂੰ ਇਸ ਦੇ ਇਸ ਖਿੱਤੇ 'ਤੇ ਸਾਡਾ ਰਾਜ ਚਾਹੀਦਾ ਕਿਸ ਤਰੀਕੇ ਨਾਲ ਅਮੈਰੀਕਨ ਗਵਰਨਮੈਂਟ ਨੂੰ ਉਹ ਲੌਬੀ ਕਰਕੇ ਮਨਾਉਂਦੇ ਨੇ ਆਪਣੀ ਗੱਲ ਮਨਵਾਉਂਦੇ ਨੇ ਵੀ ਸਾਡਾ ਇੱਥੇ ਖਿੱਤਾ ਚਾਹੀਦਾ ਅਤੇ ਅੱਜ ਅਤੇ ਫਿਰ ਉੱਥੇ ਬ੍ਰਿਟਿਸ਼ ਆਰਮੀ ਵੀ 1947 ਦੇ ਵਿੱਚ ਉੱਥੇ ਆਪਾਂ ਇੱਕ ਫੋਟੋ ਵੀ ਦੇਖੀ ਜਿੱਥੇ ਪੰਜਾਬ ਤੋਂ ਫੌਜੀ ਜਿਹੜੇ ਸੀਗੇ ਈਸਟ ਇੰਡੀਆ ਕੰਪਨੀ ਦੀ ਫੌਜ ਦੇ ਵਿੱਚ ਜਿਹੜੇ ਭਰਤੀ ਸੀਗੇ ਉਹ ਉਸ ਜਗ੍ਹਾ ਦੇ ਉੱਤੇ ਜਿਹੜੇ ਨੇ ਉਹ ਉਹਨਾਂ ਦੀਆਂ ਤਸਵੀਰਾਂ ਅੱਜ ਵੀ ਮੌਜੂਦ ਨੇ ਜਿਨ੍ਹਾਂ ਨੇ ਵਰਲਡ ਵਾਰ 2 ਤੋਂ ਬਾਅਦ ਉੱਥੇ ਇਜ਼ਰਾਈਲ ਦੇ ਵਿੱਚ ਜਾ ਕੇ ਬ੍ਰਿਟਿਸ਼ ਜਿਹੜੀਆਂ ਫੌਜਾਂ ਸੀਗੀਆਂ ਉਹ ਉੱਥੇ ਜਿਹੜੀਆਂ ਸਟੇਸ਼ਨ ਸੀ ਉਹਨਾਂ ਵਿੱਚ ਸਿੱਖ ਵੀ ਸੀਗੇ
ਸੋ ਕਿਤੇ ਨਾ ਕਿਤੇ ਇਸ ਗੱਲ ਦੇ ਉੱਤੇ ਬਾਹਰਲੇ ਜਹਾਦੀਆਂ ਦੀ ਲੋਬੀਸਟ ਲੋਬੀ ਕਰਕੇ ਉਹਨਾਂ ਦੀਆਂ ਜਿਹੜੀਆਂ ਕੰਪੇਨਾਂ ਕਰਕੇ ਹੀ ਇਜ਼ਰਾਈਲ ਜਿਹੜਾ ਉਹ ਕਾਇਮ ਹੋਇਆ। ਹਾਂਜੀ, ਤੇ ਅਦਰਵਾਈਜ਼ ਜੇ ਬਾਹਰਲੇ ਲੋਬੀਸਟ ਨਾ ਹੁੰਦੇ, ਜੇ ਬਾਹਰ ਤੋਂ ਪ੍ਰੈਸ਼ਰ ਉਹ ਨਾ ਪਾਉਂਦਾ, ਤੇ ਉਸ ਖਿੱਤੇ ਦੇ ਵਿੱਚ ਰਹਿਣ ਵਾਲੇ ਜਿਹੜੇ ਛੋਟੀ ਜੀ ਗਿਣਤੀ ਦੇ ਵਿੱਚ ਉੱਥੇ ਦੇ ਜੁਹਦੀ ਸੀਗੇ, ਹਾਂਜੀ, ਸ਼ਾਇਦ ਉਹ ਇਸ ਦੇ ਕਾਬਲ ਨਹੀਂ ਸੀ ਵੀ ਉਹ ਕੁਛ ਕਰ ਪਾਉਂਦੇ, ਕਿਉਂਕਿ ਉਹ ਉਸ ਜਗ੍ਹਾ ਵਿੱਚ ਜਕੜੇ ਹੋਏ ਸੀ ਜਿੱਥੋਂ ਬਾਹਰ ਨਹੀਂ ਸੀ ਨਿਕਲ ਸਕਦੇ। ਤੇ ਜਿਹੜੇ ਬਾਹਰ ਬੈਠੇ ਸੀ ਉਹਨਾਂ ਨੂੰ ਪਤਾ ਹੈ ਵੀ ਬਾਹਰੋਂ ਕੰਮ ਕਿੱਦਾਂ ਕਰਨਾ, ਸੋ ਉਹਨਾਂ ਨੇ ਬਾਹਰੋਂ ਉਹਨਾਂ ਵੈਸਟ ਐਲਾਈਡ ਫੋਰਸਿਸ ਨੂੰ ਇਸ ਦੇ ਉੱਤੇ ਮਨਾਇਆ ਵੀ ਇਹ ਖਿੱਤਾ ਸਾਨੂੰ ਦਿੱਤਾ ਜਾਵੇ ਤੇ ਅਸੀਂ ਇਸ ਖਿੱਤੇ ਦੇ ਵਿੱਚ ਤੁਹਾਡੇ ਇੰਟਰਸਟ ਨੂੰ ਪ੍ਰੋਟੈਕਟ ਕਰਾਂਗੇ। ਹਾਂਜੀ, ਤੇ ਅੱਜ ਆਲਮੋਸਟ 75 ਵਰੇ ਹੋ ਚੁੱਕੇ ਨੇ, ਆਪਾਂ ਦੇਖਿਆ ਵੀ ਇਜ਼ਰਾਈਲ ਬਿਲਕੁਲ ਵੈਸਟ ਦੀ, ਯੂਰਪ ਦੀ, ਅਮੈਰੀਕਨ ਦੀ, ਯੂਕੇ ਦੀ ਜਿਹੜੀ ਫੋਰਨ ਪਾਲਿਸੀ ਆ ਜਾਂ ਯੂਕੇ ਦੇ ਜਿਹੜੇ ਇੰਟਰਸਟ ਨੇ ਉਹਨਾਂ ਨੂੰ ਉਹ ਉਸ ਖਿੱਤੇ ਦੇ ਵਿੱਚ ਪ੍ਰੋਟੈਕਟ ਕਰਦਾ। ਕਿਸੇ ਨੂੰ ਇਹ ਚੰਗੇ ਲੱਗਣ, ਕਿਸੇ ਨੂੰ ਇਹ ਮਾੜੇ ਲੱਗਣ, ਇਹ ਡਿਫਰੈਂਟ ਸਟੋਰੀ ਆ। ਹਾਂਜੀ, ਪਰ ਉਹ ਆਪਣੀ ਲੌਬੀ ਦੇ ਤਹਿਤ ਜਿਹੜੀਆਂ ਫੋਰਸਿਸ ਸੀਗੀਆਂ ਜਿਹੜੀਆਂ ਉਸ ਵੇਲੇ ਕੈਪੇਬਲ ਸੀਗੀਆਂ ਨਕਸ਼ਾ ਬਦਲਣ ਦੇ, ਤਾਕਤ ਰੱਖਦੀਆਂ ਸੀ, ਉਹਨਾਂ ਨੂੰ ਉਹਨਾਂ ਨੇ ਮਨਾ ਕੇ ਆਪਣਾ ਜਿਹੜਾ ਘਰ ਬਣਾ ਲਿਆ, ਆਪਣਾ ਇੱਕ ਖਿੱਤਾ ਬਣਾ ਲਿਆ। ਉਹ ਬਿਲ ਇੱਕ ਸੈਪਰੇਟ ਵਿਸ਼ਾ ਵੀ, ਉਹਦੇ ਨਾਲ ਲੋਕ ਕਿੰਨੇ ਕੁ ਸਹਿਮਤ ਹੋਣ ਜੀ ਉੱਥੇ ਇਸ ਵਕਤ ਕੀ ਹੁੰਦਾ ਕੀ ਨਹੀਂ ਹੁੰਦਾ, ਮੈਂ ਉਹਦੇ 'ਤੇ ਵੀ ਤੁਹਾਡੇ ਨਾਲ ਗੱਲ ਕਰ ਦੇਣਾ ਵੀ ਭਾਵੇਂ ਅੱਜ ਭਾਵੇਂ ਇਜ਼ਰਾਈਲ ਅਤੇ ਪੈਲਸਤੀਨ ਦਾ ਕਨਫਲਿਕਟ ਚੱਲਦਾ ਪਿਆ। ਹਾਂਜੀ, ਪਰ ਇਹ ਤੁਸੀਂ 1984 ਦੀਆਂ ਅੱਜ ਵੀ ਗੂਗਲ ਤੁਹਾਡੇ ਕੋਲ ਆ ਅਤੇ ਗੂਗਲ ਕਰਕੇ ਦੇਖ ਲਓ, ਜਿਹੜੇ ਜਾਸਿਰ ਅਰਾਫਾਤ ਸੀਗੇ ਜਿਹੜੇ ਕਿ ਪੈਲਸਤੀਨੀਅਨ ਸੀਗੇ, ਪੈਲਸਤੀਨ ਦੇ ਲੀਡਰ ਸੀਗੇ, ਉਹ 1984 ਸਿੱਖ ਜਦੋਂ ਭਾਰਤ ਵਿੱਚ ਸਿੱਖ ਨਸਲਕੁਸ਼ੀ ਹੋ ਰਹੀ ਸੀ, ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਦੋਂ ਜਾਸਿਰ ਅਰਾਫਾਤ ਜਿਹੜੇ ਕਿ ਆਪ ਇੱਕ ਨੇਸ਼ਨ ਨੂੰ ਰਿਪ੍ਰੈਜੈਂਟ ਕਰਦੇ ਸੀ ਜਿਹੜੀ ਕਿ ਜੈਨੋਸਾਈਡਲ ਵਾਇਲੈਂਸ 'ਚੋਂ ਨਿਕਲਦੀ ਪਈ ਸੀ, ਪਰ ਉਸ ਨੇ ਕਿਹਾ ਵੀ ਇੰਦਰਾ ਗਾਂਧੀ ਸਾਡੀ ਭੈਣ ਆ। ਉਸ ਨੇ ਨਹੀਂ ਕੇਅਰ ਕੀਤੀ ਵੀ ਸਿੱਖਾਂ ਨਾਲ ਉੱਥੇ ਕੀ ਹੋ ਰਿਹਾ, ਉਹਨੇ ਕਿਹਾ ਜੀ ਇਹ ਇਹਨਾਂ ਦਾ ਮਸਲਾ ਆ, ਮੈਂ ਆਪਣੀ ਕੌਮ ਨੂੰ ਰਿਪ੍ਰੈਜੈਂਟ ਕਰਦਾ ਪਿਆ, ਇੰਦਰਾ ਗਾਂਧੀ ਸਾਡੀ ਭੈਣ ਆ, ਕਿਉਂਕਿ ਇੰਦਰਾ ਗਾਂਧੀ ਪੈਲਸਤੀਨ ਦੀ ਸਪੋਰਟ ਕਰਦੀ ਸੀ, ਇਜ਼ਰਾਈਲ ਦੇ ਉਸ ਵੇਲੇ ਉਹ ਹੱਕ ਵਿੱਚ ਨਹੀਂ ਸੀ। ਸੋ ਉਹਨਾਂ ਨੇ ਕਿਹਾ ਜੀ ਇੰਦਰਾ ਗਾਂਧੀ ਸਿੱਖਾਂ ਨਾਲ ਕੀ ਕਰਦੇ ਆ, ਮੇਰਾ ਕੋਈ ਲੈਣ ਦੇਣ ਨਹੀਂ, ਮੈਂ ਆਪਣੀ ਨੇਸ਼ਨ ਦੇ ਇੰਟਰਸਟ ਵਾਸਤੇ ਇਹ ਖਿੱਤਾ ਮੇਰੇ ਨਾਲ ਖੜਿਆ, ਮੈਂ ਇਹਦੇ ਨਾਲ ਖੜਾ, ਮੈਂ ਇਹਦੀ ਗੱਲ ਕਰਨੀ ਹੈ। ਸੋ ਉਹ ਵੀ ਕੋਈ ਭਾਵੁਕਤਾ ਦੇ ਵਹਿਣ 'ਚ ਨਹੀਂ ਬਹਿ ਗਿਆ ਜੀ ਦੇਖੋ ਉੱਥੇ ਕੀ ਹੋ ਰਿਹਾ, ਸਿੱਖਾਂ ਨਾਲ ਕੀ ਹੋਇਆ, ਮਾੜਾ ਹੋਇਆ, ਇਹ ਨਹੀਂ ਹੋਣਾ ਚਾਹੀਦਾ। ਉਹਨੇ ਕਿਹਾ ਜੀ ਜੋ ਹੋ ਰਿਹਾ ਆਈ ਡੋਂਟ ਕੇਅਰ, ਉਹਨਾਂ ਦੀ ਜ਼ਿੰਮੇਵਾਰੀ ਹੈ, ਉਹਨਾਂ ਦਾ ਮਸਲਾ ਦੂਜੀ ਕੌਮ ਦਾ, ਮੇਰਾ ਮਸਲਾ ਮੇਰੀ ਕੌਮ ਦਾ। ਸੋ ਦੁਨੀਆਂ ਦੇ ਉੱਤੇ ਭਾਵੇਂ ਕੋਈ ਕੌਮ ਜਿਹਦੀ ਜੈਨੋਸਾਈਡ ਵੀ ਹੋ ਰਹੀ ਹੋਵੇ, ਕਹਿਣ ਤੋਂ ਭਾਵ ਉਹ ਆਪਣੀ ਅਲੱਗ ਖਿੱਤੇ ਦੀ ਲੜਾਈ ਲਈ ਭਾਵੇਂ ਪੈਲਸਤੀਨੀਅਨ ਵੀ ਲੜਦੇ ਹੋਣ, ਪਰ 1984 'ਚ ਉਹਨਾਂ ਦੇ ਲੀਡਰ ਨੇ ਇਸ ਗੱਲ ਦੀ ਕੇਅਰ ਨਹੀਂ ਕੀਤੀ ਸੀ ਵੀ ਇੰਦਰਾ ਗਾਂਧੀ ਦੀ ਉਹ ਪ੍ਰੇਜ਼ ਨਾ ਕਰੇ, ਕਿਉਂਕਿ ਉਹ ਆਪ ਦੂਸਰੀ ਕੌਮ ਦੇ ਉੱਤੇ ਜਿਹੜਾ ਕੌਮ ਦਾ ਦਾਅਵਾ ਹੈ, ਕੌਮ ਕਹਿ ਰਹੀ ਹੈ ਵੀ ਸਾਡੀ ਵਾਇਲੈਂਸ ਸਾਡੇ ਦੇ ਉੱਤੇ ਹੋ ਰਹੀ ਹੈ। ਸੋ ਕੋਈ ਵੀ ਨੇਸ਼ਨ ਦੂਸਰੀ ਨੇਸ਼ਨ ਦੀ ਕਦੇ ਵੀ ਮਦਦ ਨਹੀਂ ਕਰਦੀ, ਕਦੇ ਹੱਕ 'ਚ ਨਹੀਂ ਆਉਂਦੀ, ਅਨਲੈਸ ਉਹਦੇ ਇੰਟਰਸਟ ਉਹਦੇ ਨਾਲ ਜੁੜੇ ਹੋਣ, ਤੇ ਨਾ ਕੋਈ ਭਾਵੁਕਤਾ ਦੇ ਵਹਿਣ ਦੇ ਵਿੱਚ ਬਹਿੰਦਾ ਹੁੰਦਾ। ਹਾਂਜੀ, ਇਹ ਅਸੀਂ ਆ ਜਿਹੜੇ ਭਾਵੁਕਤਾ ਦੇ ਵਹਿਣ ਦੇ ਵਿੱਚ ਬਹਿ ਜਾਇਆ ਕਰਦੇ ਨੇ, ਇਸੇ ਕਰਕੇ ਸਾਡੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਵੀ ਚੰਡੀਗੜ੍ਹ ਵੀ ਜਾਂਦਾ ਲੱਗਾ, ਪਾਣੀ ਵੀ ਜਾਂਦੇ ਲੱਗੇ, ਤੇ ਜਵਾਨੀ ਵੀ ਉੱਥੋਂ ਜਾਂਦੀ ਲੱਗੀ, ਤੇ ਬਾਕੀ ਤੁਹਾਨੂੰ ਪਤਾ ਵੀ ਤੁਹਾਡਾ ਕੀ ਜਾਂਦਾ ਜਾ ਰਿਹਾ, ਇਹ ਤੁਹਾਨੂੰ ਚੰਗੀ ਤਰ੍ਹਾਂ ਜਾਣ ਦਿਓ ਜੀ। ਹਾਂਜੀ, ਆ 2 ਸਾਲ ਪਹਿਲਾਂ ਆਪਾਂ ਦੇਖਿਆ, ਸ਼ਾਇਦ 2 ਸਾਲ ਹੀ ਹੋਇਆ, ਫਰਾਂਸ ਵਿੱਚ ਇੱਕ ਚਰਚ ਨੂੰ ਦੇਖਿਆ ਆਪਾਂ ਅੱਗ ਲੱਗ ਗਈ ਸੀ, ਉਹ 800 ਸਾਲ ਪੁਰਾਣੀ ਸੀਗੀ। ਵੀਰ ਜੀ ਦੇਖੋ ਵੀ ਉਹ ਉਹਨਾਂ ਉਹਦੀ ਨਾ ਅੱਗ ਬੁਝਣ ਤੋਂ ਪਹਿਲਾਂ ਜਾਣੀ ਕਿ ਕ੍ਰਿਸਚਨ ਲੋਕਾਂ ਨੇ ਉਹਦਾ ਫੰਡ ਇਕੱਠਾ ਕਰਕੇ ਭੇਜ ਦਿੱਤਾ ਸੀਗਾ ਵੀ ਮਤਲਬ ਇਹਨੂੰ ਦੁਬਾਰਾ ਉਸ ਬਣਾਇਆ ਜਾਵੇ, ਠੀਕ ਹੈ ਨਾ। ਮਤਲਬ ਜਦੋਂ ਤੋਂ ਅਤੇ ਤੁਹਾਡਾ ਗੁਰਦੁਆਰਾ ਜਿਹੜਾ 1984 ਵਿੱਚ ਢਾ ਦਿੱਤਾ ਗਿਆ, ਪਰ ਅੱਜ ਉੱਥੇ ਉਹਨਾਂ ਨੇ ਮਤਲਬ ਢਾ ਕੇ ਤਾਂ ਮੁੜ ਕੇ ਉਹਨਾਂ ਨੇ ਤੁਹਾਡੇ ਉਹ ਬਣਾ ਦਿੱਤੇ ਆ, ਉੱਥੇ ਦੁਕਾਨਾਂ ਬਣਾ ਦਿੱਤੀਆਂ, ਕਿਉਂਕਿ ਜਦੋਂ ਤੁਹਾਡੇ ਕੋਲ ਰਾਜ ਨਹੀਂ ਹੈਗਾ ਤਾਂ ਫਿਰ ਤੁਹਾਡੇ ਗੁਰਦੁਆਰੇ ਜੇ ਢਿੱਠ ਵੀ ਜਾਂਦੇ ਆ ਕਿਸੇ ਕਾਰਨ, ਪਰ ਮੁੜ ਕੇ ਉਹ ਬਣਾਏ ਨਹੀਂ ਜਾਂਦੇ। ਹੁਣ ਜਦੋਂ ਆਪਾਂ ਇੱਕ ਉਦਾਹਰਣ ਨਹੀਂ ਪੜ੍ਹਦੇ ਪੰਜਾਬ 'ਚ, ਜਦੋਂ ਖਾਸ ਕਰ ਆਮ ਕਰਕੇ ਦਿੱਤੀ ਜਾਂਦੀ ਹੈ, ਜਦੋਂ ਵੀ ਰੋਮ ਸੜ ਰਿਹਾ ਸੀ ਤੇ ਰੋਮ ਦਾ ਤੇ ਜਿਹੜਾ ਰਾਜਾ ਨੀਰੋ ਸੀਗਾ ਉਹ ਬਾਂਸਰੀ ਵਜਾ ਰਿਹਾ ਸੀ, ਉਹ ਅਸਲ ਵਿੱਚ ਰੋਮ ਸੱਚੀ ਮੁੱਚੀ ਸੜਿਆ ਸੀਗਾ ਨਾ, ਤੇ ਰੋਮ ਹੁਣ ਆਪਾਂ ਰੋਮ ਜਿਹੜਾ ਸੀ ਉਸ ਸਮੇਂ ਲੱਕੜ ਦਾ ਸ਼ਹਿਰ, ਲੱਕੜ ਦਾ ਸਾਰਾ ਸੀਗਾ, ਲੱਕੜ ਨਾਲ ਬਣਾਉਂਦੇ ਸੀ ਘਰ, ਲੱਕੜ ਦਾ ਸ਼ਹਿਰ ਸੀਗਾ, ਤੇ ਉਹ ਸਾਰਾ ਸ਼ਹਿਰ ਜਦੋਂ ਸੜ ਗਿਆ, ਉਹ ਮੇਰੇ ਖਿਆਲ 'ਚ 60 ਸਨ ਸੀਗਾ ਜਦੋਂ ਸੜਿਆ, ਤੇ ਉਹਦੇ ਵਿੱਚ ਇੱਕ ਮੰਦਰ ਸੀਗਾ ਜਿਹੜਾ ਉਹਨੂੰ ਮੰਦਰ ਸੀਗਾ ਬੈਸਪਾ ਸ਼ਾਇਦ ਦਾ ਨਾਂ ਆ, ਤੇ ਉਹ ਮਾਰਬਲ ਦਾ ਬਣਿਆ ਹੋਇਆ ਸੀਗਾ, ਤੇ ਉਹ ਮੰਦਰ ਵੀ ਸੜਿਆ ਵਿੱਚ, ਪਰ ਉਹਦਾ ਕੁਝ ਹਿੱਸਾ ਬਚ ਗਿਆ, ਤੇ ਉਹ ਤੁਸੀਂ ਅੱਜ ਵੀ ਚਲ ਜਾਓ ਰੋਮ ਦੇ ਵਿੱਚ ਭਾਜੀ, ਉਹ ਮੰਦਰ ਉੱਦਾਂ ਹੀ ਪਿਆ, ਉਸ ਗੱਲ ਦੀ ਸੱਚਾਈ, ਉਸ ਗੱਲ ਦੀ ਗਵਾਹੀ ਭਰਦਾ ਆ ਵੀ ਉਹ ਵੀ ਰੋਮ ਨੂੰ ਸੱਚੀ ਮੁੱਚੀ ਅੱਗ ਲੱਗੀ ਸੀ,
ਅਤੇ ਉਹ ਮੰਦਰ ਦੇ ਨਿਸ਼ਾਨ ਅੱਜ ਵੀ ਪਏ ਆ। ਜੇ ਸਾਡੇ ਨਾਲ 84 ਵਾਪਰੀ ਆ, ਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਢਾਇਆ, ਤੁਸੀਂ ਦੇਖ ਲਓ ਵੀ ਉੱਥੇ ਕੋਈ ਤੁਹਾਡੀ ਨਿਸ਼ਾਨੀ ਉਹਨਾਂ ਨੇ ਬਚਣ ਨਹੀਂ ਦਿੱਤੀ ਆ, ਕੁਛ ਨਿਸ਼ਾਨ ਰਹਿਗਾ ਆ। ਮਤਲਬ ਜਦੋਂ ਕੌਮ ਗੁਲਾਮ ਹੁੰਦੀ ਆ, ਚਲੋ ਉਹ ਤਾਂ ਢਾਣ ਦੀ ਗੱਲ ਆ, ਉਹ ਤਾਂ ਹਮਲੇ ਦੀ ਗੱਲ ਸੀ ਜੀ। ਹਮਲੇ ਦੀਆਂ ਨਿਸ਼ਾਨੀਆਂ ਸਮੇਂ ਦੀਆਂ ਸਰਕਾਰਾਂ ਨੇ ਨਹੀਂ ਛੱਡੀਆਂ, ਸਾਡੇ ਵਾਲਿਆਂ ਨੇ ਪੁਰਾਣੀਆਂ ਇਤਿਹਾਸਕ ਇਮਾਰਤਾਂ ਵੀ ਨਹੀਂ ਛੱਡੀਆਂ। ਉਹਦਾ ਕਾਰਨ ਵੀ ਇਹੀ ਆ ਵੀ ਭਾਈ ਉਹਦੇ 'ਚ ਅਸੀਂ ਭਾਵਕ ਹੋ ਜਾਂਦੇ ਹਾਂ ਜੀ, ਇਹ ਸਾਡੇ ਬਾਬਾ ਜੀ ਨੇ, ਹਾਂਜੀ ਇਹ ਵੱਡੇ ਬਾਬਾ ਜੀ ਨੇ, ਇਹ ਬਹੁਤ ਪਹੁੰਚੇ ਹੋਏ ਬਾਬਾ ਜੀ ਨੇ, ਇਹਨਾਂ ਦੀ ਲਿਵ ਬਹੁਤ ਉੱਚੀ ਲੱਗਦੀ ਹੈ, ਇਹ ਪਹੁੰਚ ਜਾਂਦੇ ਨੇ। ਉਹ ਬਾਬਾ ਜੀ ਵਿਚਾਰਾ ਮਤਲਬ ਪੁਰਾਣੀਆਂ ਡਿਊਟੀਆਂ ਪੁਰਾਣੀਆਂ ਇਮਾਰਤਾਂ ਢਾਈ ਜਾਂਦਾ ਹੈ ਨਾ, ਉਹਨੂੰ ਕੋਈ ਰੋਕਣ ਵਾਲਾ। ਇਹ ਸਾਡੇ ਸਾਰੇ ਰੈਫਰੈਂਸ ਆ ਜਿਹੜੇ ਬਚਾ ਕੇ ਰੱਖਣੇ ਬਹੁਤ ਜ਼ਰੂਰੀ ਆ। ਨਹੀਂ ਮੈਂ ਉਹੀ ਗੱਲ ਕਰਦਾ ਵੀ ਅਸੀਂ ਹਰੇਕ ਚੀਜ਼ ਨੂੰ ਭਾਵਕਤਾ 'ਚੋਂ ਦੇਖਦੇ ਹਾਂ, ਜਦੋਂ ਅਸੀਂ ਕਿਸੇ ਬੰਦੇ ਨੂੰ ਵੀ ਦੇਖਦੇ ਹਾਂ ਉਹ ਅਸੀਂ ਭਾਵਕਤਾ 'ਚੋਂ ਦੇਖਦੇ ਹਾਂ ਜੀ। ਇਹ ਸੰਤ ਆ, ਇਹ ਸਰੂਪ ਵਾਲਾ ਆ, ਉਹ ਭਾਵੇਂ ਸਾਡੀਆਂ ਮਤਲਬ ਇਤਿਹਾਸਕ ਇਮਾਰਤਾਂ ਢਾਈ ਚੱਲੇ। ਸੋ ਜਿਹੜੀ ਕੌਮ ਕਦੇ ਵੀ ਜਿਹੜੀ ਭਾਵਕਤਾ ਨੂੰ ਲੈ ਕੇ ਭਾਵਕਤਾ ਨੂੰ ਮੂਹਰੇ ਰੱਖ ਕੇ ਤੁਰਦੀ ਆ, ਉਹ ਹਮੇਸ਼ਾ ਹੀ ਜਿਹੜੀ ਆ ਕਿਤੇ ਨਾ ਕਿਤੇ ਉਹਦਾ ਨੁਕਸਾਨ ਹੁੰਦਾ ਆ। ਅਨਲੈਸ ਵੀ ਅਸੀਂ ਭਾਈ ਇਹ ਦੇਖੀਏ ਵੀ ਬੰਦਾ ਕਰ ਕੀ ਰਿਹਾ, ਬੰਦੇ ਦੇ ਕਰਮ ਕਿੱਦਾਂ ਦੇ ਨੇ। ਸੋ ਜਿਹੜੀਆਂ ਸਾਡੀਆਂ ਈਵਨ ਕਿ ਤਰਨ ਤਾਰਨ ਦੇ ਕੋਲ ਵੀ ਗੁਰਦੁਆਰਾ ਸਾਹਿਬ ਦੀ ਇੱਕ ਵਾਰ ਰਾਤ ਨੂੰ ਜਿਹੜੀ ਦਰਸ਼ਨੀ ਡਿਊਟੀ ਸੀ ਉਹ ਢਾਣ ਦੀ ਗੱਲ ਸੀ ਜੀ, ਪੁਰਾਣੀ ਹੋ ਗਈ, ਗਿਰ ਨਾ ਜਾਵੇ ਕਿਤੇ, ਤੇ ਲੋਕਾਂ ਨੇ ਰੌਲਾ ਪਾ ਦਿੱਤਾ ਵੀ ਰਾਤ ਨੂੰ ਵੀ ਢਾਣ ਲੱਗੇ ਆ। ਹਾਂਜੀ ਤੁਸੀਂ ਦਿਨੇ ਢਾਉਂਦੇ ਜਾਂ ਫਿਰ ਜੇ ਤੁਹਾਨੂੰ ਏਡਾ ਹੀ ਸੀਗਾ ਵੀ ਰੀਕੰਸਟਰਕਸ਼ਨ ਕਰਨੀ, ਉਹ ਕਹਿੰਦੇ ਜੀ ਅਮਰੀਕਾ ਕੈਨੇਡਾ ਕੰਮ ਰਾਤ ਨੂੰ ਹੀ ਕਰਦੇ ਹੁੰਦੇ ਨੇ, ਤੇ ਅਸੀਂ ਉਹਨਾਂ ਵਾਂਗੂ ਰਾਤ ਨੂੰ ਹੀ ਕੰਮ ਕਰਦੇ ਹਾਂ। ਸੋ ਕਈ ਵਾਰੀ ਇਹ ਜਿਹੜੀ ਭਾਵੁਕਤਾ ਦਾ ਵਹਿਣ ਆ ਬੜਾ ਖਤਰਨਾਕ ਆ, ਅਸੀਂ ਇਹਦੇ ਵਿੱਚ ਬੰਦੇ ਦੇ ਕੰਮ ਨਹੀਂ ਦੇਖਦੇ, ਬੰਦੇ ਦੀ ਸ਼ਕਲ ਦੇਖਦੇ ਹਾਂ। ਸੋ ਉਸ ਸ਼ਕਲ ਦੇ ਵਿੱਚ ਅਸੀਂ ਧੋਖਾ ਖਾ ਜਾਂਦੇ ਹਾਂ ਜੀ, ਇਹ ਬਾਬਾ ਜੀ ਨੇ, ਇਹ ਸੰਤ ਨੇ, ਮਹਾਂਪੁਰਖ ਨੇ, ਉਹ ਫਿਰ ਦਰਸ਼ਨੀ ਡਿਊਟੀਆਂ ਵੀ ਧਾਈ ਚੱਲੇ, ਉਹ ਗੁਰਦੁਆਰੇ ਵੀ ਧਾਈ ਚੱਲੇ, ਇਮਾਰਤਾਂ ਵੀ ਧਾਈ ਚੱਲੇ, ਅਸੀਂ ਕਹਿੰਦੇ ਜੀ ਨਹੀਂ ਨਹੀਂ ਅਸੀਂ ਨਹੀਂ ਖਿਲਾਫ਼ ਬੋਲਣਾ, ਕਿਉਂਕਿ ਭਾਵੁਕਤਾ ਜਿਹੜੀ ਅਸੀਂ ਮੂਹਰੇ ਰੱਖੀ ਹੁੰਦੀ ਆ। ਸੋ ਅੱਜ ਵੀ ਜਦੋਂ ਨਰਿੰਦਰ ਮੋਦੀ ਜੀ ਨੇ ਟਵੀਟ ਮਾਰਿਆ ਵੀ ਕੌਮ ਦੀ ਚੜ੍ਹਦੀ ਕਲਾ ਹੋਵੇ, ਨੌਜਵਾਨ ਜਿਹੜੇ ਨੇ ਆਪਣਾ ਪੀਸਫੁਲ ਪ੍ਰੋਟੈਸਟ ਕਰਨ ਲੱਗੇ ਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਵੀ ਉਹਨਾਂ ਦੇ ਗੁਰਦੁਆਰੇ ਢਾ ਦਿੱਤੇ ਗਏ ਨੇ, ਤੇ ਚੜ੍ਹਦੀ ਕਲਾ ਹੋਵੇ ਕਾਹਦੇ ਨਾਲ? ਹਾਂਜੀ ਨਹੀਂ, ਹਾਂਜੀ ਦੇਖੋ ਜਿਹੜੇ ਲੋਕ ਆ ਜਿਹੜੇ ਸਾਡੇ ਪੰਜਾਬ ਨਿਵਾਸੀ ਹੈਗੇ ਉਹ ਤਾਂ ਸੁਚੇਤ ਹੈਗੇ ਆ, ਕਿਤੇ ਨਾ ਕਿਤੇ ਰਾਜਨੀਤਿਕ ਜਿਹੜਾ ਗੈਪ ਜਿਹੜਾ ਬਣਿਆ ਨਾ, ਸ਼੍ਰੋਮਣੀ ਅਕਾਲੀ ਦਲ ਵੀ ਜਿੱਥੇ ਤੁਹਾਨੂੰ ਆਪਾਂ ਗੱਲ ਕੀਤੀ ਪੰਜਾਬ ਦੀ ਗੱਲ ਕਰਦਾ ਸੀ ਕਿਸੇ ਸਮੇਂ ਨਾ, ਵੀ ਇੱਥੇ ਸਾਡੇ ਜਿਹੜੇ ਆ ਸਾਡੇ ਅਧਿਕਾਰ ਆ ਪ੍ਰੋਟੈਕਟ ਤਦੇ ਰਿਹਾ ਸਾਡੇ 1925 ਦੀ ਗੱਲ ਕਰਦੇ, 1925 ਹਾਂਜੀ, ਤੇ ਹੁਣ ਜਦੋਂ ਜਦੋਂ ਉਹਨਾਂ ਨੇ ਜਾ ਕੇ ਗੁਆਂਢੀਆਂ ਦੇ ਨਾਲ ਆਪਣੇ ਰਿਲੇਸ਼ਨ ਬਣਾ ਲਏ ਆ, ਜੁੜ ਗਏ ਇਹਨਾਂ ਦੇ ਨਾਲ ਜਾ ਕੇ, ਤੇ ਉਹ ਇੱਕ ਐਸਾ ਅਜਗਰ ਰੂਪ ਹੈਗਾ ਉਹਨੂੰ ਜ਼ਬਤ ਕਰ ਗਿਆ, ਰਾਜਨੀਤੀ ਨੂੰ ਜ਼ਬਤ ਕਰ ਗਿਆ। ਪਰ ਜਦੋਂ ਤੁਸੀਂ ਆਪਾਂ ਦਰਸ਼ਨੀ ਡਿਊਟੀ ਦੀ ਵੀ ਗੱਲ ਕਰਦੇ ਆ, ਲੋਕ ਤਾਂ ਜਾਗਰੂਕ ਆ ਨਾ, ਲੋਕਾਂ ਨੇ ਰੋਕਿਆ ਜਾ ਕੇ, ਸੋ ਕਹਿੰਦੇ ਪੰਜਾਬ ਜਿਹੜਾ ਉਹ ਜਾਗਦਾ ਆ, ਕਿਤੇ ਨਾ ਕਿਤੇ ਲੋਕ ਜਾਗਦੇ ਰਹਿਣਗੇ, ਹਾਂਜੀ ਤੁਹਾਡਾ ਬਚਾਅ ਹੁੰਦਾ ਰਹੂਗਾ, ਹਾਂਜੀ ਬਚਾਅ ਹੁੰਦਾ ਰਹੂਗਾ, ਹਾਂਜੀ। ਇਸ ਕਰਕੇ ਪੰਜਾਬ ਨੂੰ ਠੀਕ ਆ, ਰਾਜਨੀਤਿਕ ਗੈਪ ਆਇਆ, ਸੋ ਇਸ ਕਰਕੇ ਕੌਮ ਦਾ ਜਿਹੜਾ ਆ ਉਹ ਆਪਣਾ ਘਰ ਜਿਹੜਾ ਕਾਨੂੰਨੀ ਤਰੀਕੇ ਨਾਲ ਜ਼ਰੂਰ ਬਣੂਗਾ। ਸੋ 8 ਮਈ ਨੂੰ ਵੋਟਾਂ ਜਿਹੜੀਆਂ ਆ ਉਹ ਬ੍ਰਿਕਸ਼ੀਆ ਫੋਰਮ ਦੇ ਵਿੱਚ ਬ੍ਰਿਕਸ਼ੀਆ ਫੋਰਮ 'ਚ ਪੈ ਰਹੀਆਂ ਨੇ। ਸੋ ਇਸ ਕਰਕੇ ਅਸੀਂ ਆਪਣਾ ਜਿਹੜਾ ਘਰ ਆ ਉਹ ਕਾਨੂੰਨੀ ਤਰੀਕੇ ਨਾਲ ਜਿਹੜਾ ਉਹਦੇ ਵੱਲ ਪੰਜਾਬ ਜਿਹੜਾ ਵੱਧ ਰਿਹਾ ਆ। ਅੱਛਾ, ਇਹਨਾਂ ਦਾ ਬੜੇ ਵਧੀਆ ਇਹਨਾਂ ਨੇ ਕਿਹਾ ਜੀ ਕਾਨੂੰਨੀ ਤਰੀਕੇ ਨਾਲ ਪੰਜਾਬ ਆਪਣੇ ਘਰ ਵੱਲ ਵੱਧ ਰਿਹਾ ਆ, ਬੜੀ ਵਧੀਆ ਗੱਲ ਆ। ਸੋ ਕਿਸੇ ਵੀ ਕਨਫਲਿਕਟ ਨੂੰ ਤੁਸੀਂ ਇਸ ਤਰੀਕੇ ਨਾਲ ਐਕਸਪਲੇਨ ਕਰੋ, ਇਸ ਤਰੀਕੇ ਨਾਲ ਉਹਦੀ ਗੱਲ ਕਰੋ, ਜਾਂ ਇਸ ਤਰੀਕੇ ਨਾਲ ਉਹਨੂੰ ਰਿਜ਼ੋਲਵ ਕਰਨ ਦੀ ਗੱਲ ਕਰੋ, ਇਹ ਸਾਲ ਗੁੱਡ ਆ, ਇਹਦੇ 'ਚ ਫਿਰ ਸਾਰਾ ਤੁਹਾਡਾ ਗੁੱਡ ਪਾਠ ਹੁੰਦਾ, ਸਰਕਾਰਾਂ ਵੀ ਸਾਥ ਦਿੰਦੀਆਂ ਵੀ ਭਾਈ ਵਿਦ ਇਨ ਲਾਅ, ਵਿਦ ਇਨ ਜਿਹੜਾ ਆ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕੀਤਾ ਜਾਂਦਾ। ਪਰ ਜਦੋਂ ਕਾਨੂੰਨ ਦਾ, ਮੈਂ ਤਾਂ ਹੁਣ ਨਾਲ ਤੁਸੀਂ ਸਰਕਾਰ ਦੀ ਸਟੈਂਡਿੰਗ ਵੀ ਦੱਸਣੀ ਆ, ਭਾਵੇਂ ਤੁਸੀਂ ਕਾਨੂੰਨ ਦੇ ਪੱਖ ਤੋਂ ਕਹਿ ਰਹੇ ਆ, ਸਰਕਾਰ ਕਹਿੰਦੀ ਜੇ ਇਹ ਕਾਨੂੰਨ ਦੇ ਪੱਖ ਤੋਂ ਵੀ ਸਾਡੇ ਲਈ ਇਹ ਗੈਰ ਕਾਨੂੰਨੀ ਜਿਹੜਾ ਹੈਗਾ ਹੈ ਵੋਟਾਂ ਦਾ। ਪਰ 8 ਮਈ ਨੂੰ ਬ੍ਰਿਕਸ਼ੀਆ ਦੇ ਵਿੱਚ ਬ੍ਰਿਕਸ਼ੀਆ ਫੋਰਮ 'ਚ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਪੈਣੀਆਂ ਨੇ, ਇਟਲੀ ਦੇ ਵਿੱਚ ਇੰਗਲੈਂਡ ਦੇ ਮੁਕਾਬਲੋਂ ਲਗਭਗ 3 ਗੁਣਾ ਸਿੱਖ ਘੱਟ ਆ, 2.25 ਲੱਖ ਜਾਂ 2 ਲੱਖ ਦੀ ਗਿਣਤੀ ਜਿਹੜੀ ਆ ਮੰਨਣ 'ਚ ਆ ਰਹੀ ਆ। ਸੋ ਹੋਪਫੁਲੀ 8 ਮਈ ਨੂੰ ਇਸ ਦੇ ਬਾਬਤ ਆਪਾਂ ਤੁਹਾਨੂੰ ਪ੍ਰੋਗਰਾਮ ਵੀ ਲਾਈਵ ਦਿਖਾਵਾਂਗੇ ਵੋਟਾਂ ਦੇ ਬਾਰੇ। ਸੋ ਆਪਾਂ ਅਗਲੀ ਖਬਰ ਵੱਲ ਵਧਣ ਦੇ ਨਾਲ ਨਾਲ, ਸੋ ਸਾਡੀ ਟੀਮ ਨੂੰ ਬੇਨਤੀ ਹੈ ਜੀ ਅਗਲੀ ਖਬਰ ਤੁਸੀਂ ਲਾ ਦਿਓ। ਅਗਲੀ ਖਬਰ ਜੀ ਨਾਲ ਦੀ ਨਾਲ ਮਿਡਲ ਈਸਟ ਆਈ, ਜਿਹੜਾ ਕਿ ਇੱਕ ਟਵਿੱਟਰ ਹੈਂਡਲਰ ਆ, ਬੜਾ ਪ੍ਰੋਮੀਨੈਂਟ ਨੇਮ ਆ ਟਵਿੱਟਰ ਦੀ ਦੁਨੀਆ ਦੇ ਵਿੱਚ, ਖਾਸ ਕਰਕੇ ਮਿਡਲ ਈਸਟ ਦੇ ਵਿੱਚ। ਸੋ ਅੱਜ ਉਹਨਾਂ ਨੇ ਟਵੀਟ ਮਾਰਿਆ ਵੀ ਹਿੰਦੂ ਮੋਬਸ ਅਟੈਕ ਮੁਸਲਿਮ ਓਨ ਪ੍ਰੋਪਰਟੀਜ਼ ਇਨ ਸੈਵਰਲ ਸਿਟੀਜ਼ ਅਕਰੋਸ ਇੰਡੀਆ ਡਿਊਰਿੰਗ ਦ ਫੈਸਟੀਵਲ ਆਫ ਰਾਮਨੌਮੀ। ਅਕੋਰਡਿੰਗ ਟੂ ਲੋਕਲ ਰਿਪੋਰਟਸ, ਦ ਵਾਇਲੈਂਸ ਲੈਫਟ ਐਟ ਲੀਸਟ 1 ਪਰਸਨ ਡੈਡ ਵਿਦ ਸ਼ੋਪ ਐਂਡ ਮੋਸਕ ਰਿਪੋਰਟਲੀ ਡਿਸਕ੍ਰੇਡਿਡ। ਸੋ ਜੀ ਅੱਜ ਰਾਮਨੌਮੀ ਦੇ ਪਵਿੱਤਰ ਤਿਉਹਾਰ ਮੌਕੇ, ਜਿਹੜਾ ਕਿ ਹਿੰਦੂਆਂ ਦਾ ਪਵਿੱਤਰ ਤਿਉਹਾਰ ਆ, ਪਰ ਇਸ ਦੇ ਉੱਤੇ ਜਿਹੜੇ ਲੋਕ ਰਾਜਨੀਤੀ ਕਰਨ ਵਾਲੇ ਨੇ, ਜਿਨ੍ਹਾਂ ਕੋਲ ਪਾਵਰ ਆ, ਰਾਜਨੀਤਿਕ ਤਾਕਤ ਆ, ਉਹਨਾਂ ਨੇ ਧਰਮ ਦੇ ਨਾਂ ਦੇ ਉੱਤੇ ਵੀ ਜਿਹੜਾ ਆ ਕਿਤੇ ਨਾ ਕਿਤੇ ਇਸ ਨੂੰ ਆਪਣਾ ਜਿਹੜਾ ਏਜੰਡਾ, ਈਵਨ ਕਿ ਭਾਰਤ ਦਾ ਮੀਡੀਆ ਹੀ ਕਹਿ ਰਿਹਾ ਵੀ ਉਹ ਐਟਮੋਸਫੇਅਰ ਦੇ ਵਿੱਚ ਜ਼ਹਿਰ ਘੋਲ ਰਹੇ ਨੇ। ਸੋ ਸਾਰੀ ਦੁਨੀਆ ਨੇ ਇਸ ਨੂੰ ਦੇਖਿਆ ਅਤੇ ਵਾਚ ਕੀਤਾ, ਈਵਨ ਕਿ ਅਮਰੀਕਾ ਦੇ
ब्लिंकन ਜਿਹੜੇ ਕਿ ਸਟੇਟ ਡਿਪਾਰਟਮੈਂਟ ਦੇ ਵਿੱਚ ਫੋਰਨ ਸੈਕਟਰੀ ਨੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਵਾਚ ਕਰਦੇ ਪਏ ਹਾਂ ਹਿਊਮਨ ਰਾਈਟ ਅਬਿਊਜ਼ਸ ਰਾਈਟ ਅਬਿਊਜ਼ਸ ਜਿਹੜੇ ਭਾਰਤ ਦੇ ਵਿੱਚ ਹੋ ਰਹੇ ਨੇ ਅਤੇ ਉਹਨਾਂ ਦੇ ਨਾਲ ਨਾਲ ਭਾਰਤ ਦਾ ਮੀਡੀਆ ਵੀ ਕਹਿ ਰਿਹਾ ਵੀ ਜਿਹੜੀ ਐਤਕੀ ਰਾਮ ਨੌਮੀ ਦੇ ਹਿੰਦੂਆਂ ਦੇ ਪਵਿੱਤਰ ਤਿਉਹਾਰ ਮੌਕੇ ਜਿਹੜੇ ਰਾਈਟ ਵਿੰਗ ਦੇ ਗਰੁੱਪਸ ਨੇ ਜਿਨ੍ਹਾਂ ਦੀ ਜਿਨ੍ਹਾਂ ਨੂੰ ਬੀਜੇਪੀ ਸਰਕਾਰ ਦੀ ਸ਼ਹਿ ਪ੍ਰਾਪਤ ਆ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਦੇ ਘਰ ਢਾਏ ਨੇ ਮਸੀਤਾਂ ਦੇ ਉੱਤੇ ਪੱਥਰ ਮਾਰੇ ਨੇ ਜਾਂ ਲੜਾਈਆਂ ਹੋਈਆਂ ਨੇ ਐਤਕੀ ਸਾਰੀ ਦੁਨੀਆ ਨੇ ਉਹਨੂੰ ਉਸਨੂੰ ਕਵਰ ਕੀਤਾ ਕਿਤੇ ਨਾ ਕਿਤੇ ਜਦੋਂ ਬਲਾਕ ਚੇਂਜ ਹੁੰਦਾ ਜਦੋਂ ਤੁਸੀਂ ਸੇਮ ਬਲਾਕ 'ਚ ਹੋਵੋ ਇਹ ਲੱਗਦਾ ਵੀ ਭਾਈ ਫਿਰ ਉਦੋਂ ਲੋਕ ਜਿਹੜੀਆਂ ਦੂਜੀਆਂ ਸਰਕਾਰਾਂ ਸੇਮ ਬਲਾਕ ਵਾਲੀਆਂ ਕਈ ਵਾਰ ਨਜ਼ਰਅੰਦਾਜ਼ ਵੀ ਕਰ ਜਾਂਦੀਆਂ ਨੇ ਅਤੇ ਜਦੋਂ ਤੁਸੀਂ ਬਲਾਕ ਚੇਂਜ ਕਰਕੇ ਓਪੋਜ਼ਿਟ ਖੜ੍ਹ ਜਾਓ ਉਹ ਫਿਰ ਜਦੋਂ ਨੈਗੇਟਿਵ ਪੋਜ਼ੀਟਿਵ ਦਾ ਆਉਂਦਾ ਫਿਰ ਉਹ ਮੇਲ ਨਹੀਂ ਖਾਂਦੀਆਂ ਹਾਂਜੀ ਸੋ ਆਹੀ ਕੁਛ ਜਿਹੜਾ ਆਪਾਂ ਨੂੰ ਐਤਕੀ ਦੇਖਣ ਨੂੰ ਮਿਲ ਰਿਹਾ ਵੀ ਵੈਸਟਰਨ ਮੀਡੀਆ ਨੇ ਕਿਸ ਤਰੀਕੇ ਦੇ ਨਾਲ ਇਸ ਹਿੰਦੂਆਂ ਦੇ ਪਵਿੱਤਰ ਤਿਉਹਾਰ ਮੌਕੇ ਹੋਈਆਂ ਵਾਇਲੈਂਸ ਨੂੰ ਕਵਰ ਕੀਤਾ ਆ ਅਤੇ ਅਮਰੀਕਾ ਵੱਲੋਂ ਨਿਗਾਹ ਰੱਖਣ ਦੀ ਜਿਹੜੀ ਆ ਗੱਲ ਕਹੀ ਗਈ ਵੀ ਤੁਹਾਡੇ 'ਤੇ ਨਿਗਾਹ ਰੱਖ ਰਹੇ ਹਾਂ ਸੈਂਕਸ਼ਨਸ ਵੀ ਕਹਿੰਦੇ ਨੇ ਇਹਦੇ 'ਤੇ ਨਿਕਲ ਕੇ ਲੱਗ ਸਕਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਜੀ ਇਹ ਤਾਂ ਹੁਣ ਪਿੱਛੇ ਜਿਹੜੀ ਸੋਚ ਕੰਮ ਕਰਦੀ ਆ ਨਾ ਉਹ ਹੁਣ ਪ੍ਰਮੋਟ ਕਰ ਰਿਹਾ ਵੱਧ ਤੋਂ ਵੱਧ ਸੋ ਇਹ ਤਾਂ ਸਾਨੂੰ ਸੁਚੇਤ ਹੋਣ ਦੀ ਲੋੜ ਆ ਪੰਜਾਬ ਨੂੰ ਹੁਣ ਜੇ ਪੰਜਾਬ ਦੀ ਆਪਾਂ ਕਹੀਏ ਜੇ ਸਾਡੇ ਪੰਜਾਬ 'ਚ ਵੀ ਕੋਈ ਤਿਉਹਾਰ ਹੁੰਦਾ ਜਾਂ ਹਿੰਦੂ ਪਰਿਵਾਰਾਂ ਦੇ ਵੀ ਹਿੰਦੂ ਵੀਰਾਂ ਦੇ ਵੀ ਮਨਾਉਂਦੇ ਆ ਨਾ ਉਹਦੇ ਵਿੱਚ ਇਹ ਹਮੇਸ਼ਾ ਮਰਿਆਦਾ ਦਾ ਖਿਆਲ ਰੱਖਿਆ ਜਾਂਦਾ ਵੀ ਆਪਾਂ ਕਿਸੇ ਦੀ ਧੀ ਭੈਣ ਨਾਲ ਛੇੜਖਾਨੀ ਨਹੀਂ ਕਰਨੀ ਹੈ ਨਾ ਜਾਂ ਰੰਗ ਪਾਉਣ ਨਿਕਲ ਆਉਂਦੇ ਆ ਜੇ ਕੋਈ ਗਲਤੀ ਕਰਦਾ ਉਸੇ ਵੇਲੇ ਉਹਨੂੰ ਰੋਕਿਆ ਜਾਂਦਾ ਵੀ ਇਹ ਠੀਕ ਨਹੀਂ ਹੈਗਾ ਨਾ ਕਿਉਂਕਿ ਉਹ ਸਾਡੇ ਸੱਭਿਆਚਾਰ 'ਚ ਭਰਿਆ ਹੋਇਆ ਵੱਡਿਆਂ ਦੀ ਛੋਟਿਆਂ ਦੀ ਇੱਜ਼ਤ ਕਰਨੀ ਪਰ ਇੱਕ ਜਿਹੜੀ ਇਹ ਸੋਚ ਆ ਇਹ ਤਾਂ ਉਛਾਲਦੇ ਆ ਜਿੱਦਾਂ ਕਿ ਤਾਂ ਆਪਾਂ ਦੇਖਿਆ ਜਾ ਵੀ ਆਪਣੇ ਦਿੱਲੀ ਦੇ ਵਿੱਚ ਵੀ ਸਿੱਖ ਵੀ ਆ ਉਸ ਨੌਜਵਾਨ ਬੱਚੀ ਨਾਲ ਕਿਸ ਤਰੀਕੇ ਨਾਲ ਉਹਨੂੰ ਜਿਹੜੀ ਸਜ਼ਾ ਜ਼ਾਬਤਾ ਕੀਤਾ ਗਿਆ ਉਹਨਾਂ ਨੇ ਵੀ ਉਹਦੇ ਕੇਸ ਕੱਟੇ ਗਏ ਉਹਦਾ ਮੂੰਹ ਕਾਲਾ ਕੀਤਾ ਗਿਆ ਹੈ ਨਾ ਉਹਦੇ ਨਾਲ ਸਰੀਰਕ ਸ਼ੋਸ਼ਣ ਕੀਤਾ ਗਿਆ ਅਤੇ ਉਹਨੂੰ ਬਾਜ਼ਾਰਾਂ 'ਚ ਉਹਦੇ ਜੁੱਤੀਆਂ ਦਾ ਹਾਰ ਪਾ ਕੇ ਘੁਮਾਇਆ ਗਿਆ ਇਹ ਜਿਹੜੀ ਸੋਚ ਆ ਨਾ ਇਹ ਬਹੁਤ ਖਤਰਨਾਕ ਸੋਚ ਆ ਪਰ ਜਿਹੜੀ ਕਿ ਸਾਡੇ ਪੰਜਾਬ ਵਿੱਚ ਇਹੋ ਜਿਹੀ ਇਹੋ ਜਿਹਾ ਦੀ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਸੋ ਆਪਾਂ ਨੂੰ ਤਾਂ ਜੀ ਵੀ ਸੁਚੇਤ ਰਹਿਣਾ ਚਾਹੀਦਾ ਸੁਚੇਤ ਰਹਿਣਾ ਚਾਹੀਦਾ ਅਤੇ ਬਿਲਕੁਲ ਜੀ ਮੇਰੇ ਗੱਲ ਦਿਮਾਗ 'ਚੋਂ ਜਿਹੜੀ ਆ ਉਹ ਗੱਲ ਵਿਸਰ ਗਈ ਚਲੋ ਕੋਈ ਨਹੀਂ ਸੋ ਆਪਣੇ ਮੈਂ ਜਿੰਨੇ ਵੀ ਸਾਨੂੰ ਯੂਟਿਊਬ ਦੇ ਉੱਤੇ ਦੇਖ ਰਹੇ ਨੇ ਫੇਸਬੁੱਕ 'ਤੇ ਵੇਖ ਰਹੇ ਨੇ ਉਹਨਾਂ ਸਾਰੇ ਸੱਜਣਾਂ ਨੂੰ ਬੇਨਤੀ ਹੈ ਵੀ ਇਸ ਲਿੰਕ ਨੂੰ ਤੁਸੀਂ ਕਾਪੀ ਕਰੋ ਕਾਪੀ ਕਰਕੇ ਇਹਨੂੰ ਵਟਸਐਪ ਦੇ ਗਰੁੱਪਾਂ 'ਚ ਪਾਓ ਟੈਕਸਟ ਮੈਸੇਜ ਭੇਜੋ ਅਤੇ ਫੇਸਬੁੱਕ 'ਤੇ ਪਾਓ ਇਹਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਹੋਰ ਸਿੰਘਾਂ ਨੂੰ ਜੋੜਿਆ ਕਰੀਏ ਸ਼ਾਮ ਦੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਜਵਾਬ ਮੰਗਦਾ ਪੰਜਾਬ ਦੇ ਵਿੱਚ ਸੋ ਬੇਨਤੀ ਹੈ ਜੀ ਜਿਉਂ ਜਿਉਂ ਆਪਾਂ ਗੱਲਾਂ ਕਰ ਰਹੇ ਹਾਂ ਆਪਾਂ ਨਾਲ ਨਾਲ ਹੋਰ ਸਿੰਘਾਂ ਨੂੰ ਵੀ ਜਿਹੜਾ ਨਾਲ ਨਾਲ ਜੋੜਨਾ ਸੋ ਇਸ ਲਿੰਕ ਨੂੰ ਤੁਸੀਂ ਵਟਸਐਪ ਗਰੁੱਪਾਂ ਦੇ ਵਿੱਚ ਆਪਣੇ ਟੈਕਸਟ ਮੈਸੇਜ ਦੇ ਵਿੱਚ ਹੋਰ ਭਰਾਵਾਂ ਨੂੰ ਵੀ ਭੇਜੋ ਹੋਰਾਂ ਨੂੰ ਵੀ ਜੋੜੋ ਹਾਂਜੀ ਸੋ ਚਲੋ ਜੀ ਠੀਕ ਆ ਜੀ ਜਦ ਤੱਕ ਆਪਣੇ ਸਿੰਘ ਕਰਦੇ ਹਾਂ ਆਪਾਂ ਅਗਲੀ ਖਬਰ ਵੱਲ ਵੱਧਦੇ ਹਾਂ ਜਿਹੜੀ ਕਿ ਅਗਲੀ ਖਬਰ ਆ ਜੀ ਅੱਜ ਦੀ ਖਬਰ ਦੇ ਵਿੱਚ ਅਗਲੀ ਖਬਰ ਜਿਹੜੀ ਆ ਉਹ ਸਭ ਤੋਂ ਇੰਪੋਰਟੈਂਟ ਆ ਅਤੇ ਦੁਨੀਆ ਦੇ ਵਿੱਚ ਜਦੋਂ ਇਸ ਤੋਂ ਵੱਡੀ ਮੈਂ ਕੋਈ ਖਬਰ ਨਹੀਂ ਦੇਖ ਰਿਹਾ ਭਾਵੇਂ ਉਹਨੂੰ ਕੋਈ ਸਮਝੇ ਕੋਈ ਨਾ ਸਮਝੇ ਕਿਸੇ ਦੇ ਦਿਮਾਗ 'ਚ ਵੜੇ ਕਿਸੇ ਦੇ ਨਾ ਵੜੇ ਜਿਨ੍ਹਾਂ ਨੇ ਕੈਪਟਨ ਬਾਦਲ ਟੋੜਾ ਢੀਂਡਸਾ ਇਹਨਾਂ 'ਚੋਂ ਜਗ੍ਹਾ ਨਹੀਂ ਖਾਲੀ ਹੁੰਦੀ ਉਦੋਂ ਤੱਕ ਇਸ ਖਬਰ ਦੀ ਸਮਝ ਨਹੀਂ ਲੱਗਣੀ ਸਮਝਦੇ ਮੇਰੀ ਗੱਲ ਨੂੰ ਜਦ ਤੱਕ ਤੁਹਾਡੇ ਦਿਮਾਗ 'ਚੋਂ ਭਗਵੰਤ ਮਾਨ ਕੈਪਟਨ ਬਾਦਲ ਕੇਜਰੀਵਾਲ ਢੀਂਡਸਾ ਇਹ ਨਹੀਂ ਨਿਕਲਦੇ ਜਦ ਤੱਕ ਤੁਹਾਡੀ ਸਪੇਸ ਜਿਹਨੂੰ ਕਹਿੰਦੇ ਆ ਸਟੋਰੇਜ ਨੇ ਉਹ ਉਹਨਾਂ ਦੀ ਜਾਣਕਾਰੀ ਨਾ ਓਕੂਪਾਈ ਕੀਤੀ ਆ ਉਦੋਂ ਤੱਕ ਫਿਰ ਤੁਹਾਡੀ ਇਹ ਖਬਰ ਤੁਹਾਨੂੰ ਸਮਝ ਨਹੀਂ ਲੱਗ ਸਕਦੀ ਵੀ ਕੀ ਕਹਿੰਦੀ ਆ ਹਾਂਜੀ ਮਤਲਬ ਕਿਸੇ ਖਬਰ ਨੂੰ ਜਗ੍ਹਾ ਬਣਾਉਣ ਵਾਸਤੇ ਉੱਥੇ ਜਗ੍ਹਾ ਹੋਣੀ ਜ਼ਰੂਰੀ ਆ ਨਾ ਹਾਂਜੀ ਹਾਂਜੀ ਜੇ ਸਾਡੇ ਕੋਲ ਜਗ੍ਹਾ ਹੀ ਨਹੀਂ ਤਾਂ ਫਿਰ ਖਬਰ ਸਮਝ ਕਿੱਦਾਂ ਲੱਗੂਗੀ ਅਤੇ ਫਿਰ ਖਬਰ ਦਾ ਫਿਊਚਰ ਕਿੱਦਾਂ ਲੱਗੂਗਾ ਖਬਰ ਬਣਨ ਦਾ ਕਾਰਨ ਕੀ ਆ ਉਹ ਕਿੱਦਾਂ ਸਮਝ ਲੱਗੂਗੀ ਇਸ ਦੀਆਂ ਆਉਣ ਵਾਲੀਆਂ ਸਮੇਂ ਦੇ ਵਿੱਚ ਕੀ ਚੇਂਜਿੰਗਾਂ ਤੁਹਾਡੇ ਵਾਸਤੇ ਲਿਆਉਣਗੀਆਂ ਪਤਾ ਕਿਵੇਂ ਲੱਗੂ ਜੇ ਆਪਾਂ ਨੂੰ ਕੇਜਰੀਵਾਲ ਭਗਵੰਤ ਮਾਨ ਬਾਦਲ ਢੀਂਡਸਾ ਟੌੜਾ ਇੱਧਰੋਂ ਜਗ੍ਹਾ ਨਹੀਂ ਮਿਲਦੀ ਪਈ ਸੋ ਆਪਾਂ ਜਗ੍ਹਾ ਬਣਾਈਏ ਉਹਨਾਂ ਨੂੰ ਸੈਟਲਨ ਕਰੀਏ ਅਤੇ ਦੁਨੀਆ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਸਮਝੀਏ ਵੀ ਚੱਲ ਕੀ ਰਿਹਾ ਸੋ ਮੈਂ ਟੋਰਾਂਟੋ ਸਟਾਰ ਆ ਜੀ ਕੈਨੇਡੀਅਨ ਮੀਡੀਆ ਦਾ ਪ੍ਰੋਮੀਨੈਂਟ ਨੇਮ ਆ ਬੇਨਤੀ ਫਿਰ ਕਰਦਾ ਵੀ ਤੁਸੀਂ ਵਾਰ ਵਾਰ ਅਭੀ ਅਭੀ ਕਭੀ ਕਭੀ ਇਸਕੇ ਸਾਥ ਉਸਕੇ ਸਾਥ ਸਵੇਰ ਤੱਕ ਸ਼ਾਮ ਤੱਕ ਦੁਪਹਿਰ ਤੱਕ ਵਾਲੇ ਜਿੰਨੇ ਤੁਸੀਂ ਲਾਈਕ ਕੀਤੇ ਹੋਏ ਆ ਮੇਰੀ ਬੇਨਤੀ ਹੈ ਵੀ ਉਹਨੂੰ ਤੁਸੀਂ ਡਿਸਲਾਈਕ ਕਰਕੇ ਇਹਨੂੰ ਲਾਈਕ ਕਰ ਲਓ ਦੁਨੀਆ ਦੇ ਵੱਡੇ ਵੱਡੇ ਮੀਡੀਆ ਦੀਆਂ ਚੱਲ ਰਹੀਆਂ ਖਬਰਾਂ ਨੂੰ ਪੜ੍ਹਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਦੁਨੀਆ 'ਚ ਵਾਪਰਦਾ ਕੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਨੂੰ ਪਤਾ ਨਹੀਂ ਹੈਗਾ ਜਾਂ ਮੈਂ ਤੁਹਾਨੂੰ ਚੈਲੇਂਜ ਨਹੀਂ ਕਰ ਰਿਹਾ ਐਜ਼ ਆ ਆਪਾਂ ਜਦੋਂ ਪ੍ਰੋਗਰਾਮ ਕਰਦੇ ਹਾਂ ਮੈਂ ਐਡਵਾਈਜ਼ ਕਰਦਾ ਵੀ ਭਾਈ ਤੁਸੀਂ ਕਿਹੜੇ ਕਿਹੜੇ ਅਖਬਾਰਾਂ ਨੂੰ ਪਿੱਕ ਕਰਨਾ ਕਿਹੜੇ ਕਿਹੜੇ ਪੜ੍ਹੇ ਕਰਨੇ ਆ ਕਿਹੜੇ ਕਿਹੜੀਆਂ ਜਿਹੜੀਆਂ ਨੇ ਦੁਨੀਆ ਪੜ੍ਹਦੀ ਆ ਉਹ ਲੋਕ ਜਿਹੜੇ ਦੁਨੀਆ 'ਚ ਮੈਟਰ ਕਰਦੇ ਨੇ ਉਹ ਕੀ ਪੜ੍ਹਦੇ ਨੇ ਆਪਾਂ ਇਹ ਨੋਟ ਕਰਨਾ ਸਿੱਖਣ ਦੀ ਗੱਲ ਆ ਹਾਂਜੀ ਚਲੋ ਖਬਰ 'ਤੇ ਆ ਜਾਂਦੇ ਹਾਂ ਖਬਰ ਕਹਿੰਦੀ ਹੈ ਜੀ ਕੰਜ਼ਰਵੇਟਿਵ ਲੀਡਰਸ਼ਿਪ ਕੈਂਡੀਡੇਟ ਪੈਟ੍ਰਿਕ ਬਰਾਊਨਟ ਇਹ ਹੁਣ ਕੈਨੇਡਾ ਦੀ ਖਬਰ ਆਈ ਕੈਨੇਡਾ ਦੇ ਵਿੱਚ ਪਾਰਟੀਆਂ ਨੇ ਇੱਕ ਲਿਬਰਲਜ਼ ਆ ਅਤੇ ਇੱਕ ਐਨ ਡੀ ਪੀ ਆ
ਤੇ ਇੱਕ ਜਿਹੜੀ ਆ ਕੰਜ਼ਰਵੇਟਿਵ ਪਾਰਟੀ ਆ ਸੋ ਉਹਨਾਂ ਨੇ ਕਿਹਾ ਜੀ ਕੰਜ਼ਰਵੇਟਿਵ ਲੀਡਰਸ਼ਿਪ ਕੈਂਡੀਡੇਟ ਪੈਟ੍ਰਿਕ ਬ੍ਰਾਊਨ ਸੇਜ਼ ਹੀ ਵਿਲ ਲਿਫਟ ਦੀ ਬੈਨ ਔਨ ਏ ਡੈਜ਼ਿਗਨੇਟਡ ਟੈਰਰਿਸਟ ਆਰਗੇਨਾਈਜੇਸ਼ਨ ਨੋਨ ਐਜ਼ ਤਮਿਲ ਟਾਈਗਰਸ ਐਂਡ ਓਪਨ ਅਪ ਇਮੀਗ੍ਰੇਸ਼ਨ ਟੂ ਐਨੀ ਤਮਿਲ ਫੈਮਿਲੀ ਦੈਟ ਵਾਂਟਸ ਟੂ ਕਮ ਟੂ ਕੈਨੇਡਾ ਕਨਾਡਾ ਕਨੇਡਾ ਹਾਂਜੀ ਸੋ ਜਿਹੜੀ ਆ ਕੰਜ਼ਰਵੇਟਿਵ ਜਿਹੜੀ ਪਾਰਟੀ ਆ ਉਸ ਦੇ ਜਿਹੜੇ ਕੈਂਡੀਡੇਟ ਨੇ ਲੀਡਰਸ਼ਿਪ ਦੇ ਕੈਂਡੀਡੇਟ ਨੇ ਪੈਟ੍ਰਿਕ ਬ੍ਰਾਊਨ ਨੇ ਜਦੋਂ ਤੁਸੀਂ ਕਿਸੇ ਪਾਰਟੀ ਦੇ ਲੀਡਰ ਬਣ ਜਾਂਦੇ ਹਾਂ ਫਿਰ ਤੁਸੀਂ ਆਟੋਮੈਟਿਕਲੀ ਉਹ ਪ੍ਰਾਈਮ ਮਿਨਿਸਟਰ ਦੇ ਵੀ ਦਾਅਵੇਦਾਰ ਬਣ ਜਾਂਦੇ ਹੁੰਦੇ ਹੋ ਹਾਂਜੀ ਸੋ ਉਹਨੇ ਕਿਹਾ ਜੀ ਅਸੀਂ ਅੱਤਵਾਦੀ ਗਰੁੱਪ ਜਿਹੜਾ ਤਮਿਲ ਟਾਈਗਰ ਸ਼੍ਰੀਲੰਕਾ ਦੇ ਨਾਲ ਬੰਦੂਕਾਂ ਨਾਲ ਲੜਦਾ ਸੀ ਰਾਕਟਾਂ ਨਾਲ ਲੜਦਾ ਸੀ ਜਿਨ੍ਹਾਂ ਕੋਲ ਬਖਤਰਬੰਦ ਗੱਡੀਆਂ ਸੀ ਜਿਨ੍ਹਾਂ ਕੋਲ ਵੋਟਾਂ ਸੀ ਜਿਨ੍ਹਾਂ ਕੋਲ ਬਹੁਤ ਮੁਲਕ ਉਹਨਾਂ ਨੂੰ ਅਸਲਾ ਸਪਲਾਈ ਕਰਦੇ ਸੀ ਉਹਦੀ ਗੱਲ ਕਰਦੇ ਪਏ ਹਾਂ ਉਸ ਤਮਿਲ ਟਾਈਗਰ ਦੀ ਇਹ ਗੱਲ ਹੋ ਰਹੀ ਆ ਸੋ ਉਸ ਤਮਿਲ ਟਾਈਗਰ ਨੂੰ ਕਹਿ ਰਹੇ ਨੇ ਕੈਨੇਡਾ ਦਾ ਸੰਭਾਵੀ ਪ੍ਰਧਾਨ ਮੰਤਰੀ ਕਹਿ ਰਿਹਾ ਜੀ ਮੈਂ ਬੈਨ ਚੱਕੂੰਗਾ ਉਹਨਾਂ ਦੇ ਉੱਤੇ ਅਤੇ ਉਹਨਾਂ ਦਾ ਕੋਈ ਵੀ ਬੰਦਾ ਸਾਡੇ ਕੈਨੇਡਾ 'ਚ ਆ ਕੇ ਰਹਿ ਸਕਦਾ ਆ ਸੋ ਹੁਣ ਸ਼੍ਰੀਲੰਕਾ ਵੀ ਉੱਧਰਲੇ ਪਾੜੇ ਦੇ ਵਿੱਚ ਆ ਭਾਰਤ ਵੀ ਉੱਧਰਲੇ ਪਾੜੇ ਦੇ ਵਿੱਚ ਆ ਅਤੇ ਇਹ ਬਲੋਕ ਚੇਂਜ ਨੇ ਅਤੇ ਅਮਰੀਕਾ ਕੈਨੇਡਾ ਇੱਕ ਅਲੱਗ ਬਲੋਕ ਆ ਹੁਣ ਕਾਫ਼ੀ ਇਸ ਖਬਰ ਦੇ ਕਾਫ਼ੀ ਰੂਪ ਨੇ ਇਹਨੂੰ ਇਕੱਲਾ ਆਪਾਂ ਜੇ ਬਲਾਕ ਤੱਕ ਰਹੇ ਜੀ ਉਹ ਵੀ ਠੀਕ ਨਹੀਂ ਉਸ ਤੋਂ ਅੱਗੇ ਵੀ ਵਧਿਆ ਜਾਣਾ ਹੁਣ ਜਿਹੜਾ ਰੌਲਾ ਬਲਾਕ ਦਾ ਆ ਭਈ ਇਸ ਬਲਾਕ ਦੇ ਵਿੱਚ ਜਿਹੜੀ ਆ ਉਹ ਚੇਂਜਿੰਗ ਆਈ ਆ ਅਤੇ ਉਸ ਬਲਾਕ ਦੇ ਵਿੱਚ ਜਿਨ੍ਹਾਂ ਨੂੰ ਕਿਸੇ ਵੇਲੇ ਅੱਤਵਾਦੀ ਸਰਕਾਰਾਂ ਨੇ ਐਲਾਨਿਆ ਹੋਇਆ ਸੀ ਇਹ ਗਰੁੱਪ ਅੱਤਵਾਦੀ ਨੇ ਜਿੱਦਾਂ ਮੈਂ ਬਥੇਰੀ ਵਾਰੀ ਗੱਲ ਕਹੀ ਸੀਗੀ ਵੀ ਭਾਈ ਇਸ ਸਮੇਂ ਜਦੋਂ ਬਲਾਕ ਚੇਂਜ ਹੋ ਰਹੇ ਨੇ ਕੰਟਰੀਆਂ ਦਾ ਛੱਡੋ ਉਹ ਜਿਹੜੇ ਛੋਟੇ ਛੋਟੇ ਗਰੁੱਪ ਹੁੰਦੇ ਆ ਨਾ ਪ੍ਰੈਸ਼ਰ ਗਰੁੱਪ ਹੁੰਦੇ ਆ ਉਹਨਾਂ ਦਾ ਵੀ ਮੁੱਲ ਪੈਣਾ ਸ਼ੁਰੂ ਹੋ ਜਾਂਦਾ ਜਿਹਨਾਂ ਨੂੰ ਕੋਈ ਪੁੱਛਦਾ ਨਹੀਂ ਹੁੰਦਾ ਹਾਂਜੀ ਸੋ ਤਮਿਲ ਟਾਈਗਰ ਭਾਵੇਂ ਅੱਜ ਕਿਤੇ ਨਾ ਕਿਤੇ ਇਹ ਹੁਣ ਅਸੀਂ ਸੋਚਦੇ ਪਏ ਹਾਂ ਵੀ ਭਾਈ ਅੱਜ ਕਿਤੇ ਨਾ ਕਿਤੇ ਤਮਿਲ ਗਰੁੱਪ ਜਿਹੜਾ ਆ ਜਿਹੜਾ ਕਿ ਭਾਰਤ ਵੱਲੋਂ ਕਿਸੇ ਵੇਲੇ ਭਾਰਤ ਦੇ ਇਲਜ਼ਾਮ ਲੱਗਦੇ ਸੀ ਵੀ ਇਸ ਨੂੰ ਇਹ ਰਨ ਕਰਵਾਉਂਦਾ ਸ਼੍ਰੀਲੰਕਾ ਦੇ ਖਿਲਾਫ ਰਨ ਹੁੰਦਾ ਉਹ ਸ਼੍ਰੀਲੰਕਾ ਦੇ ਹਿੱਸੇ ਦੇ ਵਿੱਚ ਆਪਣਾ ਹਿੱਸਾ ਚਾਹੁੰਦੇ ਸੀ ਤਮਿਲਨਾਡੂ ਵਾਲੇ ਜਿਹੜੇ ਬੰਦੇ ਨੇ ਸੋ ਉੱਥੇ ਕਿਤੇ ਨਾ ਕਿਤੇ ਉਸ ਖੇਤੇ ਦੇ ਇੱਕ ਗਰੁੱਪ ਨੂੰ ਜਿਹਨੂੰ ਅੱਤਵਾਦੀ ਐਲਾਨਿਆ ਹੋਇਆ ਸੀ ਉਸ ਨੂੰ ਕਹਿ ਰਹੇ ਜੀ ਅਸੀਂ ਅੱਤਵਾਦੀ ਬੈਨ ਜਿਹੜਾ ਅਸੀਂ ਲਿਫਟ ਕਰ ਦਾਂਗੇ ਹਾਂਜੀ ਦੇ ਗੋਇੰਗ ਟੂ ਲਿਫਟ ਦ ਬੈਨ ਔਨ ਤਮਿਲ ਟਾਈਗਰਸ ਅਤੇ ਇਹ ਹੁਣ ਤੁਸੀਂ ਮੇਰੀ ਗੱਲ ਜਿਹੜੀ ਧਿਆਨ ਨਾਲ ਜਿਹੜੀ ਸੁਣਨ ਵਾਲੀ ਹੈ ਉਹ ਲੋਕ ਨੇ ਜਿਹੜੇ ਬੰਦੂਕਾਂ ਨਾਲ ਲੜਨ ਵਾਲੇ ਨੇ ਹਾਂਜੀ ਅਤੇ ਕਈ ਵਾਰੀ ਜਦੋਂ ਅਸੀਂ ਵੋਟਾਂ ਦੀ ਗੱਲ ਕਰਦੇ ਹਾਂ ਵੋਟਾਂ ਦੀ ਗੱਲ ਕਰਦੇ ਹਾਂ ਕਈ ਤਾਂ ਐਵੇਂ ਡਰੀ ਜਾਣਗੇ ਵੀ ਜੀ ਵੋਟ ਪਾਵਾਂਗੇ ਤਾਂ ਐਂ ਹੋ ਜੂ ਅਤੇ ਓਂ ਹੋ ਜੂ ਅਤੇ ਇਸ ਤਰ੍ਹਾਂ ਹੋ ਜੂ ਹਾਂਜੀ ਸਰਕਾਰਾਂ ਅੱਜ ਦੀ ਤਰੀਕ ਦੇ ਵਿੱਚ ਉਹ ਗਰੁੱਪਾਂ ਦੇ ਉੱਤੇ ਬੈਨ ਲਿਫਟ ਕਰਨ ਦੀ ਗੱਲ ਕਹਿ ਰਹੀਆਂ ਨੇ ਜਿਹੜੇ ਹਥਿਆਰਾਂ ਨਾਲ ਲੜਦੇ ਰਹੇ ਨੇ ਹਾਂਜੀ ਅਤੇ ਵੋਟਾਂ ਵਾਲਿਆਂ ਦਾ ਤਾਂ ਰੌਲਾ ਹੀ ਕੋਈ ਨਹੀਂ ਹਾਂਜੀ ਜਿਹੜਾ ਜਿਹੜਾ ਕੋਈ ਗਰੁੱਪ ਪ੍ਰੈਸ਼ਰ ਗਰੁੱਪ ਵੋਟਾਂ ਦੀ ਗੱਲ ਕਰਦਾ ਵੋਟਾਂ ਦੇ ਨਾਲ ਆਪਣੀ ਐਜੂਟੇਸ਼ਨ ਕਰਦਾ ਉਸ ਨੂੰ ਜਾਂ ਉਸ ਦੇ ਨਾਲ ਸੰਬੰਧਿਤ ਜਾਂ ਵੋਟਾਂ ਪਾਉਣ ਵਾਲੇ ਨੂੰ ਕਾਹਦਾ ਖਤਰਾ ਅੱਜ ਦੇ ਸਮੇਂ ਇਸ ਬਲਾਕ ਦੇ ਵਿੱਚ ਹਾਂਜੀ ਜਿਹੜਾ ਹੈ ਉਹ ਨੋਨ ਵਾਇਲੈਂਸ ਆ ਇੱਥੇ ਤਾਂ ਅੱਜ ਉਸ ਦੇ ਉੱਤੇ ਲਿਫਟ ਜਿਹੜਾ ਬੈਨ ਲਿਫਟ ਕਰਨ ਦੀ ਗੱਲ ਹੋ ਰਹੀ ਆ ਜਿਹੜੇ ਹੈ ਉਹ ਬੰਦੂਕਾਂ ਵਾਲੇ ਨੇ ਹਾਂਜੀ ਜਿਹੜੇ ਕਿ ਸਿੱਧੀ ਸਿੱਧੀ ਟੱਕਰ ਸਰਕਾਰ ਨਾਲ ਲੈ ਰਹੇ ਸੀ ਇੱਕ ਚੇਂਜ ਹੋਣ 'ਤੇ ਬਲਾਕ ਚੇਂਜ ਹੋਣ 'ਤੇ ਬੜੀਆਂ ਸੰਭਾਵਨਾਵਾਂ ਜਿਹੜੀਆਂ ਬਦਲ ਜਾਂਦੀਆਂ ਨੇ ਪਰ ਸਾਨੂੰ ਇਹ ਉਦੋਂ ਪਤਾ ਲੱਗਣਾ ਜਦੋਂ ਅਸੀਂ ਕੈਪਟਨ ਬਾਦਲ ਕੇਜਰੀਵਾਲ ਭਗਵੰਤ ਮਾਨ ਟੌੜਾ ਢੀਂਡਸਾ ਇੱਦਾਂ ਦੇ ਜਿਹੜੇ ਸਾਡੇ ਜਮਾ ਸਪੇਸ ਜਿਹਨੇ ਆਕੂਪਾਈ ਕੀਤੀ ਹੋਈ ਆ ਸਾਡੀ ਸਟੋਰੇਜ ਫੁੱਲ ਹੋਈ ਆ ਇਸ ਤਰ੍ਹਾਂ ਦੀਆਂ ਖਬਰਾਂ ਦੇ ਨਾਲ ਜੇ ਅਸੀਂ ਕੋਈ ਜਗ੍ਹਾ ਬਣਾਵਾਂਗੇ ਤਾਂ ਫਿਰ ਇਹ ਨਾ ਦੁਨੀਆ 'ਚ ਵਾਪਰਨ ਵਾਲੀਆਂ ਘਟਨਾਵਾਂ ਜਿਹੜੀਆਂ ਸਾਡੇ ਦਿਮਾਗ ਦੇ ਵਿੱਚ ਦੁਬਾਰੇ ਆਉਣਗੀਆਂ ਤਾਂ ਸਾਨੂੰ ਸਮਝ ਲੱਗੂਗੀ ਸੋ ਕਿਸ ਤਰੀਕੇ ਦੇ ਨਾਲ ਫਿਰ ਇਸ ਤਰੀਕੇ ਨਾਲ ਜਿਹੜਾ ਤੁਹਾਡਾ ਪੱਖ ਆ ਜਿਹੜੇ ਵੋਟਾਂ ਵਾਲੇ ਨੇ ਉਹਨਾਂ ਦਾ ਵੀ ਜਿਹੜਾ ਫਿਰ ਹੌਸਲਾ ਵੱਧ ਜਾਂਦਾ ਹਾਂਜੀ ਬਿਲਕੁਲ ਵੱਧਦਾ ਜੀ ਸਾਡਾ ਵੀ ਹੌਸਲਾ ਵੱਧਦਾ ਹੈ ਜਦੋਂ ਹੁਣ ਅਸੀਂ ਜਿਹੜੀ ਆਪਣੀ ਗੱਲ ਆ ਕਾਨੂੰਨੀ ਤਰੀਕੇ ਨਾਲ ਆਪਣਾ ਘਰ ਬਣਾਉਣ ਦੀ ਗੱਲ ਕਰਦੇ ਹਾਂ ਸੋ ਇਹ ਸਾਨੂੰ ਰਾਈਟ ਆ ਵੀ ਤੁਸੀਂ ਮਤਲਬ ਕੋਈ ਵਾਇਲੇਸ਼ਨ ਨਹੀਂ ਕਰ ਰਹੀ ਅਤੇ ਤੁਸੀਂ ਆਪਣੇ ਆਪਣੇ ਰੋਜ਼ਮਰਾ ਦੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਅਤੇ ਤੁਸੀਂ ਆ ਕੇ ਆਪਣੀ ਵੋਟ ਕਰੋ ਅਤੇ ਜਿਹੜਾ ਤੁਹਾਡਾ ਰਾਜਨੀਤਿਕ ਵਿਚਾਰ ਆ ਤੁਸੀਂ ਉਹਨੂੰ ਪ੍ਰੈਕਟਿਸ ਕਰੋ ਉਹਨੂੰ ਦੁਨੀਆ ਦੇ ਸਾਹਮਣੇ ਰੱਖੋ ਸੋ ਇਸ ਕਰਕੇ ਇਹ ਤਾਂ ਬਹੁਤ ਵਧੀਆ ਤਰੀਕਾ ਤਾਂ ਜੇ ਹੁਣ ਸਰਕਾਰਾਂ ਜਿਹੜੇ ਇਹ ਨਵੇਂ ਬਲਾਕ ਨੇ ਜੇ ਹੁਣ ਇਹਨਾਂ ਨੂੰ ਉਹਨਾਂ ਤੋਂ ਪਾਬੰਦੀਆਂ ਹਟਾਉਣ ਦੀ ਗੱਲ ਕਰਦੀ ਤੇ ਸਾਡੇ ਦਾ ਤਾਂ ਕੋਈ ਪਾਬੰਦੀ ਵੀ ਹੈ ਨੀ ਸਾਨੂੰ ਤਾਂ ਆਪਣੀ ਗੱਲ ਜਿਹੜੀ ਸਾਡੀ ਤਾਂ ਸਗੋਂ ਤੁਹਾਡੀ ਤਾਂ ਸਰਕਾਰ ਵੋਟਾਂ ਜਿਹੜੀਆਂ ਨੇ ਲੰਡਨ 'ਚ ਵੀ ਆਪਾਂ ਦੇਖਿਆ ਵੀ ਸਰਕਾਰੀ ਬਿਲਡਿੰਗ 'ਚ ਪਈਆਂ ਨੇ ਹਾਂਜੀ ਜਨੇਵਾ 'ਚ ਵੀ ਸਰਕਾਰੀ ਬਿਲਡਿੰਗ ਆ ਮੇਰੇ ਖਿਆਲ 'ਚ ਇਹ ਬ੍ਰੇਸ਼ੀਆ ਵਾਲੀ ਵੀ ਕਿਤੇ ਨਾ ਕਿਤੇ ਬ੍ਰਿਕਸੀਆ ਫਾਰਮ ਜਿਹੜੀ ਆ
ਲੋਕਲ ਗਵਰਨਮੈਂਟ ਦੀ ਹਾਂਜੀ ਬਰੇਸ਼ੀਆ ਬਰੇਸ਼ੀਆ ਦੀ ਸਿਟੀ ਮੈਨੂੰ ਇਹਦੇ ਬਾਰੇ ਹਜੇ ਪੱਕੇ ਤੌਰ ਤੇ ਨਹੀਂ ਪਤਾ ਪਰ ਜਿੱਥੇ ਤੱਕ ਮੈਨੂੰ ਪਤਾ ਵੀ ਇਹ ਬ੍ਰਿਕਸੀਆ ਫੋਰਮ ਜਿਹੜਾ ਆ ਇਹ ਬਰੇਸ਼ੀਆ ਸਰਕਾਰ ਦਾ ਚੈਂਬਰ ਆਫ ਕਮਰਸ ਆ ਉਸ ਦੇ ਥੱਲੇ ਆਉਂਦੀ ਆ ਹਾਂਜੀ ਹਾਂਜੀ ਸੋ ਇੱਥੇ ਤਾਂ ਸਰਕਾਰਾਂ ਤੁਹਾਨੂੰ ਆਪਣੀਆਂ ਬਿਲਡਿੰਗਾਂ ਦੇ ਰਹੀਆਂ ਰੈਫਰੈਂਡਮ ਕਰਵਾਉਣ ਨੂੰ ਤੇ ਫਿਰ ਜਿਹੜੇ ਲੋਕ ਨੇ ਉਹਨਾਂ 'ਚ ਘਬਰਾਹਟ ਨਹੀਂ ਚਾਹੀਦੀ ਵੋਟ ਪਾਉਣ ਦੇ ਨਹੀਂ ਬਿਲਕੁਲ ਨਹੀਂ ਹੋਣੀ ਚਾਹੀਦੀ ਦੇਖੋ ਗੱਲ ਤਾਂ ਛੋਟੀ ਜਿਹੀ ਆ ਵੀ ਥੋੜ੍ਹਾ ਜਿਹਾ ਆਪਣੇ ਹਿੱਤਾਂ ਨਾਲ ਚੇਤਨਾ ਸਾਨੂੰ ਛੱਡਣਾ ਪਊਗਾ ਫਿਰ ਗੱਲ ਬਣਨੀ ਆ ਕਈ ਵੇਲੇ ਹਿੱਤ ਨਾਲ ਜੋ ਚਿੱਤ ਜ਼ਿਆਦਾ ਵੱਜਾ ਹੋਵੇ ਫਿਰ ਬੰਦਾ ਕਈ ਕੁਛ ਸੋਚਦਾ ਆ ਪਰ ਜਦੋਂ ਕੌਮ ਦਾ ਭਵਿੱਖ ਹੁੰਦਾ ਆ ਇਕੱਲਾ ਇਸ ਤਰ੍ਹਾਂ ਨਹੀਂ ਹੁੰਦਾ ਵੀ ਅਸੀਂ ਸਿਰਫ ਪੈਸੇ ਹੀ ਕਮਾਈ ਜਾਣੇ ਆ ਅਸੀਂ ਥੋੜ੍ਹਾ ਦੂਰ ਅੰਦੇਸ਼ੀ ਤਾਂ ਵੀ ਸੋਚਣਾ ਵੀ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਦਾ ਕੀ ਬਣੂਗਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਉਦੋਂ ਗੱਲ ਕਰਦਾ ਸੀਗਾ ਨਾ ਪਰ ਅੱਜ ਉਹ ਪਰ ਹੁਣ ਜੇ ਕਿੱਥੇ ਜਾ ਕੇ ਖਤਮ ਹੋ ਗਿਆ ਉਹ ਗੱਲ ਵੱਖਰੀ ਆ ਪਰ ਉਦੋਂ ਉਹਨਾਂ ਨੇ ਵੀ ਸੋਚਿਆ ਸੀ ਵੀ ਮਤਲਬ ਵੀ ਸਾਡਾ ਉਹਨਾਂ ਨੇ ਜੋ ਸੋਚਿਆ ਹੋਇਆ ਫਿਰ ਹੁਣ ਨਾ ਉਹ ਜਾ ਕੇ ਹੋਇਆ ਤਾਂ ਹੈਗਾ ਇਸ ਕੌਮ ਦੇ ਨਾਲ ਉਹ ਪਰ ਕਹਿਣ ਦਾ ਮਤਲਬ ਇਹ ਪਰ ਸਮੇਂ ਸਮੇਂ ਨਾਲ ਜੋ ਬੰਦਾ ਸੋਚਣ ਲੱਗ ਪੈਂਦਾ ਵੀ ਚਲੋ ਮੈਂ ਕੀ ਲੈਣਾ ਹਊਫੇ ਦੀ ਭਾਵਨਾ ਜਦੋਂ ਆ ਜਾਂਦੀ ਨਾ ਹਊਫੇ ਦੀ ਭਾਵਨਾ ਇਹ ਵੀ ਬਹੁਤ ਬੰਦੇ ਨੂੰ ਕਮਜ਼ੋਰ ਕਰਦੀ ਆ ਵੀ ਮੈਂ ਕੀ ਲੈਣਾ ਜਾਂ ਮੇਰੇ ਸਿਰ 'ਤੇ ਜਦੋਂ ਤੱਕ ਅਸੀਂ ਇਹ ਨਹੀਂ ਸੋਚਦੇ ਵੀ ਪੰਜਾਬ ਦੀ ਬਿਮਾਰੀ ਮੇਰੇ ਸਿਰ ਹੀ ਆ ਜਦੋਂ ਇਸ ਨਹੀਂ ਸੋਚਦੇ ਉਦੋਂ ਤੱਕ ਨਹੀਂ ਗੱਲ ਬਣਨੀ ਮਤਲਬ ਠੀਕ ਆ ਜੀ ਤੁਹਾਡੀ ਗੱਲ ਜਿਹੜੀ ਆ ਇਹਦੇ 'ਚ ਪਰ ਦੋ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਵੀ ਇਸ ਬਣੇ ਨਵੇਂ ਬਣੇ ਬਲਾਕ ਦੇ ਵਿੱਚ ਜਿਹਦੇ 'ਚੋਂ ਆਲਮੋਸਟ ਸਾਰੇ ਮੈਂਬਰ ਠੀਕ ਠਾਕ ਪਹਿਲਾਂ ਵਰਗੇ ਹੀ ਨੇ ਜਿਹੜੇ ਕਿ ਉਹ 'ਚ ਤਕਰੀਬਨ ਭਾਰਤ ਅਤੇ ਪਾਕਿਸਤਾਨ ਜਿਹੜਾ ਆ ਉਹ ਕਿਤੇ ਨਾ ਕਿਤੇ ਉਹਨਾਂ ਨੇ ਸਾਈਡ ਲਾਈਨ ਜਿਹੜੇ ਹੋਏ ਨੇ ਉਹਨਾਂ ਨੇ ਆਪਣਾ ਬਲਾਕ ਜਿਹੜਾ ਉਹ ਚੇਂਜ ਕੀਤਾ ਆ ਰੂਸ ਵਾਲੇ ਪਾਸੇ ਗਏ ਨੇ ਵੈਸੇ ਅੱਧੇ ਜੱਦੇ ਪਹਿਲਾਂ ਹੀ ਉੱਧਰ ਸੀਗੇ ਪਰ ਕਿਤੇ ਨਾ ਕਿਤੇ ਪੂਰਨ ਤੌਰ 'ਤੇ ਉੱਧਰ ਗਏ ਨੇ ਅਤੇ ਅੱਜ ਕੰਜ਼ਰਵੇਟਿਵ ਲੀਡਰਸ਼ਿਪ ਕੈਂਡੀਡੇਟ ਪੈਟ੍ਰਿਕ ਬਰਾਊਨ ਦਾ ਇਹ ਕਹਿਣਾ ਵੀ ਅੱਤਵਾਦੀ ਜਥੇਬੰਦੀ ਨੂੰ ਅਸੀਂ ਅੱਤਵਾਦੀ ਦਾ ਡੈਜ਼ਿਗਨੇਸ਼ਨ ਚੱਕ ਦੇਵਾਂਗੇ ਅਤੇ ਉਹਨਾਂ ਨੂੰ ਅਮਰੀਕਾ ਸੋਰੀ ਉਹਨਾਂ ਨੂੰ ਕੈਨੇਡਾ ਆਉਣ ਦੀ ਖੁੱਲ੍ਹੀ ਸੱਦੀ ਖੁੱਲ੍ਹਾ ਸੱਦਾ ਦੇਵਾਂਗੇ ਇਹ ਕਿਤੇ ਨਾ ਕਿਤੇ ਇਸ ਨੂੰ ਮੋਰ ਲਾਈਕਲੀ ਬਦਲਦੇ ਜਿਹੜੇ ਜਿਹੜਾ ਬਦਲ ਰਿਹਾ ਬਦਲਾਅ ਆ ਰਿਹਾ ਉਹ ਬਦਲਾਅ ਨਹੀਂ ਜਿਹੜਾ ਪੰਜਾਬ ਤੁਸੀਂ ਕਹਿੰਦੇ ਜੀ ਬਦਲਾਅ ਲਿਆ ਦੇਵਾਂਗੇ ਇਹ ਦੁਨੀਆ ਦਾ ਰੀਅਲ ਟਾਈਮ ਜਿਹੜਾ ਬਦਲਾਅ ਆ ਰਿਹਾ ਉਹਦੇ ਵਿੱਚ ਮੈਂ ਬਥੇਰੀ ਵਾਰੀ ਕਿਹਾ ਪਹਿਲਾਂ ਵੀ ਭਾਈ ਮੁਲਕਾਂ ਦੀ ਗੱਲ ਛੱਡੋ ਜਿਹੜੇ ਛੋਟੇ ਛੋਟੇ ਪ੍ਰੈਸ਼ਰ ਗਰੁੱਪ ਹੁੰਦੇ ਨੇ ਉਹਨਾਂ ਦੀ ਵੀ ਕੀਮਤ ਪੈਣ ਲੱਗ ਜਾਇਆ ਕਰਦੀ ਹੈ ਸੋ ਕਿਤੇ ਨਾ ਕਿਤੇ ਕੋਈ ਨਾ ਕੋਈ ਕਾਰਨ ਜਿਹੜਾ ਉਹ ਬਣ ਰਿਹਾ ਆ ਕੈਨੇਡਾ ਅਦਰਵਾਈਜ਼ ਮੇਰੇ ਖਿਆਲ ਦੇ ਵਿੱਚ ਨਹੀਂ ਵੀ ਪੈਟ੍ਰਿਕ ਬਰਾਊਨ ਨੂੰ ਇਹ ਸਟੇਟਮੈਂਟ ਦੇਣ ਦੀ ਕੋਈ ਬਾਹਲੀ ਵੱਡੀ ਜ਼ਰੂਰਤ ਸੀ ਜਾਂ ਬੇਲਣੇ 'ਚ ਬਾਂਹ ਹੀ ਸੀ ਇਹ ਵੀ ਸਮਝਣ ਦੀ ਕੋਸ਼ਿਸ਼ ਕਰੀਏ ਨਾ ਹਾਂਜੀ ਹਾਂਜੀ ਬਿਲਕੁਲ ਪੈਟ੍ਰਿਕ ਬਰਾਊਨ ਵਾਈ ਵੁੱਡ ਹੀ ਨੀਡਸ ਟੂ ਯੂ ਨੋ ਗਿਵ ਅ ਸਟੇਟਮੈਂਟ ਕਿੱਥੇ ਸ਼੍ਰੀਲੰਕਾ ਕਿੱਥੇ ਸ਼੍ਰੀਲੰਕਾ ਅਤੇ ਕਿੱਥੇ ਕੈਨੇਡਾ ਵਾਈ ਵੁੱਡ ਹੀ ਨੀਡ ਟੂ ਗਿਵ ਅ ਸੱਚ ਅ ਕੰਟਰੋਵਰਸ਼ੀਅਲ ਸਟੇਟਮੈਂਟ ਤਮਿਲ ਟਾਈਗਰਾਂ ਦੇ ਉੱਤੇ ਹੈ ਨਾ ਜਿੱਥੇ ਉਹਦੇ ਅੱਜ ਆਪਣਾ ਉਹਦੀ ਜਿਹੜੀ ਰੱਖਿਆ ਮੰਤਰੀ ਆ ਉਹ ਭਾਰਤੀ ਮੂਲ ਦੀ ਆ ਜਿਹੜੀ ਕਿ ਪਹਿਲਾਂ ਸੱਜਣ ਸਿੰਘ ਸੀਗਾ ਸੱਜਣ ਸਿੰਘ ਬਦਲ ਗਿਆ ਉਹਨੇ ਹੁਣ ਦੂਜੀ ਭਾਰਤੀ ਮੂਲ ਦੀ ਰੱਖਿਆ ਮੰਤਰੀ ਰੱਖ ਲਿੱਤੀ ਹੈ ਮੇਰੇ ਖਿਆਲ 'ਚ ਸਿਹਤ ਮੰਤਰੀ ਵੀ ਭਾਰਤੀ ਮੂਲ ਦੇ ਨੇ ਜਿੱਥੇ ਸੋਰੀ ਇਹ ਲਿਬਰਲ ਪਾਰਟੀ ਦੀ ਜਿਹੜੀ ਕਰੰਟ ਸਰਕਾਰ ਉਹਨਾਂ ਦੀ ਗੱਲ ਆ ਪਰ ਪੈਟ੍ਰਿਕ ਬਰਾਊਨ ਦੀ ਜਿਹੜੀ ਮੈਂ ਗੱਲ ਕਰ ਰਿਹਾ ਕਿਤੇ ਨਾ ਕਿਤੇ ਇਹ ਸਟੇਟਮੈਂਟ ਦੇਣ ਦਾ ਹੁਣ ਕੋਈ ਤਮਿਲਾਂ ਦੀ ਉੱਤੇ ਕੋਈ 1 ਮਿਲੀਅਨ ਤਮਿਲ ਜਾਂ 2 ਮਿਲੀਅਨ ਤਮਿਲ ਤਾਂ ਨਹੀਂ ਨਾ ਹੈਗਾ ਹਾਂਜੀ ਜੇ ਅਸੀਂ ਮਤਲਬ ਐਡੀ ਸਿੱਧੀ ਸਟੇਟਮੈਂਟ ਕਦੇ ਖਾਲਿਸਤਾਨ ਦੇ ਲਈ ਵੀ ਨਹੀਂ ਆਈ ਖਾਲਿਸਤਾਨ ਦੇ ਲਈ ਵਿੱਚ ਬੇਸ਼ੱਕ ਕੰਜ਼ਰਵੇਟਿਵ ਪਾਰਟੀ ਦੇ ਪੁਰਾਣੇ ਪ੍ਰਾਈਮ ਮਿਨਿਸਟਰ ਜਿਹੜੇ ਸੀਗੇ ਹਾਰਪਰ ਉਹਨੇ ਜ਼ਰੂਰ ਕਿਹਾ ਸੀ ਵੀ ਖਾਲਿਸਤਾਨ ਇਜ਼ ਅ ਪੋਲੀਟੀਕਲ ਓਪੀਨੀਅਨ ਨਾਟ ਟੈਰੋਰਿਜ਼ਮ ਪਰ ਇਸ ਦੇ ਵਿੱਚ ਪੈਟ੍ਰਿਕ ਬਰਾਊਨ ਤਮਿਲਾਂ ਨੂੰ ਲੈ ਕੇ ਆ ਰਿਹਾ ਕਿਤੇ ਨਾ ਕਿਤੇ ਬਲਾਕ ਜ਼ਰੂਰ ਸ਼ਾਮਿਲ ਆ ਅਤੇ ਇਹਦੇ ਨਾਲ ਨਾਲ ਜਿਹੜੇ ਪ੍ਰੈਸ਼ਰ ਗਰੁੱਪਸ ਨੇ ਉਹਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਉਹਨਾਂ ਦਾ ਵੀ ਜਿਹੜਾ ਦੁਨੀਆ 'ਚ ਸੁਣਵਾਈ ਹੋਣੀ ਸ਼ੁਰੂ ਹੋ ਰਹੀ ਆ ਦੂਜੀਆਂ ਬਲਾਕਾਂ ਦੇ ਵਿੱਚ ਅਤੇ ਕਿਤੇ ਨਾ ਕਿਤੇ ਜਿਹੜੀਆਂ ਖਾਲਿਸਤਾਨ ਦੀਆਂ ਵੋਟਾਂ ਵਾਲੇ ਨੇ ਉਹਨਾਂ ਦਾ ਹੌਂਸਲਾ ਵੀ ਵੱਧਦਾ ਅਗਲਾ ਕਹਿੰਦਾ ਯਾਰ ਜੇ ਬੰਦੂਕਾਂ ਵਾਲਿਆਂ ਨੂੰ ਅਗਲੇ ਮਾਨਤਾ ਦੇਈ ਜਾਂਦੇ ਨੇ ਹਾਂਜੀ ਕਹਿਣ ਤੋਂ ਭਾਵ ਉਹਨਾਂ 'ਤੇ ਪਾਬੰਦੀਆਂ ਹਟ ਜਾਂਦੀਆਂ ਅਸੀਂ ਤਾਂ ਹੈ ਉਹ ਵੋਟਾਂ ਵਾਲੇ ਹਾਂ ਸਾਡੀ ਤਾਂ ਪਹਿਲਾਂ ਸੁਣ ਹੋਣੀ ਹੈ ਹਾਂ ਅਤੇ ਫਿਰ ਸਾਡੀ ਤਾਂ ਪਹਿਲਾਂ ਸੁਣ ਹੋਣੀ ਹੈ ਅਤੇ ਫਿਰ ਲੋਕਾਂ 'ਚ ਵੀ ਹੌਂਸਲਾ ਵੱਧਦਾ ਵੀ ਯਾਰ ਸਰਕਾਰ ਤਾਂ ਆਪਣੀ ਸਰਕਾਰੀ ਬਿਲਡਿੰਗਾਂ ਦੇ ਰਹੀਆਂ ਅਸੀਂ ਤਾਂ ਵੱਧ ਵੱਧ ਚੜ੍ਹ ਕੇ ਵੋਟਾਂ ਪਾਈਏ ਹਾਂਜੀ ਵੀ ਸਾਨੂੰ ਕਾਹਦਾ ਡਰ ਸੋ ਕਿਤੇ ਨਾ ਕਿਤੇ ਨਵੇਂ ਬਦਲਦੇ ਬਲਾਕ ਦੇ ਵਿੱਚ ਬਹੁਤ ਕੁਛ ਜਿਹੜਾ ਬਦਲਾਅ ਆ ਰਿਹਾ ਸੋ ਇਸ ਬਦਲਾਅ ਦੀ ਅਸੀਂ ਦੂਸਰੇ ਪਾਰਟ 'ਚ ਵੀ ਗੱਲ ਕਰਨੀ ਆ ਪਰ ਉਹਦੀ ਉਤਾਂ ਕਰਨੀ ਆ ਜੇ ਤੁਸੀਂ ਇਸ ਲਾਈਵ ਦੇ ਲਿੰਕ ਨੂੰ ਸ਼ੇਅਰ ਕਰੋਗੇ ਹਾਂਜੀ ਇਹਨੂੰ ਵਟਸਐਪ ਦੇ ਉੱਤੇ ਟਿਕਟੋਕ ਜਾਂ ਤੁਸੀਂ ਫੇਸਬੁੱਕ ਜਾਂ ਟੈਕਸਟ ਮੈਸੇਜ ਦੇ ਉੱਤੇ ਆਪਣੇ ਸੱਜਣਾਂ ਨੂੰ ਭੇਜੋ ਉਹਨਾਂ ਨੂੰ ਕਹੋ ਵੀ ਬੜਾ ਇੰਟਰਸਟਿੰਗ ਜਿਹੜਾ ਪਾਰਟ ਚੱਲਦਾ ਪਿਆ ਪੋਲਿਟਿਕਸ ਪੰਜਾਬ ਦੇ ਉੱਤੇ ਅਤੇ ਆ ਕੇ ਜਿਹੜਾ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਜੁੜੋ ਅੱਜ ਦੀ ਦੁਨੀਆ ਦੇ ਵਿੱਚ ਵੱਡੀ ਖਬਰ ਮੇਰੇ ਖਿਆਲ ਦੇ ਵਿੱਚ ਇਸ ਤੋਂ ਵੱਡੀ ਖਬਰ ਨਹੀਂ ਹੋ ਸਕਦੀ ਅੱਜ ਦੇ ਦਿਨ ਦੀ ਵੀ ਪੈਟ੍ਰਿਕ ਬਰਾਊਨ ਕੈਨੇਡੀਅਨ ਜਿਹੜੇ ਨੇ ਕੈਂਡੀਡੇਟ ਨੇ ਲੀਡਰਸ਼ਿਪ ਦੇ ਉਹਨਾਂ ਵੱਲੋਂ ਤਮਿਲ ਟਾਈਗਰਾਂ ਦੇ ਉੱਤੇ ਪਾਬੰਦੀਆਂ ਹਟਾਉਣ ਦੀ ਅਤੇ ਇਮੀਗ੍ਰੇਸ਼ਨ ਉਹਨਾਂ ਦੀ ਖੋਲ੍ਹ ਲਈ ਉਹ ਵੀ ਹੁਣ ਇਮੀਗ੍ਰੈਂਟ ਹੋਇਆ ਕਰਨਗੇ ਬੰਦੂਕਾਂ ਵਾਲੇ ਵੀ ਸੋ ਜਿਹੜੀ ਇਸ ਦੇ ਨਾਲ ਨਾਲ
दूजे पार्ट दे विच मेरे कोल इक होर वड्डी खबर हैगी, वह भी कनेडा तो ही आ रही है, उस नूं सुन के तुहाडे हौसले होर वध जाणे ने। ठीक है जी, धन्यवाद जसवंत सिंह जी, तुहाडा हौसला जिवें आ वाली खबर ने बताया उहदे नाल तुहाडा होर डबल हो जाणा। ठीक है, सो जिन्ने सानूं सुन लगे ने उहनां नूं बेनती है जी दूजे हाफ च तुसीं जरूर पहुंचना। यूट्यूब वाले नूं बेनती है भी एक एक बंदा दो दो बंदे तुसीं नाल लैके आने, जिहड़े टीवीआं ते घरे बैठे देखते हैं रोज़ हज़ारों की गिनती विच यूके यूरप देखा जाता, उन्होंने बेनती है भी तुसीं भी नाल दो चारां नूं गल्लां करो ते दसो भी भाई ब्रेक तो बाद मिलते हैं जी, तो प्रोग्राम इस तरीके चलता रहेगा। दियो मैनू इजाजत, मिलते हैं एक ब्रेक तो बाद। ज़मीरा वेच जेड़े तुसी मंदे कम करे, ऐश तुसी करो दुख कौम सारी फरे, जे दुख हण सांझे ता कोई दिसे ना बेगाना, सुनो कौम दे गदारो थोनू वेखदा जमाना, जदों आऊगी आजादी बचण लई लायो ना बहाना, सुनो कौम दे गदारो थोनू वेखदा जमाना, जदों आऊगी आजादी फिर लायो ना बहाना, सुनो कौम दे गदारो थोनू वेखदा जमाना, हाथ वैरी ना मिला के तोका दिल विच पालो, राह झूठियां ते तोर गल राज वाली टालो, ओदो दुख फिर मारे जद अपना बन जे बेगाना, सुनो कौम दे गदारो थोनू वेखदा जमाना, जदों आऊगी आजादी बचण लई लायो ना बहाना, सुनो कौम दे गदारो थोनू वेखदा जमाना, जदों आऊगी आजादी फिर लायो ना बहाना, सुनो कौम दे गदारो थोनू वेखदा जमाना, थोड़ी कीती होई गदारी पई कौम उते फारी, वर्ती पापा वाली सोच करके चरासी सनताली, कौम नू झूठे राहे पाण लई हुण भी खोलियां दुकाना, सुनो कौम दे गदारो थोनू वेखदा जमाना, जदों आऊगी आजादी बचण लई लायो ना बहाना, सुनो कौम दे गदारो थोनू वेखदा जमाना, सिर उत्ते गुरु वाला हाथ ताइयो हिम्मत ना हारी, हुण रल पाइए वोटां फिर बचू सरदारी, जेड़ी चली मुहिम रल करिए शुकराना, सुनो कौम दे गदारो थोनू वेखदा जमाना, जदों आऊगी आजादी बचण लई लायो ना बहाना, सुनो कौम दे गदारो थोनू वेखदा जमाना, जदों आऊगी आजादी फिर लायो ना बहाना, सुनो कौम दे गदारो थोनू वेखदा जमाना, ओहो यो दे दिलां ते राज कर दे
ਜੋ ਜਾਂਦੇ ਨੇ ਆਪਾਵਾਰ ਲਵਾਰਿਸ ਲਾਸ਼ਾਂ ਦੇ ਵਾਰਿਸਾਂ ਉਹ ਹੈ ਜਸਵੰਤ ਖਾਲੜਾ ਸਿੰਘ ਸਰਦਾਰ ਉਹ ਹੈ ਜਸਵੰਤ ਖਾਲੜਾ ਸਿੰਘ ਸਰਦਾਰ ਸਬੂਤ ਉਹਨਾਂ ਨੇ ਟੋਲ ਕੇ ਮਾਵਾਂ ਦੇ ਦਰਦਾਂ ਨੂੰ ਫੋਲ ਕੇ ਦੱਸਿਆ ਸੱਚ ਉਹਨਾਂ ਨੇ ਬੋਲ ਕੇ ਇਹਨਾਂ ਦੇ ਕੱਚੇ ਚਿੱਠੇ ਖੋਲ ਕੇ ਦਿੱਤਾ ਹਿੰਦ ਨੂੰ ਜੜੋ ਹਲਾ ਕੌਮ ਦੇਣਾ ਨੀ ਦੇ ਸਕਦੀ ਜਿਹੜਾ ਚੁਣਿਆ ਉਹਨਾਂ ਨੇ ਰਾਹ ਜੱਗ ਉੱਤੇ ਅਮਰ ਉਹ ਹੋ ਜਾਂਦੇ ਜੱਗ ਉੱਤੇ ਅਮਰ ਉਹ ਹੋ ਜਾਂਦੇ ਜੋ ਜਾਂਦੇ ਸ਼ਹੀਦੀਆਂ ਪਾ ਕੌਮ ਦੇਣਾ ਨੀ ਦੇ ਸਕਦੀ ਜਿਹੜਾ ਚੁਣਿਆ ਉਹਨਾਂ ਨੇ ਰਾਹ ਸੁਣੋ ਸਿੱਖ ਕੌਮ ਦੇ ਵਾਰਸੋ ਦਈਏ ਨਾ ਸ਼ਹੀਦੀ ਆਪਾਂ ਭੁਲਾ ਕੌਮ ਦੇਣਾ ਨੀ ਦੇ ਸਕਦੀ ਜਿਹੜਾ ਚੁਣਿਆ ਉਹਨਾਂ ਨੇ ਰਾਹ ਵੱਖ ਵੱਖ ਥਾਵਾਂ ਤੇ ਉਹਨਾਂ ਜਾ ਕੇ ਲਵਾਰਿਸ ਲਾਸ਼ਾਂ ਦਾ ਪਤਾ ਲਗਾ ਕੇ ਉਹਨਾਂ ਦੇ ਮਾਪਿਆਂ ਨੂੰ ਦੱਸਿਆ ਜਾ ਕੇ ਜ਼ਾਲਮਾਂ ਦਾ ਫਿਕਰ ਭੁਲਾ ਕੇ ਦਿੱਤੇ ਗੁਰੂ ਦੇ ਬਚਨ ਪੁਗਾ ਕੌਮ ਦੇਣਾ ਨੀ ਦੇ ਸਕਦੀ ਜਿਹੜਾ ਚੁਣਿਆ ਉਹਨਾਂ ਨੇ ਰਾਹ ਜੱਗ ਉੱਤੇ ਅਮਰ ਉਹ ਹੋ ਜਾਂਦੇ ਜੱਗ ਉੱਤੇ ਅਮਰ ਉਹ ਹੋ ਜਾਂਦੇ ਜੋ ਜਾਂਦੇ ਸ਼ਹੀਦੀਆਂ ਪਾ ਕੌਮ ਦੇਣਾ ਨੀ ਦੇ ਸਕਦੀ ਜਿਹੜਾ ਚੁਣਿਆ ਉਹਨਾਂ ਨੇ ਰਾਹ ਸੁਣੋ ਸਿੱਖ ਕੌਮ ਦੇ ਵਾਰਸੋ ਦਈਏ ਨਾ ਸ਼ਹੀਦੀ ਆਪਾਂ ਭੁਲਾ ਕੌਮ ਦੇਣਾ ਨੀ ਦੇ ਸਕਦੀ ਜਿਹੜਾ ਚੁਣਿਆ ਉਹਨਾਂ ਨੇ ਰਾਹ ਉਹਨਾਂ ਸੰਸਦ ਦੇ ਵਿੱਚ ਜਾ ਕੇ ਗੱਲਾਂ ਦੇਸ਼ਾਂ ਤੱਕ ਪਹੁੰਚਾ ਕੇ ਉਹਨਾਂ ਦੀ ਸੋਚ ਤੇ ਪਹਿਰਾ ਲਾ ਦਈਏ ਪੁਰਖਿਆਂ ਦੇ ਬਚਨ ਪਗਾ ਦਈਏ ਲਈਏ ਖਾਲਿਸਤਾਨ ਬਣਾ ਕੌਮ ਦੇਣਾ ਨੀ ਦੇ ਸਕਦੀ ਜਿਹੜਾ ਚੁਣਿਆ ਉਹਨਾਂ ਨੇ ਰਾਹ ਜੱਗ ਉੱਤੇ ਅਮਰ ਉਹ ਹੋ ਜਾਂਦੇ ਜੱਗ ਉੱਤੇ ਅਮਰ ਉਹ ਹੋ ਜਾਂਦੇ ਜੋ ਜਾਂਦੇ ਸ਼ਹੀਦੀਆਂ ਪਾ ਕੌਮ ਦੇਣਾ ਨੀ ਦੇ ਸਕਦੀ ਜਿਹੜਾ ਚੁਣਿਆ ਉਹਨਾਂ ਨੇ ਰਾਹ ਸੁਣੋ ਸਿੱਖ ਕੌਮ ਦੇ ਵਾਰਸੋ ਦਈਏ ਨਾ ਸ਼ਹੀਦੀ ਆਪਾਂ ਭੁਲਾ ਕੌਮ ਦੇਣਾ ਨੀ ਦੇ ਸਕਦੀ ਜਿਹੜਾ ਚੁਣਿਆ ਉਹਨਾਂ ਨੇ ਰਾਹ ਕੌਮ ਦੇਣਾ ਨੀ ਦੇ ਸਕਦੀ ਜਿਹੜਾ ਚੁਣਿਆ ਉਹਨਾਂ ਨੇ ਰਾਹ ਪੰਜਾਬ ਫਾਰਸੀ ਦੇ ਦੋ ਸ਼ਬਦਾਂ ਦਾ ਮੇਲ ਪੰਜ ਅਤੇ ਆਬ ਭਾਵ ਪੰਜਾਂ ਦਰਿਆਵਾਂ ਵਿਚਲੀ ਜ਼ਮੀਨ ਤੁਰਕੀ ਅਤੇ ਫਾਰਸੀ ਦੇ ਬੁਲਾਰਿਆਂ ਨੇ ਅਤੇ ਉਸ ਤੋਂ ਉਪਰੰਤ ਮੁਗਲ ਸਲਤਨਤ ਵੱਲੋਂ ਇਹਨਾਂ ਸ਼ਬਦਾਂ ਨੂੰ ਮਕਬੂਲੀਅਤ ਹਾਸਲ ਹੋਈ। ਇਸ ਤੋਂ ਪਹਿਲਾਂ ਯੂਨਾਨੀਆਂ ਵੱਲੋਂ ਇਸ ਖੇਤਰ ਨੂੰ ਪੈਂਤਾ ਪੋਟਾਮੀਆ ਜਾਂ ਵੈਦਿਕ ਸੁਸਾਇਟੀ ਵੱਲੋਂ ਇਸ ਨੂੰ ਸਪਤ ਸਿੰਧੂ ਦੇ ਨਾਵਾਂ ਦੇ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ। ਜੇਹਲਮ ਚਨਾਬ ਰਾਵੀ ਬਿਆਸ ਅਤੇ ਸਤਲੁਜ ਵਿਚਲਾ ਉਹ ਉਪਜਾਊ ਇਲਾਕਾ ਜਿਸ ਨੂੰ ਗੁਰੂਆਂ ਪੀਰਾਂ ਸੂਰਬੀਰ ਯੋਧਿਆਂ ਬਹਾਦਰ
ਕੌਮਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੁਰਾਣਾ ਪੰਜਾਬ ਬਹੁਤ ਵੱਡਾ ਸੀ, ਜਿਸ ਦੇ ਵਿੱਚ ਮੌਜੂਦਾ ਦੋਵੇਂ ਪੰਜਾਬ, ਜੰਮੂ ਕਸ਼ਮੀਰ, ਹਿਮਾਚਲ, ਹਰਿਆਣਾ, ਰਾਜਸਥਾਨ ਦਾ ਉੱਤਰੀ ਭਾਗ ਵੀ ਸ਼ਾਮਿਲ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦੇ ਉੱਜੜਦਿਆਂ ਹੀ ਪੰਜਾਬ ਦਿਨ ਬ ਦਿਨ ਟੋਟਿਆਂ ਦੇ ਵਿੱਚ ਤਬਦੀਲ ਹੁੰਦਾ ਗਿਆ। ਬ੍ਰਿਟਿਸ਼ ਸਰਕਾਰ ਦੇ ਸਮੇਂ ਪੰਜਾਬ ਦਾ ਰਾਜ ਪ੍ਰਬੰਧ ਚਲਾਉਣ ਦੇ ਲਈ ਪੰਜਾਬ ਨੂੰ 5 ਡਿਵੀਜ਼ਨਾਂ ਦੇ ਵਿੱਚ ਵੰਡਿਆ ਗਿਆ। ਅੰਬਾਲਾ, ਲਾਹੌਰ, ਰਾਵਲਪਿੰਡੀ, ਜਲੰਧਰ ਅਤੇ ਮੁਲਤਾਨ। ਪੋਲੀਟਿਕਸ ਪੰਜਾਬ ਨੂੰ ਸਕਾਈ ਚੈਨਲ 774 ਦੇ ਉੱਤੇ ਯੂਕੇ ਅਤੇ ਯੂਰਪ ਆਪਣੇ ਘਰਾਂ ਦੇ ਵਿੱਚ ਦੇਖਣ ਵਾਲੇ ਸਾਰਿਆਂ ਭੈਣਾਂ ਭਰਾਵਾਂ ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ ਹੈ ਜੀ। ਮੇਰੀ ਅਤੇ ਜਸਵੰਤ ਸਿੰਘ ਦੀ ਫਤਿਹ ਹੋਵੇ ਪ੍ਰਵਾਨ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਤਰੀਕੇ ਨਾਲ ਪਹਿਲੇ ਹਾਫ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਵੀ ਕਿਸ ਤਰੀਕੇ ਨਾਲ ਨਵੇਂ ਬਦਲਦੇ ਬਲਾਕ, ਸੋਰੀ ਮੇਰਾ ਮਾਈਕ ਆਫ ਸੀਗਾ, ਨਵੇਂ ਬਦਲਦੇ ਬਲਾਕ ਦੇ ਵਿੱਚ ਅੱਜ ਤਮਿਲ ਟਾਈਗਰ ਬੰਦੂਕਾਂ ਨਾਲ ਲੜਨ ਵਾਲਿਆਂ ਨੂੰ ਇਮੀਗ੍ਰੇਸ਼ਨ ਖੋਲ ਦਿੱਤੀ ਜਾਣ ਦੀ ਗੱਲ ਕਹੀ ਜਾ ਰਹੀ ਹੈ। ਸੰਭਾਵੀ ਤੌਰ ਦੇ ਉੱਤੇ ਆਉਣ ਵਾਲੇ ਪੈਟ੍ਰਿਕ ਬਰਾਊਨ ਵੱਲੋਂ ਅਤੇ ਨਾਲ ਦੀ ਨਾਲ ਉਹਨਾਂ ਨੂੰ ਅੱਤਵਾਦੀ ਲਿਸਟ 'ਚੋਂ ਕੱਢ ਕੇ ਸੱਤਵਾਦੀ ਬਣਾਏ ਜਾਣ ਦੀਆਂ ਤਿਆਰੀਆਂ ਜਿਹੜੀਆਂ ਨੇ ਹੋ ਰਹੀਆਂ ਨੇ। ਸੋ ਜੀ ਇਹ ਨਵਾਂ ਯੁੱਗ ਆ ਇੱਥੇ, ਈਵਨ ਕਿ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਮੈਂ ਜ਼ਰੂਰ ਦਿਖਾਊਂਗਾ ਕਿਸ ਤਰੀਕੇ ਦੇ ਨਾਲ ਸਾਊਦੀ ਅਰਬ ਜਿਹੜਾ ਆ ਉਸ ਦੇ ਟੀਵੀਆਂ ਦੇ ਉੱਤੇ ਜੋ ਬਾਈਡਨ ਅਮੈਰੀਕਨ ਰਾਸ਼ਟਰਪਤੀ ਦਾ ਕਿਸ ਤਰੀਕੇ ਨਾਲ ਮਜ਼ਾਕ ਉਡਾਇਆ ਜਾ ਰਿਹਾ, ਉਹਨਾਂ ਦੀਆਂ ਵੀਡੀਓ ਬਣਾਈਆਂ ਜਾ ਰਹੀਆਂ ਨੇ, ਉਸ ਦੇ ਉੱਤੇ ਵੀ ਜਿਹੜੀ ਆ ਕੱਲ੍ਹ ਨੂੰ ਵਿਚਾਰ ਚਰਚਾ ਮੈਂ ਜ਼ਰੂਰ ਕਰੂੰਗਾ। ਬਦਲਦੇ ਨਵੇਂ ਬਲਾਕ ਦੇ ਵਿੱਚ ਬਹੁਤ ਕੁਛ ਜਿਹੜਾ ਬਦਲਿਆ ਲੱਗ ਰਿਹਾ, ਅਤੇ ਇਸ ਬਦਲਦੇ ਬਲਾਕਾਂ ਦੇ ਵਿੱਚ ਬਹੁਤ ਜਿਹੜੀਆਂ ਧਿਰਾਂ ਹੁੰਦੀਆਂ ਨੇ ਜਿਨ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਹੁੰਦੀ ਜਾਂ ਜਿਨ੍ਹਾਂ ਨੂੰ ਪਿਛਲੇ ਸਮੇਂ ਦੇ ਵਿੱਚ ਕੋਈ ਬਾਹਲਾ ਅਹਿਮੀਅਤ ਨਹੀਂ ਦਿੰਦਾ, ਉਹ ਕਿਤੇ ਨਾ ਕਿਤੇ ਜ਼ਰੂਰ ਆਪਣਾ ਦਾਅ ਲਾ ਜਾਇਆ ਕਰਦੀਆਂ ਨੇ, ਉਹਨਾਂ ਨੂੰ ਦਾਅ ਲਾ ਜਾਂਦੀਆਂ ਹੁੰਦੀਆਂ ਨੇ, ਅਤੇ ਇਸ ਦੇ ਵਿੱਚ ਪਰ ਦਾਅ ਉਹ ਲਾ ਜਾਂਦੀਆਂ ਹੁੰਦੀਆਂ ਨੇ ਜਿਹਨੂੰ ਪਤਾ ਹੁੰਦਾ ਵੀ ਦਾਅ ਖੇਡਣਾ ਕਿਹੜਾ, ਜਿਹਨੂੰ ਪਤਾ ਹੀ ਨਾ ਹੋਵੇ ਵੀ ਦਾਅ ਚੱਲਣਾ ਕਿਹੜਾ ਆ, ਦਾਅ ਖੇਡਣਾ ਕਿਹੜਾ, ਉਹ ਜਿਹੜੀਆਂ ਨੇ ਕਦੇ ਕਦੇ ਉਹ ਇਸ ਸੰਭਾਵੀ ਤੌਰ 'ਤੇ ਜਿਹੜੀਆਂ ਤਬਦੀਲੀਆਂ ਹੋਣ ਦੇ ਹੋ ਰਹੀਆਂ ਹੁੰਦੀਆਂ ਨੇ ਉਹਦਾ ਵੀ ਫਾਇਦਾ ਨਹੀਂ ਚੱਕ ਜਾਂਦੀਆਂ। ਹਾਂਜੀ, ਸੋ ਇਸ ਦੇ ਵਿੱਚ ਕਾਫੀ ਕੁਛ ਜਿਹੜਾ ਚੇਂਜ ਆ ਰਿਹਾ। ਸੋ ਮੈਂ ਜਿਹੜੀ ਅਗਲੀ ਖਬਰ ਮੈਂ ਉਹ ਵੀ ਤੁਹਾਡੇ ਨਾਲ ਸਾਂਝੀ ਕਰੂੰਗਾ। ਤਕਰੀਬਨ ਜਿਹੜੀਆਂ ਨੇ ਜਿਸ ਤਰੀਕੇ ਨਾਲ ਕੈਨੇਡਾ ਦੇ ਵਿੱਚੋਂ ਰਿਪੋਰਟਸ ਆ ਰਹੀਆਂ ਨੇ, ਅਤੇ ਉੱਥੇ ਨਾਲ ਦੀ ਨਾਲ ਇਸ ਖਬਰ ਦਾ ਕਿਤੇ ਨਾ ਕਿਤੇ ਭਾਰਤੀ ਮੀਡੀਆ ਵੱਲੋਂ ਵੀ ਜਿਹੜਾ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਉਹ ਇਸ ਦਾ ਨੋਟਿਸ ਲੈਣ, ਪਰ ਮੈਨੂੰ ਪਤਾ ਨਹੀਂ ਵੀ ਲੈਣ ਨਾ ਹੀ ਲੈਣ, ਪਰ ਖਬਰ ਜਿਹੜੀ ਆ ਮੈਂ ਟੈਕਟਿਵ ਨੂੰ ਬੇਨਤੀ ਕਰੂੰਗਾ ਜੀ ਅਗਲੀ ਖਬਰ ਤੁਸੀਂ ਲਾਓ ਜ਼ਰੂਰ। ਸੋ ਉਸ ਦੇ ਵਿੱਚ ਜਿਹੜੀ ਸਰੀ ਦੀ ਪੁਲਿਸ ਆ, ਸਰੀ ਪੁਲਿਸ ਸਰਵਿਸ ਆ ਜੀ, ਉਹਦਾ ਆਪਣਾ ਟਵਿੱਟਰ ਹੈਂਡਲਰ ਆ, ਅਤੇ ਉਹ ਜਿਹੜੀ ਆ ਉਹਨਾਂ ਲਿਖਿਆ ਜੀ, ਓਵਰ ਦਾ ਵੀਕਐਂਡ ਚੀਫ ਲਪਿੰਸਕੀ, ਸਟਾਫ ਸਰਜਨ ਸੁਖ ਸਿੱਧੂ ਐਂਡ ਸਰਜਨ ਜੈਗ ਖੋਸਾ ਵਿਜ਼ਿਟਡ ਸਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਟੂ ਪ੍ਰੋਵਾਈਡ ਐਨ ਅਪਡੇਟ ਔਨ ਪੁਲਿਸਿੰਗ ਟਰਾਂਜੀਸ਼ਨ ਐਂਡ ਟੂ ਸ਼ੇਪ SPS ਵਿਜ਼ਨ ਆਫ ਬਿਲਡਿੰਗ ਐਂਡ ਕਮਿਊਨਿਟੀ ਬੇਸਡ ਪੋਲਿਸਿੰਗ ਮਾਡਲ। ਸੋ ਇਹਦੇ 'ਚ ਜਿਹੜੀ ਗੱਲਬਾਤ ਉਹ ਨਿਕਲ ਕੇ ਆਈ ਹੈ ਵੀ ਭਾਰਤ ਸਰਕਾਰ ਹਮੇਸ਼ਾ ਹੀ ਕਹਿੰਦੀ ਹੈ ਵੀ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਜਿੱਥੇ ਸਰੀ ਦੀ ਪੁਲਿਸ ਗਈ ਆ, ਅਤੇ ਉੱਥੇ ਪਿੱਛੇ ਤੁਸੀਂ ਜੇ ਇਹਨੂੰ ਇਸ ਟਵਿੱਟਰ ਹੈਂਡਲਰ 'ਤੇ ਜਾਓ ਅਤੇ ਇਹਨਾਂ ਵੱਲੋਂ ਖਿੱਚੀਆਂ ਹੋਈਆਂ ਫੋਟੋਆਂ ਨੂੰ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਪਿੱਛੇ ਖਾਲਿਸਤਾਨ ਦੇ ਝੰਡੇ ਲੱਗੇ ਹੋਏ ਨੇ, ਜਿਹੜੇ ਉਹ ਪੀਲੇ ਪੀਲੇ ਨੇ, ਉਸ ਝੰਡਿਆਂ ਦੇ ਉੱਤੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਗਿਆ। ਅਤੇ ਇਹ ਗੁਰਦੁਆਰਾ ਸਾਹਿਬ ਜਿਹੜਾ ਆ, ਇਹ ਸਰਕਾਰ ਕਹਿੰਦੀ ਹੈ ਜੀ ਇਸ ਦਾ ਕੰਟਰੋਲ ਜਿਹੜਾ ਰੈਫਰੈਂਡਮ ਵਾਲਿਆਂ ਕੋਲ ਆ, ਉਹ ਹਰਦੀਪ ਸਿੰਘ ਨਿੱਜਰ ਨੂੰ ਅੱਤਵਾਦੀ ਜਿਹੜਾ ਉਹਨਾਂ ਨੇ ਐਲਾਨਿਆ ਹੋਇਆ, ਅਤੇ ਹਮੇਸ਼ਾ ਹੀ ਜਿਹੜੀ ਆ ਤਕਰੀਬਨ 10-15 ਦਿਨੀ ਹਰਦੀਪ ਸਿੰਘ ਨਿੱਜਰ ਦੀ ਕੋਈ ਨਾ ਕੋਈ ਖਬਰ, ਕੋਈ ਨਾ ਕੋਈ ਕੇਸ ਉਹਨਾਂ ਦੇ ਉੱਤੇ ਬਣਿਆ ਰਹਿੰਦਾ ਹੁੰਦਾ ਆ, ਇਹ ਖਬਰ ਜਿਹੜੀ ਆ ਮੀਡੀਆ 'ਚ ਆਈ ਰਹਿੰਦੀ ਹੈ। ਸੋ ਹੁਣ ਉੱਥੇ ਕੈਨੇਡਾ ਦੀ ਜਿਹੜੀ ਸਰੀ ਪੁਲਿਸ ਆ ਉਹਨੂੰ ਵੀ ਪਤਾ ਵੀ ਭਾਈ ਜਿਹੜਾ ਆ ਪੈਸੀਫਿਕ ਗੁਰਦੁਆਰਾ ਆ, ਇੱਥੇ ਹਮੇਸ਼ਾ ਹੀ ਖਾਲਿਸਤਾਨ ਦੇ ਅਤੇ ਰੈਫਰੈਂਡਮ ਦੇ ਝੰਡੇ ਲੱਗੇ ਰਹਿੰਦੇ ਨੇ ਜਾਂ ਕੈਂਪੇਨ ਹੁੰਦੀ ਹੈ, ਜਿਹਦੀ ਭਾਰਤ ਹਮੇਸ਼ਾ ਹੀ ਉਸਦਾ ਸਟੈਂਡ ਆ ਵੀ ਇਹ ਚੀਜ਼ ਸਾਡੀ ਦੇਸ਼ ਦੀ ਏਕਤਾ ਦੇ ਅਖੰਡਤਾ ਲਈ ਖਤਰਾ ਆ। ਸੋ ਉੱਥੇ ਜਿਹੜੀ ਸਰੀ ਦੀ ਪੁਲਿਸ ਉੱਥੇ ਜਾਂਦੀ ਆ, ਉੱਥੇ ਆਪਣਾ ਸਾਰਾ ਕੁਛ ਲਾਉਂਦੀ ਆ, ਉੱਥੇ ਖਾਲਿਸਤਾਨ ਦੇ ਝੰਡੇ ਵੀ ਲੱਗੇ ਹੁੰਦੇ ਨੇ,
ਤੇ ਕਿਉਂਕਿ ਮੈਂ ਇਹ ਕਾਰਨ ਤਾਂ ਸੁਣਿਆ ਕਹਿ ਰਿਹਾ ਵੀ ਕਈ ਵਾਰੀ ਨਗਰ ਕੀਰਤਨਾਂ ਦੇ ਉੱਤੇ ਵੀ ਜਦੋਂ ਟਰੂਡੋ ਜਾਂਦਾ ਹੈ ਤੇ ਪਿੱਛੇ ਕਿਸੇ ਨੇ ਖਾਲਿਸਤਾਨ ਲਿਖਿਆ ਹੋਵੇ ਝੰਡਾ ਲੱਗਾ ਹੋਵੇ ਤੇ ਭਾਰਤੀ ਮੀਡੀਆ ਫਿਰ ਉਸ ਨੂੰ ਖਬਰ ਨੂੰ ਪਿੱਕ ਕਰਕੇ ਉਹਦੀ ਚੰਗੀ ਤਰ੍ਹਾਂ ਜਿਹੜਾ ਖੜ ਲਾਉਂਦਾ ਸੋ ਮੈਨੂੰ ਲੱਗਦਾ ਸੀ ਵੀ ਭਾਈ ਇਸ ਖਬਰ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਮੀਡੀਆ ਇਸ ਨੂੰ ਜ਼ਰੂਰ ਪਿੱਕ ਕਰਨ ਦੀ ਕੋਸ਼ਿਸ਼ ਕਰੇਗਾ ਵੀ ਸਰੀ ਪੁਲਿਸ ਜਿਹੜੀ ਆ ਇੱਕ ਡੈਜ਼ੀਗਨੇਟਡ ਜਿਹੜੀ ਕਿ ਕੱਲ੍ਹ ਆਪਾਂ ਪਰਸੋਂ ਖਬਰ ਦੱਸੀ ਸੀਗੀ ਵੀ ਜਿਹੜੀ 33 ਬੰਦਿਆਂ ਦੀ ਭਾਰਤ ਦੀ ਸਰਕਾਰ ਨੇ ਲਿਸਟ ਜਾਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਡੈਜ਼ੀਗਨੇਟਡ ਅੱਤਵਾਦੀ ਲਿਸਟ ਜਿਹੜੀ ਜਾਰੀ ਹੋਈ ਹੈ 33 ਬੰਦਿਆਂ ਦੀ ਉਹਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਧਾਨ ਨੇ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਨਾਮ ਵੀ ਸ਼ਾਮਿਲ ਆ ਸੋ ਭਾਰਤ ਵੱਲੋਂ ਐਲਾਨੇ ਹੋਏ ਅੱਤਵਾਦੀ ਉਹਨਾਂ ਦਾ ਨਾਂ ਉਹ ਇਸ ਗੁਰਦੁਆਰੇ ਦੇ ਪ੍ਰਧਾਨ ਨੇ ਸੋ ਉੱਥੇ ਜਿਹੜੀ ਸਰੀ ਦੀ ਪੁਲਿਸ ਜਾਂਦੀ ਆ ਸੋ ਆਪਣਾ ਉੱਥੇ ਉਹ ਪ੍ਰੋਗਰਾਮ ਕਰਦੀ ਆ ਖਾਲਿਸਤਾਨ ਦੇ ਝੰਡਿਆਂ ਦੇ ਥੱਲੇ ਲੱਗੇ ਨੇ ਰੈਫਰੈਂਡਮ ਦੀ ਉੱਥੇ ਕੰਪੇਨ ਚੱਲ ਰਹੀ ਸੀ ਲੋਕਾਂ ਨੂੰ ਰੈਫਰੈਂਡਮ ਦੀ ਉਹ ਕਹਿ ਰਹੇ ਸੀ ਵੀ ਅਗਲਾ ਯੂਰਪ ਤੋਂ ਬਾਅਦ ਅਗਲਾ ਪੜਾਅ ਜਿਹੜਾ ਕਨੇਡਾ ਹੋਣਾ ਆ ਸੋ ਕਾਫੀ ਲੱਗਦਾ ਹੈ ਵੀ ਕਨੇਡਾ ਵੀ ਕੋਈ ਮੁੱਢ ਕਨੇਡਾ ਦਾ ਮੂਡ ਵੀ ਕੋਈ ਬਦਲਿਆ ਜਿਹਾ ਲੱਗਦਾ ਹਾਂਜੀ ਉਹਨਾਂ ਦੇ ਜਿਹੜੇ ਨੇ ਪੈਟ੍ਰਿਕ ਬਰਾਊਨ ਪਿਛਲੀ ਖਬਰ 'ਚ ਦੇਖਿਆ ਆ ਉਹ ਉਹਨਾਂ ਦੀ ਅਲਾਈਨਮੈਂਟ ਉਹਨਾਂ ਗਰੁੱਪਾਂ ਦੇ ਨਾਲ ਹੋਣੀ ਸ਼ੁਰੂ ਹੋ ਰਹੀ ਹੈ ਜਿਹੜੇ ਕਿ ਪਹਿਲਾਂ ਅੱਤਵਾਦੀ ਐਲਾਨੇ ਹੋਏ ਸੀ ਤੁਹਾਨੂੰ ਲੱਗਦਾ ਵੀ ਕੁਛ ਚੇਂਜ ਹੈ ਜਾਂ ਕੁਛ ਬਦਲਾਅ ਆ ਰਿਹਾ ਜਾਂ ਇਸ ਖਬਰ ਨੂੰ ਜਾਂ ਪੁਰਾਣੀ ਖਬਰ ਨੂੰ ਜਾਂ ਮਿਲਾ ਕੇ ਆਪਾਂ ਦੇਖੀਏ ਮੁਲਾਂਕਣ ਕਰੀਏ ਸਾਰਾ ਕੁਛ ਹਾਂਜੀ ਬਿਲਕੁਲ ਬਦਲਾਅ ਰਿਹਾ ਆ ਜੀ ਹੁਣ ਮੈਂ ਥੋੜ੍ਹਾ ਇਸ ਤਰੀਕੇ ਨਾਲ ਦੇਖਦਾ ਕਿ ਜਦੋਂ ਹੁਣ ਤੁਸੀਂ ਪਹਿਲਾਂ ਇੱਕ ਦਿਨ ਖਬਰ ਲਿਆਉਂਦੀ ਸੀ ਵੀ ਜਿਹੜੇ IPS ਅਫਸਰ ਬਣਾਏ ਜਾ ਰਹੇ ਆ ਪੰਜਾਬ ਦੇ ਵਿੱਚ ਆਪਣੇ ਗੁਆਂਢੀ ਮੁਲਕ ਦੇ ਵਿੱਚ ਅਤੇ ਉਹਦੇ ਵਿੱਚ ਉਹ ਸਿੱਖ ਫੋਰ ਜਸਟਿਸ ਬਾਰੇ ਉਹ ਪੁੱਛਦੇ ਆ ਸਵਾਲ ਕਰਦੇ ਆ ਖਾਸ ਕਰਕੇ ਜੇ ਕੋਈ ਸਿੱਖ ਬੱਚਾ ਜਾ ਰਿਹਾ ਤਾਂ ਉਹਦੇ ਮੂੰਹੋਂ ਵੀ ਕਢਾਉਣ ਦਾ ਯਤਨ ਕਰਦੇ ਵੀ ਤੂੰ ਉਹਦੇ ਆਪਣੀ ਜਿਹੜੀ ਉਲਟ ਸਟੇਟਮੈਂਟ ਜਿਹੜਾ ਦੇਵੇ ਹੈ ਨਾ ਉਹ ਤਾਂ ਜੇ ਹੁਣ ਜਦੋਂ ਹੁਣ ਬਾਹਰਲੇ ਮੁਲਕਾਂ ਦੀ ਗੱਲ ਆਉਂਦੀ ਆ ਜਿਹਨੂੰ ਉੱਥੇ ਵੀ ਜਿਹੜੇ ਅਫਸਰ ਬਣਦੇ ਆ ਅਤੇ ਉਹਨਾਂ ਨੇ ਵੀ ਹੁਣ ਬਾਹਰ ਜਿਹੜੀ ਸਾਡੀ ਕਮਿਊਨਿਟੀ ਵੱਸਦੀ ਆ ਅਤੇ ਉੱਥੇ ਜਿਹੜੇ ਅਫਸਰ ਬਣਨੇ ਉਹਨਾਂ ਨੂੰ ਸਾਡੇ ਬਾਰੇ ਹੀ ਪੜ੍ਹਾਇਆ ਜਾਣਾ ਨਾ ਜੋ ਸਾਡੇ ਬਾਰੇ ਪੜ੍ਹਾਇਆ ਜਾਣਾ ਵੀ ਉਹਨਾਂ ਨੇ ਉੱਥੇ ਸਾਡੀ ਜਿਹੜੀ ਪੋਲੀਟੀਕਲ ਓਪੀਨੀਅਨ ਆ ਅਤੇ ਉਹਦੇ ਬਾਰੇ ਵੀ ਉਹਨਾਂ ਨੂੰ ਸਵਾਲ ਜਾ ਹੁਣੇ ਜਾਣਕਾਰੀ ਦਿੱਤੀ ਜਾਂਦੀ ਆ ਜਾਣਕਾਰੀ ਪੁੱਛੀ ਜਾਂਦੀ ਆ ਇਸ ਕਰਕੇ ਜਿਹੜਾ ਹੁਣ ਇਸ ਸਰੀ ਦੇ ਵਿੱਚ ਜਿਹੜਾ ਸਾਡਾ ਪਿੱਛੇ ਨਿਸ਼ਾਨ ਜਿਹੜਾ ਸਾਡੀ ਰਾਜ ਸੀ ਜਿਹੜੀ ਓਪੀਨੀਅਨ ਆ ਉਹਨੂੰ ਉਹਦਾ ਪ੍ਰਤੀਕ ਆ ਉਹਦਾ ਉਭਾਰ ਜਿਹੜਾ ਪਿੱਛੇ ਤੁਹਾਨੂੰ ਦਿਸ ਰਿਹਾ ਆ ਉਹ ਉਹਨਾਂ ਨੂੰ ਜਾਣਕਾਰੀ ਹੈ ਇਸ ਚੀਜ਼ ਬਾਰੇ ਕਿਉਂਕਿ ਉਹਨਾਂ ਨੂੰ ਵੀ ਪੜ੍ਹਾਇਆ ਗਿਆ ਵੀ ਇਹ ਜਿਹੜਾ ਆ ਬਿਲਕੁਲ ਜਾਇਜ਼ ਆ ਇਹ ਇਸ ਤਰੀਕੇ ਦੇ ਨਾਲ ਆਪਣੀ ਜਿਹੜੀ ਗੱਲਬਾਤ ਰੱਖ ਸਕਦੇ ਆ ਪਰ ਉਸ ਖਿੱਤੇ ਦੇ ਵਿੱਚ ਜਿਹੜਾ ਆ ਉਹ ਇਹਦੇ ਉਲਟ ਪੜਾਇਆ ਜਾਂਦਾ ਆ ਦੇਖੋ ਉਹਨਾਂ ਦੇ ਆਪਣੇ ਇੰਟਰਸਟ ਆ ਸੋ ਇਸ ਕਰਕੇ ਇਹ ਜਿਹੜੀ ਇੱਕ ਚੰਗੀ ਗੱਲ ਆ ਬਈ ਜਿਹੜਾ ਹੁਣ ਸਾਡੀਆਂ ਜਿਹੜੀਆਂ ਗੱਲਾਂ ਆ ਉਹ ਪੜ੍ਹਾਈਆਂ 'ਚ ਵੀ ਹੋਣ ਲੱਗ ਪਈਆਂ ਦੇਖੋ ਇਹ ਮੈਂ ਤਾਂ ਇਹਨੂੰ ਚੰਗਾ ਹੀ ਮੰਨਦਾ ਜੀ ਹਾਂਜੀ ਚਲੋ ਜੀ ਤੁਸੀਂ ਨਾਲ ਨਾਲ ਮੈਂ ਯੂਟਿਊਬ ਦੇ ਉੱਤੇ ਦੇਖਣ ਵਾਲੇ ਸਾਰਿਆਂ ਭੈਣਾਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਲਿੰਕ ਨੂੰ ਸ਼ੇਅਰ ਕਰਨਾ ਵੱਧ ਤੋਂ ਵੱਧ ਆਪਣੇ ਦੋਸਤਾਂ ਸੱਜਣਾਂ ਤੱਕ ਵਟਸਐਪ ਦੇ ਉੱਤੇ ਟੈਲੀਗ੍ਰਾਮ ਦੇ ਉੱਤੇ ਟੈਕਸਟ ਮੈਸੇਜ ਦੇ ਉੱਤੇ ਯੂਟਿਊਬ ਦੇ ਉੱਤੇ ਫੇਸਬੁੱਕ ਦੇ ਉੱਤੇ ਇਸ ਨੂੰ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਜਿਹੜੀਆਂ ਸੰਗਤਾਂ ਨੂੰ ਤੁਸੀਂ ਨਾਲ ਜ਼ਰੂਰ ਲਿਆ ਕਰੋ ਕਿਉਂਕਿ ਸ਼ੈਡੋ ਬੈਨ ਹੋਏ ਹੋਏ ਨੇ ਫੇਸਬੁੱਕ ਹੋਵੇ ਜਾਂ ਯੂਟਿਊਬ ਹੋਵੇ ਸਾਰਿਆਂ ਦੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ ਸਰਕਾਰ ਦੇ ਕਹਿਣ ਦੇ ਉੱਤੇ ਉਹਨਾਂ ਦਾ ਕਹਿਣਾ ਵੀ ਕਿਤੇ ਨਾ ਕਿਤੇ ਜਿਹੜੀ ਸਾਡੀ ਰਿਪੋਰਟਿੰਗ ਆ ਜਿਹੜੀਆਂ ਸਾਡੀਆਂ ਖਬਰਾਂ ਨੇ ਉਹਨਾਂ ਨੂੰ ਉਸ ਦੇ ਵਿੱਚੋਂ ਜਿਹੜਾ ਉਹ ਸਹੀ ਨਹੀਂ ਮੰਨਦੇ ਉਹਨਾਂ ਦਾ ਕਹਿਣਾ ਆ ਪਰ ਅਸੀਂ ਤਾਂ ਆਪਣਾ ਜ਼ੋਰ ਲਾਉਣਾ ਵੀ ਤੁਸੀਂ ਵੱਧ ਤੋਂ ਵੱਧ ਪ੍ਰੋਗਰਾਮਾਂ ਦੇ ਵਿੱਚ ਜੁੜੋ ਸੋ ਆਪਾਂ ਨਾਲ ਨਾਲ ਕਾਲਾਂ ਵੀ ਜਿਹੜੀਆਂ ਨੇ ਲਈ ਜਾਣੀਆਂ ਨੇ ਸੋ ਤੁਸੀਂ ਲਾਈਵ ਹੋ ਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਤੁਹਾਡੇ ਵਿਚਾਰ ਨੇ ਇਹ
ਆਪਾਂ ਜਿਹੜੀ ਗੱਲਬਾਤ ਅੱਗੇ ਕਰ ਰਹੇ ਸੀ ਸੋ ਨਾਲ ਦੀ ਨਾਲ ਜਿਹੜਾ ਵੀ ਕੋਈ ਸੱਜਣ ਕੋਈ ਕਾਲ ਕਰਨਾ ਚਾਹੁੰਦਾ ਉਹ ਕਾਲ ਵੀ ਕਰ ਸਕਦਾ ਆਪਣੇ ਜਿਹੜੇ ਹਮੇਸ਼ਾ ਹੀ ਖਿਆਲ ਰੱਖੀਏ ਵੀ ਆਪਣੇ ਜਿਹੜੇ ਲਫਜ਼ ਨੇ ਉਹ ਸੱਭਿਅਕ ਰਹਿਣ ਅਤੇ ਵਿਦ ਇਨ ਦਾ ਲਾਅ ਰਹਿਣ ਨਾ ਕੋਈ ਵਾਇਲੈਂਸ ਨੂੰ ਪ੍ਰਮੋਟ ਕਰੇ ਨਾ ਪ੍ਰਵੋਕ ਕਰੇ ਅਤੇ ਕੋਈ ਵੀ ਤੁਸੀਂ ਜਾਣਕਾਰੀ ਜਿਹੜੀ ਆ ਉਹ ਦੇ ਸਕਦੇ ਹੋ ਸੋ ਜੀ ਮੈਂ ਇੱਕ ਗੱਲ ਵਿੱਚ ਸਾਂਝੀ ਕਰਨੀ ਚਾਹੁੰਦਾ ਵੀ ਜਿੱਦਾਂ ਨਗਰ ਕੀਰਤਨ ਉੱਪਰ ਸਾਨੂੰ ਇੱਕ ਪੱਤਰਕਾਰ ਸਟੂਡੈਂਟ ਮਿਲੀ ਜਿਹੜੀ ਪੱਤਰਕਾਰ ਪੜ੍ਹਾਈ ਕਰਦੀ ਸੀਗੀ ਅਤੇ ਉਹਦੇ ਨਾਲ ਜਿਸਦੇ ਗੱਲ ਆਪਾਂ ਕੀਤੀ ਵੀ ਤੈਨੂੰ ਜਿਹੜਾ ਸਾਡੇ ਖਿੱਤੇ ਬਾਰੇ ਜਾਣਕਾਰੀ ਆ ਕਹਿੰਦੀ ਹਾਂ ਮੈਂ ਪੜ੍ਹ ਰਹੀ ਹਾਂ ਅਤੇ ਮੈਂ ਸਗੋਂ ਉਹਨੂੰ ਹੋਰ ਸੀ ਜਾਣਕਾਰੀ ਦਿੱਤੀ ਅਤੇ ਨਾਲ ਉਹਨੂੰ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਸਾਡਾ ਖਿੱਤਾ ਆ ਉਹ ਇੱਕ ਆਜ਼ਾਦ ਮੁਲਕ ਬਣਨ ਜਾ ਰਿਹਾ ਆ ਤੈਨੂੰ ਇਹਦੇ ਉੱਪਰ ਜ਼ਿਆਦਾ ਪੜ੍ਹਨ ਦੀ ਲੋੜ ਆ ਤੂੰ ਜਾਣਕਾਰੀ ਇਕੱਠੀ ਕਰ ਸੋ ਤੇਰੀ ਜਿਹੜੀ ਜਰਨਲਿਜ਼ਮ ਹੈਗਾ ਆ ਤੂੰ ਇਹਦੇ ਉੱਪਰ ਕਰ ਸੋ ਉਸਨੇ ਸਾਡੇ ਕੋਲ ਬਹੁਤ ਸਾਰੀ ਜਿਹੜੀ ਜਾਣਕਾਰੀ ਜਿਹੜੀ ਉਹਨੇ ਲਈ ਆ ਵੱਧ ਤੋਂ ਵੱਧ ਅਤੇ ਉਹਨੂੰ ਬੜੀ ਖੁਸ਼ੀ ਹੋਈ ਔਰ ਉਹਨੇ ਕਿਹਾ ਵੀ ਮੈਂ ਇਹਦੇ ਉੱਪਰ ਜ਼ਰੂਰ ਮਤਲਬ ਹੋਰ ਇਹਦੇ ਉੱਪਰ ਕੋਸ਼ਿਸ਼ ਕਰੂੰਗੀ ਮੈਂ ਮਤਲਬ ਪੜ੍ਹਾਈ ਨੂੰ ਇਹਦੇ ਉੱਪਰ ਜ਼ੋਰ ਦੇਵਾਂ ਸੋ ਇਸ ਕਰਕੇ ਸਾਡਾ ਹੀ ਫਰਜ਼ ਬਣਦਾ ਜਦੋਂ ਕਿਤੇ ਸਾਨੂੰ ਕੋਈ ਪੜ੍ਹਿਆ ਲਿਖਿਆ ਮਿਲਦਾ ਆ ਅਤੇ ਉਹਦੇ ਨਾਲ ਉੱਥੇ ਆਪਾਂ ਉਹੀ ਗੱਲ ਆ ਵੀ ਹੀਣ ਭਾਵਤਾ ਨਹੀਂ ਦਿਖਾਉਣੀ ਉਹਨੂੰ ਆਪਣੀ ਗੱਲ ਜਿਹੜੀ ਆ ਬੜੇ ਤਰੀਕੇ ਦੇ ਨਾਲ ਜਿਹੜੀ ਆ ਉਹ ਦੱਸਣੀ ਚਾਹੀਦੀ ਆ ਤਾਂ ਜੋ ਜਿਹੜੀ ਸਾਡੀ ਗੱਲ ਆ ਜਿਹੜੀ ਆ ਉਹ ਦੁਨੀਆ ਦੇ ਪੱਧਰ ਦੇ ਉੱਪਰ ਬੜੇ ਵਧੀਆ ਤਰੀਕੇ ਨਾਲ ਜਿਹੜੀ ਉਹ ਆ ਸਕੇ ਬਿਲਕੁਲ ਜੀ ਦੇਖੋ ਜਿਹੜੀ ਇਹਨਾਂ ਦੀ ਗੱਲਬਾਤ ਆ ਇਹ ਆਪਣੀ ਪਾਰਟ ਦੀ ਗੱਲ ਦੱਸਦੇ ਨੇ ਇਹ ਜਦੋਂ ਵੀ ਆਪਾਂ ਕੋਈ ਗੱਲਬਾਤ ਹੁੰਦੀ ਇਹਨਾਂ ਦਾ ਕਹਿਣਾ ਜਿਹੜਾ ਆ ਖਾਲਿਸਤਾਨ ਦੇ ਪਾਸੇ ਲੈ ਜਾਂਦੇ ਹੁੰਦੇ ਨੇ ਸਰਕਾਰ ਦਾ ਖਾਲਿਸਤਾਨ ਦੇ ਇਸ਼ੂ ਦੇ ਉੱਤੇ ਬੜਾ ਕਲੀਅਰ ਸਟੈਂਡ ਆ ਭਾਵੇਂ ਅਦਾਲਤਾਂ ਕਹਿੰਦੀਆਂ ਨੇ ਜੀ ਖਾਲਿਸਤਾਨ ਦਾ ਤੁਸੀਂ ਪੀਸਫੁੱਲ ਤਰੀਕੇ ਦੇ ਨਾਲ ਲਿਖ ਵੀ ਸਕਦੇ ਹੋ ਬੋਲ ਵੀ ਸਕਦੇ ਹੋ ਪੋਸਟ ਵੀ ਪਾ ਸਕਦੇ ਹੋ ਸਰਕਾਰ ਕਹਿੰਦੀ ਹੈ ਜੀ ਜਦ ਤੱਕ ਤੁਸੀਂ ਸ਼ਾਂਤਮਈ ਹੋ ਤੁਸੀਂ ਕਰ ਸਕਦੇ ਹੋ ਪਰ ਅਦਾਲਤ ਕਹਿੰਦੀ ਆ ਸੋ ਕਈ ਵਾਰੀ ਉਹੀ ਸ਼ਾਂਤਮਈ ਤਰੀਕੇ ਦੇ ਨਾਲ ਕੰਮ ਕਰਨ ਵਾਲਿਆਂ ਨੂੰ ਸਰਕਾਰਾਂ ਜਿਹੜੀਆਂ ਉਹਨਾਂ ਦੇ ਉੱਤੇ ਜਵਾਬਾਂ ਵੀ ਲਾਉਂਦੀਆਂ ਨੇ ਸੋ ਸਰਕਾਰ ਦਾ ਇਸ ਮਸਲੇ ਦੇ ਉੱਤੇ ਖਾਲਿਸਤਾਨ ਦੇ ਮਸਲੇ ਦੇ ਉੱਤੇ ਹਮੇਸ਼ਾ ਹੀ ਇਹ ਸਟੈਂਡਿੰਗ ਰਹੀ ਹੈ ਵੀ ਅਸੀਂ ਇਹ ਗੈਰ ਕਾਨੂੰਨੀ ਸਾਡੇ ਲਈ ਹੈ ਸਰਕਾਰ ਦੀ ਏਜੰਸੀ ਸੋ ਜਿੱਦਾਂ ਜਦੋਂ ਇਹ ਗੱਲ ਕਰਦੇ ਨੇ ਤਾਂ ਮੈਂ ਨਾਲ ਨਾਲ ਐਜ਼ ਅ ਹੋਸਟ ਮੈਂ ਕਿਸੇ ਵੀ ਵਿਚਾਰਧਾਰਾ ਨੂੰ ਭਾਰੂ ਨਹੀਂ ਪੈਣ ਦੇਣਾ ਪ੍ਰੋਗਰਾਮ 'ਤੇ ਮੈਂ ਸਾਰੇ ਪੱਖ ਜਿਹੜੇ ਨੇ ਬਰਾਬਰ ਜਿਹੜੇ ਨੇ ਨਾਲ ਨਾਲ ਰੱਖੀ ਜਾਣੇ ਨੇ ਜੇ ਸਰਕਾਰ ਦਾ ਕੋਈ ਬੰਦਾ ਆ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਆਪਣਾ ਪੱਖ ਰੱਖਣਾ ਚਾਹੁੰਦਾ ਵੀ ਇਹ ਕਿਸ ਤਰੀਕੇ ਦੇ ਨਾਲ ਠੀਕ ਨਹੀਂ ਹੈ ਜਾਂ ਕਿਹੜੇ ਕਾਨੂੰਨ ਦੇ ਮੁਤਾਬਕ ਠੀਕ ਨਹੀਂ ਹੈ ਜਾਂ ਕਿਹੜੀਆਂ ਚੀਜ਼ਾਂ ਠੀਕ ਨੇ ਜਾਂ ਉਹ ਕਿਹੜੇ ਉਹ ਸਮਝਦੇ ਨੇ ਵੀ ਸਾਰਾ ਕੁਛ ਠੀਕ ਚੱਲ ਰਿਹਾ ਤਾਂ ਉਹ ਵੀ ਆ ਕੇ ਜਿਹੜਾ ਆਪਣਾ ਪੱਖ ਰੱਖ ਸਕਦੇ ਨੇ ਦੇਖੋ ਜੀ ਜਿਹੜੇ ਕੋਲ ਰਾਜਸੀ ਤਾਕਤ ਹੁੰਦੀ ਆ ਨਾ ਉਹਨਾਂ ਕੋਲ ਵੱਡੇ ਵੱਡੇ ਦਿਮਾਗ ਹੁੰਦੇ ਆ ਉਹਨਾਂ ਨੇ ਉਹਨਾਂ ਕੋਲ ਸਾਰੇ ਸਾਧਨ ਹੁੰਦੇ ਆ ਠੀਕ ਆ ਨਾ ਜਿਹੜੀ ਕੌਮ ਗੁਲਾਮ ਹੁੰਦੀ ਆ ਉਹਦੇ ਕੋਲ ਤਾਂ ਉਸ ਕੌਮ ਕੋਲ ਤਾਂ ਐਜੂਕੇਸ਼ਨ ਵੀ ਘੱਟ ਹੁੰਦੀ ਹੈ ਕਿਉਂਕਿ ਉਹਨੂੰ ਤਾਂ ਰਾਜਨੀਤਿਕ ਚੇਤਨਤਾ ਤਾਂ ਆਉਣ ਹੀ ਨਹੀਂ ਦੇਣੀ ਉਹਨੂੰ ਅੰਦਰ ਹੈ ਨਾ ਪਰ ਜਦੋਂ ਅਸੀਂ ਆਪਣੇ ਸੱਭਿਆਚਾਰ ਨਾਲ ਆਪਣੇ ਵਿਰਸੇ ਨਾਲ ਆਪਣੇ ਧਰਮ ਨਾਲ ਜੁੜੇ ਰਹਾਂਗੇ ਤਾਂ ਇਸ ਕਰਕੇ ਜਿੰਨੀ ਸਾਨੂੰ ਜਿੰਨਾ ਕੁ ਅਸੀਂ ਗਿਆਨ ਇਕੱਠਾ ਕਰ ਸਕਦੇ ਹਾਂ ਅਸੀਂ ਉਹਨੂੰ ਤਾਂ ਆਪਣੀ ਗੱਲ ਕਰ ਸਕਦੇ ਹਾਂ ਹੁਣ ਜਿਹੜੇ ਪੜ੍ਹੇ ਲਿਖਿਆ ਹੁਣ ਦੇਖੋ ਮਾਰੇ ਬਾਣੀ ਪੜ੍ਹਿਆ ਹੋਵੇ ਗੁਨਹਗਾਰ ਤਾਂ ਉਵੇਂ ਸਾਧਨਾ ਮਾਰੀਏ ਹੁਣ ਦੇਖੋ ਨਿੱਜੀ ਤੌਰ 'ਤੇ ਆਪਣਾ ਨਹੀਂ ਆਪਾਂ ਇੰਨੇ ਪੜ੍ਹੇ ਲਿਖੇ ਹੈਗੇ ਨਾ ਪਰ ਕਹਿਣਾ ਮਤਲਬ ਅਸੀਂ ਆਪਣੀ ਗੱਲ ਤਾਂ ਰੱਖ ਹੀ ਸਕਦੇ ਹਾਂ ਨਾ ਹੁਣ ਪੜ੍ਹੇ ਲਿਖੇ ਸਾਡੇ ਤਾਂ ਜਿੰਨਾ ਮਰਜ਼ੀ ਜੋੜ ਪਾਈ ਸ਼ਾਂਤਮਈ ਤਰੀਕੇ ਨਾਲ ਵੋਟਾਂ ਦੀ ਗੱਲ ਨਾਲ ਜਿੰਨੀ ਮਰਜ਼ੀ ਰੱਖੋ ਵੋਟਾਂ 'ਤੇ ਕੀ ਪ੍ਰੋਬਲਮ ਨਹੀਂ ਵੋਟਾਂ ਸਰਕਾਰ ਨੇ ਤਾਂ ਹੈਰ ਕੀਤੀਆਂ ਬੜੀਆਂ ਫਰਮਾਂ ਹੈਰ ਕੀਤੀਆਂ ਸਾਨੂੰ ਦਬਾਉਣ ਵਾਸਤੇ ਪਰ ਅਸੀਂ ਫਿਰ ਵੀ ਜਿੰਨੇ ਜੋਗੇ ਹੈ ਆਪਣੀ ਗੱਲ ਤਾਂ ਰੱਖਣੀ ਆ ਨਾ ਆਪਣੀ ਗੱਲ ਰੱਖ ਕੇ ਤਾਂ ਅਸੀਂ ਤਾਂ ਅੱਗੇ ਵਧਾਂਗੇ ਜੀ ਤਾਂ ਜਿਹੜੀ ਚੜ੍ਹਦੀ ਵੋਟਾਂ ਦੇ ਨਾਲ ਤੁਸੀਂ ਕਰੋਗੇ ਤਾਂ ਵੈਰੀ ਗੁੱਡ ਠੀਕ ਆ ਹਾਂਜੀ ਠੀਕ ਆ ਜੀ ਚਲੋ ਨੋ ਪ੍ਰੋਬਲਮ ਆ ਤੁਸੀਂ ਵੋਟਾਂ ਦੇ ਨਾਲ ਆਪਣੀ ਗੱਲਬਾਤ ਸ਼ਾਂਤਮਈ ਤਰੀਕੇ ਦੇ ਨਾਲ ਰੱਖ ਸਕਦੇ ਹੋ ਅਤੇ ਮੈਂ ਨਾਲ ਦੀ ਨਾਲ ਸਰਕਾਰਾਂ ਦੀ ਗੱਲਬਾਤ ਲੋਕਾਂ ਨਾਲ ਰੱਖਣੀ ਆ ਅਤੇ ਫਿਰ ਲੋਕ ਇਹ ਕਿਹੜੀ ਗੱਲ ਚੰਗੀ ਲੱਗਦੀ ਉਹਨਾਂ ਨੂੰ ਸਰਕਾਰਾਂ ਦੀ ਚੰਗੀ ਲੱਗਦੀ ਆ ਉਹ ਨਾ 'ਚ ਵੋਟਾਂ ਪਾ ਦੇਣ ਜੇ ਉਹਨਾਂ ਨੂੰ ਤੁਹਾਡੀ ਗੱਲ ਚੰਗੀ ਲੱਗਦੀ ਆ ਫਿਰ ਉਹ ਹਾਂ 'ਚ ਵੋਟਾਂ ਪਾ ਦੇਣ ਬੜੇ ਸੌਖਾ ਜਿਹਾ ਮਸਲਾ ਦੇਖੋ ਸਾਡੀ ਬਾਤ ਜਿਹੜੀ ਆ ਉਹ ਦਵਾਈ ਕਿ ਇਹ ਜਿਹੜਾ ਰਾਜਸੀ ਜਿਹਨਾਂ ਕੋਲ ਰਾਜਸੀ ਤਾਕਤ ਆ ਨਾ ਉਹੀ ਸਾਡੀ ਆਵਾਜ਼ ਦਵਾ ਰਹੇ ਆ ਨਾ ਉਹਨਾਂ ਨੇ ਸਾਰੇ ਜਿਹੜੇ ਅੱਜ ਕੱਲ੍ਹ ਜਿਹੜੇ ਪੜ੍ਹੇ ਲਿਖੇ ਆ ਜਾਂ ਹੋਰ ਆਧੁਨਿਕ ਟੈਕਨੋਲੋਜੀ ਆ ਉਹਦੇ ਆਧਾਰ ਦੇ ਉੱਪਰ ਸਾਡੀ ਆਵਾਜ਼ ਨਹੀਂ ਬਾਹਰ ਨਿਕਲ ਰਹੀ ਜੇ ਹੁਣ ਉੱਥੇ 600 ਚੈਨਲ ਚੱਲਦਾ ਆ ਸਾਡੀ ਗੱਲ ਹੀ ਨਹੀਂ ਕੋਈ ਕਰ ਰਿਹਾ ਹੁਣ ਅਸੀਂ ਤਾਂ ਇਹ ਵੀ ਤੁਹਾਡੀ ਗੱਲ ਕਿਤੇ ਨਾ ਕਿਤੇ ਵਾਜਬ ਆ ਵੀ ਜਦੋਂ ਉਹਨਾਂ ਕੋਲ ਬਹੁਤ ਸਰਮਾਇਆ ਅਤੇ ਬਹੁਤ ਟੀ ਵੀ ਨੇ ਅਤੇ ਬਹੁਤ ਚੈਨਲ ਨੇ ਉਹ ਆਪਣੀ ਗੱਲ ਉੱਥੇ ਰੱਖਦੇ ਨੇ ਉਹ ਸਾਡੀ ਗੱਲ ਸਾਡੇ 'ਤੇ ਕਿਉਂ ਮਾੜੇ ਜਿਹੇ ਟੀ ਵੀ 'ਤੇ ਕਿਉਂ ਆਉਣ ਚਲੋ ਕੋਈ ਗੱਲ ਨਹੀਂ ਫਿਰ ਵੀ ਅਸੀਂ ਤਾਂ ਸਾਰੇ ਜਿਹੜੇ ਨੇ ਬ੍ਰੋਡਕਾਸਟਿੰਗ ਲਾਜ਼ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਵੀ ਸਦਾ ਪੱਤਰ ਜਿਹੜਾ ਦੇਣਾ ਅਤੇ ਉਹਨਾਂ ਦਾ ਵੀ ਪਾਰਟ ਪੈਰਲਲ ਰੱਖਣਾ ਭਾਵੇਂ ਸਾਡਾ ਡਿਸਕਸ਼ਨ ਕੋਈ ਐਵਰੀਡੇ ਖਾਲਿਸਤਾਨ 'ਤੇ ਨਹੀਂ ਹੁੰਦਾ ਪਰ ਅਸੀਂ ਜਦੋਂ ਦੁਨੀਆ ਦੀ ਰਾਜਨੀਤੀ ਦੀ ਗੱਲ ਕਰਦੇ ਹਾਂ ਸੋ ਇਹਦੇ 'ਚ ਪੰਜਾਬ ਹਮੇਸ਼ਾ ਹੀ ਆ ਜਾਂਦਾ ਪੰਜਾਬ ਨੂੰ ਦੁਨੀਆ ਦੀ ਰਾਜਨੀਤੀ 'ਚ ਕਿੱਥੇ ਫਿੱਟ ਪੈਂਦਾ ਉਹ ਦੇਖਦੇ ਹਾਂ ਫਿਰ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਪੰਜਾਬ ਦੇ ਮਸਲਿਆਂ ਦੀ ਗੱਲ ਆਉਂਦੀ ਉਹ 'ਚ ਪਾਣੀ ਵੀ ਆਉਂਦਾ ਉਹ 'ਚ ਕਿਸਾਨੀ ਵੀ ਆਉਂਦੀ ਉਹ 'ਚ ਖਾਲਿਸਤਾਨ ਵੀ ਆਉਂਦਾ ਤਾਂ ਫਿਰ ਕਿਤੇ ਨਾ ਕਿਤੇ ਸਾਰੀਆਂ ਗੱਲਾਂ ਜਿਹੜੀਆਂ ਡਿਸਕਸ ਨਾਲ ਨਾਲ ਹੋਈ ਜਾਂਦੇ ਚਲੋ ਆਪਾਂ ਅਗਲੀ ਖਬਰ ਵੱਲ ਵੱਧਦੇ ਹਾਂ ਅਗਲੀ ਖਬਰ ਜਿਹੜੀ ਆ ਜੀ ਉਹ ਮੇਰਾ ਫੇਵਰੇਟ ਨਿਊਜ਼ ਆ ਜੀ ਪੋਲੀਟੀਕੋ
ਸਾਡੇ ਪੋਲੀਟੀਕੋ ਕਹਿੰਦੇ ਨੇ ਚਲੋ ਠੀਕ ਆ ਜੀ ਉਹ ਕਹਿੰਦੇ ਤੇ ਪੈਂਟਾਗਨ ਕਨਫਰਮਡ ਅ ਪ੍ਰੀਟੀ ਸਾਈਜ਼ੇਬਲ ਐਕਸਪਲੋਜਨ ਅਬਰਾਡ ਅ ਰਸ਼ੀਅਨ ਵਾਰਸ਼ਿਪ ਹੁਣ ਉਸ ਦਾ ਇੱਕ ਬਲੈਕ ਸੀ ਦੇ ਵਿੱਚ ਇੱਕ ਸ਼ਿਪ ਸੀਗਾ ਜੀ ਉਹਦਾ ਉਹਦੇ ਦੇ ਉੱਤੇ ਬਹੁਤ ਵੱਡਾ ਰੀਸੈਂਟ ਤਕਰੀਬਨ ਅੱਧਾ ਪੌਣਾ ਘੰਟਾ ਪਹਿਲਾਂ ਦੀ ਖਬਰ ਆ ਉਹਦੇ 'ਤੇ ਧਮਾਕਾ ਹੋਇਆ ਅਤੇ ਉਸ ਦਾ ਕਿਤੇ ਨਾ ਕਿਤੇ ਜਹਾਜ਼ ਦੇ ਵਿੱਚ ਉਹ ਹੁਣ ਜਦੋਂ ਜਹਾਜ਼ 'ਚ ਧਮਾਕਾ ਹੁੰਦਾ ਅਤੇ ਜਿਹੜੀ ਦੂਜੀ ਯੂਕਰੇਨ ਆ ਉਹ ਕਹਿੰਦੇ ਯੂਕਰੇਨ ਕਲੇਮਡ ਕ੍ਰੈਡਿਟ ਫੋਰ ਦ ਬਲਾਸਟ ਰਸ਼ੀਆ ਸੈਡ ਇਟ ਵਾਜ਼ ਕੌਜ਼ਡ ਬਾਏ ਐਨ ਇੰਟਰਨਲ ਫਾਇਰ ਦ ਪੈਂਟਾਗਨ ਹੈਜ਼ਨਟ ਬੀਨ ਏਬਲ ਟੂ ਵੈਰੀਫਾਈ ਈਦਰ ਕੰਟਰੀਜ਼ ਕਲੇਮ ਸੋ ਹੁਣ ਜੰਗ ਲੱਗੀ ਹੋਈ ਆ ਜੀ ਜੰਗ ਲੱਗੀ ਦੇ ਵਿੱਚ ਰੂਸ ਦਾ ਇੱਕ ਬਲੈਕ ਸੀ ਦੇ ਵਿੱਚ ਇੱਕ ਉਹਦਾ ਵੱਡਾ ਜੰਗੀ ਬੇੜਾ ਜਾ ਰਿਹਾ ਸੀ ਅਤੇ ਉਹਦੇ 'ਚ ਧਮਾਕਾ ਹੋਇਆ ਅਤੇ ਧਮਾਕਾ ਹੋਣ ਤੋਂ ਬਾਅਦ ਯੂਕਰੇਨ ਨੇ ਕਿਹਾ ਜੀ ਅਸੀਂ ਕੰਮ ਕਰ ਦਿੱਤਾ ਆ ਅਸੀਂ ਠੋਕ ਦਿੱਤਾ ਆ ਅਤੇ ਰੂਸ ਨੇ ਕਿਹਾ ਜੀ ਨਹੀਂ ਨਹੀਂ ਇਹਨਾਂ ਨੇ ਨਹੀਂ ਠੋਕਿਆ ਇਹ ਮੈਂ ਆਪੇ ਆਪਣੇ ਆਪ ਹੀ ਠੋਕਿਆ ਗਿਆ ਮੇਰੇ ਕੋਲੋਂ ਸਾਡੇ ਅੰਦਰ ਜਹਾਜ਼ 'ਚ ਅੱਗ ਲੱਗ ਗਈ ਸੀਗੀ ਸੋ ਉਹਨਾਂ ਦਾ ਇਹ 'ਚ ਦੋ ਪਾਰਟ ਆਉਂਦੇ ਵੀ ਯੂਕਰੇਨ ਆਪਣੇ ਹੱਥੋਂ ਕੋਈ ਵੀ ਮੌਕਾ ਨਹੀਂ ਗਵਾਉਣਾ ਚਾਹੁੰਦਾ ਜਿਹਦੇ ਨਾਲ ਉਹਨਾਂ ਦੇ ਫੌਜ ਦਾ ਮੋਰਾਲ ਬੂਸਟ ਹੋਵੇ ਜਦੋਂ ਹੁਣ ਦੂਜੀ ਫੌਜ ਨੂੰ ਪਤਾ ਲੱਗਣਾ ਯੂਕਰੇਨ ਦੀ ਨੂੰ ਅਸੀਂ ਠੋਕਤਾ ਅਸੀਂ ਵਾਰਸ਼ਿਪ ਠੋਕਤਾ ਅਤੇ ਫਿਰ ਉਹਨਾਂ ਨੇ ਮਤਲਬ ਕੋਠਿਆਂ 'ਤੇ ਚੜ੍ਹਦੇ ਨੇ ਫਿਰਨਾ ਉਹਨਾਂ ਦੀ ਜਿਹੜੀ ਆ ਮਾਨਸਿਕ ਤੌਰ ਦੇ ਉੱਤੇ ਲੜਨ ਦੀ ਜਿਹੜੀ ਸਮਰੱਥਾ ਆ ਹੋਰ ਵੱਧ ਜਾਣੀ ਆ ਉਹਨਾਂ 'ਚ ਬੂਸਟ ਮਿਲਣਾ ਉਹਨਾਂ 'ਚ ਹੋਰ ਕਰੇਜ ਕਰਜਮੈਂਟ ਆਉਣੀ ਆ ਉਹਨਾਂ ਦੇ ਵਿੱਚ ਹੋਰ ਹੌਸਲੇ ਵੱਧ ਜਾਣੇ ਉਹਨਾਂ ਨੇ ਸਿੱਧੇ ਜਾਜਾ ਬਚਣੇ ਸ਼ੁਰੂ ਹੋ ਜਾਣੇ ਆ ਸੋ ਉਹਨਾਂ ਨੇ ਕਲੇਮ ਕੀਤਾ ਯੂਕਰੇਨ ਨੇ ਵੀ ਭਾਈ ਇਹ ਸਾਡਾ ਹਮਲਾ ਆ ਹੁਣ ਜਦੋਂ ਰੂਸ ਦੇ ਪਹਿਲੇ ਹਾਲਾਤ ਬੜੇ ਮਾੜੇ ਬਣੇ ਹੋਏ ਨੇ ਪਹਿਲਾਂ ਕਦੇ ਉਹ ਕੀ ਵਾਲੇ ਪਾਸੇ ਨੂੰ ਕਾਫਲਾ ਲੈ ਕੇ ਗਏ ਜਾਂ ਆਪਣੇ ਟੈਂਕ ਟੁੰਕ ਫਿਰ ਉੱਧਰੋਂ ਮੋੜ ਕੇ ਉਹ ਡੌਨਬਾਸ ਵਾਲੇ ਪਾਸੇ ਨੂੰ ਚਲੇ ਗਏ ਉਹਨਾਂ ਦਾ ਮੇਲਾ ਦਾ ਮਹੀਨਾ ਹੋ ਗਿਆ ਉਹ ਕਾਫਲਿਆਂ 'ਚ ਲੰਘੀ ਜਾਂਦੇ ਕਦੇ ਗੱਡੀਆਂ ਇੱਧਰ ਨੂੰ ਮੋੜ ਲੈਂਦੇ ਕਦੇ ਗੱਡੀਆਂ ਉੱਧਰ ਨੂੰ ਮੋੜ ਲੈਂਦੇ ਤੇਲ ਉਹਨਾਂ ਦਾ ਮੁੱਕਿਆ ਹੋਇਆ ਸੋ ਜਦੋਂ ਉਹਨਾਂ ਦੀ ਫੌਜ ਨੂੰ ਪਤਾ ਲੱਗਣਾ ਵੀ ਅਸੀਂ ਜਿਹੜਾ ਛਿਪ ਭੇਜਿਆ ਸੀ ਲੜਨ ਵਾਸਤੇ ਉਹ ਤਾਂ ਪਾਟ ਗਿਆ ਉਹਦੇ ਤਾਂ ਪਟਾਕਾ ਪੈ ਗਿਆ ਫਿਰ ਜਿਹੜੇ ਨਾਲ ਦੇ ਛਿੱਪਾਂ ਵਾਲੇ ਨੇ ਵਿਚਾਰੇ ਉਹ ਡਰਨ ਲੱਗ ਜਾਂਦੇ ਹੁੰਦੇ ਨੇ ਇਹੀ ਲੜਾਈ ਆ ਮਾਨਸਿਕ ਤੌਰ 'ਤੇ ਲੜਾਈ ਜਿਹੜੀ ਆ ਉਹ ਦਿਮਾਗੀ ਤੌਰ 'ਤੇ ਲੜੀ ਜਾਂਦੀ ਆ ਬੰਦਾ ਡਰਦਾ ਵੀ ਦਿਮਾਗ ਦੇ ਤੌਰ 'ਤੇ ਅਤੇ ਖੜਾ ਵੀ ਦਿਮਾਗੀ ਤੌਰ 'ਤੇ ਹੁੰਦਾ ਹੁਣ ਉਹ ਜਿਹੜੇ ਨਾਲਦਿਆਂ ਨੇ ਵੀ ਡਰ ਜਾਣਾ ਵੀ ਭਾਈ ਛਿੱਪ ਵਾਪਸ ਮੋੜ ਲਓ ਯਾਰ ਕਿਤੇ ਸਾਡੇ ਨਾਲ ਬੱਚੇ ਕੁਛ ਆ ਗਏ ਅਤੇ ਜਿਹੜੀਆਂ ਫੌਜਾਂ ਦੂਸਰੇ ਪਾਸੇ ਲੜਦੀਆਂ ਨੇ ਉਹਨਾਂ ਦੇ ਵੀ ਮੋਰਾਲ ਡਾਊਨ ਹੋਣੇ ਨੇ ਯਾਰ ਸਾਡਾ ਇੱਕ ਟੁੱਟਿਆ ਕੱਲ ਨੂੰ ਦੂਜਾ ਨਾ ਟੁੱਟ ਜਾਵੇ ਮੇਰਾ ਕੀ ਬਣਨਾ ਕਈ ਵਾਰੀ ਇੱਕ ਕਿਸੇ ਇੱਕ ਖਾਸ ਹਮਲੇ ਦੇ ਕਾਰਨ ਵੱਡੀਆਂ ਤੋਂ ਵੱਡੀਆਂ ਫੌਜਾਂ ਭੱਜ ਜਾਇਆ ਕਰਦੀਆਂ ਨੇ ਸੋ ਇਸ ਨੂੰ ਦੇਖਦੇ ਹੋਏ ਰੂਸ ਕਹਿੰਦਾ ਵੀ ਭਾਈ ਇਹਦੇ ਨਾਲ ਕਿਤੇ ਮੇਰੀ ਫੌਜ ਦਾ ਮੋਰਾਲ ਨਾ ਡਾਊਨ ਹੋ ਜਾਵੇ ਕਿਤੇ ਬਾਕੀ ਦੀ ਗੱਡੀਆਂ ਜਿਹੜੀ ਆ ਜਿਹੜੀ ਹੁਣ ਕਾਫਲਾ ਕੀਵ ਤੋਂ ਡੌਨਬਾਸ ਵਾਲੇ ਨੂੰ ਗਿਆ ਉਹ ਕਿਤੇ ਵਾਪਸੀ ਰੂਸ ਨੂੰ ਨਾ ਮੋੜ ਲੈਣ ਵੀ ਅਸੀਂ ਚੱਲੇ ਵਾਪਸ ਹਾਂਜੀ ਅਤੇ ਉਹਦਾ ਉਹਦਾ ਕਹਿਣਾ ਹੈ ਵੀ ਭਾਈ ਇਹ ਜਿਹੜੇ ਟੈਂਕ ਜਿਹੜੇ ਧਮਾਕਾ ਹੋਇਆ ਵਾਰਸ਼ਿਪ ਦੇ ਵਿੱਚ ਵੱਡੇ ਸਮੁੰਦਰੀ ਬੇੜੇ 'ਚ ਇਹ ਤਾਂ ਜੀ ਅੰਦਰ ਅੱਗ ਲੱਗ ਗਈ ਸਾਡਾ ਮੁੰਡਾ ਸਟੋਪ 'ਤੇ ਬੈਠਾ ਜਿਹੜਾ ਚਾਹ ਬਣਾਉਂਦਾ ਸੀ ਸਟੋਪ ਪਾਟ ਗਿਆ ਅਤੇ ਉਹਨੇ ਅੱਗ ਫੜ ਲਈ ਅਤੇ ਉਹਦੇ ਕਰਕੇ ਹੋਇਆ ਕਿਸੇ ਨੇ ਸਾਡੇ 'ਤੇ ਹਮਲਾ ਹਮਲਾ ਨਹੀਂ ਕਰਿਆ ਹੈਗਾ ਸੋ ਉਹ ਉਹਨਾਂ ਨੂੰ ਕ੍ਰੈਡਿਟ ਦੇਣ ਤੋਂ ਭੱਜ ਰਿਹਾ ਤਾਂ ਕਿ ਸਾਡੇ ਫੌਜਾਂ ਦਾ ਮੋਰਾਲ ਡਾਊਨ ਨਾ ਹੋਵੇ ਹਾਂਜੀ ਸੋ ਜਿਹੜੀ ਟੀ ਇਹ ਇਹ ਹੁਣ ਜਿਹੜੀ ਆ ਮਤਲਬ ਜਦੋਂ ਲੜਾਈ ਆ ਇਹ ਪਾਰਟ ਆਫ ਸਟ੍ਰੈਟਜੀ ਆ ਹਾਂਜੀ ਮਤਲਬ ਪਾਰਟ ਆਫ ਸਟ੍ਰੈਟਜੀ ਇੱਦਾਂ ਵੀ ਕਿਸ ਤਰੀਕੇ ਨਾਲ ਆਪਣੀ ਫੌਜ ਦਾ ਮੋਰਾਲ ਅਪ ਰੱਖਣਾ ਹਾਂਜੀ ਆਪਣੀਆਂ ਆਪਣੀਆਂ ਫੌਜਾਂ ਨੂੰ ਜਿਹੜਾ ਮੋਰਾਲ ਅਪ ਰੱਖ ਕੇ ਰੱਖਣਾ ਹੈ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਜੀ ਸਿੱਖ ਮਿਸਲਾਂ ਦੇ ਵੇਲੇ ਹਾਂਜੀ ਜਿਵੇਂ ਸਿੱਖ ਮਿਸਲਾਂ ਵੇਲੇ ਉਹਨਾਂ ਨੇ ਹਰੀ ਸਿੰਘ ਨਲੂਏ ਦਾ ਵੀ ਆ ਜਾਂਦਾ ਹੈ ਹਰੀ ਸਿੰਘ ਨਲੂਏ ਦਾ ਜਦੋਂ ਸਿੱਖ ਮਿਸਲਾਂ ਦੇ ਵੇਲੇ ਮੁਗਲਾਂ ਨੇ ਕਿਹਾ ਜੀ ਇਹ ਸੂਬੇਦਾਰ ਆ ਹੁਣ ਜਦੋਂ ਪਿੰਡਾਂ ਦੇ ਵਿੱਚ ਸੂਬੇਦਾਰ ਆ ਗਿਆ ਜੀ ਸੂਬੇਦਾਰ ਆ ਗਿਆ ਲੋਕ ਡਰ ਜਾਂਦੇ ਸੀ ਵੀ ਸੂਬੇਦਾਰ ਨੇ ਹੁਣ ਛਟੀ ਲੈ ਲੈਣੀ ਆ ਛੈਂਟਾ ਲੈ ਲੈਣਾ ਉਹਨੇ ਛੈਂਟੇ ਨਾਲ ਮਾਰ ਮਾਰ ਕੇ ਛੈਂਟੇ ਲੋਕਾਂ ਦੀ ਜਾਨ ਕੱਢ ਦੇਣੀ ਆ ਅਤੇ ਨਿਹੰਗਾਂ ਨੇ ਨਾਂ ਰੱਖਤਾ ਉਹਦਾ ਖੋਤਾ ਹਾਂਜੀ ਵੀ ਸੂਬੇਦਾਰ ਆਇਆ ਅਤੇ ਉਹਨੂੰ ਖੋਤਾ ਕਹਿ ਕੇ ਸੰਬੋਧਨ ਹੁੰਦੇ ਸੀ ਵੀ ਖੋਤਾ ਆ ਗਿਆ ਅਤੇ ਲੋਕ ਹੱਸਦੇ ਸੀ ਵੀ ਖੋਤਾ ਆ ਗਿਆ ਅਤੇ ਜਦੋਂ ਇਹ ਲਫ਼ਜ਼ ਪ੍ਰਚਲਿਤ ਹੋਇਆ ਮੁਸਲਮਾਨਾਂ 'ਚ ਵੀ ਮੁਗਲਾਂ 'ਚ ਵੀ ਪ੍ਰਚਲਿਤ ਹੋਇਆ ਪਿੰਡਾਂ 'ਚ ਪ੍ਰਚਲਿਤ ਹੋਇਆ ਵੀ ਸੂਬੇਦਾਰ ਨੂੰ ਖੋਤਾ ਕਹਿੰਦੇ ਨੇ ਅਤੇ ਜਦੋਂ ਕਿਤੇ ਸੂਬੇਦਾਰ ਦੇਖਦੇ ਸੀ ਲੋਕਾਂ ਦਾ ਹਾਸਾ ਨਿਕਲ ਜਾਂਦਾ ਸੀ ਵੀ ਉਹ ਖੋਤਾ ਤੁਰਿਆ ਜਾਂਦਾ ਸੋ ਕਿਤੇ ਨਾ ਕਿਤੇ ਉਹਦੇ ਨਾਲ ਉਹ ਜਿਹੜੇ ਦਬਲੇ ਕੁਚਲੇ ਲੋਕ ਸੀ ਉਹਨਾਂ ਦੇ ਮੋਰਾਲ ਅਪ ਹੁੰਦੇ ਸੀਗੇ ਨਾਵਾਂ ਦੇ ਨਾਲ ਇਟਸ ਕਾਲਡ ਸਟ੍ਰੈਟਜੀ ਜਿਹੜੇ ਸਾਨੂੰ ਕਹਿੰਦੇ ਨੇ ਵੀ ਸਿੱਖ ਤਾਂ ਐਂ ਆ ਉਹ ਆ ਮੈਂ ਕਹਿੰਦਾ 18ਵੀਂ ਸਦੀ ਵਾਲਿਆਂ ਦਾ ਸਟ੍ਰੈਟਜੀ ਇੰਨੀ ਕੁ ਤਕੜੀ ਸੀ ਇੰਨੀ ਕੁ ਤਕੜੀ ਸਟ੍ਰੈਟਜੀ ਨਾਲ ਉਹਨਾਂ ਨੇ ਰਾਜ ਕਾਇਮ ਕੀਤਾ 18ਵੀਂ ਸਦੀ ਵਾਲੀ ਮਿਸਲਾਂ ਨੇ ਕਮਾਲ ਹੋਈ ਪਈ ਆ ਸੋ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਯੂਕਰੇਨ ਆਪਣੀਆਂ ਫੌਜਾਂ ਦਾ ਮੋਰਾਲ ਅਪ ਕਰ ਰਿਹਾ ਕਹਿੰਦਾ ਜੀ ਅਸੀਂ ਅਸੀਂ ਟੈਂਕ 'ਚ ਅਸੀਂ ਜਹਾਜ਼ 'ਚ ਜਿਹੜਾ ਥੱਲਿਓ ਪਣਡੁੱਬੀ 'ਚੋਂ ਮਾਰਿਆ ਟ੍ਰਿਪੀਡੋ ਮਾਰਿਆ ਅਤੇ ਖੜਕਾ ਦਿੱਤਾ ਵਾਰਸ਼ਿਪ ਰੂਸ ਵਾਲਾ ਕਹਿੰਦਾ ਜੀ ਨਹੀਂ ਨਹੀਂ ਸਾਡੇ ਮੁੰਡੇ ਦਾ ਸਟੋਪ ਪਾਟ ਗਿਆ ਉਹਦੇ ਜਹਾਜ਼ 'ਚ ਕਿਸੇ ਨੇ ਨਹੀਂ ਕੁਛ ਕਰਿਆ ਹੈ ਨਾ ਸੋ ਇਹ ਆਪਣੀਆਂ ਆਪਣੀਆਂ ਫੌਜਾਂ ਦੇ ਮੋਰਾਲ ਅਪ ਰੱਖਣ ਦੀ ਗੱਲ ਆ ਇਹੀ ਕੰਮ
18वीं सदी दीआं सिख मिसलां करदीआं सी, भावें पंज सिंघ सी ते उत्थे 1.25 लाख खालसा नां दित्ता गया सीगा। जदों कहिंदे वी सिंघ किते घट गिणती च हुंदे सी ते घरां दे उन्हां ने अपने कशहरे सुकणे पाए हुंदे सी ते उत्थे आपां देखिआ वी भाई उह ज़्यादा कशहरे सुकणे पा दिंदे सी तारां दे उत्ते, भावें अंदर 2 सिंघ होण ते उन्हां ने 15 कशहरे तार ते सुकणे पा देणे। ते जे कोई CID वाला, उन्हां वेलिआं च वी CID हुंदी सी, ते कोई CID वाला देखे वी 15 कशहरे ने ते उन्हें कहना जी घट्टो घट अंदर 15-20 बंदे तां हैगे ही हैगे आ, जे बंदा अंदर 1 सिंघ बैठा होवे। इह हुंदी आ स्ट्रैटेजी, दिमाग दे नाल दुश्मन दे हौसले पस्त कर देने, अपने दिमाग दे नाल अपनी फौज दा हौसला 7वें आसमानी चाढ़ देना। इह चीजां सिखण वालियां ने, इह तुहानू किते अभी कभी कभी सवेर तक शाम तक दुपहर तक इसके साथ उसके साथ उत्थे किसी ने नहीं दसनियां तुहानू तुहाडियां मसलां दीआं गल्लां, तुहाडी तुहाडियां जरनैलां दीआं नायकां दीआं गल्लां, तुहाडे तुहाडे राज दीआं गल्लां, तुहाडे तुहाडे अकाल तख्त दी राजनीतिक चेतनता दीआं 6वें पातशाह दीआं गल्लां उह कदे दसांगे। ਉਹਦਾ ਤੁਹਾਡੇ ਅੱਜ ਨਰਿੰਦਰ ਮੋਦੀ ਜੀ ਨੇ ਵੀ ਜਦੋਂ ਟਵੀਟ ਮਾਰਿਆ ਆ ਅਤੇ ਉਹਨਾਂ ਨੇ ਵਿਸਾਖੀ ਦੇ ਵਧਾਈਆਂ ਦਿੱਤੀਆਂ ਨੇ ਅਤੇ ਖਾਲਸਾ ਸਾਜਨਾ ਦਿਹਾੜੇ ਦੇ ਮੌਕੇ ਤਖ਼ਤ ਦੀ ਫੋਟੋ ਲੱਗਣੀ ਚਾਹੀਦੀ ਸੀਗੀ ਕੇਸਗੜ੍ਹ ਸਾਹਿਬ ਦੀ, ਅਤੇ ਉਹਨਾਂ ਨੇ ਦਰਬਾਰ ਸਾਹਿਬ ਦੀ ਲਾਈ ਹੈ। ਵੀ ਧਾਰਮਿਕ ਜਿੰਨਾ ਮਰਜ਼ੀ ਤੁਸੀਂ ਕਰਾਈ ਚੱਲੋ, ਆਹ ਜਿਹੜਾ ਰਾਜਨੀਤਿਕ ਕੰਮ ਆ ਨਾ, ਇਹ ਜਿਹੜਾ ਤਖ਼ਤ ਆ ਇਹ ਰਾਜ ਦੀ ਨਿਸ਼ਾਨੀ ਹੈ, ਇਹ ਨਾ ਲੱਗੇ। ਇਹ ਜਸਵੰਤ ਸਿੰਘ ਨੇ ਕਹੀ ਆ ਗੱਲ ਜੀ। ਜਸਵੰਤ ਸਿੰਘ ਕੀ ਐਡ ਕਰਨਾ ਚਾਹੁੰਦੇ ਆ ਇਸ ਮਸਲੇ ਦੇ? ਹਾਂਜੀ, ਜਦੋਂ ਆਪਣੇ ਸਿੱਖ ਕੌਮ ਦੇ ਮਹਾਨ ਜਨਰਲ ਹਰੀ ਸਿੰਘ ਨਲੂਆ ਦੀ ਸ਼ਹਾਦਤ ਹੁੰਦੀ ਆ ਤਾਂ ਉਹਨਾਂ 'ਚ ਉਹਨਾਂ ਦੀ ਸ਼ਹਾਦਤ ਨੂੰ ਪਬਲਿਕ ਨਹੀਂ ਕੀਤਾ ਗਿਆ ਸੀਗਾ, ਵੀ ਜਦ ਤੱਕ ਕਿ ਲਾਹੌਰ ਤੋਂ ਸ਼ਾਹੀ ਫੌਜਾਂ ਜਿਹੜੀਆਂ ਮਹਾਰਾਜ ਰਣਜੀਤ ਸਿੰਘ ਉਹ ਜੂੰਝਰ ਨਹੀਂ ਕਰ ਲੈਂਦੇ, ਆ ਨਹੀਂ ਜਾਂਦੇ ਸੀਗੇ। ਸੋ ਇਸ ਕਰਕੇ ਇਹ ਜਿਹੜੀਆਂ ਜੋ ਤੁਹਾਡਾ ਰਾਜ ਸੀਗਾ, ਤੁਸੀਂ ਵੀ ਰਾਜਨੀਤਿਕ ਪੱਤੇ ਖੇਡੇ ਆ, ਅਤੇ ਹੁਣ ਜਦੋਂ ਆਪਣੇ ਗੁਆਂਢੀ ਮੁਲਕ ਦਾ ਪ੍ਰਧਾਨ ਮੰਤਰੀ ਬਠਿੰਡੇ ਆਉਂਦਾ ਆ ਅਤੇ ਉੱਥੇ ਉਹ ਜਾਮ 'ਚ ਫਸ ਜਾਂਦਾ ਆ, ਹੈ ਨਾ, ਅਤੇ ਉਹ ਜਦੋਂ ਮੁੜ ਕੇ ਜਾਣ ਲੱਗਾ ਗੱਲ ਕਹਿੰਦਾ ਕਿ ਆ ਵੀ ਮੈਂ ਮਤਲਬ ਜਾਨ ਬਚਾ ਕੇ ਆਇਆ, ਤਾਂ ਉਹ ਜਿਹੜਾ ਉਹ ਜਿਹੜੀ ਗੱਲ ਹੁੰਦੀ ਆ ਉਹ ਇੱਕ ਕਮਿਊਨਿਟੀ ਨੂੰ ਮਤਲਬ ਦੂਜੇ ਇੱਕ ਜਿਹੜੀ ਤਾਕਤ ਨੂੰ ਕਿਸੇ ਨੂੰ ਸਾਡੇ ਖਿਲਾਫ਼ ਤਿਆਰ ਕਰਨ ਵਾਸਤੇ ਸ਼ਬਦ ਵਰਤੇ ਜਾਂਦੇ ਆ। ਸੋ ਉਹਨੇ ਆਪਣੇ ਲੋਕਾਂ ਨੂੰ ਮਤਲਬ ਤਿਆਰ ਕੀਤਾ ਇੱਕ ਕੌਮ ਦੇ ਖਿਲਾਫ਼ ਵੀ ਇਹ ਸ਼ਬਦ ਵਰਤ ਕੇ ਵੀ ਹਾਂ ਜੀ ਸਾਡੇ ਪ੍ਰਧਾਨ ਮੰਤਰੀ ਸਿਕਿਉਰਿਟੀ ਨੂੰ ਅਤੇ ਖਤਰਾ ਹੋ ਗਿਆ, ਜਾਨ ਨੂੰ ਖਤਰਾ ਹੋ ਗਿਆ। ਸੋ ਇਸ ਕਰਕੇ ਇਹਨਾਂ ਗੱਲਾਂ ਤੋਂ ਗੱਲਾਂ ਨੂੰ ਕੌਮ ਨੂੰ ਸੁਚੇਤ ਰਹਿਣਾ ਚਾਹੀਦਾ ਆ ਵੀ ਜਦੋਂ ਤੁਹਾਡੇ ਖਿਲਾਫ਼ ਕੋਈ ਸ਼ਬਦ ਵਰਤੇ ਜਾਂਦੇ ਆ ਵੀ ਉਦੋਂ ਤੁਸੀਂ ਉਹਨਾਂ ਨੂੰ ਕਿੱਦਾਂ ਕਾਊਂਟਰ ਕਰਨਾ ਆ, ਇਹਦੇ ਵਾਸਤੇ ਸਾਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਇਹਨਾਂ ਗੱਲਾਂ ਦੇ ਉੱਪਰੋਂ। ਬਿਲਕੁਲ ਜੀ, ਜਦੋਂ ਹਰੀ ਸਿੰਘ ਨਲੂਏ ਦੀ ਸ਼ਹਾਦਤ ਵੀ ਹੁੰਦੀ ਆ ਤੇ ਹਰੀ ਸਿੰਘ ਨਲੂਆ ਆਪਣੀਆਂ ਫੌਜਾਂ ਨੂੰ ਕਹਿੰਦਾ ਵੀ ਦੇਖਿਓ ਕਿਤੇ ਮੇਰੀ ਮੌਤ ਦੀ ਖਬਰ ਪਠਾਣਾ ਤੱਕ ਨਾ ਪਹੁੰਚ ਜਾਵੇ, ਹਾਂਜੀ ਕਾਬਲ ਤੱਕ ਨਾ ਪਹੁੰਚੇ। ਇਹ ਇਲਮ ਨਹੀਂ ਹੋਣਾ ਚਾਹੀਦਾ ਦੁਸ਼ਮਣ ਨੂੰ ਵੀ ਹਰੀ ਸਿੰਘ ਨਲੂਆ ਮਾਰਿਆ ਗਿਆ ਆ, ਉਹਨੂੰ ਪਤਾ ਸੀ ਜਰਨੈਲ ਦਾ ਮਾਰਿਆ ਜਾਣਾ ਦੁਸ਼ਮਣ ਦੀ ਫੌਜ ਦੇ ਹੌਸਲੇ 7ਵੇਂ ਆਸਮਾਨੀ ਪਹੁੰਚਾ ਦੂਗਾ, ਹਾਂਜੀ, ਤੇ ਇਹਦੇ ਨਾਲ ਮੇਰੀ ਫੌਜ ਦਾ ਹੌਸਲਾ ਡਾਊਨ ਹੋਣਾ, ਤੇ ਉਹਨੇ ਕਿਹਾ ਵੀ ਜਦ ਤੱਕ ਬੈਕਅਪ ਨਹੀਂ ਆ ਜਾਂਦੀ, ਜਦ ਤੱਕ ਤੁਹਾਡੇ ਕੋਲ ਇੱਥੇ ਐਕਸਟਰਾ ਫੌਜ ਨਹੀਂ ਆਉਂਦੀ ਮੇਰੀ ਮੌਤ ਦੀ ਖਬਰ ਬਾਹਰ ਨਹੀਂ ਜਾਣੀ ਚਾਹੀਦੀ। ਇਹ ਸਟ੍ਰੈਟਜੀਆਂ ਹੁੰਦੀਆਂ ਨੇ ਸਿੱਖਾਂ ਨੇ ਜੇ 18ਵੀਂ ਸਦੀ 'ਚ ਪਾਟੇ ਕੱਪੜੇ ਕਸ਼ਹਿਰਿਆਂ ਦੇ ਨਾਲ ਖੁੰਡੀਆਂ ਕਿਰਪਾਨਾਂ ਦੇ ਨਾਲ ਮੁਗਲਾਂ ਦੀਆਂ ਕਿਰਪਾਨਾਂ ਖੋਹ ਕੇ ਉਹਨਾਂ ਦੀਆਂ ਤੋਪਾਂ ਖੋਹ ਕੇ ਰਾਜ ਕਾਇਮ ਕੀਤਾ, ਅਤੇ ਉਹਨਾਂ ਦੇ ਪਿੱਛੇ ਇੱਕ ਗੁਰੂ ਵੱਲੋਂ ਦਿੱਤੀ ਅਕਾਲ ਤਖ਼ਤ ਤੋਂ ਮਿਲੀ ਇੱਕ ਸਟ੍ਰੈਟਜੀ ਸੀਗੀ, ਹਾਂਜੀ, ਜਿਸ ਨੂੰ ਉਹਨਾਂ ਨੇ ਫੋਲੋ ਅਪ ਕੀਤਾ, ਜਿਹੜੀ ਦੱਸਦੀ ਵੀ ਤੁਸੀਂ ਸੁਪਰੀਮ ਹੋ, ਹਾਂਜੀ, ਤੁਸੀਂ ਸੁਪਰੀਮ ਹੋ, ਤੁਸੀਂ ਕਿਸ ਦੇ ਥੱਲੇ ਨਹੀਂ, ਤੁਸੀਂ ਆਜ਼ਾਦ ਹੋ, ਤੁਸੀਂ ਆਜ਼ਾਦ ਹਸਤੀ ਦੇ ਮਾਲਕ ਹੋ, ਤੁਹਾਡੇ ਆਪਣੇ ਲਫ਼ਜ਼ ਨੇ, ਤੁਹਾਡੀ ਆਪਣੀ ਜ਼ੁਬਾਨ ਆ, ਤੁਹਾਡਾ ਆਪਣਾ ਗ੍ਰੰਥ ਆ, ਤੁਹਾਡਾ ਆਪਣਾ ਪਹਿਰਾਵਾ, ਤੁਹਾਡੀ ਆਪਣੀ ਬੋਲੀ ਆ, ਅਤੇ ਤੁਸੀਂ ਕਿਸ ਤਰੀਕੇ ਦੇ ਨਾਲ ਦੁਸ਼ਮਣ ਦੇ ਹੌਸਲਿਆਂ ਨੂੰ ਆਪਣੀ ਸਟ੍ਰੈਟਜੀ ਦੇ ਨਾਲ ਕਿਲ ਕਰ ਦੇਣਾ, ਹਾਂਜੀ, ਤੇ ਆਪਣੀ ਕੌਮ ਦੇ ਹੌਸਲਿਆਂ ਨੂੰ ਬੂਸਟ ਦੇ ਕੇ, ਹਾਂਜੀ, ਕੱਲੇ ਕੱਲੇ ਨੂੰ 1.25 ਲੱਖ ਬਣਾਉਣਾ ਕਿੱਦਾਂ? ਬਿਲਕੁਲ ਜੀ, ਇਸ ਪਾਰਟ ਆਫ ਸਟ੍ਰੈਟਜੀ, ਜਦੋਂ ਅਸੀਂ ਗੱਲ ਕਰਦੇ ਹਾਂ ਵੀ ਗੁਰੂ ਨੇ 1.25 ਲੱਖ ਖਾਲਸਾ ਸਾਜਿਆ, ਇਸ ਪਾਰਟ ਆਫ ਸਟ੍ਰੈਟਜੀ ਵੀ ਤੁਹਾਡੇ ਦੇ ਵਿੱਚ ਤੁਹਾਨੂੰ ਆਲਵੇਜ਼ ਬੂਸਟ ਕਿੱਦਾਂ ਕਰਨਾ, ਆਲਵੇਜ਼ ਤੁਹਾਨੂੰ ਖੜਾ ਕਿੱਦਾਂ ਰੱਖਣਾ, ਆਲਵੇਜ਼ ਤੁਹਾਡੇ ਦੇ ਵਿੱਚ ਸਪਿਰਿਟ ਕਿੱਦਾਂ ਕਾਇਮ ਰਹੇ, ਦੈਟ ਯੂ ਆਰ ਏਬਲ ਟੂ ਫੇਸ ਐਨੀ ਪ੍ਰੋਬਲਮ, ਤੁਸੀਂ ਕਿਸੇ ਵੀ ਮੁਸੀਬਤ ਦਾ ਮੁਕਾਬਲਾ ਕਰਨ ਦੇ ਲਈ ਤਿਆਰ ਹੋਵੋ ਤੇ ਰਹੋ। ਇਹ ਸਪਿਰਿਟ 1.25 ਲੱਖ ਖਾਲਸਾ ਦਾ ਕਨਸੈਪਟ ਜਿਹੜਾ ਇਹੀ ਆ। ਸੋ ਅੱਜ ਦੁਨੀਆਂ ਦੀਆਂ ਜੰਗਾਂ ਦੇ ਵਿੱਚ, ਚੱਲ ਰਹੀਆਂ ਜੰਗਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੱਲਾ ਕੱਲਾ ਸਟੈਪ ਦੋਨੇ ਧਿਰਾਂ ਦਾ ਵਾਚ ਕਰਨ ਵਾਲਾ, ਇਕੱਲੀ ਇਕੱਲੀ ਇੰਸੀਡੈਂਟ ਦੇ ਉੱਤੇ ਉਹ ਕਿਸ ਤਰੀਕੇ ਦੇ ਨਾਲ ਸਟੇਟਮੈਂਟਾਂ ਜਾਰੀ ਕਰਦੇ ਨੇ, ਇਹ ਦੇਖਣ ਵਾਲੀਆਂ ਚੀਜ਼ਾਂ ਨੇ। ਸਾਰੀ ਦੁਨੀਆ ਇਸ ਨੂੰ ਦੇਖਦੀ ਹੈ, ਚਾਈਨਾ ਖਾਸ ਕਰਕੇ, ਭਾਵੇਂ ਜਿਹਦੀ ਕਦੇ ਪਿਛਲੇ ਪਿੱਛੇ ਜੇ ਉਹ ਚਪੇੜੋ ਚਪੇੜੀ ਹੋਏ ਆ ਭਾਰਤ ਦੇ ਨਾਲ, ਉਸ ਤੋਂ ਪਹਿਲਾਂ ਤਾਂ ਉਹਨਾਂ ਨੇ 50 ਸਾਲ ਕਦੇ ਜੰਗ ਨਹੀਂ ਲੱਗੀ, ਤੋ ਅੱਜ ਉਹ ਵੀ ਜੰਗ ਲਾਉਣ ਦੇ ਕਿਨਾਰੇ ਤੇ ਖੜੇ ਆ, ਤੇ ਉਹ ਇਕੱਲੀ ਇਕੱਲੀ ਚੀਜ਼ ਨੂੰ ਵਾਚ ਕਰਦੇ ਆ ਵੀ ਇੱਦਾਂ ਹੋਊ ਤਾਂ ਕੀ ਕਹਿਣਾ, ਇੱਦਾਂ ਹੋਇਆ ਤਾਂ ਕੀ ਕਰਨਾ, ਇੱਦਾਂ ਹੋ ਜਾਵੇ ਤਾਂ ਫਿਰ ਕੀ ਕਰੀਏ। ਇਹ ਪਾਰਟ ਆਫ ਸਟ੍ਰੈਟਜੀਆਂ ਲਿਖੀਆਂ ਜਾਂਦੀਆਂ, ਬਣਾਈਆਂ ਜਾਂਦੀਆਂ,
ਜਿਨ੍ਹਾਂ ਨੂੰ ਕਿ ਮੈਨੂੰ ਇੱਕ ਅੰਗਰੇਜ਼ੀ ਦਾ ਲਫ਼ਜ਼ ਭੁੱਲ ਗਿਆ, ਜਿਹਨੂੰ ਸਾਰਾ ਕੁਛ ਇਸ ਨੂੰ ਵਰਤਾਰੇ ਨੂੰ ਕਿ ਅੰਗਰੇਜ਼ੀ ਦੇ ਲਫ਼ਜ਼ 'ਚ ਪਰੋਇਆ ਜਾਂਦਾ, ਜਿਹਨੂੰ ਚਲੋ ਜਦੋਂ ਚੇਤਾ ਆਇਆ ਫਿਰ ਮੈਂ ਦੱਸਾਂਗਾ। ਸੋ ਇਹ ਆਪਾਂ ਵੀ ਧਿਆਨ 'ਚ ਰੱਖਣਾ ਕਿਉਂਕਿ ਅਸੀਂ ਅਕਾਲ ਤਖ਼ਤ ਨੂੰ ਸਮਰਪਿਤ ਹਾਂ, ਗੁਰੂ ਛੇਵੇਂ ਪਾਤਸ਼ਾਹ ਦੇ ਤਖ਼ਤ ਨੂੰ ਸਮਰਪਿਤ ਹਾਂ, ਆਪਣੀ ਰਾਜਨੀਤਿਕ ਚੇਤਨਤਾ ਨੂੰ ਸਮਰਪਿਤ ਹਾਂ, ਅਸੀਂ ਆਪਣੇ ਗੁਰੂ ਦੇ ਬਣਾਏ ਹੋਏ ਤਖ਼ਤ ਨੂੰ ਸਮਰਪਿਤ ਹਾਂ, ਨਾ ਕਿ ਅਸੀਂ ਲਾਹੌਰ ਦੇ ਤਖ਼ਤ ਨੂੰ ਕਿਸੇ ਹੋਰ ਆਲੇ ਦੁਆਲੇ ਤਖ਼ਤਾਂ ਨੂੰ ਆਪਾਂ ਦੇਖੀ ਚੱਲੀਏ। ਅਸੀਂ ਆਪਣੇ ਗੁਰੂ ਤੋਂ ਇਲਾਵਾ ਕਿਸੇ ਹੋਰ ਵੱਲ ਦੇਖਣਾ ਵੀ ਨਹੀਂ ਚਾਹੀਦਾ। ਨਹੀਂ ਚਾਹੀਦਾ, ਨਹੀਂ ਕਿ ਨਹੀਂ, ਬਿਲਕੁਲ ਜੀ। ਜਿਹੜਾ ਪੰਜਾਬ ਆ ਨਾ, ਪੰਜਾਬ ਵਿੱਚ ਉੱਥੇ ਹਿੰਦੂ ਵੀ ਵੱਸਦੇ ਆ ਨਾ, ਮੁਸਲਮਾਨ ਵੀ ਵੱਸਦੇ ਆ, ਸਿੱਖ ਵੀ ਵੱਸਦੇ ਆ। ਜਦੋਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਨਾ, ਇਹ ਕੌਮ ਸਿੱਖ ਕੌਮ ਐਸੀ ਕੌਮ ਅਰਤ ਵੇਲੇ ਉੱਠਣ ਵਾਲੀ ਕੌਮ ਆ, ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ। ਅਸੀਂ ਆਪਣੇ ਮਨ ਵਿੱਚ ਵੱਡਾ ਕਿਹਨੂੰ ਕਰਕੇ ਮੰਨਣਾ ਆ? ਮਹਾਰਾਜ ਦੀ ਬਾਣੀ ਸ਼ਬਦ ਨਾਲ ਵੀ ਸਤਿਗੁਰ ਨੂੰ ਵੱਡਾ ਕਰ ਸਲਾਹੀ ਆ ਜਿਸ ਵਿੱਚ ਵੱਡੀਆਂ ਵਡਿਆਈਆਂ। ਮਤਲਬ ਤੁਸੀਂ ਆਪਣੇ ਨੂੰ ਵੱਡਾ ਕਰਕੇ ਮੰਨਣਾ, ਹਾਂਜੀ ਗੁਰੂ ਨੂੰ, ਤਖ਼ਤ ਨੂੰ ਵੱਡਾ ਕਰਕੇ ਮੰਨਣਾ ਆਪਣੇ ਨੂੰ, ਹਾਂਜੀ ਗੁਰੂ ਨੂੰ ਤੁਸੀਂ ਵੱਡਾ ਕਰਕੇ ਮੰਨਣਾ। ਉਹ ਤੋਂ ਥੱਲੇ ਅਸੀਂ 100 ਔਗਣ ਮਨੁੱਖ 100 ਔਗਣ ਆ, ਪਰ ਅਸੀਂ ਵੱਡਾ ਤਾਂ ਗੁਰੂ ਕਰਕੇ ਮੰਨਦੇ ਹਾਂ ਨਾ। ਕਈ ਹੁਣ ਕਿਸੇ ਨੇ ਅੰਮ੍ਰਿਤ ਛਕਿਆ, ਕਿਸੇ ਨੇ ਨਹੀਂ ਛਕਿਆ, ਕਿਸੇ ਨੇ ਬਾਲ ਰੱਖੇ ਆ, ਕਿਸੇ ਨੇ ਨਹੀਂ ਰੱਖਿਆ, ਕੋਈ ਮਰਿਆਦਾ 'ਤੇ ਚੱਲਦਾ ਜੀਵਨ ਨਹੀਂ ਚੱਲਦਾ, ਪਰ ਫਿਰ ਵੀ ਉਹਦੀ ਸ਼ਖਸੀਅਤ ਦੇ ਅੰਦਰ ਵੱਡਾ ਤਾਂ ਗੁਰੂ ਆ ਨਾ, ਉਹ ਗੁਰੂ ਤੋਂ ਥੱਲੇ ਥੋੜ੍ਹੀ ਕਿਸੇ ਨੂੰ ਮੰਨਦਾ ਆ। ਪਰ ਜਦੋਂ ਹੁਣ ਕੌਮ ਗੁਲਾਮ ਹੋ ਜਾਂਦੀ ਆ ਤਾਂ ਉਦੋਂ ਫਿਰ ਤੁਸੀਂ ਥਾਂ ਥਾਂ ਤੁਹਾਨੂੰ ਮੱਥੇ ਵੀ ਟੇਕਣੇ ਪੈਂਦੇ ਆ, ਤਾਂ ਬਾਬਿਆਂ ਦੀ ਵੀ ਜਾਣਾ ਪੈਂਦਾ, ਤੁਸੀਂ ਆਪਣੇ ਕੰਮ ਵੀ ਕਰਾਉਣੇ ਆ, ਫਿਰ ਉਦੋਂ ਜਲਾਲ 'ਤੇ ਚੱਲਦੀ ਹੈ ਕੌਮ। ਸੋ ਇਸ ਕਰਕੇ ਜੇ ਤੁਹਾਡੇ ਕੋਲ ਰਾਜ ਹੋਊਗਾ, ਤੁਹਾਡੇ ਕੋਲ ਰਾਜ ਦੀ ਤਾਕਤ ਹੋਊਗੀ, ਫਿਰ ਤੁਸੀਂ ਆਪਣਾ ਧਰਮ ਵੀ ਜਿਹੜਾ ਤਰੀਕੇ ਨਾਲ ਨਿਭਾ ਸਕਦੇ ਹਾਂ। ਬਿਲਕੁਲ ਜੀ, ਚਲੋ ਇਹ ਤਾਂ ਤੁਹਾਡੇ ਆਪਣੇ ਵਿਚਾਰ ਨੇ, ਅਦਾਰਾ ਕਿਸੇ ਦੇ ਵਿਚਾਰਾਂ ਦੀ ਪੁਸ਼ਟੀ ਨਹੀਂ ਕਰਦਾ, ਪਰ ਆਪਾਂ ਨਾਲ ਨਾਲ ਅਗਲੀ ਖਬਰ ਵੱਲ ਵੱਧਦੇ ਹਾਂ। ਸਾਰੀ ਡਿਟੈਕਟਿਵ ਨੂੰ ਬੇਨਤੀ ਹੈ ਜੀ, ਤੁਸੀਂ ਲਾ ਦਿਓ ਅਗਲੀ ਖਬਰ ਦੇ ਵਿੱਚ ਵੀ ਜਿਹੜੀਆਂ ਨੇ ਖਬਰਾਂ ਉਹ ਇਸ ਤਰੀਕੇ ਦੀਆਂ ਜੀ। ਯੂਕੇ ਦੀ ਖਬਰ ਆ, ਯੂਕੇ ਦਾ ਇੱਕ MP ਆ, ਉਸਦੇ MP ਦਾ ਨਾਂ ਹੈ ਜੀ ਧਨਵਨ ਢੇਸੀ। ਇਹ ਸਾਰਿਆਂ ਨੂੰ ਮੇਰੇ ਖਿਆਲ 'ਚ UK ਅਤੇ ਯੂਰਪ ਦੇ ਵਿੱਚ ਪਤਾ ਆ, ਸਿੰਘ ਨੇ। ਸੋ ਇੱਕ ਇੰਟਰਨੈਸ਼ਨਲ ਐਂਟੀ ਖਾਲਿਸਤਾਨ ਟੈਰਰਿਸਟ ਫਰੰਟ ਆ, ਜਿਹਦਾ ਮੁਖੀ ਮੇਰੇ ਖਿਆਲ 'ਚ ਬਿੱਟੇ ਨੂੰ ਮੰਨਿਆ ਜਾਂਦਾ, ਜਿਨ੍ਹਾਂ ਦੇ ਉੱਤੇ ਬੜੇ ਲੰਮੇ ਸਮੇਂ ਤੋਂ ਸਾਈਕਲ ਚੋਰੀ ਕਰਨ ਦੇ ਇਲਜ਼ਾਮ ਜਿਹੜੇ ਨੇ ਉਹ ਪੰਥਕ ਮੀਡੀਆ 'ਚ ਲੱਗਦੇ ਰਹੇ ਨੇ। ਹਾਂਜੀ, ਉਹਨਾਂ ਦਾ ਕਹਿਣਾ ਜੀ ਇਹ ਕਿਸੇ ਵੇਲੇ ਜਿਹੜੇ ਨੇ ਸਾਈਕਲਾਂ ਦੀ ਚੋਰੀ ਕਰਿਆ ਕਰਦੇ ਸਨ, ਇਹ ਇਲਜ਼ਾਮ ਨੇ, ਇਲਜ਼ਾਮ ਨੇ ਜੀ, ਇਹ ਉਹਨਾਂ ਦੇ ਉੱਤੇ ਲੱਗਦੇ ਪਏ ਨੇ। ਸੋ ਉਹਨਾਂ ਨੇ ਇੱਕ ਇਲਜ਼ਾਮ ਧਨਵਨ ਢੇਸੀ 'ਤੇ ਲਾਇਆ, ਅਤੇ ਉਹਨਾਂ ਨੇ ਕਿਹਾ ਜੀ ਧਨਵਨ ਢੇਸੀ ਦੀ ਜਿਹੜੀ OCI ਆ ਉਸ ਨੂੰ ਰੱਦ ਕਰ ਦਿੱਤਾ ਜਾਵੇ ਕਿਉਂਕਿ ਇਹ ਖਾਲਿਸਤਾਨੀ। ਸੋ ਉਹਨਾਂ ਨੇ ਕਿਹਾ ਜੀ ਇੰਟਰਨੈਸ਼ਨਲ ਐਂਟੀ ਖਾਲਿਸਤਾਨ ਟੈਰਰਿਸਟ ਫਰੰਟ ਇਨ ਮੈਮੋਰੈਂਡਮ ਟੂ ਡਿਪਟੀ ਕਮਿਸ਼ਨਰ ਕਪੂਰਥਲਾ ਹੈ ਸੌਟ ਕੈਂਸਲੇਸ਼ਨ ਆਫ ਦੀ ਓਵਰਸੀਜ਼ ਸਿਟੀਜ਼ਨ ਆਫ ਇੰਡੀਆ OCI ਕਾਰਡ ਆਫ ਵਿਜ਼ਿਟਿੰਗ UK MP ਧਨਵਨਜੀਤ ਸਿੰਘ ਢੇਸੀ ਫੋਰ ਇਸ ਪਾਰਟੀਸਪੇਸ਼ਨ ਇਨ ਐਂਟੀ ਇੰਡੀਆ ਐਕਟੀਵਿਟੀਜ਼। ਹੁਣ ਐਂਟੀ ਇੰਡੀਆ ਐਕਟੀਵਿਜ਼ ਕਿਹੜੀ ਆ? ਕੋਈ ਖਾਲਿਸਤਾਨ ਰੈਫਰੈਂਡਮ ਦੀ ਵੋਟ ਪਾਉਣ ਨਹੀਂ ਸੀ ਗਿਆ ਇਹ, ਜਾਂ ਇਹ ਕੋਈ ਝੰਡਾ ਨਹੀਂ ਚੱਕੀ ਵਰਦਾ ਸੀ ਖਾਲਿਸਤਾਨ ਦਾ, ਜਾਂ ਇਹ ਲੰਡਨ ਡੈਕਲਰੇਸ਼ਨ ਵੇਲੇ ਉੱਥੇ ਕੋਈ ਪ੍ਰੋਮਿਨੈਂਟ ਸਪੀਕਰ ਨਹੀਂ ਸੀ। ਇਹਨੇ ਤਾਂ ਵਿਚਾਰੇ ਨੇ ਆਪਣੀ ਜਿਹੜੀ ਉੱਤੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਆ ਉਠਾਈ, ਆਪਣੇ ਲੋਕ ਜਿਵੇਂ ਧਰਨਿਆਂ 'ਤੇ ਬਹਿੰਦੇ ਸੀ ਜਾਂ ਪ੍ਰੋਟੈਸਟ ਕਰਦੇ ਸੀ, ਇਹਨੇ ਵੀ ਕਿਹਾ ਵੀ ਭਾਈ ਇਹ ਜ਼ਮੀਨਾਂ ਵਾਪਸ, ਬਿੱਲ ਵਾਪਸ ਹੋਣ। ਸੋ ਇਹਨਾਂ ਦੀ ਜਿਹੜੀ ਹੈ ਉਹਨਾਂ ਨੇ ਉਹਨਾਂ ਦੀ ਐਜੀਟੇਸ਼ਨ ਜਿਹੜੀ ਕਿ ਕਿਸਾਨਾਂ ਵਾਲੀ ਸੀ ਉਹਨੂੰ ਵੀ ਖਾਲਿਸਤਾਨ ਦੇ ਉਹਨਾਂ ਨੇ ਹਿੱਸੇ ਪਾ ਦਿੱਤਾ। ਸੋ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਜਿਹੜੀ ਆ ਬਿੱਟਾ ਸਾਹਿਬ ਨੇ, ਜਿਹਨਾਂ ਦੇ ਉੱਤੇ ਸਾਈਕਲ ਚੋਰੀ ਕਰਦਾ, ਬੜੇ ਲੰਮੇ ਸਮੇਂ ਪਹਿਲਾਂ ਉਹਨਾਂ ਦੇ ਇਲਜ਼ਾਮ ਲੱਗਦੇ ਸੀ ਵੀ ਇਹ ਦਰਬਾਰ ਸਾਹਿਬ ਦੇ ਬਾਹਰ ਖੜ੍ਹੇ ਸਾਈਕਲ ਜਿਹੜੇ ਚੱਕਦੇ ਹੁੰਦੇ ਸੀ, ਪੁਸ਼ਟੀ ਕਿਸੇ ਚੀਜ਼ ਦੀ ਨਹੀਂ, ਇਲਜ਼ਾਮ ਜਿਹੜੇ ਨੇ ਲੱਗਦੇ ਪਏ ਨੇ। ਸੋ ਉਹ ਜਿਹੜੇ ਨੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਇਲਜ਼ਾਮ ਲੱਗਦੇ ਸੀ ਵੀ ਸਾਈਕਲ ਚੋਰੀ ਕਰਦੇ ਨੇ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣਾ ਅਲੱਗ ਫਰੰਟ ਬਣਾ ਲਿਆ। ਸੋ ਉਸ ਦੇ ਵਿੱਚ ਉਹਨਾਂ ਦੀ ਜਿਹੜੀ ਆ ਚੜ੍ਹਾਈ ਹੋਣੀ ਸ਼ੁਰੂ ਹੋ ਗਈ, ਸਰਕਾਰਾਂ ਨੂੰ ਕਿਹਾ, ਸਰਕਾਰਾਂ ਨੇ ਕਿਹਾ ਜੀ ਇਹ ਬੰਦਾ ਫਿਰ ਖਾਲਿਸਤਾਨੀਆਂ ਦੇ ਖਿਲਾਫ਼ ਲੜਦਾ, ਫਿਰ ਉਹਦੀ ਪ੍ਰਮੋਸ਼ਨ ਸ਼ੁਰੂ ਹੋ ਗਈ ਸੀਗੀ। ਹਾਂਜੀ, ਸੋ ਪਿੱਛੇ ਜੇ ਉਹਨਾਂ ਨੇ ਰੈਫਰੈਂਡਮ ਵਾਲਿਆਂ ਦੇ ਉੱਤੇ ਵੀ ਤੰਜ ਬਸੇਰੀ ਵਾਰ ਕਸੇ ਨੇ ਜੀ, ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਵੀ ਕਸੇ ਨੇ। ਸੋ ਅੱਜ ਧਨਮਨਜੀਤ ਸਿੰਘ ਢੇਸੀ ਦੇ ਉੱਤੇ ਵੀ ਕਸੇ ਨੇ। ਵੈਸੇ ਇਹਨਾਂ ਦੀ ਸ਼ਮੂਲੀਅਤ ਕਿਸੇ ਵੀ ਖਾਲਿਸਤਾਨ ਈਵੈਂਟ ਦੇ ਵਿੱਚ ਧਨਮਨਜੀਤ ਸਿੰਘ ਢੇਸੀ ਦੀ ਕਦੇ ਵੀ ਨਹੀਂ ਦੇਖੀ ਗਈ ਮੇਰੇ ਖਿਆਲ 'ਚ। ਦੇਖੋ ਜੀ, ਜਦੋਂ ਵੀ ਕਿਸੇ ਸਿੱਖ ਨੂੰ ਦੂਜੇ ਦੇਸ਼ਾਂ ਦੇ ਵਿੱਚ ਕੋਈ ਰਾਜਨੀਤਿਕ ਅਹੁਦਾ ਮਿਲਦਾ ਆ, ਅਤੇ ਉਹ ਉਹਨਾਂ ਨੂੰ ਉਹਨਾਂ ਫਿਰ ਰਾਜਨੀਤਿਕ ਖੁਸ਼ਬੂ ਤਾਂ ਆਉਣੀ ਆ ਉਹਦੇ ਵਿੱਚ, ਠੀਕ ਆ ਨਾ, ਰਾਜ ਉਹਦੇ 'ਚ ਰਾਜ ਦੀ ਖੁਸ਼ਬੂ ਤਾਂ ਆਉਣੀ ਆਉਣੀ ਆ। ਸੋ ਜਦੋਂ ਇੱਕ ਸਿੱਖ ਨੂੰ ਆਪਣੀ ਜਿਹੜੀ ਉਹ ਵਧੀਆ ਤਰੀਕੇ ਨਾਲ ਦੇਖਦੇ ਆ ਵੀ ਦੇਖੋ ਇੱਕ ਸਿੱਖ ਕਿੰਨਾ ਵਧੀਆ ਲੀਡਰ ਬਣ ਕੇ ਵਿਚਰ ਰਿਹਾ ਦੁਨੀਆਂ ਦੇ ਵਿੱਚ, ਦੁਨੀਆਂ ਦੇ ਪਲੇਟਫਾਰਮ ਦੇ ਉੱਪਰ, ਹੈ ਨਾ, ਅਤੇ ਉਹਨਾਂ ਨੂੰ ਫਿਰ ਬੜੀ ਕਮਜ਼ੋਰ ਮਹਿਸੂਸ ਹੁੰਦਾ, ਹੀਨਤਾ ਮਹਿਸੂਸ ਹੁੰਦੀ ਆ। ਤੁਸੀਂ ਕਹਿੰਦੇ ਹੋ, ਹਾਂਜੀ, ਉਹਨਾਂ ਨੂੰ ਮਹਿਸੂਸ ਹੁੰਦਾ ਵੀ ਯਾਰ ਇਹ ਕਿੱਦਾਂ ਹੋ ਗਿਆ, ਜਿਹੜੀ ਚੀਜ਼ ਨੂੰ ਅਸੀਂ ਜਿਹੜੀ ਚੀਜ਼ ਤੋਂ ਅਸੀਂ ਲੱਗੇ ਹੋਏ ਹਾਂ, ਸਾਲਾਂ ਤੋਂ ਲੱਗੇ ਹੋਏ ਹਾਂ, ਸਾਨੂੰ ਸਦੀ ਹੋ ਚੱਲੀ ਆ, ਪਰ ਇਹ ਤਾਂ ਫੇਰ ਉੱਠ ਪਏ ਆ, ਫੇਰ ਉੱਠਦੇ ਆ, ਫੇਰ ਇਹ ਮਤਲਬ ਆਪਣਿਆਂ ਨੂੰ ਰਾਜਨੀਤਿਕ ਦੁਨੀਆਂ ਦੇ ਵਿੱਚ ਕਿਵੇਂ ਆ, ਜੇ ਸੱਜਣ ਹਰਜੀਤ ਸਿੰਘ ਸੱਜਣ ਜਾਂਦੇ ਆ ਪੰਜਾਬ 'ਚ, ਉਹਨਾਂ ਨੂੰ ਵੀ ਖਾਲਿਸਤਾਨੀ, ਹੈ ਨਾ,
ਜਗਮੀਤ ਸਿੰਘ ਦਾ ਵੀਜ਼ਾ ਨਹੀਂ ਦਿੰਦੇ ਹੈਗੇ ਠੀਕ ਹੈ ਨਾ। ਜਦੋਂ ਸਿੱਖ ਕੋਲ ਰਾਜਨੀਤਿਕ ਪਾਵਰ ਆਉਂਦੀ ਹੈ ਭਾਵੇਂ ਉਹ ਕਿਸੇ ਦੂਜੇ ਮੁਲਕ 'ਚੋਂ ਵੀ ਭਾਵੇਂ ਆਵੇ ਉਹ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੀ ਕਿਉਂਕਿ ਸਾਨੂੰ ਪੰਜਾਬ 'ਚ ਸੱਖਣ ਹੀ ਕੀਤਾ ਹੋਇਆ ਇਹਨੂੰ ਸਾਡੇ ਘਰ 'ਚ ਸਾਨੂੰ ਸੱਖਣ ਹੀ ਕੀਤਾ ਹੋਇਆ ਜਿਹੜੀ ਚੀਜ਼ ਸਾਨੂੰ ਕਿਤੇ ਬਾਹਰ ਉਹ ਮਿਲਦੀ ਆ ਆਪਣੀ ਮਿਹਨਤ ਦੇ ਸਦਕਾ ਆਪਣੇ ਗੁਰੂ ਵੱਲੋਂ ਦਿੱਤੇ ਹੋਏ ਕਿਰਦਾਰ ਦੇ ਸਦਕਾ ਅਤੇ ਉਹ ਫਿਰ ਉਹਨਾਂ ਨੂੰ ਡਰ ਲੱਗਣ ਲੱਗ ਪੈਂਦਾ ਆ ਵੀ ਉਹਨਾਂ ਨੂੰ ਉਹਨਾਂ ਦਾ ਕਹਿਣਾ ਉਹਨਾਂ ਨੂੰ ਉਹਨਾਂ ਜਾਇਜ਼ ਆ ਇਹ ਕਹਿਣਾ ਉਹਨਾਂ ਦੇ ਮੁਤਾਬਕ। ਚਲੋ ਜੀ, ਵੈਸੇ ਬਿੱਟਾ ਜਿਹੜਾ ਕਿ ਇਹਨਾਂ ਦੇ ਉੱਤੇ ਇਲਜ਼ਾਮ ਸਾਈਕਲ ਚੋਰੀ ਦਾ ਲੱਗਦਾ ਸੀ, ਇਹਨਾਂ ਦਾ ਸ਼ਾਇਦ ਇਹ ਵਿਚਾਰੇ ਮੈਮੋਰੈਂਡਮ ਤਾਂ ਕੀ ਹੁੰਦੇ ਨੇ ਪਿੱਛੇ, ਜਿਹਨਾਂ ਨੇ ਪੰਮੇ ਦੀ ਵੀ ਕਿਹਾ ਜੀ ਪੰਮੇ ਨੂੰ ਵਾਪਸ ਲਿਆਓ ਅਤੇ ਉਹ ਕਹਿੰਦੇ ਪੰਮੇ ਨੂੰ ਅਸੀਂ ਵਾਪਸ ਕਿੱਥੋਂ ਲੈ ਕੇ ਆਈਏ। ਸੋ ਕਾਫੀ ਕੁਛ ਜਿਹੜਾ, ਚਲੋ ਆਪਾਂ ਵਾਲੀ ਖਬਰ ਦੇ ਉੱਤੇ ਵਾਲੀਆਂ ਟਿੱਪਣੀਆਂ ਨਹੀਂ ਕਰਨੀਆਂ, ਸੋ ਆਪਾਂ ਅਗਲੀਆਂ ਖਬਰਾਂ ਵੱਲ ਵੱਧ ਲੈਂਦੇ। ਹਾਂਜੀ ਹਾਂਜੀ। ਸੋ ਨਾਲ ਦੀ ਨਾਲ ਆਪਣੇ ਕੋਲ ਜਿਹੜੀਆਂ ਨੇ ਹੋਰ ਖਬਰਾਂ ਵੀ ਹੈਗੀਆਂ ਇੱਕ ਮੰਤਰੀ ਪੱਧਰ ਦੇ ਉੱਤੇ। ਅੱਜ ਜਦੋਂ ਜੰਗ ਜਿਹੜੀ ਆ ਯੂਕਰੇਨ ਦੇ ਵਿੱਚ ਲੱਗੀ ਆ ਅਤੇ ਹਰੇਕ ਬੰਦਾ ਜਿਹੜਾ ਇਸ ਨੂੰ ਐਕਸਪੈਕਟੇਸ਼ਨ ਜਿਹੜੀ ਸੀਗੀ ਲੋਕਾਂ ਦੀ ਐਕਸਪੈਕਟੇਸ਼ਨ ਇਸ ਜੰਗ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਉਹ ਇਹ ਲੱਗਦੀ ਸੀ ਵੀ ਭਾਈ ਰੂਸ ਨੇ ਕਬਜ਼ਾ ਕਰ ਲੈਣਾ ਅਤੇ ਦੁਨੀਆ ਨੂੰ ਵੀ ਇਹ ਲੱਗਦਾ ਸੀ ਅਤੇ ਇੰਟੈਲੀਜੈਂਸ ਨੂੰ ਵੀ ਇਹ ਲੱਗਦਾ ਸੀ, ਅਮਰੀਕਾ ਦੀ ਪੈਂਟਾਗਨ ਨੂੰ ਵੀ ਇਹੀ ਲੱਗਦਾ ਸੀ। ਸੋ ਅੱਜ ਅਮਰੀਕਾ ਦੇ ਪੈਂਟਾਗਨ ਨੇ ਵੀ ਇਸ ਗੱਲ ਦਾ ਜਿਹੜਾ ਉਹ ਮੰਨਿਆ ਆ ਵੀ ਇੰਟੈਲੀਜੈਂਸ ਸਾਡੇ ਕੋਲ ਗਲਤ ਸੀ। ਉਹਨਾਂ ਨੇ ਕਿਹਾ ਜੀ ਟੌਪ US ਜਨਰਲ ਇਨ ਯੂਰਪ ਸੇਜ਼ there could be an intelligence gap in US that caused US to overestimate Russia's capabilities. So ਜਿਸ ਤਰੀਕੇ ਨਾਲ ਲੱਗਦਾ ਸੀ ਵੀ ਅੱਜ ਕੀਵ 'ਚ ਵੜ ਗਏ ਕੱਲ੍ਹ ਕੀਵ 'ਚ ਵੜ ਗਏ, ਅੱਜ ਕਬਜ਼ਾ ਹੋਇਆ ਕੱਲ੍ਹ ਕਬਜ਼ਾ ਹੋਇਆ, ਉਹ ਹੋਇਆ ਹੀ ਨਾ। ਹਾਂਜੀ, ਉਹ ਸਗੋਂ ਹੋਰ ਕੁੱਟ ਪੈਂਦੀ ਗਈ, ਟੈਂਕ ਭੰਨੇ ਗਏ, ਗੱਡੀਆਂ ਭੰਨੀਆਂ ਗਈਆਂ, ਉਹ ਕਦੇ ਹੁਣ ਆਪਣਾ ਮੂੰਹ ਬਚਾਉਣ ਨੂੰ ਉਹ ਕਾਫਲਾ ਕਦੇ ਇੱਧਰ ਨੂੰ ਮੋੜ ਲੈਂਦੇ ਆ ਗੱਡੀਆਂ ਦਾ 500-700 ਦਾ, ਕਦੇ ਇੱਧਰ ਨੂੰ ਲੈ ਜਾਂਦੇ ਉਹ ਤੇਲ ਮੁੱਕ ਜਾਂਦਾ। ਸੋ ਉਹ ਹੁਣ ਕਹਿੰਦੇ ਜੀ ਅਸੀਂ ਡੌਨਬਾਸ 'ਤੇ ਕਬਜ਼ਾ ਕਰਨਾ, ਅਸੀਂ ਕੀਵ ਨਹੀਂ ਕਰਨਾ। ਸੋ ਸਾਰੇ ਦੇ ਵਿੱਚ ਜਿਹੜਾ ਨੂੰ ਲੋਕਾਂ ਨੂੰ ਲੱਗਦਾ ਸੀ, ਕਾਮਨਿਸਟਾਂ ਨੂੰ ਜ਼ਿਆਦਾ ਲੱਗਦਾ ਸੀ ਵੀ ਲੈ ਲੈ ਅਸੀਂ ਜਿੱਤ ਲੈਣਾ ਹੁਣ, ਅਤੇ ਅਮਰੀਕਾ ਨੂੰ ਵੀ ਲੱਗਦਾ ਸੀ ਵੀ ਸ਼ਾਇਦ ਰੂਸ ਜਿਹੜਾ ਕਬਜ਼ਾ ਕਰ ਲੂਗਾ। ਹਰੇਕ ਬੰਦੇ ਨੇ ਆਪਣੀਆਂ ਅਸੰਪਸ਼ਨਸ ਬਣਾਈਆਂ ਹੋਈਆਂ ਸੀ ਆਪਣੇ ਵੱਲੋਂ ਹੀ, ਜਿਹੜਾ ਇੱਕ ਆਪਣੇ ਦਿਮਾਗ ਦੇ ਨਾਲ ਉਹਨਾਂ ਨੇ ਇਹ ਬਣਾਇਆ ਹੋਇਆ ਸੀ ਹਾਂਜੀ ਹਾਂਜੀ ਇੱਦਾਂ ਹੀ ਹੋਣਾ, ਹਾਂਜੀ ਕਬਜ਼ਾ ਹੋ ਜਾਣਾ ਜੀ, ਬਸ ਕਬਜ਼ਾ ਹੋ ਜਾਣਾ। ਪਰ ਉਹ ਇੰਟੈਲੀਜੈਂਸ ਦੀ ਰਿਪੋਰਟ ਵੀ ਉਹਨਾਂ ਨੂੰ ਐਂ ਕਹਿੰਦੀ ਸੀ, ਉਹ ਹੁਣ ਕਹਿ ਰਹੇ ਨੇ ਵੀ ਸਾਡੀ ਇੰਟੈਲੀਜੈਂਸ ਗੈਪ ਆ, ਫੇਲੀਅਰ ਹੋਇਆ, ਹਾਂਜੀ ਵੀ ਅਸੀਂ ਨੇ ਰੂਸ ਨੂੰ ਐਵੇਂ ਹੀ ਬਹੁਤ ਵੱਡਾ ਮੰਨਿਆ ਹੋਇਆ ਸੀ, ਹਾਂਜੀ ਐਵੇਂ ਹੀ ਅਸੀਂ ਬਣਾਇਆ ਹੋਇਆ ਸੀ, ਪਤਾ ਨਹੀਂ ਕਿੱਡੀ ਕੁ ਵੱਡੀ ਪਾਵਰ ਆ, ਚੌਥੀ ਵੱਡੀ ਮੰਡੀ ਆ, ਪੰਜਵੀਂ ਵੱਡੀ ਮੰਡੀ ਆ, ਚੌਥੀ ਤਾਕਤ, ਦੂਜੀ ਤਾਕਤ, ਪਹਿਲੀ ਤਾਕਤ, ਐਵੇਂ ਆਪਣੇ ਕੋਲੋਂ ਬਣਾਇਆ। ਅੱਜ ਅਮਰੀਕਾ ਮੰਨ ਰਿਹਾ ਵੀ ਅਸੀਂ ਐਵੇਂ ਹੀ ਲੱਗੇ ਹੋਏ ਸੀ, ਹਾਂਜੀ। ਸੋ ਆਪਾਂ ਵੀ ਜਿਹੜਾ ਪੰਜਾਬ ਦੇ ਲੋਕਾਂ ਨੂੰ ਦੇਖਣਾ ਪੈਣਾ ਵੀ ਜਦੋਂ ਤੁਹਾਡਾ ਵੀ ਕੋਈ ਜਿਹੜੀ ਗੱਲਬਾਤ ਕਿਤੇ ਹੋਵੇ, ਕੋਈ ਇਸ਼ੂ ਹੋਵੇ, ਕੋਈ ਕਨਫਲਿਕਟ ਹੋਵੇ, ਤੁਸੀਂ ਵੀ ਅਸੰਪਸ਼ਨ ਨਾ ਬਣਾ ਲਿਆ ਕਰੀਏ, ਹਾਂਜੀ, ਕਿਸੇ ਵੀ ਦੇਸ਼ ਦੇ ਪ੍ਰਤੀ, ਕਿਸੇ ਵੀ ਖਿੱਤੇ ਦੇ ਪ੍ਰਤੀ, ਕਿਸੇ ਵੀ ਕਨਫਲਿਕਟ ਦੇ ਵਿੱਚ ਜਿਹੜਾ ਤੁਹਾਡਾ ਅਪੋਨੈਂਟ ਆ, ਤੁਸੀਂ ਐਵੇਂ ਅਸੰਪਸ਼ਨ ਨਾ ਬਣਾਓ, ਹਾਂਜੀ, ਕਿਉਂਕਿ ਆਪਾਂ ਨੂੰ ਪਤਾ ਵੀ ਸਾਡੇ ਵਾਲੇ ਜਿਹੜੇ ਅਮਰੀਕਾ ਤੋਂ ਤਾਂ ਹੀ ਚੱਲਦੇ ਨੇ, ਜੇ ਅੱਜ ਅਮਰੀਕਾ ਇਹ ਮੰਨਦਾ ਵੀ ਇੰਟੈਲੀਜੈਂਸ ਗੈਪ ਕਹਿਣ ਤੋਂ ਬਾਅਦ ਅਸੰਪਸ਼ਨਸ ਬਣੀਆਂ ਹੋਈਆਂ ਸੀ, ਐਵੇਂ ਬਣਾ ਲਈ ਸੀ ਬਹੁਤ ਵੱਡਾ, ਸਾਡੇ ਵਾਲਿਆਂ ਦੀ ਜਿਹੜੇ ਆਮ ਲੋਕਾਂ ਦੀ ਜਿਹੜੀ ਆ ਇੰਟੈਲੀਜੈਂਸ ਗੈਪ ਆ ਉਹ ਅਮਰੀਕਾ ਤੋਂ ਕਿਤੇ ਗੁਣਾ ਉੱਤੇ ਆ, ਹਾਂਜੀ, ਉਹਨਾਂ ਨੇ ਐਵੇਂ ਹੀ ਬਣਾਇਆ ਹੁੰਦਾ ਹੈ ਨਾ, ਉਹ ਨਹੀਂ ਨਹੀਂ ਉੱਥੇ ਕਾਲ ਆ ਗਈ ਸੀ, ਉਹਨੇ ਉਹਨੂੰ ਐਂ ਕਹਿ ਦਿੱਤਾ, ਉਹਨੇ ਫਿਰ ਕਾਲ ਚੱਕ ਲਈ, ਉਹਨੇ ਕਾਲ ਚੱਕ ਕੇ ਕਹਿਤਾ ਜੀ ਏਦਾਂ ਨਹੀਂ ਕਰ ਸਕਦੇ, ਤੁਸੀਂ ਆਹ ਨਹੀਂ ਲਾ ਸਕਦੇ, ਤੁਸੀਂ ਐਂ ਨਹੀਂ ਕਰ ਸਕਦੇ, ਉਹਨੇ ਉੱਥੇ ਬੈਠੇ ਨੇ ਕਾਲ ਘੁਮਾ ਦਿੱਤੀ। ਇਹ ਅਸੰਪਸ਼ਨਸ ਨੇ ਆਪਣੀਆਂ, ਹਾਂਜੀ ਹਾਂਜੀ, ਸਾਡੀ ਕੌਮ 'ਚ ਅਸੰਪਸ਼ਨਸ ਬਹੁਤ ਹੁੰਦੀਆਂ ਨੇ, ਹਾਂਜੀ। ਸੋ ਆਪਾਂ ਅਸੰਪਸ਼ਨਸ ਨਾ ਲਾਈਏ, ਆਪਾਂ ਕਿਸੇ ਵੀ ਹੋਣ ਵਾਲੇ ਮਸਲੇ ਨੂੰ ਇੰਟੈਲੀਜੈਂਸ ਵਾਂਗੂ ਸੋਚੀਏ ਵੀ ਇਹ ਕੀ ਇਹ ਕਾਨੂੰਨ ਦੇ ਮੁਤਾਬਕ ਹੁੰਦਾ ਕਿ ਨਹੀਂ ਹੁੰਦਾ। ਬਿਲਕੁਲ ਹਾਂਜੀ, ਦੇਖੋ ਆਪਾਂ ਤਾਂ ਆਪਣੀ ਕੌਮ ਉੱਦਮ ਆ, ਉੱਦਮ ਕਰੀਏ ਆਪਾਂ, ਤੇ ਉੱਦਮ ਨਾਲ ਹੀ ਸਾਡਾ ਜਿਹੜਾ ਸਾਡੇ ਜਿਹੜੇ ਸਾਰੇ ਕਾਰਜ ਔਰ ਆਸ ਹੋਣੇ ਆ। ਇਹਦੇ 'ਚ ਨਾਲ ਦੂਜਾ ਇੰਟੈਲੀਜੈਂਸ ਦਾ ਗੇਪ ਇਹ ਵੀ ਆਉਂਦਾ ਵੀ ਜਦੋਂ ਅਸੀਂ ਮਿਸਲਾਂ ਦੀ ਗੱਲ ਕਰਦੇ ਹਾਂ, ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਮੁਗਲ ਉਹ ਕਹਿੰਦੇ ਸੀ ਵੀ ਸੂਬੇਦਾਰ ਆ ਗਿਆ, ਹਾਂਜੀ, ਤੇ ਉੱਥੇ ਸਿੰਘ ਕਹਿੰਦੇ ਸੀ ਖੋਤਾ, ਹਾਂਜੀ, ਸੂਬੇਦਾਰ ਦਾ ਨਾਂ ਉਹਨਾਂ ਨੇ ਖੋਤਾ ਰੱਖਿਆ ਹੋਇਆ ਸੀ। ਸੋ ਉੱਥੇ ਉਹਨਾਂ ਦਾ ਜਿਹੜਾ ਇੰਟੈਲੀਜੈਂਸ, ਜਿਵੇਂ ਅਸੀਂ ਇੰਟੈਲੀਜੈਂਸ ਗੈਪ ਇਹ ਆਇਆ ਵੀ ਅਸੀਂ ਅਪੋਨੈਂਟਸ ਨੂੰ ਮਤਲਬ ਮੱਲੋ ਮੱਲੀ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਹੁੰਦੀ ਆ, ਹਾਂਜੀ, ਜਿਹੜਾ ਮਿਸਲਾਂ ਦੀ ਸਟ੍ਰੈਟਜੀ ਸੀਗੀ ਉਹ ਕਹਿੰਦੇ ਜਿੱਡਾ ਮਰਜ਼ੀ ਇਹਦੇ 'ਚ ਰੀਅਲ ਟਾਈਮ ਵਿੱਚ ਆਏ, ਜਿੱਡਾ ਮਰਜ਼ੀ ਤਕੜੀ ਕਿਉਂ ਨਾ ਹੋਵੇ, ਹਾਂਜੀ, ਪਰ ਤੁਸੀਂ ਉਹਨੂੰ ਅਹਿਮੀਅਤ ਨਹੀਂ ਦੇਣੀ, ਅਹਿਮੀਅਤ ਨਹੀਂ ਦੇਣੀ, ਹਾਂਜੀ ਬਿਲਕੁਲ, ਜਦੋਂ ਤੁਸੀਂ ਅਹਿਮੀਅਤ ਦੇ ਦਿੰਦੇ ਹੋ, ਹਾਂਜੀ, ਤੇ ਫਿਰ ਕੀ ਹੁੰਦਾ ਵੀ ਆਟੋਮੈਟਿਕਲੀ ਉਹ ਤੁਹਾਡੇ 'ਤੇ ਭਾਰੂ ਪੈਣਾ ਸ਼ੁਰੂ ਹੋ ਜਾਂਦਾ, ਬਿਲਕੁਲ ਬਿਲਕੁਲ, ਹਾਂਜੀ, ਉਹ ਭਾਰੂ ਪੈਣਾ ਸ਼ੁਰੂ ਹੁੰਦਾ, ਤੁਹਾਡੇ ਹੌਸਲੇ ਜਿਹੜੇ ਨੇ ਉਹ ਘਟਣੇ ਸ਼ੁਰੂ ਹੋ ਜਾਂਦੇ ਨੇ, ਫਿਰ ਤੁਸੀਂ ਕਹੀ ਜਾਂਦੇ ਜੀ ਨਹੀਂ ਨਹੀਂ ਏਦਾਂ ਨਹੀਂ ਹੋ ਸਕਦਾ, ਐਂ ਕਿਵੇਂ ਹੋਜੂ, ਏਦਾਂ ਨਹੀਂ ਹੁੰਦਾ, ਏਦਾਂ ਹੋ ਹੀ ਨਹੀਂ ਸਕਦਾ।
ਉਹ ਆਲਰੇਡੀ ਤੁਸੀਂ ਫਿਰ ਆਪਣੇ ਮਨ 'ਚ ਆਪਣੀਆਂ ਅਸੰਪਸ਼ਨਸ ਕ੍ਰੀਏਟ ਕਰ ਲੈਂਦੇ ਹੋ। ਹਾਂਜੀ। ਫਿਰ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ, ਹਾਂਜੀ, ਤੁਸੀਂ ਉਹਨਾਂ ਨੂੰ ਐਡਾ ਕੁ ਪਾਵਰਫੁਲ ਬਣਾ ਦਿੰਦੇ ਹੋ। ਹਾਂਜੀ, ਵੀ ਰਹੇ ਰੱਬ ਦਾ ਨਾਮ। ਹਾਂਜੀ ਹਾਂਜੀ। ਨਹੀਂ ਇੱਥੇ ਇਟਲੀ ਦੇ ਵਿੱਚ ਨਾ ਇੱਕ ਗੱਲ ਕਹਿੰਦੇ ਆ ਵੀ ਉਹਨੂੰ ਕਹਿੰਦੇ ਵੀ ਸੈਸੂ ਪੈਸੋ, ਜਿੱਦਾਂ ਮਤਲਬ ਉਹਨੂੰ ਆਪਾਂ ਪੰਜਾਬੀ ਸਮਝਣਾ ਹੋਵੇ ਤਾਂ ਉਹਨੂੰ ਇਹ ਹੁੰਦਾ ਵੀ ਜਿੱਦਾਂ ਮਤਲਬ ਪੱਠਿਆਂ ਦੀ ਪੰਡ ਬਣ ਲਈਏ, ਜਿਹੜੇ ਪੱਠੇ ਪੰਡ ਵਿੱਚ ਆ ਗਏ ਨਾ ਉਹ ਪੰਡ ਦਾ ਹਿੱਸਾ ਹੋ ਜਾਂਦੇ ਆ, ਤਾਂ ਜਿਹੜੀ ਗੱਲ ਤੁਹਾਡੇ ਕੋਲ ਆ ਗਈ ਫਿਰ ਤੁਸੀਂ ਉਹ ਗੱਲ ਦਾ ਹਿੱਸਾ ਹੋ ਜਾਂਦੇ ਹੁੰਦੇ ਆ। ਸੋ ਇਸ ਕਰਕੇ ਜਿਹੜੀ ਆ ਉਹ ਸਾਡੇ ਅੰਦਰ ਗੱਲਾਂ ਪਾਈ ਜਾਂਦੇ ਆ ਜਿਹੜੀਆਂ ਦਾ ਸਾਡਾ ਸੰਬੰਧ ਨਹੀਂ ਹੈਗਾ, ਉਹਨਾਂ ਉਹਨਾਂ ਜਾਣਕਾਰੀਆਂ ਤੋਂ ਵੀ ਆਪਣੇ ਨੂੰ ਪਰੇ ਰੱਖਣਾ ਚਾਹੀਦਾ ਆ। ਸੋ ਇਸ ਕਰਕੇ ਜਦੋਂ ਅਸੀਂ ਇੱਕ ਗਲਤ ਜਾਣਕਾਰੀ ਲੈ ਲੈਂਦੇ ਹਾਂ ਆਪਣੇ ਅੰਦਰ ਲੈ ਆਉਂਦੇ ਹਾਂ, ਫਿਰ ਅਸੀਂ ਉਸ ਜਾਣ ਉਹਦੇ ਉਹਦਾ ਹਿੱਸਾ ਬਣ ਜਾਂਦੇ ਹਾਂ। ਸੋ ਇਸ ਕਰਕੇ ਇਹ ਜਿਹੜੀਆਂ ਸਾਡੇ ਅੰਦਰ ਗਲਤ ਜਾਣਕਾਰੀਆਂ ਸਾਨੂੰ ਦਿੰਦੇ ਆ ਜਾਂ ਡਰਾਉਂਦੇ ਆ ਸਾਨੂੰ, ਜਾਂ ਵੀ ਸਾਡੇ ਆਪਣੇ ਖਿੱਤੇ ਨੂੰ ਆਜ਼ਾਦ ਕਰਾਉਣ ਵਾਸਤੇ ਸਾਡੇ ਅੰਦਰ ਗਲਤ ਧਾਰਨਾਵਾਂ ਬਣਾਈਆਂ ਜਾਂਦੀਆਂ ਜੀ, ਇਸ ਤਰ੍ਹਾਂ ਨਹੀਂ ਹੋ ਸਕਦਾ, ਇਸ ਤਰ੍ਹਾਂ ਨਹੀਂ ਹੁੰਦਾ, ਇਹ ਸਾਡੀਆਂ ਇਹ ਸਹੀ ਜਾਣਕਾਰੀਆਂ ਨਹੀਂ ਹੈ, ਅਸੀਂ ਇਹਨਾਂ ਦਾ ਹਿੱਸਾ ਨਹੀਂ ਬਣਨਾ। ਜਦੋਂ ਤੱਕ ਤੁਸੀਂ ਕਾਨੂੰਨੀ ਕਾਰਵਾਈ ਕਰਦੇ ਹੋ ਇਟਸ ਓਕੇ ਆ, ਕਾਨੂੰਨੀ ਕਾਰਵਾਈ ਦੀ ਗੱਲ ਕਰਦੇ ਹੋ ਹੈ ਨਾ। ਹਾਂਜੀ। ਸੋ ਇਸ ਕਰਕੇ ਇਹਨਾਂ ਦੀਆਂ ਅਸੀਂ ਗੱਲਾਂ ਦੇ ਵਿੱਚ ਨਹੀਂ ਆਉਣਾ। ਹੁਣ ਜਦੋਂ ਆਪਾਂ ਆਪ ਹੀ ਗੱਲ ਕਰਦੇ ਹਾਂ ਵੀ ਦੇਖੋ ਹੁਣ ਦਿੱਲੀ ਦੇ ਵਿੱਚ ਜਿਹੜੇ 5 ਮੈਂਬਰ ਹੀ ਭੇਜਣੇ ਸੀਗੇ ਰਾਜ ਸਭਾ ਦੇ ਵਿੱਚ, ਉਹ ਸਾਡੇ ਪੰਜਾਬ ਦੇ ਭੇਜੇ ਨਹੀਂ ਇਹਨਾਂ ਨੇ, ਠੀਕ ਆ ਨਾ। ਹੁਣ ਦੇਖੋ ਜੀ, ਇੱਕ ਸਾਡਾ ਸਿੱਖ ਉਹ ਬਾਹਰ ਮੰਤਰੀ ਬਣਦਾ ਆ, ਤੁਸੀਂ ਉਹਨੂੰ ਕਿੱਦਾਂ ਮਤਲਬ ਨੀਵਾਂ ਦਿਖਾਉਂਦੇ ਆ। ਹਾਂਜੀ। ਸੋ ਬਿਲਕੁਲ ਜੀ, ਅੱਜ ਦੁਨੀਆ ਦੀ ਜੰਗ ਦੇ ਵਿੱਚ ਕਈ ਵਾਰੀ ਤੁਹਾਡੇ ਅਪੋਨੈਂਟ ਤਕੜੇ ਨਹੀਂ ਹੁੰਦੇ ਤੇ ਤੁਸੀਂ ਉਹਨੂੰ ਐਵੇਂ ਤਕੜੇ ਮੰਨੀ ਬੈਠੇ ਹੁੰਦੇ ਹੋ, ਤੇ ਕਈ ਵਾਰ ਤੁਹਾਡੇ ਦੇ ਵਿੱਚ ਇੰਨੀ ਕੁ ਤਾਕਤ ਹੁੰਦੀ ਆ ਵੀ ਤੁਸੀਂ ਕਿਸੇ ਵੀ ਮੁਕਾਮ ਨੂੰ ਸਰ ਕਰ ਸਕਦੇ ਹੋ, ਪਰ ਤੁਸੀਂ ਆਪਣੇ ਆਪ ਦੇ ਵਿੱਚ ਇੰਨਾ ਕੁ ਆਪਣੇ ਆਪ ਨੂੰ ਸੋਚ ਲਿਆ ਹੁੰਦਾ ਵੀ ਭਾਈ ਮੇਰੇ ਪੱਲੇ ਹੀ ਕੱਖ ਨਹੀਂ ਹੈਗਾ, ਭਾਵੇਂ ਤੁਸੀਂ ਕਿੰਨੇ ਤਕੜੇ ਹੋਵੇ। ਸੋ ਇਹਦੀ ਸਵੇ ਪੜਚੋਲ ਕਰਨੀ ਬੜੀ ਜ਼ਰੂਰੀ ਆ। ਹਾਂਜੀ, ਹੈ ਨਾ। ਹਾਂਜੀ, ਤੁਹਾਨੂੰ ਆਪਣੇ ਆਪ ਦਾ ਸਵੇ ਪੜਚੋਲ ਹੋਣੀ ਜ਼ਰੂਰੀ ਆ ਵੀ ਤੁਹਾਨੂੰ ਤੁਹਾਡਾ ਆਪਣਾ ਕੱਦ ਕਾਠ ਦਾ ਪਤਾ ਹੋਣਾ ਚਾਹੀਦਾ, ਤੁਹਾਨੂੰ ਦੁਸ਼ਮਣ ਦਾ ਵੀ ਪਤਾ ਹੋਣਾ ਚਾਹੀਦਾ ਉਹ ਕਿੰਨਾ ਕਾ, ਫਿਰ ਤੁਸੀਂ ਜਿਹੜਾ ਸਹੀ ਤਰੀਕੇ ਨਾਲ ਮੁਲਾਂਕਣ ਕਰ ਸਕਦੇ ਹੋ। ਅਦਰਵਾਈਜ਼ ਤਾਂ ਫਿਰ ਤੁਸੀਂ ਅਮਰੀਕਾ ਵਾਂਗੂ ਉਹਨੂੰ ਚਾਹੇ ਮੁੜ ਕੇ ਇੰਟੈਲੀਜੈਂਸ ਗੈਪ ਕਹੀ ਚੱਲੋ, ਚਾਹੇ ਤੁਸੀਂ ਜੋ ਮਰਜ਼ੀ ਨਾਂ ਦੇਈ ਚੱਲੋ, ਉਹ ਫਿਰ ਤਾਂ ਗੱਲਾਂ ਹੀ ਰਹਿ ਜਾਂਦੀਆਂ ਹੁੰਦੀਆਂ ਨੇ। ਸੋ ਇਹ ਅੱਜ ਦੀ ਖਬਰ ਆ ਜੀ, ਇੱਕ ਮੰਤਰੀ ਪੱਧਰ ਦੇ ਉੱਤੇ ਇਸ ਦੇ ਉੱਤੇ ਵੀ ਕਾਫੀ ਜਿਹੜੀ ਚਰਚਾ ਪਿਛਲੇ ਸਮੇਂ ਦੇ ਵਿੱਚ ਹੋਈ ਆ। ਸੋ ਆਪਾਂ ਇਹਦੇ ਨਾਲ ਨਾਲ ਆਪਣੇ ਕੋਲ ਹੋਰ ਬਹੁਤ ਖਬਰਾਂ ਨੇ ਅੱਜ। ਸੋ ਤੁਸੀਂ ਕਾਲ ਕਰਕੇ ਕਿਸੇ ਮਸਲੇ ਦੇ ਉੱਤੇ ਆਪਣਾ ਵਿਚਾਰ ਦੇਣਾ ਚਾਹੁੰਦੇ ਹੋ, ਮਸਲੇ ਦੇ ਉੱਤੇ ਤੁਸੀਂ ਵਿਚਾਰ ਵੀ ਜਿਹੜਾ ਉਹ ਦੇ ਸਕਦੇ ਹੋ, ਅਤੇ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਜਿਹੜੀਆਂ ਨੇ ਕਿਸ ਤਰੀਕੇ ਨਾਲ ਵਾਪਰਨੀਆਂ ਉਹਨਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ। ਅਗਲਾ ਜਿਹੜੀ ਖਬਰ ਆ ਇਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ, ਇਹਦੇ 'ਤੇ ਵੀ ਡਿਸਕਸ਼ਨ ਬਣਨੀ ਕਰਨੀ ਬਣਦੀ। ਉਹ ਕਹਿੰਦੇ ਜੀ, ਦਾ ਵੈਸਟ ਬਿਕਮ ਵੈਲਥੀ ਥਰੂ ਜੈਨੋਸਾਈਡ ਸਲੇਵਰੀ ਫਿਲੇਜ ਇਟ ਇਜ਼ ਨਾਓ ਇਨ ਅ ਡਿਕਲਾਈਨ ਐਂਡ ਬਿਕੋਜ਼ ਆਫ ਦੈਟ ਡੈਸਪਰੇਟਲੀ ਲੈਸ਼ਿੰਗ ਆਊਟ ਪ੍ਰੋਵੋਕਿੰਗ ਨਿਊ ਕੰਫਲਿਕਟਸ। ਸੋ ਉਹ ਜਿਹੜਾ ਹੁਣ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਈਸਟ ਦਾ ਮੀਡੀਆ ਜਿਹੜੇ 2 ਬਲਾਕ ਬਣੇ ਨੇ ਉਹ ਵੈਸਟ ਦੇ ਖਿਲਾਫ ਜਿਹੜਾ ਇੱਕ ਪ੍ਰੋਪੇਗੈਂਡਾ ਵਾਰਫੇਅਰ ਜਿਹੜੀ ਚੱਲਦੀ ਪਈ ਆ, ਉਸ ਦੇ ਵਿੱਚ ਉਹਨਾਂ ਜਿਹੜਾ ਈਸਟ ਆ ਉਹ ਇਕੱਠਾ ਹੋ ਗਿਆ। ਸੋ ਉਸ ਇਕੱਠੇ ਹੋਣ ਦੇ ਵਿੱਚ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਵੈਸਟ ਨੂੰ ਜਿਹੜਾ ਸਾਰੇ ਵੈਸਟ ਨੂੰ ਭਾਵੇਂ ਕੈਨੇਡਾ ਵੀ ਉਹਦੇ 'ਚ ਆ ਜਾਂਦਾ, ਭਾਵੇਂ ਕਿ ਕੈਨੇਡਾ ਦੀ ਕੋਈ ਵਾਲੀ ਇਸ ਤਰੀਕੇ ਦੀ ਹਿਸਟਰੀ ਨਹੀਂ ਵੀ ਉਹਨਾਂ ਨੇ ਕਾਲੋਨੀਜ਼ ਉਹਨਾਂ ਨੇ ਬਣਾਈਆਂ ਕਿਤੇ ਦੂਸਰੇ ਮੁਲਕਾਂ 'ਚ ਜਾ ਕੇ, ਯੂਕੇ ਦੀ ਤਾਂ ਆਪਾਂ ਮੰਨਣ ਜਾ ਸਕਦਾ, ਪਰ ਉਹਨੇ ਕਿਹਾ ਜੀ ਵੈਸਟ ਸਾਰਾ ਹੀ ਵੈਸਟ ਇਕੱਠਾ ਹੀ ਆ। ਸੋ ਉਹਨਾਂ ਨੇ ਵੈਸਟ 'ਤੇ ਇਲਜ਼ਾਮ ਲਾਏ ਨੇ ਜੀ, ਵੈਸਟ ਬਿਕਮ ਵੈਲਥੀ, ਜਿਹੜਾ ਵੈਸਟ ਹੈ ਜੀ ਯੂਰਪ, ਜਿਹੜਾ ਇੰਗਲੈਂਡ ਆ, ਇਟਲੀ ਆ, ਅਮਰੀਕਾ, ਉਹ ਇੰਨਾ ਅਮੀਰ ਕਿੱਦਾਂ ਬਣ ਗਿਆ। ਉਹ ਕਹਿੰਦੇ ਜੀ ਅਮਰੀਕਾ ਸਾਰੇ ਇਸ ਕਰਕੇ ਉਹ ਅਸਲ ਦੇ ਵਿੱਚ ਕਹਿੰਦੇ ਉਹਨਾਂ ਨੇ ਜੈਨੋਸਾਈਡ ਕੀਤੀਆਂ ਨੇ ਅਤੇ ਉਹਨਾਂ ਨੇ ਲੋਕਾਂ ਨੂੰ ਗਰੀਬ ਬਣਾਇਆ, ਸਲੇਵਰੀ ਕੀਤੀ ਹੈ, ਤਾਂ ਉਹ ਅਮੀਰ ਬਣ ਗਿਆ। ਅਤੇ ਉਸ ਦੇ ਵਿੱਚ ਉਹਨਾਂ ਨੇ ਮਤਲਬ ਦੇ ਨਾਲ ਨਾਲ ਕਿਹਾ ਆ, ਉਹ ਕਹਿੰਦੇ ਪਰ ਹੁਣ ਜਿਹੜੀ ਵੈਸਟ ਆ ਉਹ ਡਿਕਲਾਈਨ ਕਰਦੀ ਪਈ ਆ, ਅਤੇ ਇਸ ਕਰਕੇ ਉਹ ਉਹਨਾਂ ਦੀ ਡਿਕਲਾਈਨਿੰਗ ਦੇ ਉੱਤੇ ਉਹ ਡੈਸਪਰੇਟ ਹੋਏ ਨੇ, ਉਹ ਤਲਖੀ 'ਚ ਆਏ ਹੋਏ ਨੇ, ਅਤੇ ਇਸ ਕਰਕੇ ਉਹ ਜਿਹੜੇ ਨੇ ਨਾ ਨਵੇਂ ਨਵੇਂ ਕਨਫਲਿਕਟ ਜਿਹੜੇ ਨੇ ਉਹ ਕੱਢ ਕੇ ਲਿਆ ਰਹੇ ਨੇ, ਨਵੀਂ ਨਵੀਆਂ ਜੰਗਾਂ ਜਿਹੜੀਆਂ ਦੁਨੀਆ 'ਚ, ਅੱਜ ਭਾਵੇਂ ਯੂਕਰੇਨ ਦਾ ਉਹਦਾ ਕਹਿਣ ਦਾ ਲੱਗਦਾ ਪਿਆ ਯੂਕਰੇਨ ਦੇ ਵਿੱਚ, ਉਹ ਇਸੇ ਦਾ ਕਾਰਨ ਆ ਵੀ ਵੈਸਟ ਜਿਹੜਾ ਡਿਕਲਾਈਨ ਆ ਰਿਹਾ। ਸੋ ਇਹਦੇ 'ਚ ਸਾਡਾ ਤਾਂ ਨਾ ਤਾਂ ਈਸਟ ਨਾਲ ਕੋਈ ਲੈਣਾ ਦੇਣਾ, ਨਾ ਵੈਸਟ ਨਾਲ ਲੈਣਾ। ਅਸੀਂ ਜਿਹੜੀ ਗੱਲ ਕਰਦੇ ਹਾਂ ਵੀ ਜਦੋਂ ਬਲਾਕ ਬਦਲਦੇ ਨੇ ਕੋਈ ਭਾਵੁਕਤਾ ਨਹੀਂ ਰਹਿੰਦੀ, ਅਸੀਂ ਕੋਈ ਸੋਚੇ ਵੀ ਵੈਸਟ ਦੇ ਨਾਲ ਕੋਈ ਮੁਲਕ ਕਿੰਨੀ ਦੇਰ ਰਿਹਾ, ਕਿੰਨਾ ਲੰਮਾ ਸਮਾਂ ਚੱਲਿਆ, ਕਿਹੜੇ ਕਿਹੜੇ ਉਹਨਾਂ ਦੇ ਨਾਲ ਸਹਾਇਤਾ ਕੀਤੀ, ਕਿਹੜੇ ਕਿਹੜੇ ਫੰਡ ਗਏ, ਕੀ ਹੋਇਆ, ਨੋਬਡੀ ਕੇਅਰਸ। ਉਹ ਕਹਿੰਦੇ ਜੀ ਬਲਾਕ ਚੇਂਜ ਹੋ ਗਏ, ਇੰਟਰਸਟ ਬਦਲ ਗਏ ਨੇ। ਸੋ ਇਸ ਨਵੇਂ ਇੰਟਰਸਟ ਦੇ ਵਿੱਚ ਉਹਨਾਂ ਨੇ ਸਾਰੇ ਵੈਸਟ ਨੂੰ ਮਿਲਾ ਲਿਆ। ਉਹ ਕਹਿੰਦੇ ਜੀ ਇਹੀ ਜੈਨੋਸਾਈਡ ਕਰਨ ਵਾਲੇ ਨੇ, ਇਹੀ ਸਲੇਵਰੀ ਦਾ ਕਾਰਨ ਨੇ, ਸਾਰੀਆਂ ਦੁਨੀਆ ਦੀਆਂ ਪ੍ਰੋਬਲਮਾਂ ਜਿਹੜੀਆਂ ਹੈਗੀਆਂ ਨੇ ਉਹ ਵੈਸਟ ਦੀਆਂ ਨੇ। ਹਾਂਜੀ। ਅਤੇ ਇਹ ਜਿਹੜੇ ਲਿਖਣ ਵਾਲੇ ਨੇ ਨਾ, ਜੇ ਇਹਨਾਂ ਨੂੰ ਕਹੋ ਵੀ ਤੈਂ ਅਮਰੀਕਾ ਜਾਣਾ
ਜਹਾਜ਼ਾਂ ਦੇ ਟਾਇਰ 'ਚ ਲੰਮ ਕੇ ਜਾਣਾ ਪੈਣਾ, ਟਿਕਟ ਹੈ ਨਹੀਂ, ਸੀਟ ਹੈ ਨਹੀਂ, ਉਹਨੇ ਕਿਹਾ ਜੀ ਬਿਠਾ ਦਿਓ, ਹਾਂਜੀ ਮੈਂ ਚੱਲਿਆ ਮੈਂ ਜਾਊਂਗਾ। ਸੋ ਕਹਿਣ ਤੋਂ ਭਾਵ ਅੱਜ ਵੀ ਇਹ ਉਹ ਜਿਹੜੇ ਈਸਟ ਬਲਾਕ ਵਾਲੇ ਪਾਕਿਸਤਾਨ, ਇੰਡੀਆ, ਬੰਗਲਾਦੇਸ਼, ਨੇਪਾਲ, ਭੂਟਾਨ, ਬਰਮਾ, ਸ਼੍ਰੀਲੰਕਾ ਦੇ ਵਿੱਚ ਜਹਾਜ਼ ਖੜਾ ਕਰ ਦਿਓ ਵੀ ਜਹਾਜ਼ ਵੈਸਟ ਨੂੰ ਚੱਲਿਆ, ਹਾਂਜੀ, ਅਤੇ ਜੇ ਜਹਾਜ਼ ਤੁਹਾਨੂੰ ਦਿਖ ਵੀ ਜਾਵੇ, ਲੋਕ ਕੋਈ ਜਹਾਜ਼ ਦੇ ਟਾਇਰਾਂ ਦੇ ਥੱਲੇ ਵੜ ਜੂ, ਕੋਈ ਉੱਤੇ ਵੜ ਜੂ, ਵੀ ਸਾਨੂੰ ਇੱਥੋਂ ਕੱਢ ਲਓ, ਹਾਂਜੀ ਹਾਂਜੀ। ਅਤੇ ਮਤਲਬ ਕਹਿਣ ਤੋਂ ਭਾਵ ਹਾਲਾਤ ਇੱਦਾਂ ਦੇ ਨੇ, ਜੇ ਵੈਸਟ ਇੰਨਾ ਹੀ ਮਾੜਾ ਤਾਂ ਭਾਈ ਫਿਰ ਵੈਸਟ ਦਾ ਫਿਰ H1 ਵੀਜ਼ਾ, H2 ਵੀਜ਼ਾ, ਇਹਦੇ ਤਰਲੇ ਮੱਛੋ ਕੀ ਹੁੰਦੇ ਆ, ਹਾਂਜੀ ਹਾਂਜੀ, ਤਰਲੋ ਮੱਛੀ ਕਿਉਂ ਹੁੰਦੇ ਆ ਵੈਸਟ ਨੂੰ ਆਉਣ ਨੂੰ, ਕਿਉਂ ਡੋਂਕੀਆਂ ਲਾ ਲਾ ਕੇ ਬਾਰਡਰ ਟੱਪ ਕੇ ਆਉਂਦੇ ਹੋ, ਕਿਉਂ 8-8 15-15 20-20 40-40 ਲੱਖ ਲੱਖ ਚੱਕੀ ਫਿਰਦੇ ਹੋ ਯੂਰਪ ਅਤੇ ਅਮਰੀਕਾ ਦਾ? ਕਾਰਨ ਆ ਵੀ ਇੱਥੇ ਲਾਈਫ ਜਿਹੜੀ ਹੈਗੀ ਆ, ਹਾਂਜੀ, ਉੱਥੇ ਦੇ ਮੁਕਾਬਲੇ ਕਿਤੇ ਚੰਗੀ ਆ, ਲਾਅ ਐਂਡ ਆਰਡਰ ਈਸਟ ਨਾਲੋਂ ਵੈਸਟ 'ਚ ਕਿਤੇ ਚੰਗਾ, ਇਸ ਕਰਕੇ ਲੋਕ ਘਰ ਬਾਰ ਵੇਚ ਕੇ ਇੱਧਰ ਨੂੰ ਆਉਣਾ ਚਾਹੁੰਦੇ ਹੋ, ਹਾਂਜੀ, ਅਤੇ ਪਰ ਉਹ ਪਾਰਟ ਨਹੀਂ ਹੈਗਾ, ਉਹ ਪਾਰਟ ਇਹ ਆ ਰਿਹਾ ਵੀ ਇਹਨਾਂ ਦਾ ਹੁਣ ਮੀਡੀਆ ਦੀ ਜ਼ਿੰਮੇਵਾਰੀ ਲੱਗੀ ਹੋਈ ਆ ਵੀ ਭਾਈ ਤੁਸੀਂ ਹਰੇਕ ਚੀਜ਼ 'ਚ ਵੈਸਟ ਨੂੰ ਕੰਡੈਮ ਕਰਨਾ, ਹਾਂਜੀ, ਅਤੇ ਹਰ ਬਿਮਾਰੀ ਜਿਹੜੀ ਆ ਉਹ ਵੈਸਟ ਦੇ ਖਾਤੇ ਪਾ ਦੇਣੀ ਆ, ਹਰ ਰੌਲਾ ਵੈਸਟ ਦੇ ਖਾਤੇ ਪਾ ਕੇ ਆਪ ਤੁਸੀਂ ਦੁੱਧ ਧੁੱਤੇ ਬਣ ਜਾਓ, ਹਾਂਜੀ, ਅਤੇ ਤੁਸੀਂ ਇਲਜ਼ਾਮ ਦੂਜਿਆਂ 'ਤੇ ਲਾ ਕੇ ਆਪਣੀ ਆਵਾਮ ਨੂੰ, ਲੋਕਾਂ ਨੂੰ ਇੱਕ ਨਵੇਂ ਵਰਲਡ ਆਰਡਰ ਦੇ ਵਿੱਚ, ਨਵੇਂ ਬਲਾਕ ਦੇ ਵਿੱਚ ਨਾਲ ਰੱਖਣਾ, ਕਿਉਂਕਿ ਜੇ ਲੋਕ ਹੀ ਨਾਲ ਨਹੀਂ ਤਾਂ ਫਿਰ ਸਰਕਾਰਾਂ ਵੀ ਨਹੀਂ ਬੜੀ ਦੇਰ ਖੜਦੀਆਂ ਨਹੀਂ ਖੜਦੀਆਂ। ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਜਿਹੜੀਆਂ ਹੁਣ ਫਸਟ ਐਂਡ ਸੈਕੰਡ ਵਰਲਡ ਵਾਰ ਜੋ ਹੁੰਦੀ ਆ ਨਾ, ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਬਹੁਤ ਕੁਛ ਸਿੱਖਿਆ ਆ, ਸਿੱਖਿਆ ਵੀ ਮਤਲਬ ਵੀ ਆਪਾਂ ਲੜਨਾ ਨਹੀਂ, ਉੱਥੋਂ ਹੀ UNO ਬਣਦੀ ਆ, ਹੈ ਨਾ, ਵੀ ਕੋਈ ਵੀ ਗੱਲ ਆਪਾਂ ਟੇਬਲ 'ਤੇ ਕਰਨੀ ਆ, ਅਤੇ ਜਿਹੜੀ ਜਿਹੜਾ ਦੁਨੀਆਂ ਦੇ ਵਿੱਚ ਜਿਹੜੀ ਇਹ ਕੁਦਰਤ ਆ, ਇਹਦੇ ਵਿੱਚ ਮਨੁੱਖ ਜਿਹੜਾ ਆ ਇਹ ਉੱਤਮ ਜਾਤ ਆ, ਪਰ ਜੇ ਅਸੀਂ ਲੜ ਲੜ ਕੇ ਆਪਸ ਵਿੱਚ ਜਾਂ ਇੱਕ ਦੂਜੇ ਦੀ ਜੈਨੋਸਾਈਡ ਕਰਨ ਲੱਗ ਪਏ ਤਾਂ ਫਿਰ ਸਾਡੀ ਜਿਹੜੀ ਕੁਆਲਿਟੀ ਆਫ ਲਾਈਫ ਜਿਹੜੀ ਵਧੀਆ ਨਹੀਂ ਹੋ ਸਕਦੀ। ਸੋ ਇਸ ਕਰਕੇ ਵੀ ਆਫ ਲਾਈਫ ਜਿਹੜਾ ਚੇਂਜ ਕਰਨਾ ਪੈਣਾ। ਸੋ ਇਹਨਾਂ ਨੇ ਆਪਣੇ ਨੂੰ ਬੜਾ ਸੁਧਾਰਿਆ, ਪਰ ਸਾਡੀ ਕੌਮ ਨਾਲ ਉੱਥੇ ਨਸਲ ਖੁਸ਼ੀ ਹੋਈ ਆ। ਸੋ ਅਸੀਂ ਵੀ ਇਸ ਕੰਮ 'ਚ ਹੀ ਲੱਗੇ ਹੋਏ ਹਾਂ ਭਾਈ, ਅਸੀਂ ਵੀ ਆਪਣੀ ਜਿਹੜੀ ਆ ਇਸ 'ਚੋਂ ਸਿੱਖੀਏ ਵੀ ਜਦੋਂ ਸਿੱਖ ਕੌਮ ਨਾਲ ਨਸਲ ਖੁਸ਼ੀ ਹੁੰਦੀ ਆ ਜਾਂ ਉਹਦੇ ਕੁਦਰਤੀ ਸਰੋਤ ਲੁੱਟੇ ਜਾਂਦੇ ਆ ਅਤੇ ਉਹਦੇ ਹੱਕ ਜਿਹੜੇ ਖੋਹ ਲਏ ਜਾਂਦੇ ਆ, ਉਹਨੂੰ ਗੁਲਾਮ ਬਣਾ ਲਿਆ ਜਾਂਦਾ ਆ, ਵੀ ਉਹਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਹੁਣ ਬਚਾਉਣਾ ਆ। ਸੋ ਅਸੀਂ ਵੀ ਲੱਗੇ ਹੋਏ ਹਾਂ ਇਸ ਕੰਮ ਦੇ ਵਿੱਚ, ਵੀ ਇਹਨਾਂ ਨੂੰ ਜੋ ਕਹਿੰਦੇ ਉਹ ਕਹਿਣ ਦੇ, ਕੋਈ ਪ੍ਰੋਬਲਮ ਨਹੀਂ ਹੈਗੀ। ਹੁਣ ਜੇ ਅਸੀਂ ਬੈਸਟ ਵਿੱਚ ਰਹਿੰਦੇ ਹਾਂ, ਅਸੀਂ ਦੇਖਦੇ ਨਾ ਲੋਕਾਂ 'ਚ ਵੀ ਕਿੰਨੀ ਮਨੁੱਖ ਦੀ ਕਦਰ ਆ ਭਾਈ ਇੱਥੇ, ਮਤਲਬ ਤੁਹਾਡੇ ਹੱਕਾਂ ਦੀ, ਛੋਟੇ ਛੋਟੇ ਤੁਹਾਡੇ ਹੱਕ ਜਿਹੜੇ ਉਹ ਕਿੱਦਾਂ ਪ੍ਰੈਕਟਿਸ ਕਰਦੇ ਆ, ਉੱਥੇ ਪੁੱਛਦਾ ਕੋਈ ਨਹੀਂ ਹੈਗਾ, ਸਿਰਫ ਇੱਕ ਗੁਲਾਮੀ ਕਰਕੇ। ਸੋ ਇਸ ਕਰਕੇ ਸਾਨੂੰ ਭਾਈ ਲੋੜ ਆ, ਅਸੀਂ ਤਾਂ ਆਪਣਾ ਨਾਲੇ ਰੌਲਾ ਇਸ ਗੱਲ ਦਾ ਨਹੀਂ ਹੈਗਾ ਵੀ ਕੀ ਸਹੀ ਆ ਅਤੇ ਕੀ ਗਲਤ ਆ। ਜਦੋਂ ਅਸੀਂ ਪੋਲੀਟਿਕਸ ਪੰਜਾਬ ਚੈਨਲ ਦਾ ਨਾਂ ਦੇ ਉੱਤੇ ਗੱਲਬਾਤ ਕਰਦੇ ਹਾਂ, ਇਸ ਆਲ ਅਬਾਊਟ ਵੀ ਤੁਹਾਡਾ ਪੰਜਾਬ ਦਾ ਅਤੇ ਪੰਜਾਬ ਦੇ ਲੋਕਾਂ ਦਾ ਜਿਹੜਾ ਇੰਟਰਸਟ ਆ, ਹਾਂਜੀ, ਉਸ ਨੂੰ ਕਿਹੜਾ ਬਲਾਕ ਪੂਰਾ ਕਰ ਸਕਦਾ, ਹਾਂਜੀ, ਕਿਹੜਾ ਬਲਾਕ ਤੁਹਾਡੇ ਇੰਟਰਸਟ ਦੇ ਫੁੱਲ ਚੜਾ ਸਕਦਾ, ਹਾਂਜੀ, ਕਿਹੜੇ ਬਲਾਕ ਵਾਲੇ ਪਾਸੇ ਜਾਇਆਂ ਤੁਹਾਨੂੰ ਵੱਧ ਫਾਇਦਾ ਹੁੰਦਾ, ਹਾਂਜੀ, ਜੇ ਈਸਟ ਵਾਲੇ ਜਾਇਆਂ ਤੁਹਾਨੂੰ 10% ਆ ਤੇ ਵੈਸਟ ਤੁਹਾਨੂੰ 15% ਆ, ਤੇ ਦੁਨੀਆ ਹਮੇਸ਼ਾ ਹੀ ਇੱਦਾਂ ਕੰਮ ਕਰਦੀ ਆ। ਉਹ ਅਗਲਾ ਦੇਖਦਾ ਵੀ ਇੱਥੇ ਮੈਨੂੰ ਵੱਧ ਫਾਇਦਾ, ਮੈਂ ਇੱਥੇ ਜਾਣਾ। ਹਰ ਇੱਕ ਕੰਟਰੀ ਇੱਦਾਂ ਹੀ ਗੱਲ ਕਰਦਾ, ਹਜੇ ਤਾਂ ਹੀ ਕੰਮ ਕਰਦੇ ਨੇ, ਇਹੀ ਪਾਲਿਸੀਆਂ ਨੇ, ਕੋਈ ਭਾਵੁਕਤਾ ਨਹੀਂ ਹੈਗੀ, ਕੋਈ ਅਪੀਜ਼ਮੈਂਟ ਨਹੀਂ ਹੈਗੀ, ਕੋਈ ਦਰਿਆ ਦਿਲੀ ਨਹੀਂ ਹੈਗੀ, ਇਟਸ ਆਲ ਅਬਾਊਟ ਇੰਟਰਸਟ। ਜਿਹੜਾ ਇੰਟਰਸਟ ਤੁਹਾਡਾ ਪੂਰਾ ਕਰਦਾ, ਕੰਟਰੀਜ਼, ਖਿੱਤੇ, ਲੋਕ ਉੱਧਰ ਨੂੰ ਚਲੇ ਜਾਂਦੇ ਨੇ। ਸੋ ਇਹ ਸੌਖਾ, ਜੇ ਤੁਹਾਨੂੰ ਮੈਂ ਐਗਜ਼ਾਮਪਲ ਦੇ ਦਿੰਦੀ ਹਾਂ, ਆਪਾਂ ਆਪਣੇ ਗੁਰਦੁਆਰੇ ਦੀਆਂ ਕਮੇਟੀਆਂ ਦੀ ਗੱਲ ਕਰ ਲਈਏ, ਵੀ ਭਾਈ ਜਿਸ ਬੰਦੇ ਨੂੰ ਤੁਸੀਂ ਨੇ ਖੜਾ ਕਰਨਾ ਹੋਵੇ ਆਪਣੀ ਕਮੇਟੀ 'ਚ ਸੈਕਟਰੀ, ਅਤੇ ਇੱਕ ਪਾਸੇ ਬੰਦਾ 2 ਸੈਕਟਰੀ ਦੇ ਕੈਂਡੀਡੇਟ ਹੋਣ, ਇੱਕ ਸੈਕਟਰੀ ਕੋਲ ਹੋਵੇ 150 ਵੋਟ ਅਤੇ ਦੂਜਾ ਸੈਕਟਰੀ ਕੋਲ ਹੋਵੇ 5 ਵੋਟਾਂ, ਹਾਂਜੀ, ਅਤੇ ਅਗਲਾ ਕਹਿੰਦਾ ਹੋਵੇ ਆਹ 5 ਵੋਟਾਂ ਵਾਲਾ ਚਾਹੇ ਜਿੰਨਾ ਮਰਜ਼ੀ ਵਧੀਆ ਬੋਲਦਾ ਹੋਵੇ, ਅਗਲਾ ਕਹਿੰਦਾ ਕੀਮਤ ਤਾਂ ਵੋਟਾਂ ਵਾਲੀ ਦੀ ਬਣੀ, ਇਹਦੇ ਕੋਲ 150 ਆ, ਇਹਨੂੰ ਬਣਾਓ ਸੈਕਟਰੀ, ਹਾਂਜੀ। ਸੋ ਇਟਸ ਆਲ ਅਬਾਊਟ ਵੀ ਭਾਈ ਤੁਹਾਡਾ ਇੰਟਰਸਟ ਤੁਹਾਨੂੰ ਜਿਤਾ ਕੌਣ ਸਕਦਾ, ਤੁਹਾਨੂੰ ਖੜਿਆ ਕੌਣ ਰੱਖ ਸਕਦਾ, ਤੁਹਾਡੀ ਹੈਲਪ ਕੌਣ ਕਰ ਸਕਦਾ, ਉਸ ਦਾ ਰੌਲਾ ਆ ਸਾਰੀ ਦੁਨੀਆਂ ਦੇ ਵਿੱਚ। ਸੋ ਆਪਾਂ ਵੀ ਸਮਝਦਾਰ ਹੋਈਏ, ਪੰਜਾਬ ਦੇ ਲੋਕ, ਆਪਾਂ ਵੀ ਦੇਖੀਏ ਵੀ ਸਾਡੇ ਇੰਟਰਸਟ ਨੂੰ ਕੌਣ ਪੂਰਾ ਕਰਦਾ, ਅਸੀਂ ਉਸ ਪਾਸੇ ਚੱਲੀਏ। ਹਾਂਜੀ ਜੀ, ਹਾਂਜੀ ਬਿਲਕੁਲ। ਆਪਾਂ ਤਾਂ ਹੁਣ ਦੇਖੋ ਸਾਡੇ ਜਿਹੜੇ ਪੰਜਾਬ 'ਚ ਸਾਡੇ ਸਾਰੇ ਘਰੋ ਘਰ ਸਾਰੇ ਤਕਰੀਬਨ ਬਾਹਰ ਹੈਗੇ ਆ ਨਾ, ਸਾਰਿਆਂ ਦੇ ਕੋਈ ਨਾ ਕੋਈ ਰਿਸ਼ਤੇਦਾਰ, ਹੁਣ ਜਦੋਂ ਬਾਹਰ ਫੋਨਾਂ 'ਤੇ ਗੱਲਾਂ ਵੀ ਕਰਦੇ ਆ, ਸੋ ਇਹ ਸਾਡੀ ਡਿਸਕਸ਼ਨ ਦਾ ਹਿੱਸਾ ਆ ਹੁਣ, ਵੀ ਉਹ ਇੱਥੇ ਵਾਲੇ ਦੱਸਦੇ ਆ ਵੀ ਇੱਥੇ ਤਾਂ ਬਈ ਇੱਦਾਂ ਆ ਵੀ ਆਹ ਸਹੂਲਤ ਇੱਦਾਂ ਆ, ਇੱਦਾਂ ਬੱਚਿਆਂ ਨੂੰ ਸਹੂਲਤਾਂ ਮਿਲਦੀਆਂ, ਇੱਦਾਂ ਸਾਨੂੰ ਸਹੂਲਤਾਂ ਮਿਲਦੀਆਂ, ਜੇ ਅਸੀਂ ਬਿਮਾਰ ਹੋਏ ਸਾਨੂੰ ਆਹ ਸਹੂਲਤਾਂ ਮਿਲਦੀਆਂ, ਉੱਥੇ ਉਹ ਕਹਿੰਦੇ ਸਾਨੂੰ ਨਹੀਂ ਮਿਲਦੀਆਂ, ਉੱਥੇ ਕਰਜ਼ਾਈ ਹੋਏ ਪਏ ਆ, ਦਵਾਈ ਨਹੀਂ ਮਿਲਦੀ, ਜੇ ਮਤਲਬ ਕੋਈ ਬਿਮਾਰ ਹੋ ਜਾਂਦਾ, ਜੇ ਕਿਸੇ ਦਾ ਜਣੇਪਾ ਵੀ ਆ ਉਹ ਵੀ ਮਹਿੰਗਾ ਹੋ ਗਿਆ, ਮਤਲਬ ਉੱਥੇ ਤਾਂ ਬਹੁਤ ਹਾਲਾਤ ਮਾੜੇ ਆ।
ਹੁਣ ਸੌਖੀ ਜੀ ਮੈਂ ਹੋਰ ਐਗਜ਼ਾਮਪਲ ਦੇਣਾ, ਆਪਣਾ ਇੰਟਰਸਟ ਤੁਹਾਨੂੰ ਪਹਿਲਾਂ ਮੁਰੇ ਹੁੰਦਾ। ਹਾਂਜੀ, ਹੁਣ ਦੇਖੋ ਜੇ ਕਿਸੇ ਦਾ ਦੁਬਈ ਦੇ ਵਿੱਚ ਕੋਈ 70,000 ਰੁਪਏ ਬਣਾਉਂਦਾ, ਕੋਈ 50,000 ਬਣਾਉਂਦਾ, ਉਹ ਕਹਿੰਦਾ ਮੈਂ ਇਟਲੀ ਆ ਜਾਵਾਂ, ਕੋਈ 1.5-2 ਲੱਖ ਰੁਪਈਆ ਮੈਂ ਮਹੀਨੇ ਦਾ ਬਣਾ ਸਕਦਾ, ਉਹ ਆਪਣਾ ਉਸ ਜਗ੍ਹਾ ਨੂੰ ਛੱਡ ਕੇ ਆਪਣਾ ਇੰਟਰਸਟ ਪੂਰਾ ਕਰਨ ਦੇ ਲਈ ਯੂਰਪ ਆ ਜਾਂਦਾ। ਹਾਂਜੀ ਹਾਂਜੀ, ਜਦ ਉਹਨੂੰ ਯੂਰਪ ਚ ਪਤਾ ਲੱਗਦਾ ਵੀ ਅਮਰੀਕਾ ਵਾਲੇ ਟਰੱਕ ਡਰਾਈਵਰ $10,000 ਮਹੀਨਾ ਬਣਾਉਂਦੇ ਨੇ, ਹਾਂਜੀ, ਤੇ ਉਹ ਕਹਿੰਦਾ ਯਾਰ ਮੈਂ ਇੱਥੇ 4,000 ਬਣਾਉਣਾ, ਹਾਂਜੀ, ਤੇ ਮੈਂ ਅਮਰੀਕਾ ਕਿਉਂ ਨਾ ਚੱਲ ਜਾਂ, ਫਿਰ ਉਹ ਆਪਣਾ ਇੰਟਰਸਟ ਪੂਰਾ ਕਰਨ ਵਾਸਤੇ ਅਮਰੀਕਾ ਕੈਨੇਡਾ ਨੂੰ ਚੱਲ ਜਾਂਦਾ। ਹਾਂਜੀ, ਸੋ ਇਟਸ ਆਲ ਅਬਾਊਟ ਯੋਰ ਇੰਟਰਸਟ। ਜੇ ਅਸੀਂ ਆਪਣੀ ਪਰਸਨਲ ਜ਼ਿੰਦਗੀ ਦੇ ਵਿੱਚ ਆਪਣੇ ਇੰਟਰਸਟ ਨੂੰ ਮੂਹਰੇ ਰੱਖਿਆ ਵੀ ਮੈਨੂੰ ਕਿੱਥੇ ਜਾਇਆ, ਮੇਰਾ ਕਿਹੜਾ ਕੰਮ ਕਰਿਆ ਮੈਨੂੰ ਫਾਇਦਾ ਹੁੰਦਾ, ਤੇ ਬੰਦੇ ਤੁਸੀਂ ਉਹ ਕਰਦੇ ਆ। ਹਾਂਜੀ, ਇਸੇ ਤਰੀਕੇ ਦੇ ਨਾਲ ਖਿੱਤੇ ਕੰਮ ਕਰਦੇ ਨੇ, ਦੇਸ਼ ਕੰਮ ਕਰਦੇ ਨੇ, ਜਿਸ ਖਿੱਤੇ 'ਚ ਜਾਇਆ ਕਿ ਜਿਸ ਬਲਾਕ 'ਚ ਜਾਇਆ, ਜਿਸ ਲੋਕਾਂ ਨਾਲ ਜਾਇਆ, ਜਿਸ ਧਿਰ ਦੇ ਨਾਲ ਜਾਇਆ, ਤੁਹਾਡਾ ਫਾਇਦਾ ਹੁੰਦਾ, ਤੁਹਾਨੂੰ ਲੀਵਰੇਜ ਮਿਲਦੀ ਆ, ਤੁਹਾਡਾ ਤੁਸੀਂ ਵੱਧ ਫੁੱਲ ਸਕਦੇ, ਤੁਸੀਂ ਉੱਧਰ ਜਾਣਾ, ਨਾ ਕਿ ਤੁਸੀਂ ਭਾਵਨਾ 'ਚ ਬਹਿ ਜਾਓ ਉਹ ਨਹੀਂ ਨਹੀਂ ਯਾਰ ਆ ਮੈਂ ਤਾਂ ਹੁਣ ਪੱਕਾ ਹੀ ਸਾਡੀ ਤਾਂ ਹਾਂ ਹੋ ਗਈ, ਹੁਣ ਤਾਂ ਅਸੀਂ ਇਹਦੇ ਨਾਲ ਹੈ, ਮਰਾਂਗੇ ਮਿਟਾਂਗੇ, ਠੀਕ ਆ। ਪਰ ਦੁਨੀਆਂ 'ਚ ਕੋਈ ਮੁਲਕ ਇਸ ਤਰੀਕੇ ਨਾਲ ਕੰਮ ਨਹੀਂ ਕਰਦਾ, ਆਪਾਂ ਦੁਨੀਆਂ ਦੇ ਹਾਮੀ ਬਣੀਏ, ਹਾਣੀ ਬਣੀਏ, ਅਤੇ ਆਪਾਂ ਵੀ ਸਿੱਖੀਏ। ਕੀ ਤੁਸੀਂ ਹੋਰ ਐਡ ਕਰੋਗੇ 'ਚ? ਹਾਂਜੀ, ਆਪਾਂ ਤਾਂ ਉਹੀ ਗੱਲ ਨੂੰ ਦੁਬਾਰਾ ਆਪਾਂ ਤਾਂ ਕਹਿਣਾ ਚਾਹੁੰਦੇ ਹਾਂ ਵੀ ਦੇਖੋ ਵੀ ਸਾਡੇ ਇੰਟਰਸਟ ਤਾਂ ਇਹਦੇ ਵਿੱਚ ਹੀ ਆ ਕਿ ਆਪਾਂ ਕਾਨੂੰਨੀ ਤਰੀਕੇ ਨਾਲ ਆਪਣਾ ਹੁਣ ਘਰ ਬਣਾ ਲਈਏ, ਖੱਜਲ ਖੁਆਰੀਆਂ ਬਹੁਤ ਹੋ ਗਈਆਂ, ਕਾਨੂੰਨੀ ਤਰੀਕੇ ਨਾਲ, ਕਾਨੂੰਨੀ ਤਰੀਕੇ ਨਾਲ, ਤੁਸੀਂ ਕਾਨੂੰਨ ਦਾ ਹਮੇਸ਼ਾ ਨਾਲ ਸਾਥ ਦੇਣਾ, ਠੀਕ ਆ, ਕਾਨੂੰਨ ਦੀ ਗੱਲ ਕਰ, ਕਾਨੂੰਨੀ ਤਰੀਕੇ ਨਾਲ ਆਪਣਾ ਘਰ ਬਣਾ ਲਈਏ, ਤੇ 8 ਮਈ ਨੂੰ ਇਟਲੀ ਦੇ ਸ਼ਹਿਰ ਬਰੇਸ਼ੀਆ ਵਿੱਚ ਬ੍ਰਿਕਸ਼ੀਆ ਫੋਰਮ ਦੇ ਵਿੱਚ ਜਿਹੜੀਆਂ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਆ, ਉੱਥੇ ਅਸੀਂ ਆਪਣੀ ਰਾਏਸ਼ੁਮਾਰੀ ਕਰਕੇ ਤੇ ਉਹ ਅਸੀਂ ਆਪਣਾ ਜਿਹੜਾ ਕਲੇਮ UN 'ਚ ਪਾਈਏ, ਭਾਈ ਅਸੀਂ ਜਿਹੜੇ ਸਾਡੇ ਇੰਟਰਸਟ ਆ ਆ, ਤੇ ਸਾਡਾ ਇੱਕ ਖਿੱਤਾ ਆ ਜਿਹ 'ਚ ਸਾਡੇ ਕੁਦਰਤੀ ਸਰੋਤ ਆ। ਹੁਣ ਇੱਥੇ ਵੀ ਕਲਾਈਮੇਟ ਚੇਂਜ ਦੇ ਉੱਪਰ ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਆ, ਇਹਦੇ ਦੇਸ਼ ਇਕੱਠੇ ਹੋਏ ਆ, ਉੱਥੇ ਪੰਜਾਬ ਦੀ, ਪੰਜਾਬ ਕੋਲ ਵੀ ਕੁਦਰਤੀ ਸਰੋਤ ਆ ਭਾਈ, ਸਾਡੇ ਵੀ ਡਾਕੇ ਵੱਜੇ ਆ, ਸਾਡੇ ਵੀ ਕੁਦਰਤੀ ਸਰੋਤ ਟੁੱਟ ਰਿਹਾ, ਜਦੋਂ ਕੁਦਰਤ ਆ ਉਹ ਸਭ ਦੀ ਸਾਂਝੀ ਆ ਨਾ। ਹੁਣ ਜਿਹੜੇ ਉਹ ਪਾਣੀ ਆ, ਜਿਹੜੇ ਉਹ ਦਰਿਆਈ ਵਹਾਅ ਆ, ਉਹ ਵੀ ਉਵੇਂ ਹੀ ਚੱਲਣੇ ਚਾਹੀਦੇ, ਉਹਨਾਂ ਉਹ ਵੀ ਇਸ ਕੁਦਰਤ ਤਾਂ ਸਾਰੀ ਇੱਕੋ ਹੀ ਆ ਨਾ। ਤੇ ਉੱਥੇ ਜਿਹੜਾ ਸਾਡੇ ਜਿਹੜੇ ਕੁਦਰਤੀ ਸਰੋਤ ਲੁੱਟ ਕੇ ਸਾਡੇ ਪੰਜਾਬ ਨੂੰ ਜਿਹੜਾ ਬੰਜਰ ਬਣਾਇਆ ਜਾ ਰਿਹਾ ਜੀ। ਆਪਾਂ ਇੱਕ ਕਾਲ ਲੈ ਲੈਂਦੇ ਹਾਂ। ਹੈਲੋ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਸ਼ੇਅਰ ਕਰਿਆ ਕਰੋ ਜੀ ਪ੍ਰੋਗਰਾਮ ਨੂੰ ਅੱਗੇ ਸਿੰਘਾਂ ਤੱਕ। ਹਾਂ, ਧੰਨਵਾਦ ਆ ਜੀ। ਸੋ ਉਹਨਾਂ ਦਾ ਕਹਿਣਾ ਹੈ ਜੀ, ਜਿਨ੍ਹਾਂ ਦੀ ਵੋਟ ਨਹੀਂ ਬਣੀ ਉਹ 8 ਮਈ ਨੂੰ ਬਰੇਸ਼ੀਆ ਫੋਰਮ 'ਚ ਪਹੁੰਚ ਕੇ ਵੀ ਜਾ ਕੇ ਆਪਣੀਆਂ ਜਿਹੜੀਆਂ ਨੇ ਉਹ ਵੋਟਾਂ ਜਿਹੜੀਆਂ ਨੇ ਬਣਾ ਸਕਦੇ ਨੇ, ਕੋਈ ਇਸ਼ੂ ਨਹੀਂ ਹੈਗਾ ਇਸ ਚੀਜ਼ ਦੇ ਉੱਤੇ ਵੀ ਤੁਹਾਡੀ ਵੋਟ ਜੇ ਨਹੀਂ ਬਣੀ ਤਾਂ ਤੁਸੀਂ ਜਾ ਕੇ ਵੀ ਜਿਹੜੀ ਆਪਣੀ ਵੋਟ ਉਹ ਬਣਾ ਸਕਦੇ ਹੋ। ਸੋ ਆਪਣੇ ਕੋਲ ਸਮਾਂ ਵੀ ਜਿਹੜਾ ਤਕਰੀਬਨ 3 ਕੁ ਮਿੰਟ ਦਾ ਰਹਿ ਗਿਆ। ਸੋ ਮੇਰੇ ਖਿਆਲ ਦੇ ਵਿੱਚ ਖਬਰਾਂ ਮੇਰੇ ਕੋਲ ਅਜੇ ਬਹੁਤ ਪਈਆਂ ਸੀਗੀਆਂ, ਪਰ ਜਿਵੇਂ ਖਬਰਾਂ ਦਿਖਾਉਣ ਲੱਗਾ ਤਾਂ ਮੇਰੇ ਖਿਆਲ ਦੇ ਵਿੱਚ ਘੰਟਾ ਆਪਾਂ ਨੂੰ ਹੋਰ ਲੱਗ ਜਾਣਾ। ਸੋ ਆਪਾਂ ਇਹਨੂੰ ਸਮਅਪ ਕਰ ਦਿੰਦੇ ਹਾਂ। ਹਾਂਜੀ, ਸਮਅਪ ਦੇ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਜਿਸ ਤਰੀਕੇ ਨਾਲ ਆਪਾਂ ਕੀਤੀ ਸੀਗੀ ਉਹਦੀ ਬਰੀਫਲੀ ਗੱਲਬਾਤ ਕਰ ਲੈਂਦੇ ਹਾਂ ਵੀ ਭਾਈ 8 ਮਈ ਨੂੰ ਬਰੇਸ਼ੀਆ 'ਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਨੇ ਉਹ ਪੈਣੀਆਂ ਨੇ, ਬ੍ਰਿਕਸੀਆ ਫਾਰਮ ਦੇ ਵਿੱਚ ਸਵੇਰੇ 9 ਵਜੇ ਸ਼ੁਰੂ ਹੋ ਜਾਣੀਆਂ ਨੇ। ਸੋ ਇਟਲੀ ਵਾਲੇ ਜਿਨ੍ਹਾਂ ਦੀ ਵੋਟ ਬਣੀ ਆ ਠੀਕ ਆ, ਜਿਨ੍ਹਾਂ ਦੀ ਨਹੀਂ ਬਣੀ ਉਹ ਵੀ ਉੱਥੇ ਆ ਕੇ ਜਿਹੜੀ ਆ ਵੋਟ ਪਾ ਸਕਦੇ ਨੇ, ਅਤੇ ਜਿਨ੍ਹਾਂ ਕੋਲ ਕੋਈ ਡਾਕੂਮੈਂਟ ਹੈਗਾ ਕੋਈ ਉਹ ਕੋਈ ਵੀ ਡਾਕੂਮੈਂਟ ਲਿਆ ਕੇ ਆਪਣੀ ਵੋਟ ਪਾ ਸਕਦੇ ਨੇ। ਪਰ ਜਿਸ ਤਰੀਕੇ ਨਾਲ ਅਸੀਂ ਇੰਗਲੈਂਡ ਦੇਖਿਆ ਸੀ, ਜਿਨ੍ਹਾਂ ਕੋਲ ਨਹੀਂ ਹੈਗਾ ਡਾਕੂਮੈਂਟ ਕੋਈ, ਉਹ ਵੀ ਆਪਣੀ ਉੱਥੇ ਆ ਕੇ ਜਿਹੜੀ ਆ ਵੋਟ ਪਾ ਸਕਦੇ ਨੇ। ਅਤੇ ਕੋਈ ਵੀ ਗਾਈਡਲਾਈਨਸ ਸਟੇਟ ਦੀਆਂ, ਕੰਟਰੀ ਦੀਆਂ ਜਿਹੜੀਆਂ ਕੋਵਿਡ ਦੇ ਨਾਲ ਹੋਣਗੀਆਂ ਉਹਨਾਂ ਨੂੰ ਜ਼ਰੂਰ ਤੁਸੀਂ ਫੋਲੋਅਪ ਕਰਨਾ। ਅਤੇ ਨਾਲ ਦੀ ਨਾਲ ਜੇ ਭਾਰਤ ਦਾ ਕੋਈ ਵੀ ਅੰਬੈਸੀ 'ਚੋਂ ਬੁਲਾਰਾ ਇਸ ਦੇ ਉੱਤੇ ਸਟੇਟਮੈਂਟ ਦੇਣੀ ਚਾਹੁੰਦਾ ਜਾਂ ਗੱਲਬਾਤ ਕਰਨੀ ਚਾਹੁੰਦਾ ਤਾਂ ਉਹ ਵੀ ਰੱਖ ਸਕਦੇ ਨੇ ਵੀ ਭਾਈ ਇਹ ਵੋਟਾਂ ਲੋਕ ਜਿਹੜੀਆਂ ਨੇ ਉਹ ਨਾਂ 'ਚ ਕਿਉਂ ਪਾਉਣ। ਹਾਂਜੀ, ਕਿਉਂਕਿ ਦੋਨੇ ਆਪਸ਼ਨਾਂ ਨੇ, ਇਹ ਹਾਂ ਵਾਲੇ ਬੈਠੇ ਨੇ ਉਹ ਨਾਂ ਵਾਲੇ ਨੇ, ਉਹ ਦੱਸਣ ਵੀ ਜ਼ਰੂਰ ਵੀ ਨਾਂ 'ਚ ਵੋਟਾਂ ਕਿਉਂ ਪਾਈਆਂ ਜਾਣ, ਤੁਸੀਂ ਨਾਂ 'ਚ ਪਾਓ ਉਹ ਵੀ ਦੱਸ ਸਕਦੇ ਨੇ। ਅਤੇ ਨਾਲ ਦੀ ਨਾਲ ਅੱਜ ਦੁਨੀਆਂ ਦੇ ਵਿੱਚ ਜਿੰਨੀਆਂ ਕੁ ਆਪਾਂ ਖਬਰਾਂ ਡਿਸਕਸ ਕੀਤੀਆਂ ਉਹਨਾਂ 'ਚ ਮੇਜਰ ਖਬਰ ਜਿਹੜੀ ਸੀਗੀ ਉਹ ਕੈਨੇਡਾ ਦੇ ਪੈਟ੍ਰਿਕ ਬਰਾਊਨ ਦੀ ਸੀਗੀ, ਜਿਹੜੇ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰਸ਼ਿਪ ਲਈ ਲੜ ਰਹੇ ਨੇ। ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਆ ਅੱਤਵਾਦੀ ਜਥੇਬੰਦੀ ਤਮਿਲ ਟਾਈਗਰਸ ਦੇ ਉੱਤੇ ਪਾਬੰਦੀਆਂ ਜਿਹੜੀਆਂ ਹਟਾਵਾਂਗੇ ਅਤੇ ਉਹ ਤਮਿਲ ਟਾਈਗਰਾਂ ਨੂੰ ਇਮੀਗ੍ਰੇਸ਼ਨ ਦੇਵਾਂਗੇ ਅਤੇ ਕੈਨੇਡਾ ਜਿਹੜੀ ਆ ਉਹ ਲੈ ਕੇ ਅਸੀਂ ਆਵਾਂਗੇ। ਸੋ ਇਹ ਵੱਡੀ ਤਬਦੀਲੀ ਜਿਹੜੀ ਆ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਪਈ ਆ, ਵੈਸਟ ਬਲਾਕ ਚੇਂਜ ਹੋਇਆ, ਕਿਸ ਤਰੀਕੇ ਦੇ ਜਿਹੜੇ ਨੇ ਹਾਲਾਤ ਬਦਲਦੇ ਪਏ ਨੇ। ਉਹਦੇ ਨਾਲ ਨਾਲ ਅੱਜ ਖਾਲਸਾ ਸਾਜਨਾ ਦਿਹਾੜੇ ਦੇ ਮੌਕੇ ਦੇ ਉੱਤੇ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਮਾਰ ਕੇ ਕਿਹਾ ਜੀ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਤੁਸੀਂ ਚੜ੍ਹਦੀ ਕਲਾ 'ਚ ਰਹੋ। ਜਸਵੰਤ ਸਿੰਘ ਕਹਿੰਦਾ ਵੀ ਚੜ੍ਹਦੀ ਕਲਾ ਕਾਹਦੇ ਨਾਲ ਹੋਵੇ, ਪਾਣੀ ਸਾਡਾ ਲੁੱਟ ਲਿਆ, ਚੰਡੀਗੜ੍ਹ ਸਾਡੀ ਲੈ ਗਏ ਨੇ, ਇਲਾਕੇ ਸਾਡੇ ਖੋਲ੍ਹੇ ਨੇ, 800 ਕਿਸਾਨ ਸਾਡੇ ਬਾਰਡਰਾਂ ਦੇ ਉੱਤੇ ਮਾਰੇ ਗਏ, ਉਹਨਾਂ ਦਾ ਕੋਈ ਗੱਲਬਾਤ ਨਹੀਂ ਹੁੰਦੀ ਤੇ ਚੜ੍ਹਦੀ ਕਲਾ ਹੋਵੇ ਤੇ ਹੋਵੇ ਕਿਹਦੇ ਦੇ ਨਾਲ। ਸੋ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਸਾਡੇ ਆਪਣੇ ਤੇ ਕਲਰਾਂ ਦੇ ਆਪਣੇ ਹੁੰਦੇ ਨੇ, ਅਦਾਰੇ ਦਾ ਕਿਸੇ ਦੇ ਵਿਚਾਰ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ, ਪਰ ਇਸ ਗੱਲ 'ਤੇ ਸਹਿਮਤੀ ਹਮੇਸ਼ਾ ਹੀ ਹੁੰਦੀ ਆ ਕਿ ਕੋਈ ਵੀ ਬੰਦਾ ਗੱਲਬਾਤ ਦੇ ਮੌਕੇ ਵਾਇਲੈਂਸ ਨੂੰ ਨਾ ਤਾਂ ਪ੍ਰਮੋਟ ਕਰੇ ਅਤੇ ਨਾ ਪ੍ਰਵੋਕ ਕਰੇ। ਗੱਲਬਾਤ ਹਮੇਸ਼ਾ ਹੀ ਸਾਰੇ ਪੱਖ ਰੱਖਣੇ ਬੜੇ ਜ਼ਰੂਰੀ ਹੁੰਦੇ ਨੇ, ਜਿਹੜੇ ਕਿ ਮੈਂ ਰੱਖਦਾ ਰਹਿਣਾ ਆ, ਅਤੇ ਨਾਲ ਦੀ ਨਾਲ ਆਪਣੀ ਭਾਸ਼ਾ ਵੀ ਸੱਭਿਅਕ ਰੱਖੀ ਹੈ, ਜਿਹੜੀ ਕਿ ਜਸਵੰਤ ਸਿੰਘ ਤੋਂ ਹਮੇਸ਼ਾ ਹੀ ਜਿਹੜੀ ਆ ਵੇ ਬਿਓਂਡ ਸੱਭਿਅਕ ਹੁੰਦੀ ਆ, ਬੜੀ ਸ਼ਾਂਤਮਈ ਤਰੀਕੇ ਦੇ ਨਾਲ ਹੁੰਦੀ ਆ। ਸੋ ਜਸਵੰਤ ਸਿੰਘ ਜੀ, ਤੁਹਾਡੇ ਕੋਲ 30 ਸੈਕਿੰਡ ਨੇ, ਕੀ ਕਹਿਣਾ ਚਾਹੁੰਦੇ? ਹਾਂਜੀ, ਮੈਂ ਸਾਰੇ ਪੰਜਾਬ ਵਾਲਿਆਂ ਨੂੰ ਅਤੇ ਇਟਲੀ ਵਾਲਿਆਂ ਸਾਰਿਆਂ ਨੂੰ, ਪੰਜਾਬੀਆਂ ਨੂੰ, ਸਿੱਖਾਂ ਨੂੰ ਬੇਨਤੀ ਕਰਦਾ ਹਾਂ ਵੀ ਤੁਸੀਂ ਆ ਕੇ ਇੱਥੇ ਆਪਣੇ ਵਿਚਾਰ ਜ਼ਰੂਰ ਰੱਖਿਆ ਕਰੋ, ਕਾਲ ਕਰਿਆ ਕਰੋ, ਅਤੇ ਤਾਂ ਜੋ ਜਿਹੜੇ ਆ ਜੋ ਤੁਹਾਡੇ ਅੰਦਰ ਚੱਲਦਾ ਹੁੰਦਾ ਆ ਵੀ ਆਪਾਂ ਵੀ ਕੋਈ ਇਸ ਕੋਈ ਕਿਸੇ ਵਿਚਾਰ ਦੇ ਉੱਪਰ ਆਪਣੇ ਪੱਖ ਰੱਖ ਸਕਦੇ ਹਾਂ ਵਧੀਆ ਤਰੀਕੇ ਨਾਲ, ਸੰਗਤ ਦੀ ਜਾਣਕਾਰੀ ਵਾਸਤੇ, ਸਾਡੀ ਜਾਣਕਾਰੀ ਵਾਸਤੇ, ਉਹ ਸਾਨੂੰ ਬਹੁਤ ਪਸੰਦ ਆਊਗਾ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਇੰਨੀ ਕੁ ਬੇਨਤੀਆਂ ਪ੍ਰਵਾਨ ਕਰਿਓ। ਕੱਲ੍ਹ ਨੂੰ ਫਿਰ UK ਦੇ 7 ਵਜੇ, ਇਟਲੀ ਦੇ 8 ਵਜੇ ਪ੍ਰੋਗਰਾਮ ਜਵਾਬ ਮੰਗਦਾ ਪੰਜਾਬ ਲੈ ਕੇ ਹਾਜ਼ਰ ਹੋਵਾਂਗੇ। ਜੁੜੇ ਰਹੋ, ਸੱਜਣਾਂ ਨੂੰ ਕਾਲਾਂ ਕਰਕੇ ਦੱਸਿਆ ਕਰੋ, ਸ਼ੇਅਰ ਕਰਿਆ ਕਰੋ ਵੀ ਜਵਾਬ ਮੰਗਦੇ ਪੰਜਾਬ 'ਚ ਜਿਹੜੀ ਆ ਤੁਸੀਂ ਜ਼ਰੂਰ ਆਪਣੀ ਹਾਜ਼ਰੀ ਲਵਾਇਆ ਕਰੋ। ਮਿਲਦੇ ਹਾਂ ਜੀ ਕੱਲ੍ਹ ਨੂੰ, ਹੁਣ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।